ਜੇਆਰਪੀ 1550 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ, ਵੀਰਵਾਰ ਦਾ ਦਿਨ ਹੈ, ਵਰ੍ਹਾ 2020 ਦਾ। 6 ਚੇਤ ਨਾਨਕ ਸ਼ਹਿ ਸੰਮਤ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੰਸਦ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਨਾਲ ਤੁਸੀਂ ਸ਼ਾਮਿਲ ਹੋਣਾ ਹੈ ਦੁਨੀਆਂ ਦੇ ਵਿੱਚ ਕਿਹੜੀਆਂ ਖਬਰਾਂ ਨੇ। ਕੈਨੇਡਾ ਨੇ ਜਿਹੜਾ ਰਾਹਤ ਪੈਕੇਜ, ਰਾਹਤ ਦਾ ਬੰਡਲ ਦਿੱਤਾ ਹੈ, ਉਹਦੇ ਵਿੱਚ ਕੁਆਲੀਫਿਕੇਸ਼ਨ ਦਾ ਕੀ ਰੌਲਾ ਹੈ? ਰੈਂਟਰ ਪੁੱਛ ਰਹੇ ਨੇ ਕਿ ਜਦ ਬਾਕੀ ਚੀਜ਼ਾਂ 3-3 ਮਹੀਨੇ ਨਹੀਂ ਹੋਈਆਂ ਤਾਂ ਜਦ ਮੌਰਗੇਜ ਨਹੀਂ ਦੇਣੀ ਮਾਲਕ ਮਕਾਨ ਨੇ ਤਾਂ 3 ਮਹੀਨੇ ਦਾ ਸਾਡਾ ਰੈਂਟ ਵੀ ਕਿਉਂ ਨਹੀਂ ਹੈ? ਇਹਦੇ ਵਿੱਚ ਗੱਲ ਸਮਝਣ ਦੀ ਇਹੀ ਹੈ ਕਿ ਇਹਦੀ ਕੁਆਲੀਫਿਕੇਸ਼ਨ, ਇਸ ਲਈ ਕੁਆਲੀਫਾਈ ਕਰਨ ਦੇ ਲਈ ਤੁਹਾਡਾ ਬਿਮਾਰ ਹੋਣਾ ਜ਼ਰੂਰੀ ਹੈ। ਜਦ ਤੁਸੀਂ ਰਿਸ਼ਟ ਪੁਸ਼ਟੋਂ ਕੰਮ ਕਰਦੇ ਹੋ ਤਾਂ ਇਹ ਕੋਈ ਵੀ ਚੀਜ਼ ਤੁਹਾਡੇ ਨਾਲ ਇਸ ਨੂੰ ਤੁਸੀਂ ਜੋੜ ਨਹੀਂ ਸਕਦੇ, ਸਮਝੋ ਪਲੀਜ਼। ਇਹ ਜਿਹੜੀਆਂ ਰਾਹਤ ਸਮੱਗਰੀਆਂ ਹੁੰਦੀਆਂ, ਰਾਹਤ ਚੀਜ਼ਾਂ, ਰਾਤ ਦੀਆਂ ਚੀਜ਼ਾਂ ਹੁੰਦੀਆਂ, ਤੁਹਾਡੇ ਤੋਂ ਜੇਬ ਚੋਂ ਉਹਨਾਂ ਨੇ ਲੈ ਲੈਣੇ ਨੇ, 3 ਮਹੀਨੇ ਬਾਅਦ ਲੈ ਲੈਣਗੇ। ਇਹ ਫਰੀ ਵਾਲੀ ਗੱਲ ਨਹੀਂ ਹੈ, ਇੱਥੇ ਗੱਲਬਾਤ ਕਰਾਂਗੇ। ਤੇ ਨਾਲੇ ਨਾਲ ਪੰਜਾਬ ਦੀ ਰਾਜਨੀਤੀ ਦੀ ਗੱਲ ਅੱਜ ਕਰਨੀ ਚਾਹੁੰਦਾ। ਬਹੁਤ ਚਿਰ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਸੇ ਹੋਰ ਚੈਨਲ ਨੂੰ ਇੰਟਰਵਿਊ ਦਿੱਤੀ ਹੈ, ਪਹਿਲੀ ਵਾਰ ABP ਸਾਂਝਾ ਦੀ ਇੱਕ ਜਿਹੜੀ ਇੰਟਰਵਿਊ ਹੈ। 93 ਵਰ੍ਹਿਆਂ ਦੇ ਘਾਗ ਸਿਆਸਤਦਾਨ ਨੇ ਆਪਣੀ ਜ਼ਿੰਦਗੀ ਦੀਆਂ ਕੁਝ ਗੱਲਾਂ ਦੱਸੀਆਂ ਤੇ 93 ਵਰ੍ਹਿਆਂ ਤੋਂ ਬਾਅਦ ਮਾਨਸਿਕ ਤੌਰ ਤੇ ਬਿਲਕੁਲ ਚੁਸਤ ਬੈਠਾ ਸਿਆਸਤ ਦਾ ਬਾਬਾ ਬੋਰਡ ਸਵਾਲਾਂ ਦੇ ਜਵਾਬ ਕਿਵੇਂ ਦਿੰਦਾ, ਤੇ ਪੰਜਾਬ ਦੀ ਗੱਲਬਾਤ ਅੱਜ ਮੈਂ ਕਰਨੀ ਚਾਹੁੰਦਾ, ਰਾਜਨੀਤੀ ਦੀ ਗੱਲ ਕਰਨਾ ਚਾਹੁੰਦਾ। ਰਾਜਨੀਤਿਕ ਬੰਦੇ ਦੇ ਗੁਣ ਕੀ ਨੇ, ਕਿ ਸ਼ਬਦ ਉਹਨੇ ਕਿਵੇਂ ਆਪਣੇ ਸ਼ਬਦ ਜਿਹੜੇ ਸਿੱਧੇ ਕਿਵੇਂ ਰੱਖਣੇ। ਇਹ ਠੀਕ ਹੈ ਕਿ ਇੱਕ ਲਹਿਰ ਜਿਹੜੀ ਸਦਾ ਜਿਹੜੀ ਸਰਕਾਰ ਚੱਲਦੀ ਹੁੰਦੀ ਹੈ ਉਸ ਦੀ ਵਿਰੋਧ ਦੇ ਵਿੱਚ ਸਦਾ ਇੱਕ ਲਹਿਰ ਹੁੰਦੀ ਹੈ, ਪਰ ਕਿਤੇ ਕਿਤੇ ਮੈਨੂੰ ਇਹ ਉਹ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਹਿਰ ਬਹੁਤ ਪ੍ਰਚੰਡ ਹੁੰਦੀ ਹੈ, ਜਦ ਕਾਂਗਰਸ ਆਉਂਦੀ ਹੈ ਤਾਂ ਇਹ ਲਹਿਰ ਚੁੱਪ ਕਰ ਜਾਂਦੀ। ਕਾਂਗਰਸ ਨੂੰ ਇੱਕ ਕਿਸਮ ਦੀ ਮਾਫੀ ਦਿਖਦੀ ਹੈ ਮੈਨੂੰ, ਕੋਈ ਕੁਛ ਕਰ ਲਵੇ, ਰਾਜਾ ਕੁਛ ਕਹੀ ਚੱਲੇ, ਰਾਜਾ ਕਦੇ ਕਹਿੰਦਾ ਇਹ ਜਿਹੜਾ ਲੰਘ ਹੈ, ਇਹ ਲਾਂਘਾ ਟੱਪ ਕੇ ਅੱਤਵਾਦੀ ਆਉਂਦੇ ਆ, ਉਹਦਾ ਚੇਲਾ ਦਿਨਕਰ ਗੁਪਤਾ ਕੁਛ ਕਹਿੰਦਾ, ਕਦੇ ਉਹ ਕੁਛ ਕਹਿੰਦਾ, ਕਦੇ ਕੁਛ, ਉਹਨੂੰ ਕਦੇ ਜਿਹੜਾ ਲੋਕ ਚਿਤਵਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਪਾਰਟੀ ਹੈ, ਉਹਨਾਂ ਵੱਲੋਂ ਕੀਤਾ ਕੋਈ ਵੀ ਕੰਮ ਹੈ ਜਿਹੜਾ ਉਹ ਸਿੱਖ ਉਸਨੂੰ ਬਹੁਤ ਤੇਜ਼ੀ ਨਾਲ ਉਹ ਤੇ ਰਿਐਕਟ ਕਰਦੇ ਆ। ਮੈਂ ਵੇਖਿਆ ਇੱਥੇ ਖਾਸ ਤੌਰ ਤੇ ਬਾਹਰ, ਦੇਖੋ ਵਿਚਾਰਾਂ ਦਾ ਆਦਾਨ ਪ੍ਰਦਾਨ ਆਪਾਂ ਡਾਇਲੋਗ ਇਸ ਤੇ ਕਰਨੇ ਚਾਹੁੰਦੇ ਹਾਂ ਵੀ ਕੀ ਕਾਰਨ ਹੈ ਕਿ ਲੋਕ ਇੰਨੇ, ਜਿਹੜਾ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਬੋਲ ਦੇਵੇ ਪੰਜਾਬ 'ਚ, ਉਹ ਪੱਤਰਕਾਰ ਕਾਮਯਾਬ, ਉਹ ਮੀਡੀਆ ਵਾਲਾ ਕਾਮਯਾਬ, ਉਹ ਆਮ ਲੋਕਾਂ ਦੇ ਵਿੱਚ ਬੰਦਾ ਕਾਮਯਾਬ, ਬਸ ਬਾਦਲਾਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਪਵੇ। 5 ਵਾਰ ਕਿਸੇ ਦਾ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਹੈ, 5 ਵਾਰ ਸਰਪੰਚ ਨਹੀਂ ਪਿੰਡ ਦਾ ਬਣ ਹੁੰਦਾ, ਤੇ ਉਸ ਤੋਂ ਬਾਅਦ ਵੀ ਇਸ ਗੱਲ ਤੇ ਨਾ ਆਉਣਾ ਕਿ ਮੈਂ ਕੁਛ ਕਰਨ ਵਾਲਾ, ਪਾਰਟੀ ਦੇ ਆਲੇ ਦੁਆਲੇ ਰਹਿ ਕੇ ਉਹਨਾਂ ਨੇ ਗੱਲ ਕੀਤੀ, ਉਹ ਸੁਣਨ ਵਾਲੀ ਹੈ ਅਸਲ। ਤੇ ਉਹਦੇ ਵਿੱਚੋਂ ਕੁਝ ਗੱਲਾਂ ਮੇਰੇ ਦਿਮਾਗ ਦੇ ਵਿੱਚ ਜਿਹੜੀਆਂ ਉਹਨੇ ਚੱਲੀਆਂ, ਇਹ ਇੱਕ ਸਿਪਾਹੀ ਦੇ ਤੌਰ ਤੇ ਇੱਕ ਸਰਪੰਚੀ ਤੋਂ ਲੈ ਕੇ ਬਹੁਤ ਲੰਮਾ ਸਫ਼ਰ ਹੈ ਉਹਨਾਂ ਦਾ, ਲਾਹੌਰ ਕਾਲਜ ਦੀ ਪੜ੍ਹਾਈ ਹੈ, ਹੋਰ ਪ੍ਰਧਾਨਾਂ ਦੇ ਥੱਲੇ ਸੰਤ ਫਤਿਹ ਸਿਓਂ ਤੇ ਤਾਰਾ ਸਿਓਂ, ਲੌਂਗੋਵਾਲੀਆ ਸਾਧ ਉਹਦੇ ਥੱਲੇ, ਤਲਵੰਡੀ ਦੇ ਥੱਲੇ, ਉਹ ਬੰਦੇ ਜਿਹਨਾਂ ਦਾ ਸਿਰ ਵਰਤ ਕੇ ਜਿਹੜੇ ਬੋਲਦੇ ਨੇ, ਉਹ ਬੋਲਣ ਵੇਲੇ ਸੋਚਦੇ ਨੇ, ਉਹੋ ਜਿਹੇ ਬੰਦਿਆਂ ਦੀ ਪ੍ਰਧਾਨਗੀ ਥੱਲੇ ਜਿਹੜਾ ਸਮਾਂ ਕੱਢ ਕੇ ਫਿਰ ਜ਼ੋਰ ਫੜਨਾ, ਤੇ ਫਿਰ ਇਹ ਕਹਿਣਾ ਵੀ ਸੁਖਬੀਰ ਬਾਦਲ ਹੁਣ ਪ੍ਰਧਾਨ ਆ, ਮੈਂ ਉਹਦੀਆਂ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਣਾ। ਅੱਜ ਉਸ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਛੋਟੀ ਭਰਜਾਈ ਦੀ ਵੀ ਜਿਹੜੀ ਉਹ ਸਵਰਗਵਾਸ ਹੋਏ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ, ਸੋ ਤੁਰਨਾ ਜਿਹੜਾ ਇਸ ਦੁਨੀਆਂ ਦੇ ਵਿੱਚੋਂ ਪੱਕਾ ਹੈ। ਪਰ ਸਿਆਸਤ ਨੇ ਦੋਨੇ ਭਾਈ ਜਿਹੜੇ ਨੇ ਪਾਸ਼ ਤੇ ਦਾਸ ਦੂਰ ਕਰ ਦਿੱਤੇ, ਕਿਤੇ ਨਾ ਕਿਤੇ ਪਿਓ ਪੁੱਤਰ ਦਾ ਜਿਹੜਾ ਮੋਹ ਹੈ ਉਹ ਸਿਰ ਚੜ ਕੇ ਬੋਲਿਆ, ਉਹ ਪਰਿਵਾਰ ਦੀ ਬਹੁਤ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਤੁਹਾਨੂੰ ਅਦ੍ਰਿਸ਼ਟ ਹੋਣ। ਪਰ ਇੱਕ ਗੱਲ ਕਰਨੀ ਅੱਜ ਮੈਂ ਚਾਹੁੰਦਾ ਕਿ ਸੈਂਟਰ ਦੇ ਵਿੱਚੋਂ ਸਾਡੇ ਮੁਕੱਦਸ ਸਥਾਨਾਂ ਦਾ ਸਾਡਾ ਸ਼ਿਕਾਰ ਕਾਂਗਰਸ ਨੇ ਖੇਲਿਆ, ਕਾਂਗਰਸ ਨੂੰ ਬਰੀ ਕਰਦੇ ਹਾਂ ਅਸੀਂ ਅਕਸਰ, ਬਾਦਲਾਂ ਦਾ ਵਿਰੋਧ ਹੁੰਦਾ, ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਬਾਦਲ ਪਰਿਵਾਰ ਦਾ ਵਿਰੋਧ ਵੱਧ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਰਿਹਾ ਲੌਂਗੋਵਾਲੀਏ ਵੇਲੇ ਤੇ ਤਲਵੰਡੀ ਔੜਾਂ ਵੇਲੇ, ਉਹਨਾਂ ਸਮੇਂ ਲੋਕ ਵਿਰੋਧ ਨਹੀਂ ਸੀ ਕਰਦੇ। ਕਾਰਨ ਇਹਦਾ ਇੱਕ, ਜੇ ਸੋਚਾਂ ਮੈਂ ਕਿ ਬਹੁਤ ਲੰਮਾ ਸਮਾਂ ਜਦ ਤੁਸੀਂ ਸਿਆਸਤ ਦੇ ਵਿੱਚ ਰਹਿੰਦੇ ਹੋ ਤੁਹਾਡੇ ਵਿਰੁੱਧ ਲੋਕਾਂ ਨੇ ਬੋਲਣਾ, ਜਾਂ ਸਰਪੰਚ ਦੇ, ਪੰਚ ਦੇ, ਕਿਸੇ ਜਗ੍ਹਾ
ਰਾਜਨੀਤੀ ਚ ਤੁਹਾਡੀ ਹਰਮਨ ਪਿਆਰ ਤਾਂ ਹੋਵੇ ਪਰ ਤੁਸੀਂ ਰਾਜਨੀਤੀ ਚ ਖੜ ਜਾਓ, ਤੁਹਾਡੇ ਦੁਸ਼ਮਣ ਨਾਲ ਤੁਰੇ ਫਿਰਦੇ ਖੜ ਜਾਂਦੇ, ਇੱਕ ਸਾੜਾ ਵੀ ਇਨਸਾਨ ਦੇ ਮਨ ਦੇ ਵਿੱਚ, ਤੁਸੀਂ ਕੁਝ ਜ਼ਿੰਦਗੀ ਤਰੱਕੀ ਕਰ ਲਓ ਨਾਲ ਰੋਟੀ ਪਾਣੀ ਖਾਂਦੇ ਪਾਣੀ ਦਾ ਗਲਾਸ ਪੀਂਦੇ ਉਹਨਾਂ ਨੂੰ ਜ਼ਹਿਰ ਲੱਗਣ ਲੱਗ ਜਾਂਦਾ। ਅੱਜ ਇਹ ਗੱਲ ਖੁੱਲ੍ਹ ਕੇ ਕਰਨੀ ਚਾਹੁੰਦੀ ਹੈ, ਇਹਨੂੰ ਸਾੜੇ ਚ ਨਹੀਂ ਲਿਆਉਣਾ, ਪਰਿਵਾਰਵਾਦੀ ਗੱਲ ਕਰਨੀ ਹੈ ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਮਸਲਾ ਇਹਦੇ ਤੇ ਫਿਰ ਨਿੱਜ ਤੇ ਅਸੀਂ ਆ ਜਾਣਾ, ਨਿੱਜ ਤੇ ਨਹੀਂ ਗੱਲ ਕਰਨੀ। ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਟੀਮ ਵੀ ਹੈ, ਉਹ ਵੀ ਆਪਣੀ ਗੱਲਬਾਤ ਕਰਨ ਕੇ ਔਰ ਇਹਨੂੰ ਤਰਕ ਤੇ ਇੱਕ ਦੂਜੇ ਤੇ ਅਟੈਕ ਨਹੀਂ ਕਰਨਾ, ਆਪਣੀ ਗੱਲ ਦੱਸਣੀ ਹੈ। ਮੈਂ ਉਹ ਜਿਹੜੀ ਇੰਟਰਵਿਊ ਸੁਣੀ ਉਸ ਇੰਟਰਵਿਊ ਦੇ ਵਿੱਚ ਨਾ ਕੁਝ ਚੀਜ਼ਾਂ ਮਨ ਚ ਉੱਭ ਰਹੀਆਂ, ਮੈਂ ਤੁਹਾਡੇ ਸਿਰਮੁਖ ਕਰਾਂਗਾ 12 ਤੋਂ 1 ਸਮੇਂ। 1 ਤੋਂ 2 ਸੰਸਥਾਵਾਂ ਜਿਹੜੀਆਂ ਭਾਈਚਾਰੇ ਦੀਆਂ ਬਣੀਆਂ, ਉਹ ਸੰਸਥਾਵਾਂ ਭਾਈਚਾਰੇ ਨੂੰ ਕਿੰਨੀਆਂ ਕੁ ਜਵਾਬ ਦੇ ਨੇ? ਇੱਕ ਤਾਂ ਸੰਸਥਾ ਜਿਹੜੀ ਤੁਸੀਂ ਬਣਾਈ ਹੈ, ਤੁਸੀਂ ਉਹਨੂੰ ਚਲਾਉਂਦੇ ਹੋ। ਕੁਝ ਸੰਸਥਾ ਨੇ ਜਿਹਨਾਂ ਨੂੰ ਸਰਕਾਰ 5-5, 6-6 ਮਿਲੀਅਨ ਡਾਲਰ ਦਿੰਦੀ ਹੈ, ਕੁਝ ਨਹੀਂ ਵੱਟੀ ਦਿਓ, ਕੱਖ ਨਹੀਂ ਤੁਹਾਡੇ ਲਈ ਕਰਦੇ, ਕੱਖ ਨਹੀਂ ਤੁਹਾਨੂੰ ਦੱਸਦੇ, ਤੇ ਕੋਈ ਨਹੀਂ ਤੁਹਾਨੂੰ ਦੱਸਦੇ ਕੀ ਫਾਈਨੈਂਸ਼ੀਅਲ ਸਟੇਟਸ ਆ, ਕੌਣ ਬੋਰਡ ਆਫ ਡਾਇਰੈਕਟਰ ਨੇ, ਕੌਣ CEO ਆ, ਕੌਣ ਛੋਟਾ ਪ੍ਰਧਾਨ ਆ, ਕੌਣ ਬੜਾ ਪ੍ਰਧਾਨ ਆ, ਦਫ਼ਤਰ ਕਿੰਨੇ ਬੰਦੇ ਕੰਮ ਕਰਦੇ ਆ, ਦੱਸਣਾ ਤੁਹਾਨੂੰ ਫਰਜ਼ ਆ ਉਹਨਾਂ ਦਾ। ਇਸੇ ਤਰ੍ਹਾਂ ਹੀ ਸਾਡੇ ਸੰਸਕਾਰ ਲਈ ਬਣੀ ਜਗ੍ਹਾ ਜਿਹੜੀ ਫਾਈਵ ਰਿਵਰ ਸਰਵਿਸ ਸੁਸਾਇਟੀ ਆ, ਜਿਸ ਨੂੰ ਤੁਸੀਂ ਬਣਾਇਆ, ਤੁਹਾਡੇ ਤੋਂ ਯਾਦ ਹੈ ਅਮਰੀਕ ਸਿੰਘ ਨਿੱਜਰ ਹੋਣੀ ਹੱਥ ਨੇ ਫੋਨ ਕਰਦੇ ਸੀ, ਬਹਿ ਜਾਂਦੇ ਸੀ ਰੇਡੀਓ ਤੇ, ਲਿਆਓ ਜੀ ਖਰੀਦੋ ਸਰਟੀਫਿਕੇਟ, ਬੀਬੀਆਂ ਕਹਿੰਦੀਆਂ ਹੁੰਦੀ ਰੋ ਰਾਤ ਦਾ ਸਮਾਂ ਭਾਈ ਤੂੰ ਮਰਨ ਦੀਆਂ ਗੱਲਾਂ ਕਰਦਾ। ਇਸ ਤਰ੍ਹਾਂ ਉਹ ਸੰਸਥਾ ਬਣੀ ਤੇ ਉਹ ਸੰਸਥਾ ਦੇ ਵਿੱਚ ਹੁਣ ਜਿਹੜਾ ਪੈਸਾ ਧੇਲਾ ਵੀ ਬਹੁਤ ਜਮਾ ਤੇ ਹੋਰ ਇੱਕ ਅਗਲਾ ਸੰਸਕਾਰ ਲਈ ਜਗ੍ਹਾ ਬਣ ਜਾ ਰਹੀ ਹੈ। ਉਹਦੇ ਜਿਹੜੇ ਹੁਣ ਦੇ ਮੁੱਖ ਸੇਵਾਦਾਰ ਨੇ ਜਸਵਿੰਦਰ ਸਿੰਘ ਵਿਦੇਸ਼ਾ ਨੇ, ਉਹਨਾਂ ਦਾ ਬਹੁਤ ਤਜਰਬਾ ਹੈ ਇਹ ਸੰਸਥਾਵਾਂ ਦੇ ਵਿੱਚ ਕੰਮ ਕਰਨ ਦਾ, ਗੁਰਦੁਆਰਾ ਸਾਹਿਬ ਦੇ ਵਿੱਚ ਲਿਖਤ ਪੜ੍ਹਤ ਦੇ ਉਹ ਬੜੇ ਪੱਕੇ ਨੇ ਤੇ ਉਹਨਾਂ ਨੇ ਰਿਫੋਰਮਰ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਕੁਛ ਚੇਂਜਸ ਕਰਨ ਦੀ। ਉਹਨਾਂ ਨਾਲ ਮੈਂ ਅੱਜ, ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਰਹੇ ਨੇ, ਇਹ ਵਲੰਟੀਅਰੀ ਸਰਵਿਸ ਹੈ, ਇਹਦੇ 'ਚ ਕੋਈ ਤਨਖਾਹ ਨਹੀਂ ਹੈ, ਜਿੰਨੇ ਵੀ ਮੈਂਬਰ ਇਹ 'ਤੇ ਕੰਮ ਕਰਦੇ ਆ, ਸਮਾਂ ਕੱਢ ਕੇ ਤੇਲ ਫੂਕ ਕੇ ਜਾ ਕੇ ਬਹਿਣਾ ਕੰਮ ਬਹੁਤ ਔਖਾ। ਸੋ ਕੁਝ ਸਵਾਲ ਨੇ ਲੋਕਾਂ ਦੇ ਤੇ ਲੇਟਲੀ ਮੈਂ ਇੱਕ ਪ੍ਰਾਈਵੇਟ ਫਿਊਨਰਲ ਹਾਲ ਦੇ ਵਿੱਚ ਜਾ ਕੇ ਆਇਆ, ਉਹਦਾ ਵੀ ਕੰਪੈਰੀਜ਼ਨ ਮੈਂ ਤੁਹਾਡੇ ਨਾਲ ਕਰਨਾ। ਫਰੈਂਚਾਈਜ਼ ਟਾਈਪ ਉਹ ਫਿਊਨਰਲ ਹਾਲ ਜਿਹੜਾ ਕੈਨੇਡਾ ਦੇ ਵਿੱਚ ਆਪਣਾ ਪੈਰ ਪਸਾਰ ਰਹੇ ਨੇ, ਵੀ ਖੋਲ ਦਿਓ ਕਿਉਂਕਿ ਬਿਜ਼ਨਸ ਇਹ ਇੱਕ ਬਿਜ਼ਨਸ ਦੇ ਤੌਰ ਤੇ ਰਨ ਕਰ ਰਹੇ। ਕੀ ਫਾਈਵ ਰਿਵਰ ਸਰਵਿਸ ਸੁਸਾਇਟੀ ਬਿਜ਼ਨਸ ਤੌਰ ਤੇ ਰਨ ਕਰਦੀ ਹੈ ਜਾਂ ਭਾਈਚਾਰੇ ਦੀ ਇੱਕ ਸੁਸਾਇਟੀ ਦੇ ਤੌਰ ਤੇ ਰਨ ਕਰਦੀ? ਇਹ ਅੱਜ ਗੱਲਾਂ ਬਾਤਾਂ ਕਰਾਂਗੇ 1 ਤੋਂ 2 ਵਜੇ ਤੱਕ, ਕਿਉਂਕਿ ਲੋਕਾਂ ਨੂੰ ਸਤਰਕ ਹੋਣ ਦੀ ਲੋੜ ਹੈ। ਬਹੁਤ ਸਮਾਂ ਲੰਘ ਗਿਆ, ਤੁਸੀਂ ਸ਼ਾਬਾਸ਼ਿਆਨ ਕੰਡੀਸ਼ਨਲ ਦਿੰਦੇ ਰਹੇ ਨੇ, ਉਹ ਤਜੋਰੀਆਂ ਭਰ ਲੈਂਦੇ ਨੇ ਲੋਕ ਪ੍ਰਾਈਵੇਟ ਬਿਜ਼ਨਸ ਵਾਂਗੂ। ਸੰਸਥਾ ਜੇ ਕੋਈ ਬਣੇ ਤਾਂ ਤੁਹਾਡੀ ਭਾਈਚਾਰੇ ਦੀ ਬਣੇ, ਭਾਈਚਾਰਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਨ, ਜਿਵੇਂ ਅਸੀਂ ਸ਼੍ਰੀ ਮੇਵਾ ਸਿੰਘ ਲੋਪੋਂ ਕੇ ਭਾਈ ਭਾਗ ਸਿੰਘ, ਭਾਈ ਬਦਨ ਸਿੰਘ ਤੇ ਹੋਰ ਯੋਧਿਆਂ ਨੂੰ ਯਾਦ ਕਰਦੇ ਆ, ਤੁਹਾਡਾ ਵੀ ਕੋਈ 50 ਸਾਲਾਂ ਬਾਅਦ ਨਾਂ ਲਵੇ ਵੀ ਸਾਡੇ ਵੀ ਕੋਈ ਸਨ, ਆ ਸਾਨੂੰ ਕਰਕੇ ਗਏ। ਸੋ ਇਹੀ ਸਦਾ ਇਹ ਤਾਂਘ ਰਹਿੰਦੀ ਆ ਵੀ ਭਾਈਚਾਰਾ ਚੜ੍ਹਦੀ ਕਲਾ ਚ ਰਹੇ, ਉਹਦੇ ਵਿੱਚੋਂ ਇਹ ਚੀਜ਼ਾਂ ਉਪਜਦੀਆਂ। ਉਹਦਾ ਸੰਸਥਾਵਾਂ ਨਾਲ, ਸੰਸਥਾ ਦੇ ਪ੍ਰਧਾਨਾਂ ਨਾਲ, ਨਕਲ ਪ੍ਰਧਾਨਾਂ ਨਾਲ ਮੇਰਾ ਰੌਲਾ ਕੋਈ ਨਹੀਂ, ਪਰ ਗੱਲ ਇਹ ਹੈ ਵੀ ਜਦ ਸਿੱਧੇ ਚੱਲਦੇ ਚੱਲਦੇ ਟੇਢਾ ਚੱਲਣ ਲੱਗਦੇ ਆ ਨਾ, ਸਾਰਾ ਕੁਝ ਤੁਹਾਡੇ ਤੋਂ ਬਣਾ ਕੇ ਉੱਚੀ ਅੱਡੀ ਦੇ ਸੈਂਡਲ ਤੇ ਉੱਚੀ ਅੱਡੀ ਦੀਆਂ ਗਰਗਾਬੀਆਂ ਪਾ ਕੇ ਫਿਰ ਤੁਹਾਨੂੰ ਹੀ ਦਿਖਾਉਂਦੇ ਆ, ਰੈੱਡ ਕਾਰਪੇਟ ਤੇ ਤੁਰੇ ਫਿਰਦੇ ਆ, ਸ਼ੈਂਪੇਨ ਦਾ ਗਲਾਸ ਹੱਥ 'ਚ ਰੱਖੀ, ਉਹਨਾਂ ਨੂੰ ਪਤਾ ਹੁੰਦਾ ਵੀ ਵਿਦਵਤਾ ਉਹਨਾਂ ਦੇ ਪੱਲੇ ਕੱਖ ਨਹੀਂ ਹੈ, ਇਹ ਤਾਂ ਬਸ ਛਲ ਕਪਟ ਦੇ ਨਾਲ ਸ਼ੁਕਨੀ ਵਾਲੇ ਬਾਣਾ ਦੇ ਨਾਲ ਅਸੀਂ ਇਹ CEO ਬਣ ਗਏ ਜਾਂ ਅਸੀਂ ਪ੍ਰਧਾਨ ਬਣ ਗਏ, ਜੁਗਾੜ ਬੰਨ ਲਿਆ, ਫਿਰ ਦੁੱਖ ਹੁੰਦਾ। ਤੇ ਜਦ ਸਮਾਂ ਹੁੰਦਾ ਕਮਿਊਨਿਟੀ ਲਈ, ਖੜਦੇ ਨਹੀਂ ਕੋਈ, ਲੁਕ ਜਾਂਦੇ ਆ ਸਾਰੇ, ਉਸ ਸਮੇਂ ਫਿਰ ਅਸੀਂ ਗੁਰਦੁਆਰੇ ਲੰਗਰ ਲਾਉਣ, ਗੁਰਦੁਆਰੇ ਬਾਹਰ ਨਿਕਲਣ, ਗੁਰਦੁਆਰੇ ਹੈਲਪਲਾਈਨਾਂ ਖੋਲਣ, ਗੁਰਦੁਆਰੇ ਸੰਗਤ ਇਹ ਫਿਰ ਇਕੱਠੀ ਹੋ ਜਾਊ ਜੀ, ਸੰਗਤ ਜਿਹੜੀ 4 ਲੱਖ ਨੂੰ ਛਕਾਉਂਦੀ ਹੈ ਉਹੀ ਸੰਗਤ ਹੁਣ ਫਿਰ ਆ ਜਾਵੇ, ਕਮਾਲ ਹੋ ਗਈ। 1-844-247-1550 ਆਉਣੇ ਨੰਬਰ ਹੈ, ਭਾਈਚਾਰੇ ਦੀ ਗੱਲ ਚੱਲਦੀ ਹੈ ਲੋਕਸਤ ਦੇ ਵਿੱਚ, KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ, ਜਿੱਥੇ ਵੀ ਦੁਨੀਆਂ 'ਚ ਬੈਠੇ ਪ੍ਰੋਗਰਾਮ ਸੁਣ ਸਕਦੇ ਹੋ, ਰਹਿ ਜੇ ਤਾਂ ਲੋਕਸਤ ਤੇ ਪਾਇਆ ਹੁੰਦਾ YouTube ਤੇ, harjeet.g@krpradio.com ਇਹ ਈਮੇਲ ਹੈ, ਦਫ਼ਤਰ ਦਾ ਨੰਬਰ ਹੈ 604-440-6464 ਵਾਰਡ ਨਿੰਬੀ ਡੌਲਾ ਜੀ ਦਾ, ਤੇ ਦਫ਼ਤਰ ਦੀ ਈਮੇਲ ਹੈ info@krpradio.com 604-729-1224 604-729-1224 ਵਟਸਐਪ ਤੇ ਟੈਕਸਟ ਦੇ ਲਈ ਨੰਬਰ ਹੈ, ਇੱਥੇ ਤੁਸੀਂ ਸ਼ਾਮਿਲ ਹੋ ਸਕਦੇ। ਉਹ ਤੇਰਾ ਸਜਿਆ ਦੀਵਾਨ ਵੇ ਵਿੱਚ ਬਣਦੇ ਸੁਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ। ਇੱਕ ਫਿਰ ਤੂੰ ਯੋਧੇ ਲਈ ਹਰਮਨਜੀਤ ਲਿਖਦਾ, ਉਹ ਤੇਰਾ ਸਜਿਆ ਦੀਵਾਨ ਵੇ ਵਿੱਚ ਬਣਦੇ ਸੁਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ। ਕਰਦੀ ਫਿਰਾਂ ਤਿਲ ਚੌਲੀਆਂ ਵੇ ਰੁੱਤਾਂ ਬੌਲੀਆਂ, ਨਾ ਸਾਡਾ ਪੀਰ ਮਨਿੰਦਾ,
ਤੋੜਾ ਪੱਤਰੇ ਹਾੜ ਦੇ ਵਿਦਿਨ, ਤੋੜਾ ਪੱਤਰੇ ਤਾੜ ਦੇ ਵਿਦਿਨ ਹਾੜ ਦੇ, ਤੈਨੂੰ ਤਾਪ ਚੜੇਂਦਾ ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚੜੇਂਦਾ, ਕੱਜਣ ਤੇਰੇ ਰੰਗਲੇ ਵੇ ਅਸਾਂ ਤਾਂਗਲੇ ਤੇਰਾ ਇਸ਼ਕ ਲੰਘੇਂਦਾ, ਟਪ ਟਪਾਵਾਂ ਲਾਚੀਆਂ ਬੇ ਮਾਰਾ ਝਾਤੀਆਂ ਉਹਨਾਂ ਬਾਤ ਕਰੇਂਦਾ ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚੜੇਂਦਾ, ਤੀਰਾਂ ਤਰਕਸ਼ ਵਾਲੇ ਆ ਵੇ ਹੱਦੋਂ ਕਾਲੇ ਆ ਦਿਸੇ ਰਣ ਚ ਲੜੇਂਦਾ, ਬੈਠ ਪਹਾੜੀ ਚੋਟੀਆਂ ਵੇ ਗੱਲਾਂ ਖੋਟੀਆਂ ਸਾਡੀ ਅਕਲ ਚ ਰਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚੜੇਂਦਾ, ਮਾਂ ਦੇ ਯੋਧੇ ਸੂਰਿਆ ਸਾਨੂੰ ਪੂਰਿਆ ਕਿਆ ਤੱਕਣ ਤਕੇਂਦਾ, ਲੈ ਲੈ ਕਰਦਾ ਟਹਿਕਦਾ ਵੇ ਨਾਲੇ ਮਹਿਕਦਾ ਸਾਡੇ ਚਾਅ ਦਾ ਕਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਜੀਵਨ ਤੇਰੀਆਂ ਕਾਨੀਆਂ ਵੇ ਦਿਲ ਜਾਨੀਆਂ ਘਰ ਸੁੱਖ ਨ ਰਚੇਂਦਾ, ਰੱਸੇ ਤੇਰੀ ਹਰਿਆਉਲ ਵੇ ਦੇ ਜਾ ਕੌਲ ਵੇ ਕਲਰੀ ਵਰਸੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਸਬਜ ਕਚੂਰੀ ਖੇਤੀਆਂ ਵੇ ਸਰੋਂ ਮੇਥੀਆਂ ਨਾਲ ਵੇਰ ਪਕੇਂਦਾ, ਫੁੱਲ ਫੁੱਲ ਜਾਂਦਾ ਕੇਵੜਾ ਵੇ ਕਿਰੇ ਮੇਵੜਾ ਅੱਜ ਹੱਸਦਾ ਖੜੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ। ਜੋਧਿਆਂ ਦੇ ਨਾਲ ਦੀਆਂ ਇਉਂ ਗੱਲਾਂ ਕਰਦੀਆਂ, ਮਨ ਦਾ ਰਾਂਝਾ ਹਰ ਇੱਕ ਇਨਸਾਨ ਦਾ ਆਪਣਾ ਹੈ, ਰਾਂਝਾ ਰਾਜੀ ਜਦ ਕਰਦਾ ਵਾਇਰਸ ਹੋਵੇ ਕੁਛ ਹੋਵੇ ਉਹਨੇ ਰਾਂਝਾ ਰਾਜੀ ਕਰ ਲੈਣਾ, ਬਬਲਾ ਮੁੰਡਾ ਕਬੂਤਰਾਂ ਵਾਲਾ ਕਬੂਤਰ ਕੱਢੀ ਬੈਠਾ ਧੁੱਪੇ ਸਮਾਲ ਸਰੀਆਂ ਤੇ ਬਾਦਲਾਂ ਦੇ ਕਬੂਤਰ ਦਿਖਾਏ ਨੇ, ਕਹਿੰਦਾ ਬਾਈ ਜੀ ਆਪਾਂ ਤਾਂ ਬੈਠੇ ਆ ਬੈਠੇ ਨੇ ਦਰਵੇਸ਼। ਸਵਾਦ ਦੀ ਗੱਲ ਹੈ, ਤਿੰਨ ਚੀਜ਼ਾਂ ਜਿਹੜੀਆਂ ਕਬੂਤਰ ਹੋ ਗਏ ਡੋਗ ਹੋ ਗਏ ਕੁੱਤੇ ਕਹਿਣਾ ਮੈਨੂੰ ਬਾਹਲਾ ਵਧੀਆ ਨਹੀਂ ਲੱਗਦਾ, ਇਹ ਦਰਵੇਸ਼ ਤੇ ਘੋੜਾ ਘਰ ਚ ਜਾਨ ਭਾਈ, ਇਹ ਸਾਡੇ ਸ਼ੌਕ ਸੀ ਪੰਜਾਬ ਦੇ, ਇਹਨਾਂ ਦੇ ਆਲੇ ਦੁਆਲੇ 150 ਦੀ ਬੋਤਲ ਚ ਫੂਕ ਮਾਰ ਕੇ ਆਖਣੇ ਚਾਚੇ ਤਾਏ ਦੇ ਪੁੱਤ ਉੱਠ ਖੜਦੇ ਆ, ਭੂੰਗਾਂ ਜਿਹਦੇ ਜਿਹੜੇ ਢਿੱਡ ਹੋਇਆ, ਤੇ ਘੋੜਾ ਦਿਹਾੜੀ ਦਾ 50 ਰੁਪਈਏ ਨੀ ਖਾਂਦਾ, ਮੈਂ ਬੈਠੇ ਕਹੀ ਜਾਣਗੇ ਤਾਂ ਮਹਿੰਗਾ ਬਹੁਤ ਹੈ, ਏਡਾ ਵਧੀਆ ਜਾਨਵਰ ਹੈ ਦੁਸ਼ਮਣ ਨੂੰ ਸੁੰਘ ਲੈਂਦਾ, ਦੁਸ਼ਮਣ ਨੂੰ ਕਹੀ ਆਉਂਦਾ ਪਤਾ ਲੱਗੇ ਨਾ ਪਰਲੀ ਚਰੀ ਕੋਲ ਬੰਦੇ ਬੈਠੇ ਆ, ਬਰੂਦ ਦੀ ਸੁੰਘ 7-7 ਕਿੱਲਿਆਂ ਤੇ ਜਾਂਦੀ ਹੈ, ਰਾਹ ਮੋੜ ਦਿੰਦਾ ਪੈਰ ਗੱਡ ਦਿੰਦਾ, ਮਾਰ ਦੇਵੇ ਮਾਲਕ ਤੁਰੂ ਨੀ ਜੇ ਉਹਨੂੰ ਪਤਾ ਲੱਗ ਜਾਵੇ ਸਾਹਮਣੇ ਕੁਛ ਆ, ਹਿਣਕਦਾ ਕੋਈ ਬਾਹਰਲਾ ਬੰਦਾ ਘਰ ਚ ਪੈਰ ਪਾ ਦੇਵੇ, ਕਬੂਤਰ ਗੁਟਕਦੇ ਨੇ ਪਤਾ ਲੱਗਦਾ ਕਿ ਬਾਹਰਲੇ ਬੰਦੇ ਆ ਗਏ, ਤੇ ਦਰਵੇਸ਼ ਆ ਜਿਹੜਾ ਉਹ ਦਿਨ ਰਾਤ ਇੱਥੇ ਵੀ ਚਾਹੇ ਰਾਤਾਂ ਨੂੰ ਇੱਥੇ ਕੋਈ ਨੀ ਆਉਂਦਾ, ਰਾਤ ਨੂੰ ਉਹ ਜਾਗਦਾ ਦਿਨੇ ਸੌਂਦਾ, ਇਹ ਜਿਹੜੀ ਬੰਦੇ ਦੀ ਜਿਹੜੀ ਦੁੱਖ ਹੈ ਬੰਦੇ ਦਾ ਜਿਹੜਾ ਤਣਾਅ ਹੈ, ਉਹ ਜਾਨਵਰ ਜਿਹੜੇ ਨੇ ਪ੍ਰਕਿਰਤੀ ਦੇ ਵਿੱਚ ਸਾਡੇ ਬਰਾਬਰ ਦੇ ਹੀ ਨੇ, ਅੱਖ ਚ ਅੱਖ ਪਾ ਕੇ ਵੇਖੇ ਤੁਹਾਨੂੰ ਦੱਸ ਦਿੰਦੇ ਨੇ, ਚਾਹੇ ਬੇਜਵਾਨ ਨੇ ਕੀ ਸੋਚਦੇ, ਉਹ ਦੁੱਖ ਤੁਹਾਡਾ ਹਰ ਦਿੰਦੇ ਨੇ, ਹੱਥ ਫੇਰੋ ਤੁਹਾਨੂੰ ਦੱਸ ਦਿੰਦੇ ਨੇ, ਪਰ ਬੰਦਾ ਆਪਣੇ ਆਪ ਨੂੰ ਸੁਪੀਰੀਅਰ ਸਮਝ ਕੇ ਉਹ ਕਹਿੰਦਾ ਵੀ ਮੇਰੀ ਟੋਇਲਟ ਹੈ ਜਿਹੜੀ ਉਹ ਬੰਦ ਹੈ, ਮੇਰੀ ਵਾਸ਼ਰੂਮ ਦੇ ਵਿੱਚੋਂ ਸਮੈਲ ਨਹੀਂ ਆਉਂਦਾ ਕਿਉਂਕਿ ਐਗਜ਼ਾਸਟ ਹੈ, ਜਾਨਵਰ ਜਿਹੜੇ ਸਮੈਲ ਕਰਦੇ ਇਹ ਬਾਹਰ ਚਾਹੀਦੇ ਨੇ, ਇਸ ਤਰ੍ਹਾਂ ਚਾਹੀਦੇ ਨੇ ਗੱਲਾਂ ਨੇ, ਇਹ ਜਿਗਰਿਆਂ ਦੇ ਨਾਲ ਲੋਕਾਂ ਸਾਂਭ ਸਾਂਭ ਕੇ ਰੱਖੇ ਹੋਏ ਨੇ, ਜਿਹਨਾਂ ਨੂੰ ਵੀ ਪੰਜਾਬ ਦੇ ਮੁੰਡਿਆਂ ਦੇ ਸ਼ੌਕ ਵੱਲੇ ਨੇ ਜਦ ਇੱਥੇ ਸ਼ੁਰੂ ਹੋਏ 15-18 ਸਾਲ ਪਹਿਲਾਂ, ਤੇ ਇਹ ਬਹੁਤ ਔਖਾ ਹੈ ਕੰਮ ਜਿਹੜਾ ਇਹਨਾਂ ਨੂੰ ਇੱਥੇ ਲੈ ਕੇ ਆਉਣਾ, ਇੱਥੇ ਸਾਂਭਣਾ, ਤੇ ਉੱਥੋਂ ਲੈ ਕੇ ਅਸਲ ਤਾਂ ਲਿਆਂਦੇ ਤਾਂ ਪੰਜਾਬ ਤੋਂ ਹੀ ਨੇ ਨਾ, ਤੇ ਹੌਲੀ ਹੌਲੀ ਜਗਤਾਰ ਗਰਿਆਲ ਮਹਿਮਾ ਸਿੰਘ ਵਾਲੇ ਵਰਗਿਆਂ ਨੇ ਮੁੰਡਿਆਂ ਨੇ ਪਹਿਲਾਂ ਲਿਆ ਕੇ ਕਬੂਤਰ ਲਿਆਂਦੇ, ਹੋਰ ਲੈ ਆਏ ਹੌਲੀ ਹੌਲੀ, ਤੇ ਸੱਤੀ ਸ਼ਿਕਾਰੀ ਕੁੱਤੇ ਭਜਾਉਣ ਲੱਗ ਗਿਆ, ਸ਼ੌਕ ਅਸੀਂ ਨਾਲ ਲੈ ਆਏ, ਫਿਰ ਟਰੈਕਟਰ ਆਉਣ ਲੱਗ ਗਏ, ਟਰੈਕਟਰ ਫਿਰ ਸੰਦੂਕ ਆਉਣ ਲੱਗ ਗਏ, ਫਿਰ ਟਰਾਲੀਆਂ ਆਉਣ ਲੱਗ ਗਈਆਂ, ਹੁਣ ਟਰੈਕਟਰਾਂ ਨੂੰ ਉਹ ਫੋਲਣ ਵੀ ਲੱਗ ਗਏ, ਅੱਗੇ ਟਰੈਕਟਰ ਬਿਨਾਂ ਫੋਲੇ ਆਉਂਦੇ ਸੀ ਹੁਣ ਫੋਲਣ ਲੱਗ ਗਏ, ਕਹਿੰਦੇ ਜਦ ਲਾਉਂਦੇ, ਤੇ ਇਹ ਜਿਹੜਾ ਸ਼ੌਕ ਹੈ ਬੰਦੇ ਦਾ, ਸ਼ੌਕ ਇਹ ਪੂਰਾ ਹੋਣਾ ਚਾਹੀਦਾ। ਧੰਨਵਾਦ ਦੁਨੀਆਂ 'ਚ ਜਿੱਥੇ ਤੁਸੀਂ ਬੈਠੇ ਹੋ, ਸ਼ੁਰੂ ਦੇ ਵਿੱਚ ਹੀ ਹੁਣ ਅੱਜ ਬਹੁਤ ਗੱਲਾਂ ਚੱਲ ਰਹੀ ਹੈ ਕਿ ਜੀ ਉਹ $900 ਕਿਵੇਂ ਆਉਣਗੇ, ਉਹ $900 ਮਿਲਣੇ ਕਿਵੇਂ ਨੇ ਉਹ ਦੱਸੋ, ਤੇ ਮਨੀ ਜਿਹੜੀ 2-3 ਹਫ਼ਤੇ ਤੱਕ ਫਲੋ ਕਰਨੀ ਹੈ, $82 ਮਿਲੀਅਨ ਜਿਹੜਾ ਉਹ 57-25 ਕਰਕੇ ਇਕੱਠਾ ਇਸ ਤਰ੍ਹਾਂ ਕੁਛ, ਜਾਂ ਪਹਿਲਾਂ ਜਿਹੜਾ 77-25 ਉਹ ਇਕੱਠਾ ਕੀਤਾ, ਜਾਂ 57-25 ਤੇ
ਹੁਣ ਇਹਦੇ ਚ ਕੈਨੇਡਾ ਚਾਈਲਡ ਬੈਨੀਫਿਟ 2 ਬਿਲੀਅਨ ਸਾਲ ਜਿਹੜੀ ਐਕਸਟਰਾ ਸਪੋਰਟ ਹੈ, ਐਮਰਜੈਂਸੀ ਕੇਅਰ ਬੈਨੀਫਿਟ ਆ 922 ਵੀਕਲੀ 15 ਹਫ਼ਤਿਆਂ ਤੱਕ ਹੈ, ਉਹ ਕੱਲ ਦੱਸ ਕੇ ਹਟਿਆ। 5 ਬਿਲੀਅਨ ਦੀ ਨੈਸ਼ਨਲ ਐਮਰਜੈਂਸੀ ਸਪੋਰਟ ਬੈਨੀਫਿਟ ਨੇ, 6 ਮਹੀਨੇ ਦਾ ਇੰਟਰਸਟ ਫ੍ਰੀ ਜਵਾਕਾਂ ਦਾ ਲੋਨ ਹੈ, ਟੈਕਸ ਫਾਈਲਿੰਗ ਜੂਨ 1 ਤੱਕ ਹੋ ਗਿਆ ਤੇ ਅਗਸਤ 31 ਤੱਕ ਤੁਸੀਂ ਮਾਇਆ ਜਿਹੜੀ ਸਰਕਾਰ ਨੂੰ ਦੇਣੀ ਆ ਗਾਂਹ ਦੇ ਸਕਦੇ ਹੋ। ਇਹਨੂੰ ਹੁਣ ਸਮਝਿਓ, ਕਿਰਪਾ ਕਰਕੇ ਬੇਨਤੀ ਹੱਥ ਜੋੜ ਕੇ ਇਹ ਅਰਦਾਸ ਇਹ ਕਰੋ ਵੀ ਰੱਬ ਮਾਲਕ ਸਾਹਿਬ ਆਲਮ ਤੁਹਾਨੂੰ ਤਕੜਾ ਰੱਖੇ। ਇਹ $1800 ਨੇ ਕੱਖ ਨਹੀਂ ਬਟਾਉਣਾ ਤੁਹਾਡਾ, ਠੀਕ ਹੈ। ਇਹਦੇ ਲਈ ਕੁਆਲੀਫਿਕੇਸ਼ਨ ਹੈ, ਇਹਦੇ ਲਈ 52 ਹਫ਼ਤੇ ਕੰਮ ਕੀਤਾ ਹੋਣਾ ਚਾਹੀਦਾ, ਇਹਦੀ ਡਿਟੇਲ ਆਉਣੀ ਆ ਹਾਲੇ, ਇਹਦੇ ਲਈ ਡਾਕਟਰ ਦਾ ਨੋਟ ਚਾਹੀਦਾ। ਇਹ ਸਭ ਨੂੰ ਨਹੀਂ ਮਿਲਣੇ ਵੀ ਜਾਣਾ ਖੀਸੇ ਚ ਪਾ ਕੇ ਸਰਵਿਸ ਕੈਨੇਡਾ ਵਾਲਿਆਂ ਦੇ ਬਾਅਦ ਤੁਰੇ ਹੀ ਆਉਣਾ। ਹੁਣ ਸਵੇਰ ਦਾ ਫੋਨ ਖੜਕਦਾ ਉਹ $900 ਕਿਵੇਂ ਮਿਲਣਾ ਬਈ, ਇਹ ਇਉਂ ਨਹੀਂ ਮਿਲਣਾ ਬਈ, ਇਹਦਾ ਕੋਈ ਕਾਇਦਾ ਕਾਨੂੰਨ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰੇ, ਇਹ ਚਾਹੀਦਾ ਵੀ ਤੁਹਾਨੂੰ ਜਿਹੜੇ ਤੁਸੀਂ ਕਮਾਉਂਦੇ ਹੋ, ਸਾਨੂੰ ਸਵੇਰੇ ਨਿਕਲੇ ਹੋ, ਦਿਹਾੜੀ ਲਾ ਰਹੇ ਹੋ, ਜਿਹਨਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਮੁਸ਼ਕਲ ਨਹੀਂ, ਤੁਹਾਨੂੰ ਇਹ ਕੁਛ ਨਹੀਂ ਚਾਹੀਦਾ, ਨਾ ਹੀ ਤੁਹਾਨੂੰ ਇਹ ਮੰਗਣੇ ਚਾਹੀਦੇ। ਅਨਇੰਪਲਾਇਮੈਂਟ ਇੰਸ਼ੋਰੈਂਸ ਦਾ ਕੋਈ ਜਿਹੜਾ ਲੈਣ ਦਾ ਜਿਵੇਂ ਕੋਈ ਇੱਕ ਕੋਡ ਆਫ ਕੰਡਕਟ ਹੈ, ਇਸ ਤਰ੍ਹਾਂ ਇਹ ਨੇ, ਇਹ ਹਰ ਇੱਕ ਨੂੰ ਨਹੀਂ ਮਿਲਣੇ। ਲੋਕ ਤਾਂ ਬਾਹਰੋਂ ਧੱਕੇ ਨਾਲ ਜਿਹੜੀਆਂ ਫਲਾਈਟਾਂ ਲੈ ਕੇ ਆ ਰਹੇ ਨੇ, ਉਹਨਾਂ ਦੀ ਛਿੱਲ ਲਾਤੀ ਫਲਾਈਟਾਂ ਨੇ, ਲੋਕਾਂ ਨੇ ਖਬਰਾਂ ਛਾਪੀਆਂ। 3 ਦਿਨ ਪਹਿਲਾਂ ਇੱਕ ਨੇ ਫਲਾਈਟ ਲਈ ਪੇਰੂ ਦੇ ਵਿੱਚੋਂ, ਉਹਨੂੰ $3000 ਵੱਧ ਲੱਗਿਆ। ਕੰਟਰੋਲ ਕਰਨਾ ਸੀ ਵੀ ਇਹ ਏਅਰਲਾਈਨਾਂ ਨੂੰ ਕੰਟਰੋਲ ਕਰਦੇ, ਇਹਨਾਂ ਨੂੰ ਕਹਿੰਦੇ ਵੀ ਤੁਸੀਂ ਬੰਦੇ ਲਿਆਓ, ਚੱਕ ਕੇ ਸਰਕਾਰ ਤੁਹਾਨੂੰ ਦਊਗੀ, ਜੇ ਉਹਦੇ ਜਿੰਨਾ ਉਹਦਾ ਫੇਅਰ ਹੈ, ਮੰਨ ਲਓ ਵਾਪਸ ਫਲਾਈਟ 700 ਦੀ ਆ, ਤੁਹਾਨੂੰ 1400 ਚਾਹੀਦਾ, $400 ਸਰਕਾਰ ਤੋਂ ਲੈ ਲਿਓ। ਇਹ ਸੀ ਮਦਦ। ਹੁਣ ਇਹ ਜਿਹੜਾ ਕੁਛ ਕਰਨਾ ਹੈ, ਇਹ ਤਾਂ ਹੁਣ ਸਰਕਾਰਾਂ ਨੂੰ ਕਰਨਾ ਹੀ ਪੈਣਾ, ਰਾਜਨੀਤੀ ਹੈ। ਕੱਲ ਨੂੰ ਉਹਨਾਂ ਨੇ ਵੋਟਾਂ ਜਿੱਤਣੀਆਂ ਨੇ, ਸੂਬੇ ਦੀ ਸਰਕਾਰ ਤੁਹਾਡੇ ਨੈਸ਼ਨਲ ਜਿਹੜੀ ਪ੍ਰੋਵਿੰਸ਼ੀਅਲ ਐਮਰਜੈਂਸੀ ਡਿਕਲੇਅਰ ਕਰੂ, ਉਹ ਕੁਛ ਨਹੀਂ, ਸ਼ਬਦਾਂ ਦਾ ਹੇਰ ਫੇਰ ਹੈ ਵੀ ਅਸੀਂ ਰਿਸੋਰਸ ਵੱਧ ਇਸ ਚੀਜ਼ ਵੱਲ ਲਾਵਾਂਗੇ, ਕੁਝ ਨਹੀਂ। ਇਹ ਇਹ ਸਭ ਜਿਹੜਾ ਤੁਸੀਂ ਇਹਨੂੰ ਇਹ ਸਮਝੋ ਕਿ ਇਹ ਵਾਰ ਦੇ ਵਿੱਚ ਹੱਥ ਦਿੱਤਾ ਹੋਇਆ, ਜਾਣ ਵੇਲੇ ਵੀ ਲੱਗੀਆਂ ਸ਼ਿਲਤਾਂ ਤੇ ਕੱਢੋਗੇ ਬਾਹਰ ਬਾਂਹ ਤੇ ਸ਼ਿਲਤਾਂ ਫੇਰ ਲੱਗਣੀ। ਇਹ ਕਿਹਨੇ ਲੈਣਾ, ਕਿੱਥੋਂ ਲਿਆਉਣਾ ਇਹ ਜਿਹੜਾ ਇਹ $82 ਬਿਲੀਅਨ ਹੈ, ਇਹ ਕਿਹਨੇ $82 ਅਰਬ ਕਿੱਥੋਂ ਲਿਆਉਣਾ, ਕਿਹੜਾ ਹੜੰਬਾ ਚੱਲਦਾ ਟਰੂਡੋ ਦਾ? ਇਹ ਸਭ ਤੁਹਾਡਾ ਹੀ ਪੈਸਾ ਹੈ, ਤੁਹਾਡੇ ਤੇ ਲੈਵੀ ਲੱਗ ਜੂ, ਤੁਹਾਡੇ ਤੇ ਟੈਕਸ ਲੱਗ ਜਾਣਗੇ ਤੁਹਾਡੇ ਤੇ। ਔਰ ਉਧਰੋਂ ਬਜਟ ਨਹੀਂ ਉਹ ਪੇਸ਼ ਕਰ ਰਹੇ, ਬਜਟ ਦੇ ਵਿੱਚ ਜਿਹੜਾ ਘਾਟਾ ਵੱਧਦਾ 25-30 ਬਿਲੀਅਨ ਇਹਦੇ ਚ ਉਧਰ ਪੈ ਜਾਣਾ, ਸਮਝ ਲਿਓ ਗੱਲ, ਖਰਬੂਜੇ ਹੀ ਆ ਆਪਾਂ ਤਾਂ। ਹਾਂ, ਸਰਕਾਰਾਂ ਨੂੰ ਕਰਨਾ ਪੈਂਦਾ, ਸਰਕਾਰਾਂ ਦਾ ਕੰਮ ਸੀ ਇਹਨੂੰ ਕੰਟਰੋਲ ਕਰਦੇ। ਜਿੱਦਾਂ ਤਾਇਵਾਨ ਚ ਪਤਾ ਲੱਗਿਆ ਨਾ ਵੀ ਵੁਹਾਨ ਤੋਂ ਹਰ ਰੋਜ਼ ਫਲਾਈਟਾਂ ਆਉਂਦੀਆਂ ਨੇ, ਉਹਨਾਂ ਨੇ ਨਮਦੇ ਕਸਦੇ ਇਕੱਠੀਆਂ ਹੀ ਜਿਹੜਾ ਬਿਲਕੁਲ ਸੇਮ ਸਮੇਂ ਪਹਿਲਾ ਜਿਹੜਾ ਡਿਟੈਕਟ ਹੋਇਆ ਕੈਨੇਡੀਅਨ, ਪਹਿਲੇ ਹੀ ਸਮੇਂ ਤਾਇਵਾਨ ਦੇ ਵਿੱਚ ਜਿਹੜਾ ਡਿਟੈਕਟ ਹੋਇਆ, ਤੇ ਉਹਦੇ ਬਾਅਦ ਉਹਨਾਂ ਨੇ ਕਿਵੇਂ ਕੰਟਰੋਲ ਕੀਤਾ ਤੇ ਅਸੀਂ ਕਿਵੇਂ ਕੰਟਰੋਲ ਕੀਤਾ। ਉਹਨਾਂ ਨੇ ਉਸੇ ਸਮੇਂ ਜਹਾਜ਼ 'ਚ ਬੈਠੇ ਬੰਦਿਆਂ ਨੂੰ SMS ਭੇਜ ਤੇ, ਬਾਰ ਕੋਡ ਦੇ ਕੇ ਜਿਹਦੇ 'ਚ ਆਈਡੈਂਟੀਫਾਈ ਹੋਊ ਬੰਦਾ, ਵੀ ਇਹਦੇ ਤੇ ਕੁਐਸ਼ਨੇਅਰ ਭਰ ਕੇ ਭੇਜੋ ਜਹਾਜ਼ ਦੇ ਉੱਤਰਨ ਤੋਂ ਪਹਿਲਾਂ, ਫਿਰ ਅਸੀਂ ਤੁਹਾਨੂੰ ਦੇਖਣਾ ਵੀ ਫਿਰ ਤੁਹਾਨੂੰ ਪਤਾ ਲੱਗੂ। ਸਾਡੇ ਤਾਂ ਇੱਥੇ 3 ਦਿਨ ਪਹਿਲਾਂ ਤੱਕ ਏਅਰਪੋਰਟ ਤੇ ਕੋਈ ਚੈੱਕ ਨਹੀਂ ਸੀ ਕਰ ਰਿਹਾ, ਜਿੱਧਰੋਂ ਮਰਜ਼ੀ ਉਤਰੋ ਜਿੱਧਰ ਨੂੰ ਮਰਜ਼ੀ ਚਲੇ ਜਾਓ। ਔਰ ਉਹਨਾਂ ਦੇ ਉੱਥੇ ਹੀ ਗੱਲ ਖੜਾਤੀ ਜਿੱਥੇ ਜਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਹਦੇ ਤੇ ਔਖਾ ਹੋਊ, ਅਸੀਂ ਮਾਂਜੇ ਜਾਵਾਂਗੇ, ਅਸੀਂ ਇਹਦੇ 'ਚ ਤੰਗ ਹੋ ਜਾਵਾਂਗੇ, ਉਹਨਾਂ ਨੇ ਕੰਟਰੋਲ ਕਰ ਦਿੱਤਾ ਪੂਰਾ ਠੋਕ ਕੇ। ਇਹ ਸੀ ਕੰਮ ਕਰਨ ਵਾਲੇ। ਆਹ ਜਿਹੜੀ ਕੰਪਨਸੇਸ਼ਨ ਹੈ, ਇਹ ਤਾਂ ਬਾਅਦ ਦੀਆਂ ਗੱਲਾਂ। ਆਪਣੇ ਦੇਸ਼ ਨੂੰ, ਆਪਣੀ ਨੇਸ਼ਨ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਗੱਲ ਇਹ ਸੀ ਸਭ ਤੋਂ ਵੱਡੀ ਕਰਨ ਵਾਲੀ। ਸੋ ਉਹਨਾਂ ਨੇ ਉਸੇ ਸਮੇਂ, ਉਹਨਾਂ ਦਾ ਡੇਟਾਬੇਸ ਜਦ ਐਸਾ ਸਾਫ਼ ਵੇਲੇ ਦਾ ਬਣਾਇਆ ਹੋਇਆ, ਉਸੇ ਸਮੇਂ ਉਹਨਾਂ ਨੇ ਕੀ ਕੀਤਾ ਕਿ ਡੇਟੇ ਦੇ ਵਿੱਚੋਂ ਬੰਦੇ ਉਸੇ ਸਮੇਂ ਹੈਲਥ ਕੇਅਰ ਨਾਲ ਸਿਸਟਮ ਵੀ ਕਿਹੜਾ ਬੰਦਾ ਕਿੱਥੇ ਫਲਾਈ ਕਰ ਰਿਹਾ, ਕਿਹੜੀ ਕਿਹੜੀ ਜਗ੍ਹਾ ਜਾ ਰਿਹਾ, ਉਹਨਾਂ ਨੇ ਕੰਟਰੋਲ ਕਰ ਦਿੱਤਾ। 26 ਜਨਵਰੀ ਨੂੰ ਪਹਿਲੇ ਕੇਸ ਜਿਹੜੇ ਨੇ ਉਹ ਦਿਖਣ ਲੱਗੇ। 8 ਮਾਰਚ ਤੱਕ
100 केस ਹੋਇਆ ਸਾਡਾ ਹੋ ਗਿਆ 683 ਔਰ 8 ਮਾਰਚ ਤੋਂ ਬਾਅਦ ਹੀ ਚੀਜ਼ ਵਧੀਆ 8 ਮਾਰਚ ਤੱਕ ਬਰਾਬਰ ਚੱਲਦੇ ਰਹੇ ਦੋਨੇ ਦੇਸ਼ ਸਾਡੇ ਤੋਂ ਕੰਟਰੋਲ ਨਹੀਂ ਹੋਇਆ ਉਹ ਭੋਰਾਕ ਦੇਸ਼ ਹੈ ਉਹਨਾਂ ਨੇ ਕੰਟਰੋਲ ਕੀਤਾ ਇਹ ਜਿਹੜਾ ਕੰਮ ਹੈ ਕਰਨ ਦਾ ਸਾਡੇ ਤਾਂ ਏਅਰਪੋਰਟ ਆ 3 ਦਿਨ ਪਹਿਲਾਂ ਤੱਕ ਖੁੱਲੇ ਸੀ ਜਿੱਧਰੋਂ ਚੜਿਆ ਜਿੱਧਰ ਨੂੰ ਮਰਜ਼ੀ ਚੜਿਆ ਕੁਛ ਨੀ ਹੁਣ ਜਦ ਇਸ ਤੇ ਗੱਲ ਕਰਨੀ ਹੈ ਉਹ ਕਹਿੰਦਾ ਅਸੀਂ ਸਾਡੀ ਹੋਰ ਲੋਕਤੰਤਰ ਹੈ ਚਾਈਨਾ ਤਾਇਵਾਨ ਦੇ ਵਿੱਚ ਹੋਰ ਲੋਕਤੰਤਰ ਹੈ ਇੱਥੋਂ ਫਿਰ ਕਹਿ ਕੇ ਉਹ ਭੱਜਣਗੇ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਵਕੀਲਾਂ ਨੇ ਉਹਦੇ ਤੇ ਅੱਜ ਗੱਲਾਂ ਬਾਤਾਂ ਕਰ ਦਿੱਤੀਆਂ ਸਾਰੇ ਬੋਲ ਪਏ ਉਹਦੇ ਤੇ ਲਾਅ ਪ੍ਰੋਫੈਸਰ ਬੋਲ ਪਏ ਤੇ ਕਿ ਕੁਛ ਨੀ ਇਸ ਤਰ੍ਹਾਂ ਨੀ ਜਿਹੜਾ ਇਹ ਕੈਨੇਡਾ ਚ ਨਹੀਂ ਹੋ ਸਕਦਾ ਇੱਥੇ ਹਿਊਮਨ ਰਾਈਟਸ ਦੀਆਂ ਗੱਲਾਂ ਹੋਰ ਨੇ ਹਿਊਮਨ ਰਾਈਟਸ ਦੀਆਂ ਗੱਲਾਂ ਸਾਨੂੰ ਪਤਾ ਨੇ ਇੱਕ ਦਿਨ ਸੁਣਾ ਕੇ ਹਟਿਆ ਤੁਹਾਨੂੰ ਮੈਂ ਕਿ ਇੰਡੀਜਨਸ ਲੋਕਾਂ ਦੇ ਨਾਲ ਮਨੁੱਖੀ ਹੱਕਾਂ ਵਾਲੀ ਕਹਾਣੀ ਕਿਹੜੀ ਬਣੀ ਹੈ ਅੱਜ ਅਸਾਂ 20-20 ਮੰਜ਼ਿਲਾਂ ਇਮਾਰਤਾਂ 'ਚ ਬੈਠੇ ਠੰਡੀ ਹਵਾ ਲੈਂਦੇ ਹਾਂ ਪਰ ਉਹ ਧਰਤ ਨੂੰ ਕਿਵੇਂ ਕੰਟਰੋਲ ਕੀਤਾ ਪਿਛਲੇ ਦਿਨ ਤੁਹਾਨੂੰ ਸੁਣਾ ਕੇ ਹਟਿਆ ਪਹਿਲਾਂ ਕਿਵੇਂ ਬਫਲੋਜ਼ ਬਾਈਸਨ ਪਹਿਲਾਂ ਮਾਰੇ ਬਾਈਸਨਾਂ ਤੋਂ ਬਾਅਦ ਗਰੀਬ ਮਰ ਹੋਣ ਲੱਗ ਗਏ ਭੁੱਖੇ ਮਰਨ ਲੱਗ ਗਏ ਤਨ ਦੇ ਕੱਪੜੇ ਮੁੱਕ ਗਏ ਉਹਨਾਂ ਨੂੰ ਕਹਿੰਦੇ ਚੰਗਾ ਆ ਜਾਓ ਰਿਜ਼ਰਵ 'ਚ ਰਿਜ਼ਰਵ 'ਚ ਕੰਟਰੋਲ ਕੀਤੇ ਨਾਲ ਬਿਮਾਰੀਆਂ ਲਾਇਆ ਬਿਮਾਰੀਆਂ ਫੈਲਾਤੀਆਂ ਫਿਰ ਕਹਿੰਦੇ ਹੁਣ ਸਾਡਾ ਇੰਡੀਅਨ ਐਕਟ ਬਣ ਗਿਆ ਇੰਡੀਅਨ ਏਜੰਟ ਜਿਹੜਾ ਰਿਪ੍ਰਜੈਂਟੇਟਿਵ ਆ ਉਹ ਤੋਂ ਪਾਸ ਲੈ ਕੇ ਉਹਨਾਂ ਦੀ ਧਰਤੀ ਉਹੀ ਮਾਲਕ ਉਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਸ ਰਿਜ਼ਰਵ ਤੋਂ ਜੇ ਬਾਹਰ ਜਾਣਾ ਪਾਸ ਲੈ ਕੇ ਜਾਣਾ ਪੈਣਾ ਟ੍ਰੀਟੀਆਂ ਤੇ ਟ੍ਰੀਟੀਆਂ ਟ੍ਰੀਟੀਆਂ ਤੇ ਟ੍ਰੀਟੀਆਂ ਕੋਈ ਵਫਾ ਨਹੀਂ ਹੋਈ ਬਾੜੇ ਬੈਠਿਆ ਕੁੰਦਰਾਂ 'ਚ ਸਕੂਪ 60 ਰੈਜੀਡੈਂਸ਼ਲ ਸਕੂਲ ਨਸਲਾਂ ਬਰਬਾਦ ਕਰ ਦਿੱਤੀ ਇਹ ਮਨੁੱਖੀ ਹੱਕਾਂ ਉੱਕਣ ਵਾਲੀਆਂ ਤਾਂ ਗੱਲਾਂ ਨੇ ਇਹਦੇ ਤੂੰ ਵੀ ਇਹੀ ਸਮਝੋ ਆ ਜਿਹੜੀ ਕੰਪਨਸੇਸ਼ਨ ਹੈ ਇਹਦੇ ਚੋਂ ਕੱਖ ਨਹੀਂ ਵੱਟੀ ਦਾ ਪਹਿਲੀ ਤਾਂ ਅਰਦਾਸ ਕਰੋ ਕਿ ਬਿਮਾਰ ਨਾ ਹੋਵੋ ਬਿਮਾਰ ਹੋਵੋ ਤਾਂ ਇਹ $1800 ਨੇ ਤੁਹਾਨੂੰ ਕੁਛ ਨਹੀਂ ਦੇਣਾ ਇਹਦੇ ਬਲ ਨੂੰ ਮੁੜ ਮੁੜ ਕੇ ਗੱਲਾਂ ਨਾ ਕਰੋ 100 ਹੱਥ ਰੱਸਾ ਸਿਰੇ ਤੇ ਗੰਢ ਵਪਾਰਕ ਸੰਦੇਸ਼ਾਂ ਤੋਂ ਬਾਅਦ ਪ੍ਰਿਤਪਾਲ ਸਿੰਘ ਜੀ ਗੱਲ ਕਰਦਾ ਤੁਹਾਡਾ ਪ੍ਰਿਤਪਾਲ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ ਸਰੋਤਿਆਂ ਨੂੰ ਮੈਂ ਇੱਕ ਇਸ ਵੇਲੇ ਜਿਹੜੀ ਸਾਡੀ ਐਮਰਜੈਂਸੀ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਆਈ ਹੋਈ ਹੈਗੀ ਹੈ ਇਸ ਸਮੇਂ ਦੇ ਉੱਤੇ ਮੈਂ ਬਸ ਇਹੀ ਅਰਦਾਸ ਕਰਦਾ ਕਿ ਵਕਤ ਸਭ ਨੂੰ ਬਚਾ ਕੇ ਰੱਖੇ ਤੇ ਸਰਕਾਰਾਂ ਵੀ ਜੋ ਕਰ ਸਕਦੀਆਂ ਕਰ ਰਹੀਆਂ ਨੇ ਆਪਣੇ ਉਪਰਾਲੇ ਲੱਗੀਆਂ ਪਈਆਂ ਨੇ ਪਰ ਕੁਝ ਚੀਜ਼ਾਂ ਨੇ ਜਿਹੜੀਆਂ ਕਨਫਿਊਜ਼ ਹੋ ਰਹੀਆਂ ਲੋਕਲ ਲੀਡਰਸ਼ਿਪ ਵੱਲੋਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਜਿਹੜਾ ਤੁਹਾਨੂੰ 6 ਮਹੀਨੇ ਦਾ ਮੌਰਗੇਜ ਐਫਰ ਕੀਤੀ ਜਾਏਗੀ ਉਹ ਬੜਾ ਕਨਫਿਊਜ਼ਿੰਗ ਹੈਗਾ ਜੀ ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ ਜੇ ਅਸੀਂ ਜਦੋਂ ਉਸ ਨੂੰ ਪੜ੍ਹਦੇ ਹਾਂ ਡਾਕੂਮੈਂਟ ਨੂੰ ਡਾਕੂਮੈਂਟ ਦੇ ਵਿੱਚ $50 billion ਸਿਰਫ ਕੈਨੇਡੀਅਨ ਹਾਊਸਿੰਗ ਐਂਡ ਮੌਰਗੇਜ ਕਾਰਪੋਰੇਸ਼ਨ ਦਿੱਤਾ ਗਿਆ ਹੈਗਾ ਔਰ ਉਹਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਜਿਹੜਾ ਜਿਹਨੂੰ IMPP ਕਹਿੰਦੇ ਆ ਇੰਸ਼ੋਰਡ ਮੌਰਗੇਜ ਪਰਚੇਜ ਪ੍ਰੋਗਰਾਮ ਲਈ ਦਿੱਤਾ ਗਿਆ ਹੈਗਾ ਹੁਣ ਇੱਥੇ ਬੜੀ ਵੱਡਾ ਇੱਕ ਕਨਫਿਊਜ਼ਨ ਹੈਗੀ ਹੈ ਬੈਂਕਾਂ ਕਹਿ ਰਹੀਆਂ ਅਸੀਂ ਕਰਾਂਗੇ ਪਰ ਉਹ ਨਾਲ ਇਹ ਵੀ ਕਹਿ ਰਹੀਆਂ ਜਿਹੜੀਆਂ ਇੰਸ਼ੋਰਡ ਮੌਰਗੇਜਾਂ ਹੈਗੀਆਂ ਨੇ ਉਹਨਾਂ ਨੂੰ ਹੀ ਅਸੀਂ ਡੈਫਰ ਕਰਾਂਗੇ ਇੱਥੇ ਬੜੀ ਵੱਡੀ ਕਨਫਿਊਜ਼ਨ ਹੈ ਹਰਜੀਤ ਜੀ ਜਿਹੜੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਔਰ ਸਾਡੇ ਮੈਂਬਰ ਆਫ ਪਾਰਲੀਮੈਂਟ ਕਲੀਅਰ ਨਹੀਂ ਕਰ ਪਾ ਰਹੇ ਕਈ ਜਾ ਰਹੇ ਨੇ ਕਿ ਵੀ ਇਹ ਬੈਂਕਾਂ ਵੀ ਕਰਨਗੀਆਂ ਪਰ ਕੋਈ ਵੀ ਡਾਕੂਮੈਂਟਡ ਮਤਲਬ ਕਿ ਅਜੇ ਤੱਕ ਕਮਿਊਨੀਕੇਸ਼ਨ ਨਹੀਂ ਆਈ ਸਿਰਫ ਕਿਆਸ ਰਾਈਆਂ ਹੀ ਹੈਗੀਆਂ ਨੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਦੂਜੀ ਕੇਸ ਟੂ ਕੇਸ ਇਹ ਹੋਏਗਾ ਜੇ ਤੁਹਾਡੇ ਅਕਾਊਂਟ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਪੈਸੇ ਪਏ ਨੇ ਤਾਂ ਹੋ ਸਕਦਾ ਕਿ ਤੁਸੀਂ ਕੁਆਲੀਫਾਈ ਨਾ ਕਰ ਸਕੋ ਉਸ ਪ੍ਰੋਗਰਾਮ ਦੇ ਲਈ ਜਾਂ ਤੁਸੀਂ ਕੰਮ ਤੇ ਜਾ ਰਹੇ ਹੋ ਕੁਆਲੀਫਾਈ ਨਹੀਂ ਕਰ ਸਕੋਗੇ ਤੇ ਇਹ ਕਈ ਚੀਜ਼ਾਂ ਦੇਖੀ ਜਾਣੀਆਂ ਨੇ ਕਿਉਂਕਿ ਇਹਦੇ ਵਿੱਚ ਲੋਕ ਇਹਨੂੰ ਲਾਈਟ ਵੀ ਨਾ ਲੈਣ ਵੀ ਇਹ ਤਾਂ ਹੁਣ ਸਾਡੀ 6 ਮਹੀਨੇ ਪੇਮੈਂਟਾਂ ਨਹੀਂ ਜਾਣਗੀਆਂ ਅਸੀਂ ਤਾਂ ਹੁਣ ਮੌਜਾਂ ਹੋ ਜਾਣਗੀਆਂ ਇਹੋ ਜਿਹਾ ਕੁਛ ਨਹੀਂ ਹੋਣ ਲੱਗਾ ਇਹ ਕੇਸ ਟੂ ਕੇਸ ਹੋਏਗਾ ਔਰ ਇਹਦੇ ਵਿੱਚ ਵੀ ਦੇਖਿਆ ਜਾਣਾ ਕਿ ਜਿਹੜਾ $50 billion ਇਹਨਾਂ ਨੇ ਕੈਨੇਡੀਅਨ ਹਾਊਸਿੰਗ ਮੌਰਗੇਜ ਕਾਰਪੋਰੇਸ਼ਨ ਨੂੰ ਦਿੱਤਾ ਹੈਗਾ ਉਹ ਕੀ ਬੈਂਕਾਂ ਨੂੰ ਵੀ ਬੇਲ ਆਊਟ ਪੈਕੇਜ ਦੇਣਗੇ ਜੇ ਬੈਂਕਾਂ ਨੂੰ ਬੇਲ ਆਊਟ ਪੈਕੇਜ ਦੇਣਗੇ ਤਾਂ ਹੀ ਬੈਂਕਾਂ ਡੈਫਰ ਕਰਨਗੀਆਂ ਇਹਨਾਂ ਕੋਲ ਬੇਲ ਆਊਟ ਪੈਕੇਜ ਦੇਣ ਲਈ ਪੈਸੇ ਹੈਗੇ ਨੇ ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਪ੍ਰੋਗਰਾਮ ਅਨਾਊਂਸ ਕੀਤੇ ਨੇ ਉਹਨਾਂ ਦੇ ਵਿੱਚ ਅਜੇ ਉਹਨਾਂ ਦਾ ਬਿੱਲ ਪਾਸ ਹੋਣਾ ਹੈਗਾ ਰਾਇਲ ਕੰਸੈਂਟ ਆਣੀ ਹੈਗੀ ਹੈ ਗਵਰਨਰ ਜਨਰਲ ਦੇ ਕੋਲ ਹੋ ਸਕਦਾ ਉਹ ਜਾਵੇ ਔਰ ਉਹ ਬਿੱਲ ਪਾਸ ਹੋਣ ਤੋਂ ਬਾਅਦ ਹੀ ਲਾਗੂ ਹੋਣਾ ਹੈਗਾ ਇਹ ਵੀ ਬੜੀ ਵੱਡੀ ਕਨਫਿਊਜ਼ਨ ਹੈ ਜਿਹੜੀ ਲੋਕਲ ਲੀਡਰਸ਼ਿਪ ਕਲੀਅਰ ਨਹੀਂ ਕਰ ਰਹੀ ਕਿ ਉਹ ਬਿੱਲ ਪਾਸ ਹੋ ਗਿਆ ਕਿ ਨਹੀਂ ਹੋ ਗਿਆ ਉਹ ਬਿੱਲ ਤੇ ਕੰਸੈਂਟ ਮਿਲ ਗਿਆ ਕਿ ਨਹੀਂ ਮਿਲ ਗਿਆ ਉਹ ਕਦੋਂ ਲਾਗੂ ਹੋਣਾ ਕਿਉਂਕਿ ਡਾਕੂਮੈਂਟ ਦੱਸ ਰਿਹਾ ਕਿ ਅਰਲੀ ਅਪ੍ਰੈਲ ਦੇ ਵਿੱਚ ਉਹ ਕੰਸੈਂਟ ਦੇ ਲਈ ਭੇਜਿਆ ਜਾਊਗਾ ਔਰ ਜਿਹਦੇ ਵਿੱਚ ਚਾਈਲਡ
ਬੈਨੀਫਿਟ ਹੈਗੇ ਨੇ, ਹੋਰ ਕਈ ਬੈਨੀਫਿਟ ਹੈਗੇ ਨੇ ਜਿਹੜੇ ਮਈ ਦੇ ਵਿੱਚ ਰਾਇਲ ਕੰਸੈਂਟ ਲਈ ਭੇਜੇ ਜਾਣਗੇ। ਇਹ ਮੈਂ ਚਾਹਾਂਗਾ ਤੁਸੀਂ ਲੋਕਲ ਲੀਡਰਸ਼ਿਪ ਤੋਂ ਕਲੀਅਰ ਕਰੋ ਕਿ ਇਹ ਬਿੱਲ ਪਾਸ ਹੋ ਗਏ ਨੇ, ਰਾਇਲ ਕੰਸੈਂਟ ਮਿਲ ਗਈ ਹੈ, ਕਿਉਂਕਿ ਲੋਕ ਸਮਝਦੇ ਕਿ ਵੀ ਸਾਨੂੰ ਤਾਂ $900 ਬਸ ਮਿਲਣਾ ਹੈ। ਕਈ ਟੈਕਸੀ ਵਾਲੇ ਵੀਰ ਮੈਨੂੰ ਫੋਨ ਕਰ ਰਹੇ ਆ ਕਿ ਇਹ ਅੱਜ ਤੋਂ ਲਾਗੂ ਹੋ ਜਾਏਗਾ, ਸਾਨੂੰ ਤਾਂ ਡੇਢ ਘੰਟੇ ਕਾਲ ਨੀ ਮਿਲ ਰਹੀ, ਅਸੀਂ ਇਹਦੇ ਨਾਲ ਘਰ ਨਾ ਬਹਿ ਜਾਈਏ। ਮੈਂ ਕਹਿੰਦਾ ਜੀ ਅਜੇ ਤਾਂ ਬਿੱਲ ਵੀ ਨੀ ਪਾਸ ਹੋਇਆ, ਅਜੇ ਤਾਂ ਉਹਨੂੰ ਰਾਇਲ ਕੰਸੈਂਟ ਵੀ ਨੀ ਮਿਲੀ, ਤੁਸੀਂ ਕਿਉਂ ਕਨਫਿਊਜ਼ ਹੋ ਰਹੇ ਹੋ? ਲੋਕਲ ਲੀਡਰਸ਼ਿਪ ਕਨਫਿਊਜ਼ ਕਰੀ ਜਾ ਰਹੀ ਹੈ। ਹਰਜੀਤ ਜੀ ਇਹਨੂੰ ਕਲੀਅਰ ਕਰਵਾਓ, ਇਹ ਬਹੁਤ ਵੱਡੀ ਕਨਫਿਊਜ਼ਨ ਹੈ ਕਿ ਬਿੱਲ ਪਾਸ ਹੋ ਗਿਆ ਕਿ ਨਹੀਂ ਹੋਇਆ, ਕਿਉਂਕਿ ਡਾਕੂਮੈਂਟ ਦੇ ਵਿੱਚ ਕਲੀਅਰ ਲਿਖਿਆ ਹੋਇਆ ਹੈਗਾ। ਬਿਲਕੁਲ ਠੀਕ ਹੈ, ਕੱਲ ਡਾਕੂਮੈਂਟ ਟਰੂਡੋ ਸਾਹਿਬ ਨੇ ਆਪਣੇ ਉਸ ਤੋਂ ਬਾਅਦ ਰਿਲੀਜ਼ ਹੋਏ ਨਾ, ਉਹਦੇ ਵਿੱਚ ਕਲੀਅਰ ਲਿਖਿਆ ਕਿ ਰਾਇਲ ਕੰਸੈਂਟ ਮਿਲੇਗੀ, ਉਸ ਤੋਂ ਬਾਅਦ ਇਹ ਲਾਗੂ ਹੋਏਗਾ, ਔਰ ਕੁਛ ਪ੍ਰੋਗਰਾਮ ਅਪ੍ਰੈਲ ਅਰਲੀ ਦੇ ਵਿੱਚ ਹੋਣਗੇ, ਕੁਛ ਮੇ ਦੇ ਵਿੱਚ ਹੋਣਗੇ, ਕਿਉਂਕਿ ਬੜੀ ਵੱਡੀ ਕਨਫਿਊਜ਼ਨ ਹੈ, ਇਹਨੂੰ ਕਲੀਅਰ ਕਰੋ ਲੋਕਲ ਲੀਡਰਸ਼ਿਪ ਤੋਂ ਜੀ। ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਬਿਲਕੁਲ ਗੱਲ ਸਹੀ ਹੈ, ਇਹ ਕੁਝ ਵੀ ਇਹ ਲਾਗੂ ਨਹੀਂ ਹੋਣਾ, ਇਸ ਲਈ ਅਪਰੂਵਲ ਹੋਣੀ ਹੈ, ਅਪਰੂਵਲ ਤੋਂ ਬਾਅਦ ਇਹ ਗੱਲ ਅੱਗੇ ਹੋਣੀ ਹੈ। ਇਹ ਇਹ ਇੱਥੇ ਸਮਝਣ ਦੀ ਲੋੜ ਹੈ, ਇਹ ਰਾਹਤ ਪੈਕੇਜ ਇਹ ਜਿਵੇਂ ਕਹਿ ਤਾ ਟੋਟਲ ਸਰਵਿਸ ਕੈਨੇਡਾ ਦੇ ਕੋਲ ਪੈਸੇ ਆ ਗਏ, ਇਹ ਨਹੀਂ ਹੈ ਕਹਾਣੀ। ਇੰਦਰਪ੍ਰੀਤ ਸਿੰਘ ਟਵਾਣਾ ਜੀ ਲਾਈਨ ਨੰਬਰ 3 ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਗੱਲਬਾਤ ਇਹ ਕਰ ਰਹੇ ਹਾਂ ਨਾ, ਆਪਾਂ ਬਹੁਤ ਲੋਕ ਮੈਂ ਦੇਖਿਆ ਖੁਸ਼ ਹੈ। ਚਲੋ ਨਾ, ਜਿਹੜਾ ਪੈਸਾ ਹੁਣ ਸਰਕਾਰ ਨੇ ਲਾਉਣਾ ਗਿਲ ਸਾਹਿਬ, ਉਹ ਜਾਣਾ ਤਾਂ ਆਪਣੀ ਜੇਬ ਚੋਂ ਹੈ। ਜਿਹੜਾ ਕਿਤੇ ਕੈਨੇਡਾ ਦੀ ਡਿਵੈਲਪਮੈਂਟ ਤੇ ਲੱਗਣਾ ਸੀਗਾ, ਉਹ ਕੈਨੇਡਾ ਇੱਕ ਦੋ ਸਾਲ ਪਿੱਛੇ ਚਲਾ ਜਾਣਾ ਤਰੱਕੀ ਚ ਨਾ। ਸੋ ਕਈ ਲੋਕ ਬੜੇ ਖੁਸ਼ ਨੇ ਵੀ ਜਵਾਕਾਂ ਦੇ ਵੀ 300 ਵੱਧ ਜਾਣੇ ਨੇ, ਉਹ ਵੱਧ ਜਾਣੇ ਨੇ। ਅਸੀਂ ਦੇਖੋ, ਹਰੇਕ ਗਲਤੀ ਚੋਂ ਕੋਈ ਨਾ ਕੋਈ ਬੰਦਾ ਸਿੱਖਦਾ ਨਾ। ਤੇ ਹੁਣ ਇਹ ਕਹਿ ਰਹੇ ਨੇ ਵੀ 70-80% ਬੰਦੇ ਇੱਥੇ ਪੇ ਚੈੱਕ ਟੂ ਪੇ ਚੈੱਕ ਨੇ ਕੈਨੇਡਾ ਅਮੈਰੀਕਾ ਦੇ ਵਿੱਚ ਨਾ। ਸੋ ਇਹ ਡਿਜ਼ਾਸਟਰ ਨੇ ਕੀ ਸਿਖਾਇਆ ਵੀ ਐਟਲੀਸਟ 5-7 ਹਜ਼ਾਰ ਜਿਹੜਾ ਕਿਤੇ ਮਤਲਬ ਕਈ ਵਾਰੀ ਅਕਾਊਂਟ ਚ ਪਿਆ ਰਹਿੰਦਾ ਨਾ, ਲੋਕ ਕਹਿੰਦੇ ਨੇ ਤਾਂ ਤੇਰਾ ਵੇਸਟ ਪਿਆ, ਤੂੰ ਸੇਵਿੰਗ ਅਕਾਊਂਟ ਚ ਕਾਹਤੇ ਰੱਖੇ ਨੇ ਪੈਸੇ, ਜਾਂ ਕਰੰਟ ਅਕਾਊਂਟ ਚ ਮਿਨੀਮਮ ਬੈਲੈਂਸ 5,000 ਕਾਹਤੇ ਰੱਖਦਾ। ਸੋ ਇਹ ਚੀਜ਼ਾਂ ਕਈ ਵਾਰੀ ਹੁਣ ਉਹ ਬੰਦੇ ਥੋੜਾ ਜਿਹਾ ਆਰਾਮ ਨਾਲ ਸੁੱਤੇ ਹੋਏ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇੱਕ ਅੱਧੀ ਮੋਰਗੇਜ ਚਲੀ ਵੀ ਜਾਊਗੀ, ਚਲੋ ਬੰਦਾ ਝੱਲ ਲੂਗਾ। ਹੁਣ ਜਿਹੜੇ ਬੰਦੇ ਸਟੱਕ ਹੋ ਗਏ ਨੇ ਇੰਡੀਆ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਮੋਰਗੇਜ ਦੀ ਹੈ, ਕਿਉਂਕਿ ਸਭ ਤੋਂ ਵੱਡਾ ਚੰਕ ਆਪਣਾ ਉਹੀ ਜਾਂਦਾ। ਸੋ ਚੀਜ਼ਾਂ ਆਪਾਂ ਨੂੰ ਸਿਖਾਉਂਦੀਆਂ ਨੇ ਅੱਗੇ ਦੀ ਅੱਗੇ, ਜਿਵੇਂ ਹੁਣ ਕੋਈ ਵੀ ਇਕੋਨਮੀ ਹੈ ਬਹੁਤ ਜ਼ਿਆਦਾ ਇੱਕ ਮਤਲਬ ਸੂਖਮ ਸੋਹਲ ਇਕੋਨਮੀ ਕਹਿ ਸਕਦੇ ਹਾਂ, ਕੋਈ ਸਟਰੋਂਗ ਤਾਂ ਹੈ ਨਹੀਂ, ਕੋਈ ਛੋਟੀ ਜਿਹੀ ਗੱਲ ਆਉਂਦੀ ਹੈ ਉਹਦੇ ਨਾਲ ਸਾਰਾ ਕੁਛ ਹੀ ਚਰਮਰਾ ਜਾਂਦਾ। ਤੇ ਜਿਹੜਾ ਪੈਸਿਆਂ ਦੀ ਗੱਲ ਹੈ ਗਿੱਲ ਸਾਹਿਬ, ਕੋਈ ਨੀ ਚਾਹੁੰਦਾ ਕਿ ਮੈਨੂੰ ਪੈਸੇ ਮਿਲਣ, ਮੈਂ ਤਾਂ ਖੁਦ ਚਾਹੁੰਦਾ ਕਿ ਮੈਨੂੰ ਨਾ ਮਿਲਣ, ਉਹ ਜਾਣੇ ਆਪਣੀ ਜੇਬ ਚੋਂ ਹੀ ਨੇ। ਮਤਲਬ ਇਹ ਕੋਈ ਉਹ ਨੀ ਹੈਗਾ ਸਰਕਾਰ ਫ੍ਰੀ ਦੇ ਰਹੀ ਹੈ, ਤੇ ਉਹ ਸਾਡਾ ਹੀ ਨੁਕਸਾਨ ਹੋਣਾ ਬਾਈ ਜੀ ਅਗਲੇ ਸਾਲਾਂ ਦੇ ਵਿੱਚ। ਤੇ ਸਰਕਾਰ ਨੂੰ ਇੱਕ ਮੌਕਾ ਮਿਲ ਜਾਣਾ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ, ਕਿ ਤੁਸੀਂ ਦੇਖ ਲਿਓ ਅਗਲੇ ਸਾਲਾਂ ਦੇ ਵਿੱਚ ਹੋਊਗਾ। ਬਾਈ ਜੀ ਧੰਨਵਾਦ। ਧੰਨਵਾਦ ਜੀ। ਹਰਜੀਤ ਸਿੰਘ ਜੀ ਲਾਈਨ ਨੰਬਰ 4 ਆਪਣੇ ਲੋਕਾਂ ਨੂੰ ਵੀ $1,800 ਕੋਈ ਮਹਿਨਾ ਨੀ ਰਖਾਉਂਦਾ ਜੇ ਕੋਈ ਮਿਲ ਵੀ ਜਾਊ ਕਿਸੇ ਨੂੰ। ਚਲੋ ਜਿਹਨੂੰ ਲੋੜ ਆ, ਕੋਈ ਇਸ ਬਿਮਾਰੀ ਦੀ ਜਦ ਚ ਆ ਗਿਆ, ਉਹਨੂੰ ਜਰੂਰ ਮਿਲਣਾ ਚਾਹੀਦਾ। ਪਰ ਗਿੱਲ ਸਾਹਿਬ ਇੱਕ ਗੱਲ ਜ਼ਰੂਰ ਗੌਰਮੈਂਟ ਨੂੰ ਕਰਨੀ ਚਾਹੀਦੀ, ਅੱਗੇ ਆਪਾਂ ਪਹਿਲਾਂ ਦੇਖਿਆ ਵੀ ਜਦੋਂ ਕੋਈ ਇਹੋ ਜਿਹੀਆਂ ਫੰਡਿੰਗ ਵਗੈਰਾ ਆਉਂਦੀਆਂ ਨੇ ਤਾਂ ਉਹ ਬੜੀਆਂ ਬੜੀਆਂ ਖਰਾਬੀ ਸੰਸਥਾਵਾਂ ਲੈ ਜਾਂਦੀਆਂ ਨੇ, ਤੇ ਉਹ 5 ਮਹੀਨੇ ਲੈ ਗਿਆ, ਕੋਈ 10 ਮਹੀਨੇ ਲੈ ਗਿਆ। ਮਤਲਬ ਇਹਦੇ ਵਿੱਚ ਸਰਕਾਰ ਨੂੰ ਕੋਈ ਜਿੰਦਾ ਕੁੰਡਾ ਪੱਕਾ ਲਾਉਣਾ ਚਾਹੀਦਾ ਵੀ ਕੋਈ ਨਜਾਇਜ਼ ਇਹਦੀ ਵਰਤੋਂ ਨਾ ਕਰੇ, ਕੋਈ ਨਜਾਇਜ਼ ਬੰਦਾ ਹੈ ਤੇ ਨਾ ਕਰੇ, ਜੇ ਲੋੜਵੰਦ ਆ ਉਹਨਾਂ ਨੂੰ ਮਿਲੇ। ਇਹ ਨਾ ਹੋਵੇ ਵੀ ਇਹ ਸਾਰੇ ਮਤਲਬ ਕੋਈ ਛਾਤਰ ਲੋਕ ਨੇ ਉਹੀ ਛੱਕ ਜਾਣ ਤੇ ਜਿਹੜੇ ਲੋੜਵੰਦ ਆ ਉਹਨਾਂ ਤੱਕ ਪਹੁੰਚੇ ਨਾ, ਇਹਦੇ ਉੱਤੇ ਜ਼ਰੂਰ ਜਿੰਦਾ ਕੁੰਡਾ ਲਾਉਣਾ ਚਾਹੀਦਾ। ਇੱਕ ਹੋਰ ਗੱਲ ਵੀ ਕਰਨ ਵਾਲੇ, ਜਦੋਂ ਤਾਂ ਕੋਈ ਹੋਰ ਮੁਸ਼ਕਲ ਆਉਂਦੀ ਆ, ਇੱਥੇ MLA ਦਿਖਦੀਆਂ ਜਾਂ ਕੋਈ ਹੋਰ ਪ੍ਰੋਬਲਮ ਆ, ਫਿਰ ਕਦੇ ਨੀ ਕੋਈ ਆਪਣਾ ਮੰਤਰੀ ਸੰਤਰੀ ਆ ਕੇ ਰੇਡੀਓ ਤੇ ਮੂਹਰੇ ਆ ਕੇ ਕਹਿੰਦਾ ਹਾਂ ਜੀ ਮੈਂ ਗੱਲ ਕਰੂੰਗਾ, ਹਾਂ ਜਾ ਕੇ ਵੀ ਆਹ ਪ੍ਰੋਬਲਮ ਆ, ਤੇ ਉਹ ਵੀ ਉੱਥੇ 4 ਪੈਸੇ ਆ ਜਾਣ, ਫਿਰ ਸਾਰੇ ਰੇਡੀਓ ਸਟੇਸ਼ਨ ਦੇ ਗੇੜੇ ਦਿੰਦੇ ਆ, ਮੈਂ ਪੈਸੇ ਲਿਆਂਦੇ। ਫਿਰ ਕੋਈ ਹੋਰ ਪ੍ਰੋਬਲਮ ਆਏ, ਫਿਰ ਨੀ ਕਦੇ ਆਉਣਾ, ਫਿਰ ਕੋਈ ਰੇਡੀਓ ਸਟੇਸ਼ਨ ਯਾਦ ਨੀ ਆਉਂਦਾ। ਥੈਂਕ ਯੂ ਜੀ। ਮੈਂ ਆਪਾਂ 2 ਮਹੀਨੇ ਦਾ ਰੌਲਾ ਪਾਉਂਦੇ ਹਾਂ ਭਾਈ ਤੋਂ ਆ ਕੇ, ਕੱਲ ਮਾੜਾ ਜਿਹਾ ਟਰੂਡੋ ਨੇ ਹਲੇ ਕਿਹਾ ਨੀ ਤੇ ਫਿਰ ਦੇਖ ਲਾ ਤੂੰ ਟਵਿੱਟਰ ਤੇ, ਉਹ ਆਹ ਲਿਆ ਤਾ ਅਸੀਂ, ਆਹ ਲਿਆ ਤਾ ਅਸੀਂ, ਉਹ ਲਿਆ ਤਾ। ਚਲੋ ਲੋਕ ਸਿਆਣੇ ਹੋ ਗਏ। ਚੰਨ ਸਿੰਘ ਜੀ ਲਾਈਨ ਨੰਬਰ 5 ਔਲ ਸਾਹਿਬ ਜੀ। ਸਰਦਾਰ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਔਲ ਸਾਹਿਬ ਜੀ। ਮੈਂ ਇਹਦੇ ਬਾਰੇ ਬੋਲਣਾ ਚਾਹੁੰਦਾ, ਜਿਹੜਾ $82 ਬਿਲੀਅਨ ਜਿਹੜਾ ਫੈਡਰਲ ਸਰਕਾਰ ਨੇ ਦਿੱਤਾ ਨਾ ਵੀ ਇਕਾਨਮੀ ਜਿਹੜੀ ਕਾਇਮ ਰਹੇ,
ਤੇ ਡੈਮੇਜ ਕੰਟਰੋਲ ਕਰ ਦਿੱਤਾ ਇਕਾਨਮੀ ਦੀ, ਉਹਦੇ ਬਾਰੇ ਬੋਲਣਾ ਚਾਹੁੰਦਾ ਵਾ ਵੀ ਬੋਲੋ ਉਹਦੇ ਉਹਨੂੰ ਵਰਤਣ ਦੀ ਗਾਈਡਲਾਈਨ ਨੀਗੀ ਉਹਨਾਂ ਨੇ ਕੋਈ ਵੀ ਦਿੱਤੀ। ਜਿਹੜੇ ਲੋਕਲ ਪਾਲੀਟੀਸ਼ੀਅਨ ਆ ਸਾਡੇ ਕੱਲ ਉਹ ਕਿਸੇ ਸ਼ਹਿਰ ਦੇ ਆ ਜਾਂ ਭਾਵੇਂ ਕਿਸੇ ਪ੍ਰੋਵਿੰਸ ਦੇ ਹੀ ਆ, ਪਾਲੀਟੀਸ਼ੀਅਨ ਅੱਜ ਕੱਲ ਬਾਰੇ ਯਕੀਨ ਨੀ ਇਹਨਾਂ ਤੇ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦਾ ਜ਼ਿਆਦਾ ਖਿਆਲ ਆਪਣੇ ਵੋਟ ਬੈਂਕ ਬੈਂਕ ਦਾ ਹੁੰਦਾ ਵਾ, ਇਹਦੇ ਪਬਲਿਕ ਦਾ ਇਹਨਾਂ ਦਾ ਕੋਈ ਦੂਜੇ ਦਰਜੇ ਤੇ ਪਾ ਦਿੰਦੇ ਆਪਣੇ ਜਿਹੜੀ ਪ੍ਰਾਇਓਰਿਟੀ ਆ। ਪਹਿਲਾਂ ਪ੍ਰਾਇਓਰਿਟੀ ਇਹਨਾਂ ਦੀ ਹੁੰਦੀ ਆ ਵੀ ਸਾਡਾ ਹਰ ਗੱਲ ਦੇ ਵਿੱਚ ਵੋਟ ਬੈਂਕ ਕਿੰਨਾ ਕੁ ਬਣਦਾ ਵਾ। ਜਿਸ ਤਰ੍ਹਾਂ ਮੈਂ ਇਹ ਸਮਝਦਾ ਕਈ ਏਦਾਂ ਦੇ ਵੀ ਪਾਲੀਟੀਸ਼ੀਅਨ ਹੈਗੇ ਨੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਕਈ ਸਕੀਮਾਂ ਉਹਨਾਂ ਨੇ ਵਾਅਦੇ ਕੀਤੇ ਆਪਣੇ ਚੋਣ ਜਿੱਤਣ ਲਈ ਵੀ ਅਸੀਂ ਇੱਥੇ ਰੇਲ ਗੱਡੀ ਬਣਾ ਦਾਂਗੇ, ਸਕਾਈ ਟ੍ਰੇਨਾਂ ਚਲਾ ਦਾਂਗੇ, ਇੱਥੇ ਆਪਣੇ ਕਈ ਗੱਲਾਂ ਇਹੋ ਜਿਹੀਆਂ ਕੀਤੀਆਂ ਉਹ ਜਿਹੜੀਆਂ, ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਇਹ ਡਰ ਲੱਗਦਾ ਜੇ ਉਹਨਾਂ ਕੋਲ ਪੈਸਾ ਆ ਗਿਆ ਨਾ ਤੇ ਉਹ ਕਿਤੇ ਇਹਨਾਂ ਕੰਮਾਂ ਦੇ ਪੈਸੇ ਦੀ ਕਿਤੇ ਦੁਰਵਰਤੋਂ ਨਾ ਕਰਨ। ਤੇ ਇਹ ਜਿਹੜਾ ਸੀ ਗਾਈਡਲਾਈਨ ਚਾਹੀਦੀ ਸੀਗੀ ਵੀ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪੋਲੀਟੀਸ਼ੀਅਨ ਫੜਿਆ ਗਿਆ ਤੇ ਉਹਨੂੰ ਸਖ਼ਤ ਸਜ਼ਾ ਦਿੱਤੀ ਜਾਊਗੀ। ਇਹ ਪੈਸਾ ਜਿਹੜਾ ਵਾ ਜਿਸ ਕੰਮ ਲਈ ਮਿਲਿਆ ਵਾ ਉੱਥੇ ਬਣਨਾ ਚਾਹੀਦਾ ਵਾ। ਪਰ ਦੂਜੇ ਬੰਦੇ ਹੋਰ ਇੱਕ ਗੱਲ ਮੈਨੂੰ ਕੰਪਲੀਟ ਕਰ ਲੈਣ ਦਿਓ, ਬੜੀ ਮਿਹਰਬਾਨੀ ਹੋ ਗਈ। ਜਿਸ ਤਰ੍ਹਾਂ ਹੁਣ ਇਹਨਾਂ ਨੇ ਅਜੇ ਹਾਲ ਦੀ ਘੜੀ ਕੋਈ ਪ੍ਰੈਕਟੀਕਲੀ ਕਦਮ ਨਹੀਂ ਉਠਾਇਆ, ਜ਼ਿਆਦਾ ਇਹੋ ਗੱਲਾਂ ਕਹੀ ਜਾਏ ਕਿਸੇ ਦੇ ਲਾਗੇ ਨਾ ਲੱਗੋ, ਕਿਸੇ ਆਪਣੇ ਸਟੋਰ ਤੇ ਨਾ ਜਾਓ, ਕਿਸੇ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ। ਜਿਸ ਤਰ੍ਹਾਂ ਹੁਣ ਲਿਨ ਵੈਲੀ ਦੇ ਵਿੱਚ ਓਲਡ ਫੈਸ਼ਨ ਹੋਮ ਦੇ ਵਿੱਚ ਇੱਕ ਡੈਥ ਹੋਈ ਸੀ, ਹੁਣ ਵਧੀਆ 5-6 ਹੋ ਗਈਆਂ ਵਾ ਤੇ ਕਈ ਸਿੱਖ ਵੀ ਹੋ ਗਏ ਆ ਉੱਥੇ ਚਾਹੀਦਾ। ਤੇ ਇਹੀ ਉਸੇ ਵੇਲੇ ਜੋ ਪਹਿਲੀ ਡੈਥ ਹੋਈ ਸੀ ਉਹਨਾਂ ਨੂੰ ਜੋ ਵੀ ਅੱਜ ਕੱਲ੍ਹ ਐਂਟੀਸੈਪਟਿਕ ਸਪਰੇ ਮਿਲਦੀਆਂ ਵਾ ਉਹ ਸਾਰਾ ਓਲਡ ਫੈਸ਼ਨ ਹੋਮ ਨੂੰ ਜਿਹੜਾ ਸੀ ਉਹ ਸਪਰੇ ਕਰ ਦਿੱਤਾ ਜਾਂਦਾ ਉਹਦੇ ਦਰਵਾਜ਼ਿਆਂ ਤੇ, ਤੇ ਉਹਦੇ ਉਹਦੇ ਜਿੰਨੇ ਵੀ ਉਹਨਾਂ ਦੇ ਬਿਸਤਰੇ ਸੀ ਬਹੁਤ ਤੱਤੇ ਪਾਣੀ ਦੇ ਉਹ ਧੋ ਦਿੱਤੇ ਜਾਂਦੇ, ਤੇ ਉਹਦੇ ਵਿੱਚ ਮੁੜ ਕੇ ਸਾਰਾ ਚੀਜ਼ ਉਹਨੂੰ ਡਿਸਇਨਫੈਕਟ ਕਰ ਦਿੱਤਾ ਜਾਂਦਾ। ਤੇ ਸ਼ਾਇਦ ਇਹ ਵਾਇਰਸ ਵਧਣੀ ਨਹੀਂ ਸੀਗੀ ਉਹ ਹਾਲ ਦੀ ਘੜੀ ਵੀ ਕੋਈ ਵੀ ਪ੍ਰੈਕਟੀਕਲੀ ਕਰ ਰਿਹਾ। ਇੱਕੋ ਗੱਲ ਕਹਿ ਰਹੇ ਇਕੱਠੇ ਨਾ ਹੋ ਆਪਣੇ ਤੁਸੀਂ ਕਿਸੇ ਦੇ ਲਾਗੇ ਨਾ ਲੱਗੋ, ਸਕੂਲ ਬੰਦ ਕਰ ਰਹੇ ਨੇ। ਹੁਣ ਜੇ ਬੱਚਾ ਕੋਈ ਸਕੂਲ ਦੇ ਵਿੱਚ ਬਿਮਾਰ ਹੈ ਤੇ ਜੇ ਬਾਹਰ ਆ ਗਿਆ ਉਹ ਵਾਇਰਸ ਨੇ ਫਿਰ ਵੀ ਬਾਹਰ ਆ ਕੇ ਵੀ ਲਈ ਫਿਰਦਾ ਵਾ। ਸੋ ਇਸ ਵਜ੍ਹਾ ਕਰਕੇ ਬਾਹਰ ਇਫੈਕਟਿਵ ਨਹੀਂ ਹੈਗਾ ਜਿੰਨਾ ਚਿਰ ਹਰ ਬਿਲਡਿੰਗ ਜਿਹੜੀ ਉਹ ਡਿਸਇਨਫੈਕਟ ਨਹੀਂ ਕਰ ਦਿੱਤੀ ਜਾਂਦੀ। ਇਹ ਜੋ ਵੀ ਪੈਸਾ ਮਿਲਦਾ ਵਾ ਉਹ ਸਾਰਾ ਖਰਚ ਹੋ ਜਾਣਾ ਚਾਹੀਦਾ, ਇਹਦਾ ਸਪਰੇਅ ਕਰ ਦਿੱਤੀ ਜਾਵੇ ਥਾਂ ਥਾਂ ਦੇ ਉੱਤੇ ਤਾਂ ਕਿ ਇਹ ਸਾਰੀ ਵਾਇਰਸ ਜਿਹੜੀ ਹੈ ਕੰਟਰੋਲ ਹੋ ਜਾਵੇ। ਥੈਂਕ ਯੂ ਵੈਰੀ ਮਚ ਟਾਈਮ ਨੇ। ਧੰਨਵਾਦ ਜੀ ਔਲਖ ਸਾਹਿਬ। ਵਪਾਰਕ ਸੰਦੇਸ਼ਾਂ ਤੋਂ ਬਾਅਦ ਦੱਸਦਾ ਹੈ 80 ਬਿਲੀਅਨ ਦੇ ਵਿੱਚ ਕੀ ਹੈ, ਸੁਣ ਲਿਓ। ਜਿਹੜੀ ਰਾਹਤ ਆ ਉਹ $27 ਬਿਲੀਅਨ ਦੀ ਆ ਟੋਟਲ, 27 ਬਿਲੀਅਨ ਦੀ, $55 ਬਿਲੀਅਨ ਤੁਹਾਡਾ ਟੈਕਸ ਜਿਹੜਾ ਜਾਣਾ ਸੀ ਆ ਦਿਨਾਂ ਚ, ਉਹ ਮਤਲਬ 31 ਮਾਰਚ ਨੂੰ $55 ਬਿਲੀਅਨ ਜਿਹੜਾ ਜਾਣਾ ਸੀ ਉਹ ਅੱਗੇ ਕੀਤਾ 3 ਮਹੀਨੇ। ਇਹ $82 ਬਿਲੀਅਨ ਦੇ ਵਿੱਚ $55 ਬਿਲੀਅਨ ਟੈਕਸ ਡਿਫਰਲ ਹੈ ਜਿਹੜਾ ਅੱਗੇ ਜਾਣਾ, ਮਤਲਬ 31 ਮਾਰਚ ਨੂੰ ਨਾ ਦਿਓ ਸਾਨੂੰ 1 ਜੂਨ ਨੂੰ ਦੇ ਦਿਓ। ਅਸਲ ਰਾਹਤ ਜਿਹੜੀ ਹੈ ਉਹ $27 ਬਿਲੀਅਨ ਦੀ ਆ, ਉਹ $82 ਬਿਲੀਅਨ ਉਹ ਗੱਲ ਦਾ ਰੌਲਾ ਪੈ ਰਿਹਾ। ਇਹਨੂੰ ਜੇ ਤੋੜ ਕੇ ਵੇਖਣਾ ਉਹ ਇਹ ਹੈ ਵੀ ਥੋਤੋਂ ਮੈਂ $100 ਦੇਣਾ, ਉਹ ਕਹਿੰਦਾ ਚੱਲ 2 ਮਹੀਨੇ ਨੂੰ ਦੇ ਦੀ ਯਾਰ, ਉਹ ਆ $55 ਬਿਲੀਅਨ। ਵਪਾਰਕ ਸੰਦੇਸ਼ ਮੁੜ ਕੇ ਆਇਆ। ਸੈਮ ਜੀ ਤੁਸੀਂ ਇਹ ਤੇ ਲਾਈਨ ਨੰਬਰ 2 ਸਾਹਿਬ, ਪਹਿਲੀ ਤਾਂ ਗੱਲ ਤੁਸੀਂ ਜਿਹੜੀ ਕੀਤੀ ਕਲੀਅਰ ਕਰਤਾ ਵੀ $82 ਬਿਲੀਅਨ ਕਹਿੰਦੇ ਆ, ਹੈਗਾ $27 ਬਿਲੀਅਨ ਆ, ਉਹ ਵੀ ਜੀ ਕਿਸ ਤਰ੍ਹਾਂ ਮਿਲਣਾ ਉਹ ਆਪਾਂ ਨੂੰ ਪਤਾ ਹੀ ਆ। ਸੈਲਫ ਆਈਸੋਲੇਸ਼ਨ ਪਹਿਲਾਂ ਵੀ ਅਜਿਹਾ ਸੀ ਵੀ ਟੂ ਲਿਟਲ ਟੂ ਲੇਟ, ਹੁਣ ਵੀ ਅਜਿਹਾ ਹੀ ਆ। ਸੈਲਫ ਆਈਸੋਲੇਸ਼ਨ ਕਹਿੰਦੇ ਆ ਪਰ ਕਰ ਨਹੀਂ ਰਹਿ ਰਹੇ, ਕੁਛ ਲੋਕ ਮੈਨੂੰ ਜਾਣਦੇ ਜਿਹੜੇ ਕੱਲ ਆਏ ਆ ਅੱਜ ਕੰਮਾਂ ਤੇ ਤੁਰੇ ਫਿਰਦੇ ਆ, ਸੋ ਇੱਧਰ ਵੀ ਪੰਗਾ ਹੀ ਆ। ਮੈਂ ਇਹ ਕਹੂੰਗਾ ਵੀ ਅਗਰ ਸਿਆਣੇ ਆ ਲੋਕ ਜਿਹੜੇ ਸੁਣ ਰਹੇ ਆ, ਜੇ ਕੋਈ ਕਿਸੇ ਨੂੰ ਜਾਣਦਾ ਆ ਪਲੀਜ਼ ਦੱਸੋ ਵੀ ਇਹਨੂੰ ਵਧਾਓ ਨਾ, ਵਧਿਆ ਤੇ ਕੰਮ ਖਰਾਬ ਹੋ ਜਾਣਾ। ਪੈਸੇ ਨਾ ਦੇਖੋ, ਪੈਸੇ ਤਾਂ ਸਿਰਫ ਇਸ ਲਈ ਉਹਨਾਂ ਨੇ ਇਹ ਪਹਿਲਾਂ ਅਨਾਊਂਸ ਕਰ ਦਿੱਤੇ ਆ ਵੀ ਤੁਸੀਂ ਡਰਿਓ ਨਾ ਵੀ ਸਾਨੂੰ ਬਾਅਦ ਚ ਕੱਲ ਨੂੰ ਕੀ ਹੋਊਗਾ, ਤੁਸੀਂ ਜੇ ਘਰਾਂ ਚ ਵੀ ਤੁਹਾਨੂੰ ਮਹੀਨਾ ਬੈਠਣਾ ਪਿਆ ਤੇ ਤੁਹਾਨੂੰ ਪੈਸੇ ਆ ਜਾਣਗੇ। ਸਿਰਫ ਲੋਕਾਂ ਨੂੰ ਇਸ ਕਰਕੇ ਵੀ ਚੋਰੀ ਨਾ ਕਰੇ, ਕੋਈ ਚੋਰੀ ਆਈਸੋਲੇਟ ਬਾਹਰ ਨਾ ਜਾਵੇ, ਪਰ ਹੋ ਰਿਹਾ ਜੇ ਹੁਣ ਹੋ ਰਿਹਾ ਆਈ ਡੋਂਟ ਨੋ ਇਹ ਲਿਟਲ ਟੂ ਲੇਟ ਕਿਉਂ ਕਰ ਰਹੀ ਆ। ਸਾਹਿਬ ਇਹੀ ਕਹਿਣਾ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਾਹਿਬ ਅਵਤਾਰ ਸਿੰਘ ਜੀ ਲਾਈਨ ਨੰਬਰ 3, ਸਤਿ ਸ਼੍ਰੀ ਅਕਾਲ ਜੀ।
ਦੇਖੋ ਜਿਹਨਾਂ ਤਿਲਾਂ ਦੇ ਵਿੱਚ ਤੇਲ ਨੀ ਹੁੰਦਾ ਨਾ, ਉਹਨਾਂ ਤੇਲ ਨਿਕਲਦਾ ਵੀ ਨੀ ਹੁੰਦਾ। ਮੈਂ ਤੁਹਾਨੂੰ ਦੱਸਦਾ ਦੇਖੋ ਪੋਲੀਟੀਕਲ ਜਾਂ ਪਾਰਟੀਸ਼ਨ ਕੰਸੈਪਟ ਦੇ ਪੁਆਇੰਟ ਆਫ ਵਿਊ ਤੋਂ ਨੀ ਗੱਲ ਕਰਨ ਲੱਗਾ, ਕੰਪਲੀਟ ਫੇਲੀਅਰ ਆਫ ਨਾਟ ਓਨਲੀ ਲੋਕਲ ਲੀਡਰਸ਼ਿਪ, ਪ੍ਰੋਵਿੰਸ਼ੀਅਲ ਲੈਵਲ ਤੇ ਤਾਂ ਕੰਮ ਹੋ ਰਿਹਾ, ਫੈਡਰਲ ਲੈਵਲ ਤੇ, ਬਟ ਵਰਲਡ ਲੀਡਰਸ਼ਿਪ ਦੇ ਵੀ ਕੋਆਪਰੇਸ਼ਨ ਦੀ ਬਹੁਤ ਵੱਡੀ ਕਮੀ ਦੀ। ਦੇਖੋ ਇਹ ਇੰਨੇ ਬਿਲੀਅਨਸ ਆਫ ਬਿਲੀਅਨ ਡਾਲਰ ਦੇ ਪੈਕੇਜ ਅਨਾਊਂਸ ਕਰ ਰਿਹਾ। ਮੈਂ ਇੱਕ ਕੱਲ ਖਰੇ ਪਰਸੋਂ ਦੀ ਗੱਲ, ਕੋਈ ਸੱਜਣ ਕਹਿ ਰਿਹਾ ਸੀ ਵੀ ਦੇਖੋ ਟਰੂਡੋ ਨੇ ਖਜ਼ਾਨੇ ਖੋਲਤੇ ਜਦੋਂ ਲੋੜ ਪਈ ਆ, ਲੋਕਾਂ ਦੀ ਇਕਨੋਮਿਕ ਸੈਂਸ ਦੇਖੋ ਵੀ 5 ਸਾਲ ਤੋਂ ਬਜਟ ਤੋਂ ਅਸੀਂ ਡੈਫੀਸਿਟ ਪੇਸ਼ ਕਰ ਰਹੇ ਹਾਂ, ਸਾਡਾ 5 ਸਾਲਾਂ ਦੇ ਇੱਥੋਂ ਵੀ ਬੈਲੈਂਸ ਬਜਟ ਹੈ, ਖਜ਼ਾਨੇ 'ਚ ਤੁਹਾਡੇ ਕਿੱਥੇ ਪੈਸੇ ਆ, ਠੀਕ ਨੀ? ਇਹ ਜਿੰਨਾ ਵੀ ਤੁਸੀਂ ਟ੍ਰੈਜਰੀ ਬੋਰਡ ਦੇ 1% ਦੇ ਲੋਨ ਲੈਣਾ, ਜਿਹੜਾ ਕਨੇਡ ਦੇ 760 ਬਿਲੀਅਨ ਦਾ ਲੋਨ ਚੜਿਆ, ਉਹ ਇੱਦਾਂ ਹੀ ਚੜ੍ਹਦਾ। ਹੁਣ ਜਦੋਂ ਤੁਸੀਂ ਰਿਵਾਈਜ਼ ਹੋਣਾ ਨੈਕਸਟ ਈਅਰ ਦੀ ਫਾਈਨੈਂਸ਼ੀਅਲ ਜਿਹਦੇ ਨਹੀਂ ਕਲੋਜ਼ ਕਰਨੀ ਬੈਲੈਂਸ ਸ਼ੀਟ, ਉਦੋਂ ਦੇਖਿਓ ਇਹ ਕਰਜ਼ਾ ਹੋਰ ਵਧਿਆ ਹੋਣਾ। ਉੱਤੇ ਜੇ 1% ਦੇ ਦਰ ਨਾਲ ਵੀ ਅਸੀਂ ਵਿਆਜ ਦਈਏ, ਮੰਨ ਲਓ 800 ਬਿਲੀਅਨ ਡਾਲਰ, $8 ਬਿਲੀਅਨ ਤਾਂ ਸਾਡਾ ਇੱਕ ਵਿਆਜ ਹੀ ਜਾਣਾ। ਲੋਕੀ ਅੰਡਰਸਟੈਂਡ ਨਹੀਂ ਕਰਦੇ। ਦੇਖੋ ਜਦੋਂ ਚਾਈਨਾ ਦੇ ਵਿੱਚ ਇਹ ਫੈਲਿਆ, ਦਸੰਬਰ ਦੇ ਵਿੱਚ ਫੈਲਿਆ, ਅਸੀਂ ਰਿਐਕਟਿਵ ਅਪਰੋਚ ਨਾਲ ਕੰਮ ਕਰ ਰਹੇ ਹਾਂ, ਹੱਲੇ ਵੀ ਕਰ ਰਹੇ ਹਾਂ। ਮੈਂ ਕਹਿੰਦਾ ਹੱਲੇ ਵੀ ਸਾਡੇ ਕੋਲ ਜਿਹੜੇ 2 ਹਫ਼ਤੇ ਬਹੁਤ ਕਰੂਸ਼ੀਅਲ ਆ, ਜੇ ਇੱਥੇ ਅਸੀਂ ਪ੍ਰੋਐਕਟਿਵਲੀ ਕੰਮਕਾਰੀ ਕਰੀਏ ਤਾਂ ਇਹਨੂੰ ਚੀਜ਼ ਨੂੰ ਬਚਾਇਆ ਜਾ ਸਕਦਾ। ਪਹਿਲਾਂ ਮੈਂ ਲੋਕਲ ਲੀਡਰਸ਼ਿਪ ਤੋਂ ਗੱਲ ਕਰਦਾ। ਅੱਜ ਕੱਲ੍ਹ ਦੇ ਲੋਕਲ MPs ਨੂੰ ਪਤਾ ਹੀ ਨਹੀਂ ਹੈਗਾ ਵੀ MP ਦੀ ਹੁੰਦਾ ਕੀ ਆ। ਅੱਜ ਕੱਲ੍ਹ ਦੇ MP ਨਥਿੰਗ ਬਟ ਸਪੋਕਸ ਪਰਸਨ ਆਫ ਦਾ ਗਵਰਨਮੈਂਟ। ਜਦੋਂ ਪੁਰਾਣੇ ਟਾਈਮ ਦੇ ਰਾਜਾ ਕੋਈ ਨਾ ਐਲਾਨ ਕਰਦਾ ਹੁੰਦਾ ਸੀ ਤਾਂ ਨਗਾਰਾ ਲੈ ਕੇ ਬੰਦੇ ਨਾ ਉਹ ਜਾ ਕੇ ਮਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਹੋਕਾ ਦਿੰਦੇ ਸੀ ਵੀ ਰਾਜੇ ਨੇ ਆਹ ਕਰਦਾ। ਉਹ ਭਾਈ ਸਾਹਿਬ ਜੀ, ਯੂ ਆਰ ਇਨ ਅ ਮੈਂਬਰ ਆਫ ਪਾਰਲੀਮੈਂਟ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਰੀ ਹਾਸਪਿਟਲ ਇਜ਼ ਰੈਡੀ ਟੂ ਹੈਂਡਲ ਦੈਟ ਕਾਈਂਡ ਆਫ ਸਿਚੁਏਸ਼ਨ। ਸਾਡਾ ਜਿਹੜਾ ਸਾਡੇ ਹੱਬ, 2 ਮੇਨ ਹੱਬ ਆ, ਸਕਾਈ ਟ੍ਰੇਨ ਸਟੇਸ਼ਨ ਕਿੰਗ ਜਾਰਜ ਦਾ ਤੇ ਤੁਹਾਡਾ ਨਿਊਟਨ ਦਾ ਜਿਹੜਾ ਹੱਬ ਆ, ਕੀ ਇੱਥੇ ਜਿਹੜੀ ਤੁਹਾਡੀ ਸੋਸ਼ਲ ਡਿਸਟੈਂਸਿੰਗ ਹੋ ਰਹੀ ਹੈ, ਕੀ ਤੁਸੀਂ ਪਬਲਿਕ ਅਥਾਰਟੀ ਦੇ ਨਾਲ ਕੰਮ ਮਿਲ ਕੇ ਕੰਮ ਕਰ ਰਹੇ ਹੋ, ਕਿ ਉੱਥੇ ਤੁਸੀਂ ਔਨ ਗਰਾਊਂਡ ਜਾ ਕੇ ਰਿਐਲਿਟੀ ਚੈੱਕ ਕਰ ਰਹੇ ਹੋ, ਤੁਸੀਂ ਉੱਥੇ ਗੱਲ ਕਰ ਰਹੇ ਹੋ, ਕਿ ਤੁਸੀਂ ਮੀਡੀਆ ਦੇ ਵਿੱਚ ਕਨਵੇ ਕਰ ਰਹੇ ਹੋ ਕਿ ਸਾਨੂੰ ਸਰਕਾਰ ਸਾਨੂੰ ਆਹ ਪ੍ਰੋਬਲਮ ਆ ਸਕਦੀਆਂ ਜੇ ਸਰੀ ਦੇ ਵਿੱਚ ਬ੍ਰੇਕਆਊਟ ਹੁੰਦਾ, ਕੀ ਤੁਹਾਡੇ ਲੋਕਲ ਜਿਹੜੇ ਹੋਸਪਿਟਲ ਆ ਉਹ ਰੈਡੀ ਨੇ? ਉਹਨਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦਾ, ਔਰ ਮੈਨੂੰ ਮੀਡੀਆ ਤੋਂ ਵੀ ਇਹ ਸ਼ਿਕਾਇਤ ਆ ਕਿ ਉਹਨਾਂ ਬਾਰੇ ਪੁੱਛਦਾ ਹੀ ਨਹੀਂ ਕੋਈ। ਤੁਸੀਂ ਇਹ ਪੁੱਛੀ ਜਾਂਦੇ ਵੀ ਸਰਕਾਰ ਨੇ ਕੀ ਕੀਤਾ, ਕਿਆ ਕੀਤਾ, ਉਹ ਲਈ ਤਾਂ ਸਪੋਕਸ ਪਰਸਨ ਹੈਗਾ ਆ, ਤੁਸੀਂ ਅਕਾਊਂਟੈਂਟ ਨੂੰ ਬੁਲਾ ਲਓ, ਜਿਵੇਂ ਤੁਸੀਂ ਜੋ ਟੈਕਸ ਫਾਈਲ ਅਕਾਊਂਟੈਂਟ ਨੂੰ ਫੋਨ ਕਰਕੇ ਪੁੱਛਣਾ, ਸਾਨੂੰ ਸਾਰਾ ਦੱਸ ਦੇਣਗੇ ਕਿਹਨੂੰ ਬੈਨੀਫਿਟ ਮਿਲਣੇ ਕਿਹਨੂੰ ਨਹੀਂ ਮਿਲਣੇ। MPs ਪਤਾ ਨਹੀਂ ਕਾਹਦੇ ਰੌਲਾ ਪਾਉਣ ਲੱਗੇ ਹੋ। MPs ਦਾ ਕੰਮ ਆ ਗਰਾਊਂਡ ਰਿਐਲਿਟੀ ਤੇ ਜਾ ਕੇ ਜਿਹੜੇ ਥਰੈਟ ਵਾ, ਜਿਹੜੇ ਜਿੱਥੇ ਸਾਨੂੰ ਲੱਗਦਾ ਵੀ ਜ਼ਿਆਦਾ ਰਿਸਕ ਹੈਗਾ, ਕਿ ਉੱਥੇ ਸਾਡੀ ਜਿਹੜੀ ਸੇਫਟੀ ਪ੍ਰੀਕੋਸ਼ਨ ਲਈਆਂ ਜਾ ਰਹੀਆਂ, ਸਾਡੇ ਗ੍ਰੋਸਰੀ ਸਟੋਰ ਦਾ, ਗ੍ਰੋਸਰੀ ਸਟੋਰ ਦੇ ਜਿਹੜੇ ਸਟੋਰ ਓਨਰ ਆ, ਉਹਨਾਂ ਨਾਲ ਗੱਲ ਕਰੋ ਵੀ ਤੁਸੀਂ 6 ਫੀਟ ਜਿਹੜੀ ਸੋਸ਼ਲ ਡਿਸਟੈਂਸਿੰਗ ਤੁਹਾਡੇ ਕਾਰਗਰ ਹੋ ਰਹੀ ਹੈ, ਜੇ ਨਹੀਂ ਹੋ ਰਹੀ ਤੁਹਾਨੂੰ ਸਪੋਰਟ ਦੀ ਲੋੜ ਆ, ਤੁਹਾਨੂੰ ਅਨਾਊਂਸਮੈਂਟ ਕਰਨ ਦੀ ਲੋੜ ਆ ਕਿ ਲੋਕੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ। ਜਿਸ ਤਰ੍ਹਾਂ ਅਸੀਂ ਰਿਐਕਟਿਵ ਕੈਚਿੰਗ ਅਪ ਜਿਹੜੀ ਸਾਈਕੋਲੋਜੀ ਰੱਖੀ ਹੋਵੇ, ਪਹਿਲਾਂ ਜੋ ਹੋ ਰਿਹਾ ਫਿਰ ਉਸ ਤੋਂ ਬਾਅਦ ਉਹਨੂੰ ਹੈਂਡਲ ਕਰਨੇ ਸੀ ਰਿਐਕਟਿਵ ਅਪਰੋਚ ਨਾਲ। ਦੂਸਰੀ ਗੱਲ, ਹੈਲਥ ਮਿਨਿਸਟਰ ਤੇ ਮੈਨੂੰ ਬੜੀ ਪਰਸਨਲੀ ਬੜੀ ਆ ਕਿ ਦੇਖੋ ਉਹਨਾਂ ਨੇ 2 ਡਾਇਗਨੋਸਟਿਕ ਕਿੱਟ ਜਿਹੜੀਆਂ ਹੁਣ ਟੈਸਟਿੰਗ ਕਿੱਟਸ ਆ ਉਹ ਅਪਰੂਵ ਕੀਤੀਆਂ ਦਸੰਬਰ ਦੇ ਵਿੱਚ। ਇਹ ਸਾਰਿਆਂ ਨੂੰ ਪਤਾ ਸੀ ਵੁਹਾਨ ਦਾ ਕੀ ਹਾਲ ਆ, ਕਿ ਇਹਨਾਂ ਨੇ ਪਬਲਿਕਲੀ ਜਾਂ ਉਹਨਾਂ ਡਾਇਗਨੋਸਟਿਕ ਕੰਪਨੀਆਂ ਨਾਲ ਇੱਕ ਮੀਟਿੰਗ ਅਨਾਊਂਸ ਕਰਕੇ ਕਹਿ ਦਿੰਦੇ ਵੀ ਤੁਸੀਂ ਇੱਕ ਟੈਸਟ ਕਿੱਟ ਤਿਆਰ ਕਰੋ। ਉਹ ਟੈਸਟ ਕਿੱਟ ਤਿਆਰ ਕਰਨਾ ਜਿੰਨਾ ਖਰਚਾ ਉਹ ਫੈਡਰਲ ਗਵਰਨਮੈਂਟ ਦਊਗੀ, ਕਿੰਨਾ ਮਿਲੀਅਨ, 2 ਮਿਲੀਅਨ, 5 ਮਿਲੀਅਨ ਆਏ ਦਾ ਟੈਸਟਿੰਗ ਕਿੱਟ ਤਿਆਰ ਕਰਨ ਦਾ, ਤਿਆਰ ਕਰਨ ਦਾ ਖਰਚਾ ਲੈਣ ਦਾ, ਉਸ ਤੋਂ ਬਾਅਦ ਪਰਚੇਜ ਕਰਨਾ ਉਹ ਸਾਡੀ ਰਿਸਪੋਂਸੀਬਿਲਟੀ। ਉਹਨਾਂ ਤੋਂ ਟੈਸਟਿੰਗ ਕਿੱਟ ਤਿਆਰ ਕੀਤੀਆਂ ਹੋਣੀਆਂ ਤੇ ਐਕਸਕਲੂਸਿਵਲੀ ਅਸੀਂ ਟੈਸਟਿੰਗ ਕਿੱਟ ਸਾਡੇ ਕੋਲ ਅਵੇਲੇਬਲ ਹੁੰਦੀਆਂ। ਹੁਣ ਕੀ ਹੋ ਰਿਹਾ ਕਿ ਇਹਨਾਂ ਕੋਲ ਟੈਸਟਿੰਗ ਕਿੱਟ ਉਨੀਆਂ ਕੀ ਆ ਤੇ ਇਹ ਰਿਸਕ ਅਸੈਸਮੈਂਟ ਕਰਕੇ ਟੈਸਟ ਕਰ ਰਿਹਾ ਵੀ ਜੇ ਇਸ ਬੰਦੇ ਦੇ ਵਿੱਚ ਸਿਮਟਮਸ ਆ ਰਹੇ ਆ, ਉਹਨਾਂ ਉਹਦੀ ਕੋਈ ਟਰੈਵਲਿੰਗ ਹਿਸਟਰੀ ਨਾਲ ਐਸੋਸੀਏਟਡ ਆ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਐਸੋਸੀਏਟਡ ਸੀ, ਉਹਦਾ ਟੈਸਟ ਹੋਊਗਾ। ਦੇਖੋ ਇਹ ਅਪਰੋਚ ਦੇ ਨਾਲ ਤੁਸੀਂ ਨਹੀਂ ਕਰ ਸਕਦੇ। ਇਹ ਵਾਇਰਸ ਦਾ ਜਿਹੜਾ ਰੀਪ੍ਰੋਡਕਸ਼ਨ ਰੇਟ ਹੀ 2.5 ਆ, ਦੈਟ ਮੀਨਸ ਇੱਕ ਬੰਦੇ ਨੇ ਘੱਟ ਤੋਂ ਘੱਟ 2.3 ਬੰਦਿਆਂ ਨੂੰ ਇਨਫੈਕਟ ਕਰਨਾ ਹੀ ਕਰਨਾ। ਤਾਂ ਇੱਕ ਤਾਂ ਟੈਸਟਿੰਗ ਤੇ ਬਹੁਤ ਲੈਗ ਆ, ਜਿੰਨਾ ਅਸੀਂ ਲੈਗ ਕਰ ਰਹੇ ਹਾਂ ਉਨਾ ਹੀ ਸਾਡੇ ਤੇ ਨੁਕਸਾਨ ਹੋਇਆ। ਤੀਜੀ ਗੱਲ ਫਾਈਨੈਂਸ਼ੀਅਲ ਦੀ, ਦੇਖੋ ਵੇਸਟੇਜ ਆਫ ਮਨੀ ਦੇ ਨਾਲ ਕੀ ਹੁੰਦਾ ਹੈ ਕਿ ਇੱਕ ਇਹਨਾਂ ਨੇ ਹੁਣ ਬੇਲ ਆਊਟ ਸੁਣਿਆ, ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਬਿਲੀਅਨਸ ਆਫ ਬਿਲੀਅਨ ਡਾਲਰ ਜਿਹੜੇ ਕੰਪਨੀਆਂ ਜਿਨ੍ਹਾਂ ਨੇ ਆਪਣੇ ਸ਼ੇਅਰ ਮਾਰਕੀਟ ਵਿੱਚ ਬਾਏ ਬੈਕ ਕਰਕੇ ਡਿਵੀਡੈਂਟ ਪ੍ਰੋਫਿਟ ਆਪਣੀਆਂ ਮਤਲਬ ਸ਼ੇਅਰ ਕੀਤੇ, ਹੁਣ ਉਹਨਾਂ ਨੇ ਸਰਕਾਰਾਂ ਤੋਂ ਕੀ ਮੰਗਣਾ, ਬੇਲ ਆਊਟ ਦਿਓ ਵੀ ਸਾਨੂੰ 50 ਬਿਲੀਅਨ ਦਾ, $15 ਬਿਲੀਅਨ ਦਾ ਬੇਲ ਆਊਟ। ਬੇਲ ਆਊਟ ਮਤਲਬ ਤੁਸੀਂ ਦਾਨ ਕਰਨੀ ਪੈਸੇ। ਮੈਂ ਹਾਲੇ ਵੀ ਕਹਿੰਦਾ ਕਿ ਇਸ ਪੁਆਇੰਟ ਆਫ ਵਿਊ ਤੋਂ ਵੀ ਸਰਕਾਰ ਨੂੰ ਚੁਕੰਨੇ ਰਹਿਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੈਂਕਿੰਗ ਸਿਸਟਮ ਆ, ਲੈਂਡਿੰਗ ਸਿਸਟਮ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਆ। ਇਸ ਕਰਕੇ ਮੈਂ ਇੱਕ ਹੋਰ ਲੋਕਲ MPs ਨੂੰ ਫੇਰ ਦੁਬਾਰਾ ਕਹਿੰਦਾ ਕਿ ਪਲੀਜ਼ ਆਪਣੀਆਂ ਰਿਸਪੋਂਸੀਬਿਲਟੀਆਂ ਸੰਭਾਲੋ, ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰੋ, ਅਪਡੇਟ ਕਰੋ ਸਰੀ ਵਾਸੀਆਂ ਨੂੰ, ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਰਿਸਕ ਬਹੁਤ ਜ਼ਿਆਦਾ ਆ ਉਹਨੂੰ ਹੈਂਡਲ ਕਰੋ। ਡੋਂਟ ਬੀ ਅ ਸਪੋਕਸ ਪਰਸਨ ਆਫ ਦਾ ਗਵਰਨਮੈਂਟ, ਬੀ ਏ ਲੀਡਰ ਆਫ ਦਾ ਸਰੀ। ਥੈਂਕ ਯੂ ਸਰ, ਥੈਂਕ ਯੂ ਸੋ ਵੈਰੀ ਮਚ। ਧੰਨਵਾਦ ਜੀ। ਬਹੁਤ ਔਖਾ ਇੱਕ ਹੋਇਆ ਪਿਆ ਵੀ
ਨੌ ਕੋ ਦਰਿਆ ਤੇ ਸੁੱਥਣ ਮੋਢੇ ਤੇ ਭਗਤਾਂ ਨੇ ਆ ਕੇ ਤਾਂ ਝੜੀਆਂ ਲਾ ਦੀਆਂ ਸਿਫਤਾਂ ਦੀਆਂ ਟਰੂਡੋ ਸਾਹਿਬ ਦੀਆਂ। ਮੈਨੂੰ ਯਾਦ ਆ ਬਹੁਤ ਦਿਨ ਪਹਿਲਾਂ ਤੁਸੀਂ ਪ੍ਰੋਗਰਾਮ ਕੀਤਾ ਸੀ ਇੱਕ ਵੀ ਆਪਣਾ ਬਹੁਤ ਡਿਲੇ ਹੋ ਰਿਹਾ ਇਹਨਾਂ ਨੇ ਕੰਟਰੋਲ ਕਰਨਾ ਸੀਗਾ ਜਿੱਥੇ ਜਿੱਥੇ ਕੀਤਾ ਨੀ ਗੱਲ ਉਵੇਂ ਹੀ ਹੋਈ ਆ ਡਿਸੀਜਨ ਲੈਂਦਿਆਂ ਲੈਂਦਿਆਂ ਬਹੁਤ ਢਿੱਲੇ ਪ੍ਰਧਾਨ ਮੰਤਰੀ ਨੇ ਕੁਛ ਵੀ ਬਹੁਤ ਲੇਟ ਕਰ ਦਿੰਦੇ ਆ ਤੇ ਇਹ ਜੇ ਪਹਿਲਾਂ ਧਿਆਨ ਰੱਖਦੇ ਤੇ ਉਹਦੇ ਚ ਕੰਟਰੋਲ ਤੇ ਜ਼ਿਆਦਾ ਧਿਆਨ ਰੱਖਦੇ ਨਾ ਕਿ ਹੁਣ ਸਾਡੇ ਪੈਸੇ ਸਾਨੂੰ ਵੰਡ ਕੇ ਤਿਜੋਰੀਆਂ ਖੋਲਤੀਆਂ ਇੱਕ ਦੋ ਜਹਾਜ਼ ਆਪਦੇ ਵੇਚ ਕੇ ਲਾਉਣ ਫਿਰ ਤਾਂ ਪਤਾ ਲੱਗੇ ਵੀ ਵਾਕਈ ਕਮਿਟਡ ਹੈਗੇ ਨੇ ਆਪਾਂ ਨੂੰ ਇਹ ਤੇ ਬਾਕੀ ਜਿਹੜੇ ਮੰਤਰੀ ਸੰਤਰੀ ਨੇ ਸਭ ਆ ਕੇ ਉਹ ਅਸੀਂ ਇੰਨੇ ਫਲਾਣੇ ਨੂੰ ਦੇਤੇ ਫਲਾਣੇ ਨੂੰ ਦੇਤੇ ਉਹਨਾਂ ਸੇਖੋ ਸਾਹਿਬ ਦੱਸ ਕੇ ਗਏ ਵੀ ਦਿੱਤਾ ਤਾਂ ਜੇ ਪਤਾ ਨੀ ਮਿਲਣਾ ਵੀ ਕਿ ਨਹੀਂ ਮਿਲਣਾ ਪਹਿਲਾਂ ਹੀ ਬਸ ਸਿਫਤਾਂ ਆਪਦੀਆਂ ਕਰਨ ਲੱਗ ਜਾਂਦੇ ਆ ਜੀ ਇਹੋ ਜਿਹੇ ਹਾਲਾਤ ਚ ਵੀ ਇਹਨਾਂ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ। ਧੰਨਵਾਦ ਧੰਨਵਾਦ ਜੀ। ਨਾਲੇ 82 ਬਿਲੀਅਨ ਨਾ ਹੋ 27 ਬਿਲੀਅਨ ਕਹੋ 55 ਬਿਲੀਅਨ ਤਾਂ ਅੱਜ ਕਰ ਦਿੱਤਾ ਗਲੋਬਲ ਮੇਲ ਨੇ ਕਲੀਅਰ ਕਰ ਦਿੱਤਾ 55 ਬਿਲੀਅਨ ਤਾਂ ਜਿਹੜਾ ਹੈ ਉਹ ਤੁਹਾਡਾ ਟੈਕਸ ਜਿਹੜਾ ਆਉਣਾ ਸੀ 31 ਮਾਰਚ ਨੂੰ ਉਹਨੂੰ 1 ਜੂਨ ਤੱਕ ਕਰਤਾ ਸਰਕਾਰੀ ਖਜ਼ਾਨੇ 'ਚ ਜਾਣਾ 2 ਮਹੀਨੇ ਬਾਅਦ ਜਾਣਾ 27 ਬਿਲੀਅਨ ਆ 27 ਬਿਲੀਅਨ ਦੇ ਵਿੱਚ ਤੁਹਾਨੂੰ ਜਿਹੜਾ ਵੰਡਣਾ ਉਹਦਾ ਉਹ ਬਿੱਲ ਹਲੇ ਪਾਸ ਹੋਣਾ ਪਾਸ ਹੋਣ ਤੋਂ ਬਾਅਦ ਉਹਦੇ ਤੇ ਸਹੀ ਦੀ ਮੋਹਰ ਲੱਗਣੀ ਆ ਉਹਦੇ ਤੋਂ ਬਾਅਦ ਉਹ ਮਨੀ ਫਲੋ ਹੋਣੀ ਆ 3 ਹਫ਼ਤੇ ਦਾ ਪ੍ਰਧਾਨ ਮੰਤਰੀ ਮੂੰਹ ਕਹਿ ਕੇ ਗਿਆ। ਗੱਲ ਸਾਂਭਣ ਦੀ ਸੀ ਮੈਂ ਤਾਇਵਾਨ ਦੀ ਤੁਹਾਨੂੰ ਦੱਸਿਆ ਵੀ ਸੇਮ ਡੇ ਤੇ 8 ਮਾਰਚ ਤੋਂ ਬਾਅਦ ਅਸੀਂ 650 ਹੋ ਗਏ ਇੱਥੇ ਉਹਨਾਂ ਦੇ 100 ਹੋਏ ਆ ਟੋਟਲ ਸਭ ਬੰਦ ਕਰ ਦਿੱਤਾ ਉਹਨਾਂ ਨੇ ਔਰ ਇਹ ਉਹ ਨਹੀਂ ਵੀ ਲੋਕ ਲਾਕਡ ਕਰਤੇ ਉਹਨਾਂ ਨੇ ਦੱਸਤਾ ਵੀ ਭਾਈ ਮਿੱਤਰਾ ਤੇਰੀ ਕੁਐਸਚਨੇਅਰ ਜਿਹੜਾ ਤੈਨੂੰ ਭੇਜਿਆ ਸੀ ਉਹਦੇ ਸਾਨੂੰ ਸਿਮਟਮ ਲੱਗਦੇ ਨੇ ਤੈਂ ਘਰੇ ਰਹਿਣਾ ਘਰੇ ਤੈਨੂੰ ਵੈਲਫੇਅਰ ਆਏਗੀ ਘਰੇ ਤੇਰਾ ਖਾਣ ਪੀਣ ਦਾ ਸਮਾਨ ਆਊ ਤੇ ਬਾਹਰ ਨੀ ਜਾਣਾ ਬਾਹਰ ਨਿਕਲੇਗਾ ਤਾਂ ਇੰਨਾ ਫਾਈਨ ਤੇ ਬਾਕੀ ਹਿਸਟਰੀ ਲੋਕਾਂ ਦੀ ਜਿਹੜੇ ਵਰਲਡ ਦੇ ਵਿੱਚ ਟਰੈਵਲ ਕਰਦੇ ਸੀ ਇਕੱਲੇ ਇਕੱਲੇ ਦੀ ਹਿਸਟਰੀ ਕੱਢ ਕੇ ਉਹਨੂੰ ਦੱਸਦਾ ਵੀ ਜਿੱਥੇ ਜਿੱਥੋਂ ਆਇਆ ਸਿੱਧਾ ਹੋ ਕੇ ਦੱਸ ਉਹਦੇ ਬਾਅਦ ਆਪਣੇ ਆਪ ਨੂੰ ਆਈਸੋਲੇਟ ਕਰ। ਟਾਂਡੀ ਜੀ ਤੁਸੀਂ ਆਖਰੀ ਕਾਲਰ ਹੋ ਇਸ ਤੇ ਲਾਈਨ ਨੰਬਰ 2। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਇਹ ਜਿਹੜੀ ਟੂਡੋ ਨਾ ਫੈਸਲੇ ਜਿਹੜੇ ਕਰਦਾ ਇਹ ਸਹੀ ਨਹੀਂ ਫੈਸਲੇ ਕਰਦਾ ਇਹ ਫੇਲ ਆ ਸਰਕਾਰ ਜਿੱਦਾਂ ਕਹਿ ਲਓ। ਹੁਣ ਏਅਰਪੋਰਟ ਤੋਂ ਕਹਿੰਦਾ ਵੀ ਉੱਥੇ ਬਾਹਰੋਂ ਸਟੂਡੈਂਟ ਆ ਜਾਣ ਕੋਈ ਗੱਲ ਨਹੀਂ ਇੱਥੇ ਤਾਂ ਕਾਲਜ ਬੰਦ ਆ ਤਾਂ 20 ਘੰਟੇ ਕੰਮ ਆ ਇਕੋਨਮੀ ਕਹਿੰਦਾ 20 ਘੰਟਿਆਂ ਨੇ ਚਲਾਉਣੀ ਇਹਦੇ ਪਿੱਛੇ ਕੀ ਆ। ਹੁਣ ਫਿਰ ਇਹਦਾ ਮਤਲਬ ਬਾਕੀ ਬਿਜ਼ਨਸਮੈਨਾਂ ਦਾ ਹੋ ਗਿਆ ਜਿਹੜੇ ਕੈਸ਼ ਕਮਾਉਂਦੇ ਆ ਤੇ ਬਾਕੀ ਇਹ ਕਿਉਂ ਨੀ ਬੰਦ ਕਰਦੇ ਜਦੋਂ ਹੁਣ ਉੱਥੇ ਏਅਰਪੋਰਟ ਖੁੱਲ੍ਹਾ ਹੀ ਛੱਡਿਆ ਬਾਹਰਲੇ ਮੁਲਕਾਂ ਦੇ ਵਿੱਚ ਕੋਰੀਆ ਚ ਘੁੰਮ ਕੇ ਆਉਂਦਾ ਕੋਈ ਕਿਤੇ ਉਹ ਘੁੰਮ ਕੇ ਆਉਂਦਾ ਉੱਥੇ ਸਮਾਂ ਚ ਇੰਡੀਆ ਚ ਐਨ ਸਿਕਿਉਰਿਟੀ ਚੈੱਕ ਕਰਦੀ ਆ ਇੱਥੇ ਆਣ ਕੇ ਉਹ ਕਹਿੰਦੇ 14 ਦਿਨ ਘਰ ਰਹਿਣਾ ਤੇ ਉਹ ਪਾਰਟੀ ਪਾੜ ਕੇ ਅਗਲਾ ਰਾਹ ਦੇ ਵਿੱਚ ਹੀ ਛੱਡ ਦਿੰਦਾ ਤਾਂ ਸਕੂਲ ਇੱਥੇ ਕਾਲਜ ਬੰਦ ਆ ਤੇ ਉਹ ਸੱਦਣੇ ਆ ਤੇ ਇਸ ਕਰਕੇ ਮੈਂ ਕਹਿੰਦਾ ਵੀ ਏਅਰਪੋਰਟ ਵੀ ਜਹਾਜ਼ ਵੀ ਜਾਂ ਮੈਡੀਕਲ ਜਿਹੜੇ ਸੁੱਖ ਸਹੂਲਤਾਂ ਟਰੱਕ ਜਿਹੜੇ ਆ ਉਹ ਚੱਲਣ ਬਾਕੀ ਨਾ ਚੱਲਣ। ਆਹ ਲਾਗੇ ਵਾਸ਼ਿੰਗਟਨ ਚ ਕੀ ਹੋਇਆ ਉਹ ਦੱਸ ਹੀ ਨਹੀਂ ਰਹੇ ਤਾਦਾਦ ਕਿੰਨੀ ਹੋ ਗਈ ਆ ਤੇ ਇਸ ਕਰਕੇ ਇਹ ਮਹਾਂਬਰੀ ਆ ਜਿੱਦਾਂ ਪਲੇਗ ਪਈ ਸੀ ਨਾ ਪੁਰਾਣੇ ਜ਼ਮਾਨੇ ਚ ਉਹ ਵੀ ਚੂਹਿਆਂ ਤੋਂ ਪਈ ਸੀਗੀ ਇਹ ਉਹ ਚੀਜ਼ ਆ ਤੇ ਇਹਨਾਂ ਦੇ ਕੋਲ ਕੋਈ ਸੁੱਖ ਸਹੂਲਤ ਮੀਡੀਆ ਵੀ ਨੀ ਪੁੱਛਦੇ ਆ ਸਵਾਲ ਵੀ ਗੋਲੀ ਗੁਲੀ ਕੋਈ ਕੋਈ ਟੈਲੈਂਟ ਕੋਈ ਕੁਛ ਨਾ ਕੁਛ ਗੋਲੀ ਕੱਢੀ ਆ ਜਾਂ ਹੱਥ ਧੋ ਲਓ ਜੀ ਹੱਥ 10 ਵਾਰੀ ਧੋਵੋ ਜੀ ਉਹ ਅਗਲਾ ਉਹ ਵਾਇਰਸ ਫੈਲੀ ਜਾਂਦੇ ਆ ਆਹ ਲੋਕ ਬਾਹਰੋਂ ਆਈ ਜਾਂਦੇ ਆ ਜਿੰਨੇ ਆਪਾਂ ਬਾਹਰ ਘੁੰਮੀ ਜਾਂਦੇ ਆ ਟੈਕਸੀ ਆ ਟਰੱਕ ਆ ਜੇ ਫਿਰ ਉਹ ਹਫ਼ਤੇ ਲਈ ਫਰੀਜ ਕਰ ਦੇਣ। ਨਵੰਬਰ ਮਹੀਨੇ ਤੋਂ ਚੱਲੀ ਸੀ ਕਿ ਚਾਈਨਾ ਚ ਬਿਮਾਰੀ ਤੇ ਉਹ ਦੇਖ ਲਓ 3 ਮਹੀਨੇ ਕਿੰਨੇ ਹੋ ਗਏ ਆ ਤੇ ਇੱਥੇ ਵੀ ਉਹ ਚੀਜ਼ ਲੌਂਗ ਟਾਈਮ ਆ ਜਿਹੜਾ ਮੀਡੀਆ ਕਹਿੰਦਾ ਨੀ ਥੋੜੇ ਦੇਣੀ ਆ 10 ਦੇਣੀ ਆ ਏਦਾਂ ਨੀ ਮਤਲਬ ਬਾਕੀ ਹੁੱਲੜਬਾਜ਼ੀ ਨੀ ਕਰਨੀ ਚਾਹੀਦੀ। ਮੈਂ ਸੁਪਰ ਸਟੋਰ ਗਿਆ ਸੀ ਉੱਥੇ ਸਾਰਾ ਹੀ ਸਮਾਨ ਆ ਜਿੱਦਾਂ ਕਹਿ ਲਓ ਕੋਈ ਨੀ ਏਦਾਂ ਦੀ ਗੱਲ ਬਈ ਲੋਕਾਂ ਹੌਲੀ ਹੌਲੀ ਗਰੋਸਰੀ ਲਿਆਉਣ ਏਦਾਂ ਨਾ ਹੁੱਲੜਬਾਜ਼ੀ ਨਾ ਕਰਨ ਵੀ ਮਕਾਈ ਦੇਣ। ਇੱਕ ਨੇ ਉੱਥੇ ਟਰਾਲੀ ਭਰੀ ਹੋ ਸੀ ਉਹਨੇ ਰੋਕ ਲਿਆ ਸੁਪਰਵਾਈਜ਼ਰ ਨੇ ਵੀ ਤੂੰ ਏਦਾਂ ਖੜ ਨਹੀਂ ਸਕਦਾ ਪਰ ਉਹਨੂੰ ਮੁੜ ਕੇ ਭੇਜ ਦਿੱਤਾ ਕਹਿੰਦਾ ਮੁੜ ਕੇ ਨਾ ਹੀ ਉਹ ਵੀ ਗਲਤ ਕੰਮ ਕਰ ਰਹੇ ਆ ਸੁਪਰ ਸਟੋਰ ਵਾਲੇ ਵੀ ਗਰੋਸਰੀ ਦੇ ਸਟੋਰਾਂ ਵਾਲੇ ਲੁੱਟ ਕਸੁੱਟ ਨਾ ਕਰਨ ਲੋਕਾਂ ਦੀ ਲੋਕ ਪਰੇਸ਼ਾਨ ਆ ਇੰਨੇ ਮੇਰੇ ਵਿਚਾਰ ਜੀ। ਸਤਿ ਸ੍ਰੀ ਅਕਾਲ ਧੰਨਵਾਦ ਬਹੁਤ। ਸੋ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹ ਗੱਲਾਂ ਦੇ ਵਿੱਚ ਹਲੇ ਤੰਤ ਨਹੀਂ ਇਹ ਕਦ ਆਉਣੀਆਂ ਰਾਹਤ ਇਹਦਾ ਕੁਛ ਨੀ ਪਤਾ। $82 ਬਿਲੀਅਨ $82 ਅਰਬ ਤੁਹਾਨੂੰ ਬਹੁਤ ਲੱਗਦਾ ਉਹ ਚੋਂ $55 ਅਰਬ ਤੁਹਾਡੇ ਟੈਕਸ ਦੇ ਪੈਸੇ ਸੀ ਜਿਹੜੇ 2 ਮਹੀਨੇ ਨੂੰ ਕਹਿੰਦੇ ਦੇ ਦਿਓ 1 ਜੂਨ ਨੂੰ ਦੇ ਦਿਓ ਮਾਰਚ 31 ਨੂੰ ਦੇਣੇ ਸੀ ਅਪ੍ਰੈਲ ਤੇ ਮਈ ਰੱਖ ਲਿਓ ਤੇ ਉਹ ਦੇ ਦਿਓ ਉਹ ਤੁਸੀਂ ਦੇਣੇ ਹੀ ਨੇ। ਜੇ ਕੋਈ ਤੁਹਾਡੀਆਂ ਪੇਮੈਂਟ ਜਿਹੜੀਆਂ ਨੇ ਮੌਰਗੇਜ ਦੀਆਂ ਅੱਗੇ ਪਾਉਣਗੇ ਉਹ ਤੁਸੀਂ ਦੇਣੀਆਂ ਨੇ
ਕੋਈ ਲੋਨ ਜਿਹੜਾ ਬੱਚਿਆਂ ਦਾ ਅੱਗੇ ਕਰਤਾ ਉਹ ਤੁਸੀਂ ਦੇਣਾ। ਸੋ ਸਮਝੋ ਅਰਦਾਸ ਉਸ ਤੇ ਅੱਗੇ ਕਰੋ ਜਿਹੜਾ ਸਰਵ ਸ਼ਕਤੀਮਾਨ ਹੈ ਕਿ ਸੁੱਖ ਬਖਸ਼ ਘਰ ਦੇ ਵਿੱਚ ਤੇ ਅਸੀਂ ਕੰਮ ਕਰਦੇ ਹੋਈ। ਬਸ ਵਪਾਰਕ ਸੰਦੇਸ਼ ਮੁੜ ਕੇ ਆ ਕੇ ਸਿੱਖ ਇਤਿਹਾਸ ਤੇ ਉਸ ਤੋਂ ਬਾਅਦ ਬਾਬੇ ਬਾਦਲ ਦੀ ਗੱਲ ਕਰਨੀ ਹੈ। ਆਪਾਂ ਕਦੇ ਪਿਛਲੇ 8-9 ਸਾਲਾਂ 'ਚ ਗੱਲ ਕੀਤੀ ਨਹੀਂ ਰਾਜਨੀਤੀ ਦੇ ਬਾਰੇ ਜ਼ਿਆਦਾ, ਮੈਂ ਕਿਉਂਕਿ ਵੰਡੀਆਂ ਬਹੁਤ ਪੈਂਦੀਆਂ ਫਿਰ ਇੱਕ ਦੂਜੇ ਨੂੰ ਕੰਮ ਕੈੜੇ ਹੋ ਕੇ ਆਪਾਂ ਚਿੰਬੜ ਜਾਂਦੇ ਹਾਂ ਅਤੇ ਫਿਰ ਨਾਲ ਹੀ ਉੱਥੇ ਹੋਸਟ ਨੂੰ ਖੜਾ ਦਿੰਦੇ ਹਾਂ, ਇਹ ਤਾਂ ਫਲਾਣਿਆਂ ਦਾ ਹੋਸਟ ਹੈ, ਇਹ ਕਾਂਗਰਸੀ ਆ ਜੀ, ਇਹ ਬਾਦਲ ਦਾ ਜੀ, ਇਹ ਆਮ ਆਦਮੀ ਪਾਰਟੀ ਦਾ। ਉਹਨਾਂ ਨੇ ਇੱਕ ਇੰਟਰਵਿਊ ਕੀਤੀ ਆ, ਉਹਦਾ ਆਧਾਰ ਰੱਖ ਕੇ ਉਹਨਾਂ ਦੀ ਸ਼ੈਲੀ, ਕੰਮ ਕਰਨ ਦਾ ਢੰਗ ਅਤੇ ਨਾਲ ਨਾਲ ਕਾਂਗਰਸ ਦੀ ਗੱਲ ਕਰਨੀ ਆ। ਰਾਜਨੀਤਿਕ ਪਾਰਟੀਆਂ ਨੂੰ ਬਰਾਬਰ ਰੱਖ ਕੇ ਗੱਲ ਕਰਿਆ ਕਰਨੀ ਆ, ਕਰਨੀ ਉਹ ਇਸ ਤਰ੍ਹਾਂ ਚਾਹੀਦੀ। ਬਾਦਲਾਂ ਦੀ ਵਿਰੋਧ, ਕੀ ਕਾਂਗਰਸ ਨੂੰ ਮਾਫ਼ੀ ਹੈ? ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ। ਤਕੜੇ ਰਹਿਣ ਦੀ ਲੋੜ ਹੈ ਅਤੇ ਇਹ ਇਮਦਾਦਾਂ ਅਮਦੂਦਾਂ ਸਰਕਾਰੀ ਜਿਹੜੀਆਂ ਹੁੰਦੀਆਂ ਇਹ ਅਗਲੀਆਂ ਜਿਹੜੀਆਂ ਗੱਲਾਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣਾ, ਇਸ ਨੂੰ ਖਿਆਲ ਰੱਖ। ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਪੁੱਤ ਖੜਕ ਸਿੰਘ ਨੂੰ ਗੱਦੀਓਂ ਲਾ ਕੇ ਪੋਤਾ ਬਿਠਾ ਦਿੱਤਾ, ਖੜਕ ਸਿੰਘ ਨੂੰ ਜ਼ਹਿਰ ਹੌਲੀ ਹੌਲੀ ਦੇ ਕੇ ਮਾਰ ਦਿੱਤਾ। ਜ਼ਹਿਰ ਦੇਣ ਤੋਂ ਬਾਅਦ ਉਸਦਾ ਸੰਸਕਾਰ ਕਰਕੇ ਮੁੜੇ ਆਉਂਦੇ ਪੁੱਤ ਤੇ ਸ਼ੱਜਾ ਸੁੱਟ ਦਿੱਤਾ, ਨਾਲ ਆਪਣਾ ਭਤੀਜਾ ਉਹਦੇ ਵੀ ਸੱਟ ਮਰਵਾ ਦਿੱਤੀ ਤੇ ਅੰਦਰ ਲਿਜਾ ਕੇ ਕਿਲੇ ਦੇ ਵਿੱਚ ਸਿਰ ਤੇ ਮਾਰ ਮਾਰ ਕੇ ਪੱਥਰ ਸਿਰ ਫੇਕ ਕੇ ਨੌ ਨਿਹਾਲ ਸਿੰਘ ਦਾ, ਧਿਆਨ ਸਿੰਘ ਡੋਗਰੇ ਨੇ ਉਸਨੂੰ ਮਰਵਾ ਦਿੱਤਾ। ਤੇ ਹੁਣ ਧਿਆਨ ਸੋਚਦਾ ਹੁਣ ਬਈ ਤਖ਼ਤ ਤੇ ਕਿਹਨੂੰ ਬਿਠਾਵਾਂ, ਪੁੱਤ ਹੀਰਾ ਸਿੰਘ ਨੂੰ ਜਾਂ ਸ਼ੇਰੇ ਪੰਜਾਬ ਦੇ ਹਲੇ 6 ਪੁੱਤ ਬਾਕੀ ਨੇ, ਵੀ ਉਹਨਾਂ ਨੇ ਰਾਜ ਕਰਨ ਦੇ ਦੇਣਗੇ ਜਾਂ ਨਹੀਂ। ਖੜਕ ਸਿੰਘ ਤੇ ਨੌ ਨਿਹਾਲ ਸਿੰਘ ਨੂੰ ਸਾਂਭ ਲਿਆ, ਬਾਕੀਆਂ ਦਾ ਵੀ ਕੀਰਤਨ ਸੋਹਲਾ ਪੜ੍ਹੀਏ, ਇਹ ਸੋਚਦਾ ਉਹਦੀ ਨਜ਼ਰ ਕਮਰ ਸ਼ੇਰ ਸਿੰਘ ਤੇ ਪਈ। ਉਹਨੇ ਸਾਰਾ ਹਾਲ ਲਿਖ ਕੇ ਉਹਨੂੰ ਭੇਜਿਆ ਤੇ ਉੱਧਰ ਵਜ਼ੀਰ ਨੇ ਮਹਾਰਾਣੀ ਚੰਦ ਕੌਰ ਨੂੰ ਮਿਲ ਕੇ ਕਿਹਾ, ਕਮਰ ਤਾਂ ਮਰ ਗਿਆ ਹੁਣ, ਮੈਂ ਬਹੁਤ ਚਾਰਾ ਕੀਤਾ, ਪੇਸ਼ ਨਹੀਂ ਹੁੰਦੀ, ਮੈਂ ਉਹਨੂੰ ਬਚਾ ਨਹੀਂ ਸਕਿਆ, ਜੇ ਉਹਨਾਂ ਦੀ ਮੌਤ ਦੀ ਖਬਰ ਕੁਝ ਦਿਨ 'ਚ ਪਰਦੇ ਵਿੱਚ ਰੱਖੋ ਤਾਂ ਮੈਂ ਆਪ ਤੈਨੂੰ ਤਖ਼ਤ ਦਵਾ ਦੂੰ, ਰੌਲਾ ਨਾ ਪਾਈ ਤੇ ਕਮਰ ਦੀ ਮੌਤ ਦਾ ਤੇ ਚੁੱਪ ਕਰ। ਉੱਧਰ ਸ਼ੇਰ ਸਿੰਘ ਨੂੰ ਜਦ ਖਬਰ ਮਿਲੀ, ਉਹ ਪਹਿਲਾਂ ਖੜਕ ਸਿੰਘ ਵੇਲੇ ਦੁਖੀ ਸੀ, ਉਹ ਸਿੱਧਾ ਲਾਹੌਰ ਆ ਗਿਆ। ਤੀਜੇ ਦਿਨ ਪਿੱਛੋਂ ਕਮਰ ਦੀ ਲੋਸ਼ ਦਾ ਸੰਸਕਾਰ ਦਾਦੇ ਤੇ ਪਿਤਾ ਦੀ ਸਮਾਧ ਦੇ ਕੋਲ ਹੀ ਕਰ ਦਿੱਤਾ। ਮੌਤ ਨੇ ਹੀਰਾ ਪੰਜਾਬੀਅਤ ਖੋ ਲਿਆ ਤੇ ਕਦੇ ਉਮਰ ਸਾਥ ਦਿੰਦੀ ਤਾਂ ਕਨਿੰਗਮ ਕਹਿੰਦਾ ਉਸ ਤੇ ਆਸ ਸੀ ਕਿ ਉਹ ਇੱਕ ਲਾਇਕ ਤੇ ਜ਼ਬਰਦਸਤ ਹਾਕਮ ਹੁੰਦਾ, ਜੇ ਉਹਦੀ ਜ਼ਿੰਦਗੀ ਬਚ ਜਾਂਦੀ ਤਾਂ ਅੰਗਰੇਜ਼ਾਂ ਦੀ ਪਾਲਿਸੀ ਉਹਨੂੰ ਪਹਿਲਾਂ ਹੀ ਨਾ ਹਿਲਾ ਦਿੰਦੀ ਤਾਂ ਉਸ ਵਾਸਤੇ ਸਿੰਧ, ਅਫਗਾਨਿਸਤਾਨ ਤੇ ਹਿੰਦੂ ਕੁਸ਼ ਤੋਂ ਪਾਰ ਆਪਣਾ ਰਾਜ ਵਧਾਉਣ ਦਾ ਕਾਫ਼ੀ ਮੈਦਾਨ ਸੀ। ਸ਼ਾਇਦ ਉਹ ਇਸ ਗੱਲ ਨੂੰ ਫਖਰ ਨਾਲ ਕਹਿੰਦਾ ਕਿ ਮਹਿਮੂਦ ਤੇ ਤੈਮੂਰ ਦੇ ਹਮਲਿਆਂ ਦਾ ਹਿੰਦ ਦੇ ਜਾਗੇ ਹੋਏ ਜੱਟਾਂ ਨੇ ਪੂਰਾ ਬਦਲਾ ਲੈ ਲਿਆ। ਤੇ ਮਹਾਰਾਣੀ ਚੰਦ ਕੌਰ ਕੰਵਰ ਦੀ ਲੋਹ ਦਾ ਸੰਸਕਾਰ ਹੋ ਗਿਆ, ਇਹਨਾਂ ਦਿਨਾਂ 'ਚ ਮਹਾਰਾਣੀ ਚੰਦ ਕੌਰ ਨੇ ਸਾਰੇ ਸਰਦਾਰਾਂ ਵਿੱਚ ਪ੍ਰਗਟ ਕਰ ਦਿੱਤਾ ਕੰਵਰ ਦੀ ਰਾਣੀ ਬੀਬੀ ਨਾਨਕੀ ਪੁੱਤਰ ਸਾਹਿਬ ਸ਼ਾਮ ਸਿੰਘ ਅਟਾਰੀ ਦੇ ਬਾਲ ਹੋਣ ਵਾਲਾ। ਲੜਕਾ ਹੋਵੇ ਤਾਂ ਰਾਜ ਦਾ ਅਸਲੀ ਹੱਕਦਾਰ ਉਹੀ ਹੋਊਗਾ ਤੇ ਜੇ ਲੜਕੀ ਹੋਵੇ ਤਾਂ ਜਿਵੇਂ ਸਰਦਾਰਾਂ ਦੀ ਮਰਜ਼ੀ, ਪਰ ਬੱਚੇ ਦੇ ਜਨਮ ਤੱਕ ਗੱਦੀ ਰਾਖਵੀਂ ਰੱਖੀ ਜਾਵੇ। ਇਹ ਗੱਲ ਦਾ ਲੋਕਾਂ ਤੇ ਬੜਾ ਅਸਰ ਹੋਇਆ। ਸੰਧਾ ਵਾਲੀ ਅਤੇ ਹੋਰ ਕਈ ਸਰਦਾਰ ਚੰਦ ਕੌਰ ਦੀ ਮਦਦ ਤੇ ਹੋ ਗਏ ਤੇ ਉਧਰ ਤੱਕ ਦੇ ਦਾਅਵੇ ਵਾਸਤੇ ਧਿਆਨ ਸਿੰਘ ਦਾ ਬੁਲਾਇਆ, ਸ਼ੇਰ ਸਿੰਘ ਆ ਗਿਆ। ਭਤੀਜਾ ਮੁੱਕ ਗਿਆ, ਭਾਈ ਮੁੱਕ ਗਿਆ, ਪਿਤਾ ਮੁੱਕ ਗਿਆ। ਵਜ਼ੀਰ ਧਿਆਨ ਸਿੰਘ ਤੇ ਮਿਸਟਰ ਕਲਾਰਕ ਅੰਗਰੇਜ਼ੀ ਏਜੰਟ ਨੇ ਸ਼ੇਰ ਸਿੰਘ ਨੂੰ ਨੌ ਨਿਹਾਲ ਸਿੰਘ ਦਾ ਜਾਨਸ਼ੀਨ, ਪੰਜਾਬ ਦਾ ਬਾਦਸ਼ਾਹ ਮੰਨ ਲਿਆ। ਸੰਧਾ ਵਾਲੀਆਂ ਦਾ ਧੜਾ ਇੰਨਾ ਭਾਰਾ ਸੀ ਕਿ ਸ਼ੇਰ ਸਿੰਘ ਤਖ਼ਤ ਤੇ ਕਬਜ਼ਾ ਨਾ ਕਰ ਸਕੇ। ਸੰਧਾ ਵਾਲੀਆਂ ਦੀ ਤਾਕਤ ਦੇਖ ਕੇ ਰਾਜਾ ਗੁਲਾਬ ਸਿੰਘ ਵੀ ਉੱਧਰ ਹੋ ਗਿਆ। ਡੋਗਰੇ ਚਾਰ ਸੀ, ਧਿਆਨ ਸਿੰਘ ਸ਼ੇਰ ਸਿੰਘ ਵੱਲੋਂ ਤੇ ਗੁਲਾਬ ਸਿੰਘ ਚੰਦ ਕੌਰ ਵੱਲੋਂ, ਵੀ ਦੋਨੇ ਕੋਈ ਜਿੱਤ ਜੇ ਤਾਂ ਬੰਦਾ ਸਾਡਾ ਹੋਊ। ਸੰਭਲ ਸੀ ਕਿ ਆਪਸ ਵਿੱਚ ਤਲਵਾਰ ਖੜਕਦੀ, ਪਰ ਕੁਝ ਦੂਰ ਸੋਚਣ ਵਾਲਿਆਂ ਨੇ ਸੁਲ੍ਹਾ ਦਾ ਰਾਹ ਕੱਢਤਾ। ਤਜਵੀਜ਼ ਹੋਈ ਕਿ ਮਹਾਰਾਣੀ ਚੰਦ ਕੌਰ ਤੇ ਕੰਵਰ ਸ਼ੇਰ ਸਿੰਘ ਦਾ ਆਪਸ ਵਿੱਚ ਦੁਆਰਾ ਵਿਆਹ ਹੋ ਜਾਵੇ, ਚਾਦਰ ਪਾ ਲਵੇ ਭਾਬੀ ਦੀ, ਰਾਜ ਪ੍ਰਬੰਧ ਦੋਨਾਂ ਦੇ ਹਵਾਲੇ ਕਰ ਦਿੱਤਾ ਜਾਵੇ, ਦੋਨੇ ਤਾਕਤਾਂ ਆਪਸ ਵਿੱਚ ਰਹਿਣ, ਸਗੋਂ ਇਕੱਠੀਆਂ ਹੋ ਕੇ ਇਹ ਦੇਸ਼ ਪੰਜਾਬ ਨੂੰ ਆਪਣੇ ਸਰਕਾਰੀ ਖਾਲਸਾ ਨੂੰ ਚਲਾਉਣੇ। ਡੋਗਰਿਆਂ ਨੂੰ ਪਸੰਦ ਨਾ ਕਹਿੰਦੇ ਤਾਂ ਪੰਗਾ ਪੈ ਗਿਆ, ਦੋਨੇ ਚੁੱਕਤੇ ਤੇ ਵਿਆਹ ਨਾ ਸਿਰੇ ਚੜ੍ਹਦਾ, ਵਿਆਹ ਰੁਕ ਗਿਆ ਤੇ ਪਰ ਕਈ ਸਰਦਾਰਾਂ ਦੇ ਉੱਦਮ ਨਾਲ ਫੈਸਲਾ ਹੋਇਆ ਕਿ ਹੋਣ ਵਾਲੇ ਬੱਚੇ ਦੇ ਨਾਮ ਉੱਤੇ ਮਹਾਰਾਣੀ ਚੰਦ ਕੌਰ ਤਖ਼ਤ ਤੇ ਬੈਠੇ, ਧਿਆਨ ਸਿੰਘ ਵਜ਼ੀਰ ਬਣੇ, ਸ਼ੇਰ ਸਿੰਘ ਰਾਜ ਸਭਾ ਦਾ ਪ੍ਰਧਾਨ ਬਣੇ।
ਛੇਤੀ ਧਿਆਨ ਸਿੰਘ ਤੇ ਸ਼ੇਰ ਸਿੰਘ ਇਸ ਖਿਆਲ ਚ ਲਾਹੌਰੋਂ ਚਲੇ ਗਏ ਕਿ ਫੌਜ ਨੂੰ ਆਪਣੇ ਨਾਲ ਗੰਢ ਕੇ ਚੰਦ ਕੌਰ ਤੇ ਧਾਵਾ ਬੋਲਿਆ ਜਾਵੇ। ਰਾਜਾ ਧਿਆਨ ਸਿੰਘ ਭਾਵੇਂ ਜੰਮੂ ਨੂੰ ਤੁਰਿਆ ਪਰ ਉਹ ਛੱਡੇ ਹੋਏ ਨੀਤਕ ਪਿੱਛੇ ਜਿਹੜੇ ਉਹਦੇ ਚੇਲੇ ਬਾਲਖੇ ਸੀ ਪੰਜਾਬ ਰਾਜ ਦੀਆਂ ਨੀਹਾਂ ਖੋਖਲੀਆਂ ਕਰਨ ਨੂੰ ਲੱਗੇ ਤੇ ਹਰ ਗੱਲ ਪਹੁੰਚਦੀ ਕਰਦੇ। ਉਹਦੇ ਫੌਜੀ ਪੰਚਾਂ ਨੂੰ ਚੰਦ ਕੌਰ ਦੇ ਉਲਟ ਸ਼ੇਰ ਸਿੰਘ ਦੀ ਮਦਦ ਵਾਸਤੇ ਉਭਾਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕਿ ਰਾਜ ਬਦਲਣ ਦੀ ਖੁਸ਼ੀ ਚ ਮਹਾਰਾਣੀ ਨੇ ਫੌਜਾਂ ਨੂੰ ਇਨਾਮ ਹੀ ਇੰਨਾ ਦਿੱਤਾ ਕਿ ਸ਼ੇਰ ਸਿੰਘ ਤਖ਼ਤ ਤੇ ਬਹਿਣਾ ਤਾਂ ਇਨਾਮ ਨਹੀਂ ਦਿੱਤਾ, ਜੇ ਸ਼ੇਰ ਸਿੰਘ ਬਹਿੰਦਾ ਤਾਂ ਇੰਨਾ ਇਨਾਮ ਮਿਲਣਾ ਸੀ। ਸੰਧਾ ਵਾਲੀਏ ਅੰਗਰੇਜ਼ ਦੇ ਮਿੱਤਰ ਸੀ ਤੇ ਇਸ ਵੇਲੇ ਪ੍ਰਬੰਧ ਉਹਨਾਂ ਦੇ ਹੱਥ 'ਚ ਆ ਤੇ ਸੰਧਾ ਵਾਲੀਆਂ ਨੇ ਅੰਗਰੇਜ਼ ਨੂੰ ਦੇ ਦੇਣਾ। ਡੋਗਰਿਆਂ ਦਾ ਜਾਦੂ ਚੱਲ ਗਿਆ, ਫੌਜਾਂ ਚਰਚਾ ਹੋਣ ਲੱਗੀ। ਉੱਧਰੋਂ ਹੀਰਾ ਸਿੰਘ ਨੇ ਬੱਤਰ ਸਾਂਭਦੇ ਗੱਲ ਕੀਤੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਪੁੱਤਰ ਕਵਰ ਸ਼ੇਰ ਸਿੰਘ ਰਾਜਗੱਦੀ ਦੇ ਲਾਇਕ ਦਾ, ਤੁਸੀਂ ਉਹਨੂੰ ਕਿਉਂ ਨਹੀਂ ਬਾਦਸ਼ਾਹ ਬਣਾਉਂਦੇ? ਮੈਂ ਇਕਰਾਰ ਕਰਦਾ ਜੇ ਉਹ ਬਾਦਸ਼ਾਹ ਬਣ ਜੂ ਤਨਖਾਹਾਂ ਵਧਾ ਦੇਣਗੇ। ਫੌਜਾਂ ਮੰਨ ਗਈਆਂ। ਕਵਰ ਸ਼ੇਰ ਸਿੰਘ ਦਾ ਵਕੀਲ ਜਵਾਲਾ ਸਿੰਘ ਫੌਜਾਂ ਦੇ ਪੰਚਾਂ ਪਾਸ ਪੁੱਛਿਆ ਤੇ ਉਹਨੇ ਉਸੇ ਤਰ੍ਹਾਂ ਹੀ ਗੱਲ ਕੀਤੀ ਕਿ ਸ਼ੇਰ ਸਿੰਘ ਨੂੰ ਮਹਾਰਾਜਾ ਬਣਾ ਲਿਓ, ਤਖ਼ਤ ਹਾਸਲ ਕਰਦੇ ਸਿਪਾਹੀ ਨੂੰ ਇੱਕ ਬੁੱਤਗੀ ਤੇ ਇੱਕ ਸਰਦਾਰ ਨੂੰ ਕੈਂਠਾ ਇਨਾਮ ਮਿਲੂ। ਤਨਖਾਹ 'ਚ ਸਿਪਾਹੀਆਂ ਨੂੰ 1 ਰੁਪਈਏ ਤੇ ਸਰਦਾਰ ਨੂੰ 5 ਰੁਪਈਏ ਦਾ ਵਾਧਾ ਤੇ ਫੌਜ ਤਿਆਰ ਹੋ ਗਈ। ਤੇ ਉੱਧਰ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ, ਕਿਉਂਕਿ ਸ਼ੇਰ ਸਿੰਘ ਨਾਲ ਉਹਦਾ ਲਿਖਤੀ ਜਵਾਲਾ ਸਿੰਘ ਨੇ ਦਿਨ ਰਾਤ ਕਰਕੇ ਸ਼ੇਰ ਸਿੰਘ ਵਾਸਤੇ ਮੈਦਾਨ ਤਿਆਰ ਕੀਤਾ, ਕਿਉਂਕਿ ਸ਼ੇਰ ਸਿੰਘ ਨਾਲ ਉਹਦਾ ਲਿਖਤੀ ਇਕਰਾਰ ਸੀ ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਬਾਦਸ਼ਾਹ ਬਣ ਗਿਆ ਤਾਂ ਜਵਾਲਾ ਸਿੰਘ ਨੂੰ ਵਜ਼ੀਰ ਬਣਾਇਆ ਜਾਊ। ਉੱਧਰ ਹੀਰਾ ਸਿੰਘ ਲਾਹੌਰ ਦੇ ਸਾਰੇ ਹਾਲ ਆਪਣੇ ਪਿਤਾ ਧਿਆਨ ਸਿੰਘ ਨੂੰ ਰੋਜ਼ ਭੇਜਦਾ। ਸਮਾਂ ਵਿਚਾਰ ਕੇ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਚਿੱਠੀ ਲਿਖੀ ਕਿ ਜੇ ਤਖ਼ਤ ਲੈਣਾ ਤਾਂ ਹੁਣ ਲਾਹੌਰ ਆ। 300 ਸਿਪਾਹੀ ਲੈ ਕੇ ਸ਼ੇਰ ਸਿੰਘ ਸ਼ਾਲਮਾਰ ਬਾਗ 'ਚ ਆ ਗਿਆ। ਅੰਗਰੇਜ਼ੀ ਰਾਜਦੂਤ ਮਿਸਟਰ ਕਲਾਰਕ ਨਾਲ ਗੱਲਬਾਤ ਕੀਤੀ। ਉਹਨੇ ਉੱਤਰ ਦਿੱਤਾ ਕਿ ਅਸੀਂ ਪੰਜਾਬ 'ਚ ਆਪਣੀ ਮਜ਼ਬੂਤ ਹਕੂਮਤ ਚਾਹੁੰਦੇ ਹਾਂ। ਇਸ ਪਾਸੋਂ ਤਸੱਲੀ ਹੋਣ ਤੇ ਸ਼ੇਰ ਸਿੰਘ ਨੇ ਜਵਾਲਾ ਸਿੰਘ ਨੂੰ ਬੁੱਧੂ ਦੇ ਆਵੇ ਤੇ ਫੌਜਾਂ ਕੋਲ ਘੱਲਿਆ। ਫੌਜੀ ਪੰਚਾਂ ਤੇ ਸਰਦਾਰਾਂ ਨਾਲ ਹੁਣ ਫੈਸਲਾ ਹੋਇਆ। ਅਗਲੇ ਦਿਨ ਸ਼ੇਰ ਸਿੰਘ ਜਰਨੈਲ ਐਵੀ ਟੇਬਲ ਦੇ ਘਰ ਛੋਟੇ ਜਿਹੇ ਕਿਲੇ ਵਾਂਗ ਉੱਥੇ ਉਤਰਿਆ। ਇੱਥੇ ਹੀ ਸਾਰੇ ਪੰਚ ਤੇ ਸਰਦਾਰ ਸ਼ੇਰ ਸਿੰਘ ਨੂੰ ਮਿਲੇ ਜਨਰਲ ਵੈਂਟੂਰਾ ਤੇ ਰਾਜਾ ਸੁਚੇਤ ਸਿੰਘ, ਰਾਜ ਗੁਲਾਬ ਸਿੰਘ ਧਿਆਨ ਸਿੰਘ ਤੇ ਰਾਜਾ ਸੁਚੇਤ ਸਿੰਘ ਤਿੰਨੇ ਭਾਈ ਸੀ। ਸੁਚੇਤ ਸਿੰਘ ਡੋਗਰਾ ਵੀ ਸ਼ੇਰ ਸਿੰਘ ਨੂੰ ਆ ਮਿਲਿਆ। ਫੌਜੀ ਸਰਦਾਰਾਂ ਤੇ ਸ਼ਹਿਰ ਦੇ ਕੁਝ ਪਤਵੰਤਿਆਂ ਨੇ ਸ਼ੇਰ ਸਿੰਘ ਦੀ ਭੇਡ ਨਜ਼ਰਾਨੇ ਕੀਤੇ। 101 ਤੋਪਾਂ ਦੀ ਸਲਾਮੀ ਹੋਈ। ਸ਼ੇਰ ਸਿੰਘ ਦੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਚੰਦ ਕੌਰ ਤੇ ਤਰਫ ਦਾ ਰਾਜਾ ਗੁਲਾਬ ਸਿੰਘ, ਹੀਰਾ ਸਿੰਘ ਤੇ ਸੰਧਾ ਵਾਲੀਆ ਸ਼ੇਰ ਸਿੰਘ ਦੇ ਟਾਕਰੇ ਦੀ ਤਿਆਰੀ ਕਰਨ ਲੱਗੇ। ਗੁਲਾਬ ਸਿੰਘ ਨੇ ਦਿਲ ਖੋਲ ਕੇ ਫੌਜਾਂ 'ਚ ਪੈਸਾ ਵੰਡਤਾ। ਹਰ ਪਾਸੇ ਫੌਜੀ ਨੂੰ 4 ਮਹੀਨੇ ਤਨਖਾਹ ਅਗਾਊ ਦੇ ਦਿੱਤੀ। ਖੁਰਾਕ ਤੇ ਜੰਗੀ ਸਮਾਨ ਇਕੱਠਾ ਕਰ ਲੱਗੇ। ਉਹ ਕਿਲੇ 'ਚ ਬੰਦ ਹੋ ਬੈਠੇ। ਚੰਦ ਕੌਰ ਦੀ ਮਦਦ ਕਰਨ ਤੇ ਗੁਲਾਬ ਸਿੰਘ ਦੇ 2 ਕਾਰਨ ਸੀ। ਇੱਕ ਤਾਂ ਇਹ ਕਿ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਸ਼ੇਰ ਸਿੰਘ ਨੂੰ ਤਖ਼ਤ ਲੈ ਲਿਆ ਤਾਂ ਸਾਡੇ ਪੰਜੇ 'ਚੋਂ ਨਿਕਲੂ। ਦੂਜਾ ਇਹ ਕੀ ਪਤਾ ਖਾਲਸਾ ਫੌਜ ਲੜਾਈ ਛਿੜੀ ਤੇ ਫਿਰ ਚੰਦ ਕੌਰ ਦੀ ਮਦਦ 'ਚ ਖੜੋ ਜਾਣ। ਗੁਲਾਬ ਸਿੰਘ ਉੱਧਰ ਫਿਰਦਾ ਸੀ, ਭਾਈ ਤਿੰਨੇ ਇਕੱਠੇ ਸੀ। ਖਾਲਸਾ ਫੌਜਾਂ ਲੜਾਈ ਛਿੜੀ ਤੇ ਫਿਰ ਚੰਦ ਕੌਰ ਦੀ ਮਦਦ ਤੇ ਆ ਜਾਣੇ ਦਾ ਡਰ ਸੀ। ਸਾਰੇ ਡੋਗਰੇ ਸ਼ੇਰ ਸਿੰਘ ਦੀ ਮਦਦ ਤੇ ਹੋ ਗਏ ਤਾਂ ਚੰਦ ਕੌਰ ਫਿਰ ਵੀ ਜਿੱਤ ਗਈ ਤਾਂ ਡੋਗਰੇ ਲਾਹੌਰੋਂ ਜਾਣਗੇ। ਗੁਲਾਬ ਸਿੰਘ ਨੇ ਇਹੀ ਠੀਕ ਸਮਝਿਆ, ਧਿਆਨ ਸਿੰਘ, ਸੁਚੇਤ ਸਿੰਘ ਸ਼ੇਰ ਸਿੰਘ ਵੱਲ ਰਹਿਣ ਤੇ ਅਸੀਂ ਚਾਚਾ ਭਤੀਜਾ ਗੁਲਾਬ ਤੇ ਹੀਰਾ ਸਿੰਘ ਚੰਦ ਕੌਰ ਵੱਲ ਰਹਿਣ। ਦੋਹਾਂ 'ਚ ਕੋਈ ਜਿੱਤੇ ਡੋਗਰੇ ਅੱਗੇ। ਸ਼ੇਰ ਸਿੰਘ ਨੇ ਜਿਹੜਾ ਪੈਸਾ ਨੈਦਰਲੈਂਡ ਦਾ ਫੌਜਾਂ 'ਚ ਵੰਡਤਾ, 50-60 ਹਜ਼ਾਰ ਫੌਜ ਨਾਲ ਲੈ ਕੇ ਉਹ ਯੱਕੀ ਦਹਿਲੀ ਤੇ ਟਕਸਾਲੀ ਦਰਵਾਜ਼ਿਆਂ ਨੇ ਸ਼ਹਿਰ 'ਚ ਬੜਿਆ। ਉਦੋਂ ਅੱਗੇ ਵੱਧ ਕੇ ਹਜ਼ੂਰੀ ਬਾਗ ਬਾਦਸ਼ਾਹ ਮਸੀਹ 'ਚ ਗੁਲਾਬ ਸਿੰਘ ਦੇ ਇਕੱਠੇ ਕੀਤੇ ਹੋਏ ਜੰਗੀ ਸਮਾਨ ਤੇ ਕਬਜ਼ਾ ਕਰ ਲਿਆ। ਜੰਗ ਦੇ ਬਾਜੇ ਵੱਜੇ, ਦੋਨਾਂ ਪਾਸਿਓਂ ਗਵਰਨੀ ਸ਼ੁਰੂ ਹੋ ਗਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੇ ਬਾਅਦ ਪੁੱਤ ਤੇ ਭਰਜਾਈ ਲੜਨ ਲੱਗੇ। ਕਿੱਥੇ ਸਿਰ ਤੋਂ ਘਰ ਵਾਲਾ ਪੂਰਾ ਹੋਇਆ ਤੇ ਪੁੱਤ ਪੂਰਾ ਹੋਇਆ। ਦਿਓਰ ਦਾ ਕੀ ਫਰਜ਼ ਬਣਦਾ, ਉਹ ਵੀ ਛੋਟੇ ਦਿਓਰ ਦਾ। ਦੇਖੋ ਲੜਾਈ ਹੋ ਰਹੀ, ਗੋਲੀਆਂ ਸਿੰਘਾਂ ਦੀਆਂ ਛਾਤੀਆਂ 'ਚ ਸਿੱਧੀਆਂ ਵੱਜਣ ਲੱਗੀ। ਸਿੱਖ ਦੀ ਲਹੂ ਦੇ ਨਾਲ ਤੇ ਉਹ ਵਜਾਉਣ ਲੱਗੇ। 14 ਜਨਵਰੀ 1841 ਨੂੰ ਲੜਾਈ ਆਰੰਭ ਹੋਈ ਤੇ 18 ਜਨਵਰੀ ਤੱਕ ਇਹੀ ਹੋਇਆ ਗਿਆ। ਅੰਤ ਰਾਜਾ ਧਿਆਨ ਸਿੰਘ ਆਇਆ ਤੇ ਲੜਾਈ ਖਤਮ ਹੋਈ। ਇਸ ਯੁੱਧ ਵਿੱਚ ਸ਼ੇਰ ਸਿੰਘ ਦੇ 4000 ਤੋਂ ਉੱਪਰ ਆਦਮੀ ਤੇ 600 ਘੋੜੇ, 300 ਬਲਦ ਮਰੇ ਤੇ ਜ਼ਖਮੀ ਹੋਏ। ਕਿਲ੍ਹੇ 'ਚ 125 ਆਦਮੀ ਮਰਿਆ ਤੇ ਜ਼ਖਮੀ ਹੋਇਆ। ਧਿਆਨ ਸਿੰਘ ਦੇ ਵਿੱਚ ਪੈ ਕੇ ਦੋਹਾਂ ਧਿਰਾਂ 'ਚ 4 ਸ਼ਰਤਾਂ ਤੇ ਸੁਲਾਹ ਕਰਾਉਣ। ਮਹਾਰਾਣੀ ਚੰਦ ਕੌਰ ਨੂੰ 9 ਲੱਖ ਸਾਲ ਦੀ ਜਗੀਰ ਜੰਮੂ ਦੇ ਨੇੜੇ, ਉਹਦਾ ਮੁਖਤਿਆਰ ਰਾਜਾ ਗੁਲਾਬ ਸਿੰਘ ਮੇਰਾ ਭਾਈ ਬਣੂ। ਚੰਦ ਕੌਰ ਖੜਕ ਸਿੰਘ ਦੀ ਵਿਧਵਾ ਜਾਣ ਕੇ ਉਸਦੀ ਮਰਜ਼ੀ ਅਨੁਸਾਰ ਰਹਿਣ ਦੀ ਆਗਿਆ ਹੋਵੇ। ਸ਼ੇਰ ਸਿੰਘ ਕੋਈ ਦਖਲ ਨਾ ਕਰੇ ਤੇ ਨਾ ਹੀ ਚਾਦਰ ਪਾਉਣ ਦੀ ਗੱਲ ਕਰੇ ਧੱਕੇ ਨਾਲ। 2 3 ਕਿਲੇ ਵਿਚਲੀ ਡੋਗਰੀ ਫੌਜ
ਨਿਸ਼ਾਨ ਲਹਿਰਾਉਂਦੀ ਬਾਹਰ ਚਲੀ ਜਾਵੇ, ਉਹਨਾਂ ਨੂੰ ਕੋਈ ਰੁਕਾਵਟ ਨਾ ਪਾਈ ਜਾਵੇ। ਨੰਬਰ 4, ਇਹਨਾਂ ਸ਼ਰਤਾਂ ਦੀ ਪਾਲਣਾ ਵਾਸਤੇ ਜ਼ਮਾਨਤ ਦਿੱਤੀ ਜਾਵੇ। 2 ਮਹੀਨੇ 2 ਦਿਨ ਰਾਜ ਕਰਨ ਪਿੱਛੋਂ ਚੰਦ ਕੌਰ ਤਖ਼ਤ ਤੋਂ ਵੱਖ ਹੋ ਗਈ। ਸ਼ੇਰ ਸਿੰਘ ਮਹਾਰਾਜਾ ਧਿਆਨ ਸਿੰਘ ਵਜ਼ੀਰ ਬਣ ਗਿਆ। ਗੁਲਾਬ ਸਿੰਘ ਚੰਦ ਕੌਰ ਦੇ ਨਾਲ ਸਮਾਨ ਦੇ ਨਾਲ ਸ਼ਾਹੀ ਖਜ਼ਾਨਾ ਬਹੁਤ ਜਵਰਾਤ ਤੇ ਬਮੁੱਲੇ ਹੀਰੇ ਲਦਵਾ ਕੇ ਜੰਮੂ ਨੂੰ ਲੈ ਗਿਆ। ਸ਼ੇਰ ਸਿੰਘ ਕਿਲੇ ਚ ਗਿਆ, ਖਜ਼ਾਨਾ ਖਾਲੀ। ਜਿਹੜੀ ਜਗੀਰ ਚੰਦ ਕੌਰ ਨੂੰ ਮਿਲੀ ਉਹ ਚੋਂ ਥੋੜਾ ਬਹੁਤ ਉਸਨੂੰ ਮਿਲਦਾ, ਬਾਕੀ ਗੁਲਾਬ ਸਿੰਘ ਇਹ ਹਜ਼ਮ ਕਰ ਦਿੰਦਾ। ਇਦੋਂ ਮਹਾਰਾਜਾ ਸ਼ੇਰ ਸਿੰਘ ਦੀ ਗੱਲ ਕੱਲ ਨੂੰ ਹੋਏਗੀ। ਇਹ ਜਾਣਦੇ 2 ਸਾਲਾਂ ਦੇ ਵਿੱਚ ਦੀ ਉਹ ਕਹਾਣੀ ਹੈ ਸਾਰੀ ਬਰਬਾਦੀ। ਦੇਖੋ ਡੋਗਰਿਆਂ ਨੇ ਕਿਵੇਂ ਸਰਕਾਰੇ ਖਾਲਸਾ ਦੀ ਕੀਤੀ। ਹੁਣ ਜਦ ਤੁਸੀਂ ਇਹਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦੁਸ਼ਮਣ ਬਾਤ ਕਿਵੇਂ ਅਣਹੋਣੀ ਕਰਦਾ ਇਸ ਕੌਮ ਨਾਲ। ਵਪਾਰਕ ਸੰਦੇਸ਼, ਮੁੜ ਕੇ ਆਉਣਾ ਅਗਲੇ ਵਿਸ਼ੇ ਤੇ ਮੈਂ ਜਾਣਾ। ਪਹਿਲਾਂ ਪ੍ਰਭਜੋਤ ਪਾਲ ਸਿੰਘ ਜੀ ਕੁਛ ਗੱਲ ਕਰਨੀ ਚਾਹੁੰਦੇ ਆ, ਲਾਈਨ ਨੰਬਰ 4 ਜੀ। ਹਾਂਜੀ ਸਿੰਘ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਹੋਲਡ ਕੀਤਾ ਸੀ ਜੀ, ਜਿਹੜਾ ਤੁਸੀਂ ਆ ਬਾਦਲ ਸਾਹਿਬ ਵਾਲੀ ਗੱਲ ਕਰ ਲਈ, ਉਸ ਤੋਂ ਬਾਅਦ ਮੈਂ ਚਾਹੁੰਦਾ ਸੀ ਬੋਲਣਾ। ਹਾਂਜੀ ਫਿਰ ਮੈਂ ਗੱਲ ਕਰ ਲਵਾਂ, ਠੀਕ ਹੈ ਜੀ। ਪਿੰਡਾਂ 'ਚ ਜਦ ਪਹਿਲਾਂ ਕਮੇਟੀਆਂ ਪੈਣ ਲੱਗੀਆਂ ਨਾ, ਬੰਦਿਆਂ ਨੇ ਜਦ ਖੇਤੀ ਵਗ ਜਾਣਾ, ਲੱਸੀ ਲੁੱਸੀ ਪੀ ਕੇ ਦੁਪਹਿਰ ਨੂੰ ਬੇਬਿਆਂ ਨੇ ਜਦ ਇਕੱਠੇ ਹੋਣਾ, ਗੱਲ ਚੱਲ ਪਈ। ਫਿਰ ਕਮੇਟੀ ਤੋਂ ਕਿੰਨਾ ਚਿਰ ਮਕੇਟੀ ਉਹ ਕਹਿੰਦੀਆਂ ਰਹੀਆਂ, ਫਲਾਣੀ ਮਕੇਟੀ ਪਾਉਂਦੀ ਹੈ ਹਰ ਮਹੀਨੇ 100-100 ਪਾਉਣਾ, 1000, ਇੱਕ ਨੇ 1000 ਚੱਕ ਲੈਣਾ, 1000 ਵਾਲੇ ਨੇ ਕਹਿਣਾ 900 ਚੱਕਿਆ, 100 ਵਿੱਚ ਰਹਿ ਜਾਣ। ਹੌਲੀ ਹੌਲੀ ਖੀਸੇ ਚੋਂ ਕੱਢ ਕੇ 100-100 ਪਾਉਣ ਲੱਗ ਗਈਆਂ, ਇਕੱਠੇ ਹੋਣ ਲੱਗ ਗਏ। ਦੇਖ ਲਾ ਫਿਰ ਜਦ ਨੋਟਬੰਦੀ ਹੋਈ, ਫਿਰ ਸੰਦੂਕ ਚੋਂ ਕੱਢ ਕੇ ਲਿਆਈਆਂ, ਕੋਈ 20,000 ਕੋਈ 30,000। ਮੈਂ ਕੀ ਅੱਗ ਲਾਉਣੇ ਨੇ ਇਹੋ ਜਿਹੜੇ ਨੋਟ ਚੱਲਣੇ ਨੀ, ਆ ਮੇਰੇ ਵਾਲੇ ਵੀ ਲੈ ਜਾਓ। ਘਰ ਵਾਲੇ ਖੜੇ ਵੀ ਆਹ ਅੰਦਰੋਂ ਕਿਹੜੀ ਬੈਂਕ ਲੱਗ ਗਈ, ਰੱਖ ਉਹ ਰੇਨੀ ਸੀਜ਼ਨ ਲਈ ਦਾਣੇ ਮਾਮਾ ਰੱਖਦੀਆਂ। ਸੰਜਮ ਸੀ, ਸੋਹਜ ਸੀ, ਰੱਜ ਬਹੁਤ ਸੀ, ਇੱਥੇ ਬਹੁਤ ਨੇ। ਜਿਹੜਾ ਸਾਡਾ ਪੁਰਾਣਾ ਪੂਰ ਆਇਆ ਹੋਇਆ, ਕਦੇ ਨੀ ਅਦਰੇਮਾ, ਕਦੇ ਨੀ ਭੱਜ, ਕਦੇ ਨੀ ਨੱਠ, ਸਬਰ ਸੰਤੋਖ ਸ਼ੁਕਰ। ਅੱਜ ਇਸ ਸਮੇਂ ਚ ABP ਸਾਂਝੇ ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਇੰਟਰਵਿਊ ਕੀਤੀ ਹੈ, ਦਿੱਤੀ ਹੈ, ਤੇ ਬਹੁਤ ਚਿਰ ਬਾਅਦ ਉਹਨਾਂ ਨੇ PTC ਤੋਂ ਬਾਹਰ ਨਿਕਲ ਕੇ ਜਿਹੜੀ ਉਹ ਇਕੱਠ ਕੁੱਠ ਚ ਗੱਲਾਂ ਕਰਦੇ, ਕੋਈ ਗਰਮ ਮੂਹਰੇ ਮਿਲ ਗਿਆ, ਉਹ ਛੱਡੋ ਕਾਕਾ ਜੀ ਕੀ ਗੱਲ ਕਰਨੀ ਹੈ, ਉਹ ਛੱਡੋ ਜੀ ਤੁਸੀਂ ਤਾਂ ਇੱਕੋ ਹੀ ਗੱਲ ਕਰੀ ਜਾਂਦੇ ਹੋ, ਕਾਕਾ ਜੀ ਤੇ ਸਰਦਾਰ ਜੀ ਦੋ ਸ਼ਬਦ। ਰਾਜਨੀਤੀ ਜੇ ਸਿੱਖਣੀ ਹੋਵੇ, ਦੇਖੋ ਇਹੋ ਜਿਹੀ ਕੋਈ ਰਾਜਨੀਤੀ ਜਿਹਦੇ ਚ ਜਿਹੜਾ ਸ਼ਡਯੰਤਰ ਨਾ ਹੋਵੇ, ਦੁਨੀਆਂ ਚ ਕੋਈ ਰਾਜਨੀਤਿਕ ਬੰਦਾ ਨਹੀਂ। ਕਈ ਵਾਰ ਆਪਾਂ ਇੱਕ ਬੰਦੇ ਨੂੰ ਕਹਿਣ ਲੱਗ ਜਾਂਦੇ ਹਾਂ, ਇਹਨੂੰ ਮੈਂ ਨੇੜਿਓਂ ਵੇਖਿਆ, 2-3 ਕੁ ਮਹੀਨੇ ਸਵਾਦ ਵੇਖਿਆ, ਤੇ ਛੱਡ ਇਹ ਗੱਲ ਦਿਓ, ਜਾਂ ਦੀਨ ਮਾਨ ਜਿੱਥੇ ਮੁੱਕ ਜਾਂਦਾ ਉੱਥੇ ਰਾਜਨੀਤੀ ਸ਼ੁਰੂ ਹੁੰਦੀ, ਨਾਲ ਦੇ ਤੁਰੇ ਜਾਂਦੇ। ਬੱਖੀ ਜਦ ਵਰਸ਼ਾ ਗੱਡਦੇ ਆ ਪਤਾ ਤੁਹਾਨੂੰ ਫੇਰ ਲੱਗਦਾ, ਤੁਹਾਨੂੰ ਤਾਂ ਤੀਜੇ ਦਿਨ ਪਤਾ ਲੱਗਦਾ ਬੱਖੀ ਦੁਖਦੀ ਹੈ, ਉਹ ਕਹਿੰਦਾ ਨਾਲ ਤੁਰਿਆ ਜਾਂਦਾ ਯਾਰ ਉਹ ਤਾਂ ਨੀ ਮਾਰ ਗਿਆ, ਨਾ ਨਾ ਲੈ ਉਹ ਤਾਂ ਤੇਰਾ ਬੰਦਾ ਖਾਸ ਹੈ, ਪਤਾ ਫੇਰ ਲੱਗਦਾ ਜਦ ਨੀਲ ਪਿਆ ਹੁੰਦਾ ਬੱਖੀ ਚ। ਇਹ ਜਿਹੜਾ ਉਹਨਾਂ ਦੀ ਇੰਟਰਵਿਊ ਮੇਰਾ ਅੱਜ ਮੈਂ ਮਨ ਦੇ ਨਾਲ ਸੁਣੀ ਸੁਨੇਹਾ ਉੱਠ ਕੇ, ਦੇਖੋ ਗੁਣ ਔਗਣ ਸਾਰਿਆਂ ਚ ਨੇ, ਪੰਥਕ ਕਾਰਜਾਂ ਦੇ ਵਿੱਚ ਲੋਕ ਕਿਰਿਆਸ਼ੀਲ ਹੋਏ ਕਿਵੇਂ ਹੋਏ ਨਹੀਂ ਹੋਏ, ਹੱਕ ਦੀ ਪਾਰਟੀ ਕਿਹੜੀ, ਵਿਰੋਧੀ ਪਾਰਟੀ ਕਿਹੜੀ, ਉਹ ਅਲੱਗ ਗੱਲ ਹੈ, ਉਹਦੇ ਤੇ ਡਿਸਕਸ਼ਨ ਆਪਾਂ ਕਰਾਂਗੇ। ਪਰ ਸਭ ਤੋਂ ਘੱਟ ਉਮਰ ਚ ਸਰਪੰਚ ਪਿੰਡ ਦਾ ਬਣਨਾ, ਸਭ ਤੋਂ ਘੱਟ ਉਮਰ ਚ MLA ਬਣਨਾ, ਸਭ ਤੋਂ ਘੱਟ ਉਮਰ ਚ ਜਿਹੜਾ ਮੁੱਖ ਮੰਤਰੀ ਬਣਨਾ, ਕੁਝ ਤਾਂ ਉੱਪਰੋਂ ਲਿਖੇ ਹੋਏ ਤੁਹਾਡੇ ਭਾਗ ਨੇ, ਕੁਛ ਅਮੀਰ ਘਰ ਦੇ ਵਿੱਚ ਜੰਮਣਾ ਉਹ ਦੂਜਾ ਭਾਗ ਹੈ, ਬਜ਼ੁਰਗ ਦਾਦਾ ਤੇ ਪਿਤਾ ਜੀ ਤੇ ਰਾਜਨੀਤੀ ਸੀ, ਪਿੰਡ ਵੱਡਾ ਸੀ, ਜਾਇਦਾਦ ਸੀ, ਪਰ ਜਿਹੜੀ ਉਹਨਾਂ ਨੇ ਰਾਜਨੀਤੀ ਕੀਤੀ ਹੈ, ਉਹਨਾਂ ਨੇ ਦੁਸ਼ਮਣ ਨੂੰ ਦੁਸ਼ਮਣ ਕਹਿ ਕੇ ਨਹੀਂ ਸਾਫ਼ ਕੀਤਾ, ਉਹਨਾਂ ਨੇ ਦੁਸ਼ਮਣ ਨੂੰ ਇਹ ਗੱਲ ਕਹਿ ਕੇ ਨਹੀਂ ਜੀ ਉਹਨਾਂ ਦੀ ਮਰਜ਼ੀ ਹੈ, ਪਾਰਟੀ ਮਾਂ ਹੁੰਦੀ ਹੈ, ਪਾਰਟੀ ਲਈ ਦੇਖੋ ਮੈਂ ਕੁੜੀ ਦਾ, ਮੇਰੀ ਦਾ ਵਿਆਹ ਸੀ, ਮੇਰੀ ਭਤੀਜੀ ਦਾ ਵਿਆਹ ਸੀ, ਮੈਂ ਜੇਲ੍ਹ ਚੋਂ ਨਹੀਂ ਆਇਆ। ਫਾਰੂਖ ਅਬਦੁੱਲਾ ਉਹਨਾਂ ਨੇ, ਦੇਵੀ ਲਾਲ ਉਹਨਾਂ ਨੇ ਉਹ ਪਿਤਾ ਦੀਆਂ ਰਸਮਾਂ ਪੂਰੀਆਂ ਕੀਤੀਆਂ। ਦੇਖੋ ਇਸ ਤਰ੍ਹਾਂ ਨਹੀਂ ਹੈ, ਇਹ ਸਾਰਾ ਕੁਝ ਗਰੰਟਿਡ ਆ ਵੀ ਬਿਨਾਂ ਉਹਨਾਂ ਦੀ ਵਿਦਵਤਾ ਤੋਂ ਮਿਲ ਗਿਆ ਇਹਨੂੰ ਹੁਣ ਉਹ ਜਿਹੜਾ ਕਿਰਿਆਸ਼ੀਲ ਹੋਏ ਨੇ ਨਾ, ਸਮਝ ਲਿਓ ਗੱਲ, ਓਪਲ ਹੁਣ ਪਾ ਲਿਆ ਉਹਨਾਂ ਨੇ ਫਾਇਰਿੰਗ, ਓਪਲ ਚਿੱਟਾ ਜਿਹੜਾ ਪੱਥਰ ਸੁਖਬੀਰ ਬਾਦਲ ਪਾਉਂਦਾ ਉਹ ਪਾ ਲਿਆ ਉਹਨਾਂ ਨੇ, ਲਾਇਆ ਹੋਇਆ ਸੀ 2 ਸਾਲ ਹੋ ਗਏ, 3, ਹੁਣ ਉਹ ਪਾ ਲਿਆ। ਹੁਣ ਉਹ ਇੱਕ ਬੰਨੇ ਉਹਨਾਂ ਨੇ ਕਹਿਣਾ ਵੀ ਮੈਂ ਤਾਂ ਲੋਕਾਂ 'ਚ ਨਹੀਂ ਜਾਣਾ,
ਤੇ ਇੱਕ ਬੰਨੇ ਉਹਨਾਂ ਨੇ ਉਹ ਪਾਰਟੀ ਸੁਰਜੀਤ ਕਰ ਦੇਣੀ ਹੈ ਤੁਹਾਡੇ ਸਾਹਮਣੇ 2 ਸਾਲਾਂ 'ਚ ਹੋਣੀ ਹੈ ਇਹ ਜੇ ਉਹਨਾਂ ਨੂੰ ਉਮਰ ਉਹਨਾਂ ਦੀ ਰਹੀ ਉਪਰਾਲੇ ਨੇ 93 ਸਾਲ ਦੀ ਉਹਨਾਂ ਦੀ ਉਮਰ ਹੈ ਹੁਣ ਮੈਂ ਪ੍ਰੋੜ ਤਾਂ ਨਹੀਂ ਕੋਈ ਕਰ ਰਿਹਾ ਪਲੀਜ਼ ਮੈਂ ਐਡੀਟੋਰੀਅਲ ਦੀ ਗੱਲ ਕਰ ਰਿਹਾ ਠੀਕ ਹੈ ਇਹ ਗੱਲ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਤਜਰਬਾ ਤੇ ਨਾਲ ਸਾਲਾ ਘਰ ਦੇ ਵਿੱਚ ਸਰਦਾਰਨੀ ਦਾ ਜ਼ੋਰ ਨਾ ਚਾਹੁੰਦੇ ਹੋਏ ਜੇ ਬਿਕਰਮ ਮਜੀਠੀਏ ਦੇ ਤਵੇ ਦੀ ਗੱਲ ਕਰੀਏ ਐਨ ਆਰ ਆਈ ਦੇ ਵਿੱਚ ਸੰਮੇਲਨ 'ਚ ਬਹੁਤ ਵੱਡਾ ਉਹਨਾਂ ਨੇ ਉਹਨੂੰ ਝਟਕਾ ਦਿੱਤਾ ਸੀ ਵੀ ਕੱਲ ਆ ਗਏ ਹੁਣ ਰਾਜੇ ਸਾਂਭਣ ਨੂੰ ਫਿਰਦੇ ਆ ਬਹੁਤ ਕੋਸ਼ਿਸ਼ ਕੀਤੀ ਬਜ਼ੁਰਗ ਨੇ ਜਦ ਬੈਟਰ ਹਾਫ ਚਲੇ ਜਾਵੇ ਬੰਦਾ ਇਕੱਲਾ ਹੋ ਜਾਂਦਾ ਇਹ ਉਮਰ ਦੇ ਵਿੱਚ ਇੱਕ ਚੀਜ਼ ਦਾ ਉਹਨਾਂ ਦਾ ਪੱਲਾ ਜਿਹੜਾ ਉਹਨੇ ਸਾਰੀ ਜ਼ਿੰਦਗੀ ਛੱਡਿਆ 50-55-60 ਸਾਲ ਹੋ ਗਏ ਜਿਹੜਾ ਸਹਿਜ ਹੈ ਤਹੱਲਮ ਹੈ ਤਹੱਮਲ ਹੈ ਸੋਰੀ ਉਹ ਨਹੀਂ ਉਹਨਾਂ ਨੇ ਛੱਡਿਆ ਠੀਕ ਆ ਪੁੱਤਾਂ ਧੀਆਂ ਦਾ ਅਸੀਂ ਨਹੀਂ ਪਿਆਰ ਕਰਦੇ ਇੱਥੇ 80-80 ਸਾਲ ਦੇ ਬਜ਼ੁਰਗ 85 ਸਾਲ ਦੇ ਹਲੇ ਤੁਰੇ ਫਿਰਦੇ ਆ ਸਕਿਉਰਟੀਆਂ ਕਰਦੇ ਤੇ ਹਲੇ ਤੁਰੇ ਫਿਰਦੇ ਆ ਘਰ ਦੇ ਕੰਮ ਕਰਦੇ ਉਹ ਕਰਦੇ ਨਹੀਂ ਆਪਣੇ ਪੁੱਤਾਂ ਦਾ ਕਰ ਰਹੇ ਨੇ ਉਹਨਾਂ ਦੇ ਵੀ ਗਾਹ ਦੋਹਤੇ ਪੋਤੇ ਪੜੋਤੇ ਹੋ ਗਏ ਸਭ ਕਰਦੇ ਆ ਪਰ ਜਦ ਅਸੀਂ ਟਾਰਗੇਟ ਕਰਦੇ ਆ ਨਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਉਂ ਕਰਨ ਲੱਗ ਜਾਂਦੇ ਹਾਂ ਵੀ ਅਸੀਂ ਕਾਂਗਰਸ ਨੂੰ ਜਮਾਂ ਹੀ ਬਰੀ ਕਰਤਾ ਨਾ ਸਾਨੂੰ ਫਿਰ ਕਤਲੋ ਗਾਲਤ 78 ਤੋਂ ਲੈ ਕੇ ਯਾਦ ਹੈ ਨਾ ਸਾਨੂੰ ਫਿਰ ਘੱਲੂਘਾਰੇ ਯਾਦ ਨੇ ਸਭ ਕੁਛ ਛੱਡ ਦਿੱਤਾ ਜਿਹੜਾ ਜ਼ੁਲਮ ਪੰਜਾਬ 'ਚ ਹੋਇਆ 84 ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਸ਼ਿਕਾਰ ਹੋਇਆ ਜਿਹੜਾ ਤੁਹਾਡਾ ਰੌਲਾ ਸੀ ਉਹ ਤਾਂ ਤੁਸੀਂ ਪੂਰਾ ਕਰ ਲਿਆ ਸੰਤਾਂ ਨੂੰ ਤੁਸੀਂ ਫੜਨਾ ਸੀ ਜਾਂ ਸ਼ਹੀਦ ਕਰਨਾ ਸੀ ਉਹ ਤੁਸੀਂ ਕਰਤਾ ਉਹ ਇੰਦਰਾ ਦੀ ਗੇਮ ਇੰਦਰਾ ਕੌਣ ਸੀ ਨਹਿਰੂ ਦੀ ਧੀ ਨਹਿਰੂ ਕੌਣ ਸੀ ਕਾਂਗਰਸ ਦਾ ਤੇ ਗਾਂਧੀ ਹੋਣੀ ਕੌਣ ਸੀ ਜਦ ਅਸੀਂ ਸਭ ਕੋਲ ਮਾਫ਼ੀ ਫਿਰ ਕਰ ਦਿੰਦੇ ਠੀਕ ਹੈ ਖੇਤਰੀ ਪਾਰਟੀ ਕਰਕੇ ਤੇ ਆਪਣੀ ਸਿੱਖਾਂ ਦੀ ਓਨ ਪਾਰਟੀ ਕਰਕੇ ਨਾਓ ਕਰਕੇ ਲੋਕਾਂ ਦਾ ਬਹੁਤ ਮਲਾਲ ਲੋਕ ਗੁੱਸੇ ਹੋ ਗਏ ਬੇਅਦਬੀ ਵਾਲੇ ਕੇਸ ਦੇ ਵਿੱਚ ਬਹੁਤ ਵੱਡਾ ਉਹਨਾਂ ਨੂੰ ਝਟਕਾ ਲੱਗਿਆ ਤੇ ਉਹ ਚੀਜ਼ ਨੂੰ ਭੋਗ ਰਹੇ ਤੇ ਹੁਣ ਇਕੱਠੇ ਅਲੱਗ ਹੋ ਕੇ ਜਿਹੜਾ ਟਕਸਾਲੀ ਦਲ ਬਣਿਆ 10 ਸਾਲ ਮੈਂ ਬਹੁਤ ਵਾਰ ਕਿਹਾ ਇਹ ਗੱਲ ਵੀ ਜਦ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ CM ਬਣਦੇ ਉਹਨਾਂ ਦੇ ਇਹ ਰਾਜਾ ਸ਼ਾਹੀ ਦਾ ਨਜ਼ਾਰਾ ਲੈਂਦੇ ਰਹੇ ਨੇ ਕੋਈ ਮਿਨਿਸਟਰ ਬਣ ਗਿਆ ਕੋਈ ਰਾਜ ਸਭਾ ਦਾ ਕੁਛ ਮੈਂਬਰ ਬਣ ਗਿਆ ਕੋਈ ਕੁਛ ਬਣ ਗਿਆ ਉਹ ਕਿਉਂ ਨਹੀਂ ਮਾੜਾ ਲੱਗੇ ਸਵਾਲ ਜਦ ਸੀ ਸਰਕਾਰ ਦੇ ਹੁੰਦੇ ਕਹਿੰਦੇ ਵੀ ਤੁਸੀਂ ਨਹੀਂ ਸਾਡੀ ਸੁਣਦੇ ਅਸੀਂ ਹੋ ਕੇ ਪਰਾਂ ਬਣਾਉਂਦੇ ਹਾਂ ਆਪਣਾ ਟਕਸਾਲੀ ਅਕਾਲੀ ਦਲ ਹੁਣ ਜਦ ਹਾਰ ਗਏ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਫਿਰ ਹੁਣ ਤੁਸੀਂ ਜਿਹੜਾ ਮਰਜ਼ੀ ਟਕਸਾਲ ਬਣਾਈ ਚੱਲੋ ਤੇ ਕੁਛ ਕਰੀ ਚੱਲੋ ਇਹ ਗੱਲਾਂ ਕੱਚੀ ਵਪਾਰਕ ਸੰਦੇਸ਼ਾਂ ਤੋਂ ਬਾਅਦ ਮੈਂ ਅੱਜ ਗੱਲ ਕਰਨੀ ਚਾਹੁੰਦਾ ਉਹਨਾਂ ਦੇ ਵਿਅਕਤੀਤਵ ਕਿ ਕੀ ਜਦ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਕੱਸਦੇ ਹਾਂ ਕਾਂਗਰਸ ਨੂੰ ਮਾਫ਼ੀ ਦਿੰਦੇ ਹਾਂ ਫਿਰ ਆਪਾਂ ਕੀ ਕਾਂਗਰਸ ਦਾ ਕੀਤਾ ਕੰਮ ਆਪਾਂ ਫਿਰ ਭੁੱਲ ਜਾਂਦੇ ਹਾਂ ਵੀ ਕਾਂਗਰਸ ਨੇ ਜ਼ੁਲਮ ਕੀ ਕੀਤਾ ਜਾਂ ਫਿਰ ਹੋਰ ਜਿਹੜੇ ਪੰਜਾਬ ਦੀ ਫਿਜ਼ਾ ਦੇ ਵਿੱਚ ਲੀਡਰ ਨੇ ਸਤਿ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ ਜਿਹੜੀਆਂ ਗੱਲਾਂ ਕਹਿਤੀਆਂ 84 ਤੋਂ ਅੱਜ ਸਾਲ 36 ਹੋ ਗਏ ਉਹ ਚੇਂਜ ਨਹੀਂ ਹੋਏ ਰਾਜਨੀਤੀ 'ਚ ਉਹਨਾਂ ਨੂੰ ਤਰੱਕੀ ਮਿਲੀ ਨਹੀਂ ਮਿਲੀ ਇਹ ਗੱਲ ਅਲੱਗ ਸੋ ਇਸ ਸੰਦਰਭ ਦੇ ਵਿੱਚ ਬਾਦਲ ਹੋਰਾਂ ਦਾ 93 ਸਾਲ ਦੀ ਉਮਰ ਦੇ ਵਿੱਚ ਦੁਬਾਰਾ ਅਕਾਲੀ ਦਲ ਨੂੰ ਸੁਰਜੀਤ ਕਰਨਾ ਤੇ ਇੱਕ ਉਹਨਾਂ ਦੀ ਉਹ ਇੰਟਰਵਿਊ ਤੁਹਾਡੇ ਸਾਰਿਆਂ ਨੇ ਸ਼ਾਇਦ ਤੁਸੀਂ ਵੇਖਣ ਵਾਲੀ ਹੈ ਰਾਜਨੀਤੀ ਦੇ ਵਿੱਚ ਕਰੈਕਟਰ ਕਿਵੇਂ ਫਿੱਟ ਹੁੰਦਾ ਜਾਂ ਰਾਜਨੀਤੀ ਦੇ ਵਿੱਚ ਤੁਹਾਡੇ ਜਿਹੜੇ ਹੱਕ ਨੇ ਤੁਹਾਡੇ ਜਿਹੜੇ ਇਰਾਦੇ ਨੇ ਉਹਨਾਂ ਦੀ ਬਲੀ ਦਿੱਤੀ ਜਾਂਦੀ ਹੈ ਉਹ ਕਹਿੰਦੇ ਮੈਂ ਬਿਲਕੁਲ ਨਹੀਂ ਦਿੱਤੀ ਮੈਂ ਜੇਲ੍ਹਾਂ ਕੱਟੀਆਂ ਮੈਨੂੰ ਕਦੇ ਕੋਇੰਬਟੂਰ ਭੇਜਤਾ ਕਦੇ ਸਨ ਮੈਨੂੰ ਕਲਕੱਤੇ ਭੇਜਤਾ ਕਦੇ ਮੈਂ ਸਾਰੀ ਜ਼ਿੰਦਗੀ ਉਹ ਕਹਿੰਦਾ ਮੈਂ ਪਾਰਟੀ ਉਹ ਮੇਰੀ ਮਾਂ ਇੱਕ ਧਰਤੀ ਮਾਂ ਇੱਕ ਮੇਰੀ ਮਾਂ ਨੇ ਮੈਨੂੰ ਜੰਮਿਆ ਇੱਕ ਮੇਰੀ ਪਾਰਟੀ ਮਾਂ 5 ਵਾਰ ਮੈਂ ਪ੍ਰਧਾਨ ਮੁੱਖ ਮੰਤਰੀ ਬਣਿਆ ਬਹੁਤ ਵੱਡੀ ਗੱਲ ਆ ਰਾਜਾ ਕਹਿੰਦੇ ਮੇਰੇ ਬਰਾਬਰ ਕੀ ਕਰ ਲਓ ਮੈਨੂੰ ਤਾਂ ਪਿੰਡਾਂ ਦੇ ਲੰਬੜਾਂ ਤੱਕ ਪਤਾ ਨਾ 85% ਮੈਂ ਪੰਜਾਬ ਦੇ ਪਿੰਡਾਂ 'ਚ ਗਿਆ ਸਰ ਜਗਮੇਲ ਸਿੰਘ ਜੀ ਲਾਈਨ ਨੰਬਰ 2 ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਅਰਜ਼ ਇਹ ਹੈ ਕਿ ਜਿੱਥੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਇੰਟਰਵਿਊ ਸੁਣ ਲਈ ਜਾਂ ਸਟੇਟਮੈਂਟ ਸੁਣ ਲਈ ABP ਸਾਂਝੇ ਦੀ ਨਵਜੋਤ ਸਿੰਘ ਸਿੱਧੂ ਦੀ ਵੀ ਸੁਣ ਲਓ ਉੱਥੇ ਹੀ ਹੈ ਮੈਂ ਸੁਣ ਰਿਹਾ ਜੀ ਉਹ ਵੀ ਛੜੱਪੇ ਹੀ ਮਾਰਦਾ ਹੈ ਉਹ ਵੀ ਕੁਛ ਨਹੀਂ ਕਰ ਰਿਹਾ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਹੀ ਨੇ ਛੜੱਪੇ ਹੀ ਨੇ ਉਹਦੇ ਕੋਲ ਵੀ ਤੁਸੀਂ ਗੱਲ ਕਰੋ ਇੱਕ ਹੋਰ ਸੁਣ ਲਓ ਅੱਜ ਤੱਕ ਅਸੀਂ ਵੀ ਇਹਦੇ ਮਗਰ ਲੱਗੇ ਰਹੇ ਅਨੇਕਾਂ ਲੋਕ ਮਗਰ ਲੱਗੇ ਰਹੇ ਲੇਕਿਨ ਇਸ ਬੰਦੇ ਨੇ ਜਿੰਨਾ ਪੰਥ ਨਾਲ ਧੋਖਾ ਕੀਤਾ ਨਾ ਬੋਰਡ ਤਾਂ ਸ਼੍ਰੋਮਣੀ ਆਪਣਾ ਅਕਾਲੀ ਦਲ ਦਾ ਲਾ ਲਿਆ ਲੇਕਿਨ ਪਿੱਛੇ ਜਿਹੜੀ ਸੋਚ ਹੈ ਉਹ ਸਿੱਖ ਵਾਲੀ ਵੀ ਹੈ ਨਹੀਂ ਨੇੜੇ ਤੇੜੇ ਵੀ ਨਹੀਂ ਔਰ ਜਦੋਂ ਇਹ ਵਾਜਪੇਈ ਦੀ ਹਕੂਮਤ ਦੇ ਵਿੱਚ ਮਨਿਸਟਰ ਬਣਿਆ ਉਸ ਟਾਈਮ
ਇਹਦੇ ਲਾਲ ਜੇਲ ਕੱਟੀ ਆ ਮੈਂ, ਕੋਈ ਇਹੋ ਜਿਹੀ ਗੱਲ ਨੀ ਆ, ਇਹਨੂੰ ਜਾਣਦੇ ਚੰਗੀ ਤਰ੍ਹਾਂ ਤੇ ਇਹਦੇ ਮਗਰ ਅਸੀਂ ਲੱਗੇ ਰਹੇ। ਅੱਛਾ, ਅਗਲੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਜਿਹੜੇ ਜਨਸੰਗੀ ਉਸ ਟਾਈਮ ਦੇ ਆਰ ਐਸ ਐਸ ਵਾਲੇ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਸੀ ਕਾਂਗਰਸੀਆਂ ਦੇ ਨਾਲ 1984 ਚ, ਇਹ ਚੁੱਪ ਕਰਕੇ ਬੈਠਾ ਰਿਹਾ ਔਰ ਇਸ ਦੇ ਸਾਹਮਣੇ ਉਹਨਾਂ ਨੂੰ ਕੱਢਿਆ, ਉਹਦੇ ਉਹਨਾਂ ਦੇ ਕੇਸ ਸੀਗੇ ਬਕਾਇਦਾ ਜਿਹੜੇ ਫਾਈਲ ਹੋਏ ਹੋਏ, ਔਰ ਗੁਜਰਾਤ ਦੇ ਕਿਸਾਨ ਅੱਜ ਤੱਕ ਚੇਤੇ ਕਰ ਰਹੇ ਨੇ ਕੀ ਕੀਤਾ ਉਹਨਾਂ ਨਾਲ। ਇੱਕ ਗੱਲ ਨੀ, ਅਸੀਂ ਕਹਿੰਦੇ ਜਿਉਂਦਾ ਰਹੇ ਇਹ ਅਜੇ ਹੋਰ ਜਿਉਵੇਂ, ਤਾਂ ਕਿ ਇਹ ਆਪਣੀ ਖੇ ਉੜਦੀ ਖੁਦ ਦੇਖੇ। ਤੁਸੀਂ ਇੱਕ ਚੀਜ਼ ਸਮਝ ਲਿਓ ਕਿ ਇਹਦੇ ਨਾਲ ਜਿਹੜੇ ਜ਼ਿੰਦਾਬਾਦ ਜ਼ਿੰਦਾਬਾਦ ਕਹਿਣ ਵਾਲੇ ਆ ਨਾ, ਜੋ ਬਾਦਲ ਬਾਦਲ ਕਰਨ ਵਾਲੇ ਆ, ਉਹਨਾਂ ਨੂੰ ਤੁਸੀਂ ਦੇਖਿਓ ਵੀ ਉਹਨਾਂ ਦਾ ਹਸ਼ਰ ਕੀ ਹੁੰਦਾ। ਇਹ ਜੋ ਕੁਛ ਹੋਇਆ ਪਹਿਲਾਂ ਇਹਨਾਂ ਦਾ, ਇਹਨਾਂ ਦੇ ਸਾਹਮਣੇ ਹੈ, ਉਹ ਜਿਹੜੀਆਂ ਸੀਟਾਂ ਇਹਨਾਂ ਨੂੰ ਮਿਲੀਆਂ ਉਹ ਵੀ ਸਾਰਿਆਂ ਨੂੰ ਪਤਾ। ਹੁਣ ਇਹਦੇ 'ਚ ਕੋਈ ਤਰੱਕੀ ਨਹੀਂ ਹੋਣ ਵਾਲੀ ਇਹਨਾਂ ਦੀ, ਇਹ ਵੀ ਗੱਲ ਸਮਝ ਲੈਣ ਅਤੇ ਰਾਏ ਲੋਕਾਂ ਦੀ ਵੀ ਲੈ ਲਓ, ਖਿਆਲ ਆਪਣਾ ਆਪਣਾ। ਪਰ ਅਸੀਂ ਇੱਕੋ ਹੀ ਗੱਲ ਜਾਣਦੇ ਹਾਂ ਕਿ ਪੰਥ ਦਾ ਧੋਖਾ ਕਰਨ ਵਾਲੇ ਲੋਕ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਵਿਚਾਰ ਇਹ ਲੈ ਰਿਹਾ, ਮੈਂ ਪ੍ਰੋੜ ਤਾਂ ਨਹੀਂ ਕਰ ਰਿਹਾ, ਇੱਕ ਉਹਨਾਂ ਦੀ ਇੰਟਰਵਿਊ ਦੇ ਆਲੇ ਦੁਆਲੇ ਗੱਲ ਕਰ ਰਿਹਾ, ਮੈਂ ਉਹਨਾਂ ਦੀ ਕੋਈ ਹੱਕ ਦੀ ਗੱਲ ਨਹੀਂ ਕਰ ਰਿਹਾ, ਮੈਂ ਖੁੱਲਾ ਤੁਹਾਨੂੰ ਮੰਚ ਦਿੱਤਾ। ਪਰ ਜਦ ਉਹਨਾਂ ਨੂੰ ਕਹਿਣਾ ਤਾਂ ਉਸੇ ਚੌਕਟੇ ਦੇ ਵਿੱਚ ਅਮਰਿੰਦਰ ਨੂੰ ਵੀ ਖੜਾਉਣਾ, ਉਸੇ ਚੌਕਟੇ ਦੇ ਵਿੱਚ ਸਿੱਧੂ ਨੂੰ ਵੀ ਖੜਾਉਣਾ। ਸਿੱਧੂ ਕੀ ਦੇ ਰਿਹਾ ਲੋਕਾਂ ਨੂੰ, ਉਹਦੀ ਤਕਰੀਰ ਸੁਣਿਓ ਤੁਸੀਂ, ਉਹ ਇਕੱਠਾ ਕੀ ਕਰਦਾ ਸਾਰਾ ਕੁਛ। ਕੋਈ ਖੜਿਆ ਪਿੰਡ 'ਚ ਜਾ ਕੇ ਕਿਸੇ ਜਗ੍ਹਾ ਜਿੱਥੇ ਖੁਦਕੁਸ਼ੀਆਂ ਆਉਂਦੀਆਂ, ਲੋਕ ਮਰ ਰਹੇ ਨੇ, ਸਿੱਧੂ ਜਾਂ ਅਮਰਿੰਦਰ ਸਿੰਘ, ਇਹ ਵੀ ਨਾਲ ਯਾਦ ਰੱਖਣੀਆਂ। ਬਿਲਕੁਲ ਪੰਥਕ ਤੌਰ ਤੇ ਜਿਹੜੇ ਬਹੁਤ ਕੰਮ ਹੋਣਗੇ ਜਿਹੜੇ ਤੁਹਾਨੂੰ ਨਹੀਂ ਫਿੱਟ ਬੈਠੇ ਹੋਣਗੇ ਵੀ ਬਾਦਲ ਉਹਨਾਂ ਨੇ ਕੀਤੇ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 3। ਹਾਂਜੀ ਸੰਤਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਇਹ ਜਿਹੜਾ ਆਪਣੇ ਬਾਦਲ ਸਾਹਿਬ ਤੇ ਜਿਹੜਾ ਅੱਜ ਟਾਪਿਕ ਲਿਆਇਆ, ਮੈਂ ਤੁਹਾਡੀ ਦੱਸਣਾ ਵੀ ਇਹੋ ਇੱਕ ਇਹੋ ਜਿਹਾ ਮੁੱਦਾ ਹੈਗਾ ਆ, ਜਦੋਂ ਵੀ ਕਿਸੇ ਨੇ ਵੀ ਇਹ ਸੁਣਨਾ ਹੈਗਾ ਤੇ ਉਹਦੀ ਜਿਹੜੀ ਅੰਤਰਮ ਅੰਤਰੀ ਭਾਵਨਾ ਹੈਗੀ ਆ ਉਹਨੂੰ ਸਮਝੇ ਬਿਨਾਂ ਜਾਂ ਪੱਖਪਾਤੀ ਚ ਲੈ ਕੇ ਜਦੋਂ ਅਸੀਂ ਗੱਲ ਕਰਾਂਗੇ ਤੇ ਕਦੀ ਵੀ ਗੱਲ ਅਸੀਂ ਕੋਈ ਜਿਹੜੀ ਆ ਜਿਹੜਾ ਨਤੀਜਾ ਨਹੀਂ ਕੱਢ ਸਕਦੇ। ਬਿਲਕੁਲ ਜਿਹੜਾ ਤੁਹਾਡਾ ਸਵਾਲ ਹੈਗਾ ਆ, ਇਹ ਇੱਥੇ ਇਹ ਨੀ ਵੀ ਬਾਦਲ ਸਾਹਿਬ ਚੰਗੇ ਆ ਜਾਂ ਮਾੜੇ ਆ, ਗੱਲ ਇਹੋ ਆ ਕਿ ਬਾਕੀ ਜਿਹੜੇ ਆ ਉਹ ਕੀ ਚੰਗੇ ਆ ਜਾਂ ਮਾੜੇ ਆ, ਕੀ ਅਸੀਂ ਜੇ ਦੂਜਾ ਕਿ ਹੁਣ ਬਾਦਲਾਂ ਦਾ ਵਿਰੋਧ ਕਰਨ ਲੱਗ ਪਏ ਆ ਤਾਂ ਕੀ ਦੂਸਰਿਆਂ ਦੀਆਂ ਫਿਰ ਗਲਤੀਆਂ ਨੂੰ ਭੁੱਲ ਜਾਈਏ। ਇਹ ਗੱਲ ਜਿੱਦਾਂ ਇੱਕ ਹੋਣੀ ਚਾਹੀਦੀ ਆ ਤੇ ਅੱਜ ਤੇ ਕਿਸੇ ਨੇ ਸੋਚੀ ਨੀ। ਅੱਜ ਵੀ ਅਸੀਂ ਦੇਖਦੇ ਹਾਂ ਵੀ ਬਾਦਲ ਤੋਂ ਖਹਿੜਾ ਛਡਾਉਣਾ ਆ, ਚਲੋ ਉਹਦੇ ਜਿਹੜਾ ਭਤੀਜਾ ਮਨਪ੍ਰੀਤ ਨੂੰ ਵੀ ਵੋਟਾਂ ਪਾ ਦਿਓ, ਬਾਦਲ ਤੋਂ ਖਹਿੜਾ ਛਡਾਉਣਾ ਆ, ਕੈਪਟਨ ਤੋਂ ਖਹਿੜਾ ਛਡਾਉਣਾ, ਚਲੋ ਫਿਰ ਭਗਵੰਤ ਮਾਨ ਉਹਨਾਂ ਨੂੰ ਮੋਹਰੇ ਲੈ ਆਈਏ, ਸਿੱਧੂ ਉਹਨਾਂ ਨੂੰ ਮੋਹਰੇ ਕਰ ਦਈਏ, ਜਾਂ ਬੈਂਸਾਂ ਨੂੰ ਜਿਹੜੇ ਦੂਜਾ ਕਿ ਨਾ ਉੱਥੇ ਆਪਣੇ ਦੂਜਾ ਲੁਧਿਆਣੇ ਦੇ ਵਿੱਚ ਰਹਿ ਕੇ ਉੱਥੇ ਆਪ ਉਹ ਕੀ ਕੁਛ ਕਰਦੇ ਆ, ਪਰ ਜਾਣੀ ਕਿ ਉਹਨੇ ਕਦੀ ਜਾ ਕੇ ਕੋਈ ਜਿਹੜੀ ਗੱਲ ਹੋਣੀ ਚਾਹੀਦੀ ਉਸ ਗੱਲ ਦੀ ਗੱਲ ਕਦੀ ਨੀ ਕੀਤੀ, ਜਾਂ ਕਦੀ ਕਿਸੇ ਮਾਸਟਰਨੀ ਨੂੰ ਜਾਂ ਮਾਸਟਰ ਨੂੰ ਜਾ ਕੇ ਫੜ ਲੈਂਦੇ ਆ, ਜਾਂ ਕਿਸੇ ਡੀਸੀ ਦੇ ਦਫ਼ਤਰ 'ਚ ਜਾ ਕੇ ਉਹਨੂੰ ਦਬਕੇ ਮਾਰਨ ਲੱਗ ਪੈਂਦੇ। ਜਿਹੜਾ ਕਾਗਜ਼ੀ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਉਹ ਗੱਲ ਕਦੀ ਨੀ ਕੀਤੀ। ਜਿਹੜਾ ਸੈਂਟਰ ਨੂੰ ਸਾਡੇ ਨਾਲ ਧੱਕਾ ਕੀਤਾ ਜਾਂਦਾ ਉਸ ਗੱਲ ਦੀ ਗੱਲ ਕੋਈ ਨੀ ਕਰਦਾ। ਸੋ ਇਸ ਜਦੋਂ ਆਪਾਂ ਦੂਜਾ ਇਹਦਾ ਮੁਲਾਂਕਣ ਕਰਾਂਗੇ ਤਾਂ ਉਹਦੇ ਵਿੱਚ ਨਾ ਤੇ ਬਾਦਲ ਹੀ ਦੁੱਧ ਧੋਤਾ ਆ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਆ, ਨਾ ਹੀ ਸਿੱਧੂ ਸਾਹਿਬ ਆ, ਤੇ ਨਾ ਮਾਨ ਭਗਵੰਤ ਮਾਨ ਹੋਣੀ ਆ। ਜੇ ਜਿਹੜਾ ਇੱਕ ਜਿਹੜਾ ਆਪਣੇ ਗਾਂਧੀ ਸਾਹਿਬ ਆ, ਭਾਵਾਂ ਦੀ ਉਹ ਕਾਂਗਰਸ ਸੀਗੇ ਜਾਂ ਉਹਨਾਂ ਦੀ ਆਪਣੀ ਜਿਹੜੀ ਆ ਵਿਚਾਰਧਾਰਾ ਉਹ ਹੈਗੀ ਆ, ਪਰ ਉਹ ਸਦਾ ਹੀ ਉਹ ਜਾ ਕੇ ਪੰਜਾਬ ਲਈ ਖੜੇ ਤਾਂ ਉਹਨਾਂ ਨੂੰ ਉਸ ਪਾਰਟੀ ਨੇ ਕਿਸ ਤਰ੍ਹਾਂ ਸਜ਼ਾ ਦਿੱਤੀ ਇਸ ਗੱਲ ਨੂੰ ਅਸੀਂ ਕਦੀ ਨੀ ਦੇਖਦੇ। ਸੋ ਹਾਂ, ਜਿਹੜਾ ਬਾਦਲ ਸਾਹਿਬ ਆ, ਬਾਦਲ ਸਾਹਿਬ ਨੇ ਦੂਜਾ ਜਦੋਂ ਇਹ ਪੰਥਕ ਅਗਵਾਈ ਕਰਦੇ ਰਹੇ ਆ ਤੇ ਦੂਜਾ ਜਿਹੜੇ ਪੰਥ ਦੇ ਸੁਹਿਰਦ ਜਿਹੜੇ ਜਥੇਦਾਰ ਸੀਗੇ ਉਹ ਇਹਨਾਂ ਨਾਲ ਬਹੁਤ ਸੁਹਿਰਦ ਹੋ ਕੇ ਚੱਲੇ ਆ। ਜਦੋਂ ਲੱਗਦਾ ਸੀ ਵੀ ਇਹ ਪੰਥ ਲਈ ਲੜਾਈ ਲੜ ਰਹੇ ਆ, ਪੰਜਾਬ ਲਈ ਲੜਾਈ ਲੜ ਰਹੇ ਆ, ਪੰਜਾਬ ਵਿੱਚ ਵੱਸਦਾ ਜਿਹੜਾ ਇੱਕ ਦੂਜਾ ਭਾਈਚਾਰਾ ਆ, ਭਾਵੇਂ ਦੀ ਮੁਸਲਮਾਨ ਆ, ਭਾਵੇਂ ਦੀ ਹਿੰਦੂ ਆ, ਭਾਵੇਂ ਦੀ ਸਿੱਖ ਆ, ਉਹਨਾਂ ਦੇ ਜਿਹੜੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਆ, ਉਹਨਾਂ ਲਈ ਪਾਣੀ ਬਚਾਇਆ ਜਾ ਰਿਹਾ, ਉਹਨਾਂ ਦੀ ਹਵਾ ਦੀ ਗੱਲ ਕੀਤੀ ਜਾ ਰਹੀ, ਉਹਨਾਂ ਦੀ ਖੇਤੀਬਾੜੀ ਦੀ, ਉਹਨਾਂ ਦੇ ਵਪਾਰ ਲਈ ਕੁਛ ਮੰਗ ਰਹੇ ਆ, ਤਾਂ ਉਦੋਂ ਇਹਨਾਂ ਨਾਲ ਬਿਲਕੁਲ ਖੜਦੇ ਸੀ। ਪਰ ਗੱਲ ਉਦੋਂ ਸਭ ਤੋਂ ਵੱਡਾ ਦੁੱਖ ਉਦੋਂ ਲੱਗਾ ਜਦੋਂ ਬਾਦਲ ਸਾਹਿਬ ਨੇ ਜਿਹੜਾ ਆਪਣੇ ਹੁੰਦੇ ਆ, ਜਿੱਦਾਂ ਜਦੋਂ ਬਗਾਨਾ ਦੁਸ਼ਮਣੀ ਕਰਦਾ ਆ ਤਾਂ ਪਤਾ ਹੁੰਦਾ ਆ ਦੁਸ਼ਮਣ ਆ, ਜਦੋਂ ਆਪਣਾ ਦੁਸ਼ਮਣ ਆਪਣਾ ਕੋਈ ਭੈਣ ਭਰਾ ਜਾਂ ਆਪਣਾ ਭਾਈ ਜੇ ਤੇ ਵਿਸ਼ਵਾਸ ਕੀਤਾ ਜਾਂਦਾ, ਜਦੋਂ ਉਹ ਦੁਸ਼ਮਣੀ ਕਰਦਾ ਆ
ਉਹ ਬਿਲਕੁਲ ਜ਼ਿਆਦਾ ਚੁੱਭਦੀਆਂ, ਇਸੇ ਤਰ੍ਹਾਂ ਬਾਦਲ ਸਾਹਿਬ ਦੀਆਂ ਜਿਹੜੀਆਂ ਕੀਤੀਆਂ ਉਹਨਾਂ ਤੋਂ ਜ਼ਿਆਦਾ ਚੁੱਭਦੀਆਂ। ਇੱਥੇ ਆ ਕੇ ਅਸੀਂ ਇਹ ਦੇਖਣਾ ਹੈਗਾ ਆ ਵੀ ਇੱਕ ਰਾਜਨੀਤੀ ਆ ਜਿਹੜੀ ਉਹ ਹਿੰਦੁਸਤਾਨ ਦਾ ਜਿਹੜਾ ਜਿਹੜਾ ਹੈਗਾ ਆ ਚਣਕੀਆ ਨੀਤੀ ਦੇ ਆਧਾਰ ਤੇ ਰਾਜਨੀਤੀ ਚੱਲ ਰਹੀ ਆ, ਉਹ ਨੀਤੀ ਚ ਅਸੀਂ ਜਾਣਾ ਹੈ। ਜੇ ਅਸੀਂ ਫਿਰ ਆਪਣੇ ਆਪ ਨੂੰ ਕਹਾਉਂਦੇ ਤਾਂ ਦੇਖਿਆ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੀ ਜਿਹੜੀ ਆ ਨੀਤੀ ਨੂੰ ਅਸੀਂ ਛੱਡ ਦਈਏ, ਫਿਰ ਜਿਹੜਾ ਉਹ ਧੋਖਾਧੜੀ ਕਰਨੀ ਸ਼ੁਰੂ ਕਰ ਦਈ ਆ। ਇੱਥੇ ਤੁਸੀਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੂੰਗਾ, ਸਰਦਾਰ ਸਿੰਘ ਰਣਜੀਤ ਸਿੰਘ ਮਾਨ ਉਹਨਾਂ ਦਾ ਇੱਕ ਬਿਆਨ ਹੈਗਾ ਆ, ਉਹ ਕਹਿੰਦੇ ਆ ਠੀਕ ਆ ਮੈਂ ਵੀ ਮਾਨ ਆ ਹਨੂੰਮਾਨ ਮਾਨ ਅਸੀਂ ਇੱਕੋ ਜਿਹੇ ਆ, ਸਾਨੂੰ ਵੀ ਜਿੱਦਾਂ ਇੱਕ ਜਿਹੜਾ ਦੂਜਾ ਕਿੰਨਾ ਹਨੂੰਮਾਨ ਦੀ ਜਾਤੀ ਚੋਂ ਹੈਗੇ ਆ, ਉਹ ਜਦੋਂ ਛਾਲ ਮਾਰਦੇ ਆ ਤਾਂ ਅੱਧ ਚੋਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਗਲਤੀ ਹੋ ਗਈ ਆ ਉਹ ਮੁੜ ਪੈਂਦੇ ਆ ਪਿੱਛੇ ਨੂੰ ਵੀ ਆਪਾਂ ਛਾਲ ਨੀ ਮਾਰਨੀ ਇਹ ਤੇ ਆਪਣਾ ਨੁਕਸਾਨ ਹੋਊਗਾ। ਅਸੀਂ ਵੀ ਕਹਿੰਦੇ ਉਹ ਛਾਲਾਂ ਮਾਰਨੀਆਂ ਜਾਣਦੇ, ਸਾਨੂੰ ਵੀ ਵਾਪਸ ਕਰਨਾ ਆਉਂਦਾ ਆ, ਪਰ ਜਦੋਂ ਕੋਈ ਸਿਧਾਂਤਕ ਗੱਲ ਹੋਵੇ ਸਿਧਾਂਤ ਲਈ ਜਦੋਂ ਛਾਲ ਮਾਰੀ ਹੋਵੇ ਫਿਰ ਉੱਥੇ ਛਾਲ ਜਿਹੜੀ ਆ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਰਾਜਨੀਤੀ ਆ ਜਦੋਂ ਉਹ ਧਰਮ ਦੀ ਰਾਜਨੀਤੀ ਲਈ ਜਦੋਂ ਖੜਨਾ ਆ ਵੀ ਉੱਥੇ ਘਾਟੇ ਵਾਧੇ ਨਹੀਂ ਦੇਖੇ ਜਾਂਦੇ, ਉੱਥੇ ਸਹੀ ਤੇ ਗਲਤ ਦੇਖਿਆ ਜਾਂਦਾ ਆ। ਜਦੋਂ ਜਦੋਂ ਵੀ ਅਸੀਂ ਆਪਣੇ ਘਾਟਿਆਂ ਵਾਧਿਆਂ ਲਈ ਖੜਾਂਗੇ ਉਦੋਂ ਉਦੋਂ ਗਲਤ ਫੈਸਲੇ ਹੋਣਗੇ। ਜਦੋਂ ਅਸੀਂ ਸਿਧਾਂਤਕ ਜਿਹੜਾ ਅਲਟੀਮੇਟ ਸੱਚ ਹੈਗਾ ਆ ਜੇ ਤੇ ਅਸੀਂ ਰੱਬ ਤੇ ਵਿਸ਼ਵਾਸ ਕਰਦੇ ਹਾਂ, ਅਸੀਂ ਭਾਣੇ ਅੰਦਰ ਰਹਿਣ ਦੀ ਗੱਲ ਕਰਦੇ ਹਾਂ, ਜੇ ਉਸ ਰਾਜਨੀਤੀ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੀ ਰਾਜਨੀਤੀ ਚ ਚੱਲਣਾ ਤੇ ਅੱਜ ਸਾਨੂੰ ਦੇਖਣਾ ਪੈਣਾ ਉਹ ਕੌਣ ਰਾਜਨੀਤੀ ਕਰ ਰਿਹਾ। ਜਦੋਂ ਵੀ ਸਿੱਧੂ ਸਾਹਿਬ ਨੂੰ ਲੱਗਦਾ ਆ ਵੀ ਦੂਜਾ ਇਹਨਾਂ ਦੇ ਖਿਲਾਫ਼ ਕੋਈ ਗੱਲ ਹੋ ਗਈ ਆ ਜਾਂ ਉਹ ਚੁੱਪ ਕਰ ਜਾਂਦੇ ਆ ਜਾਂ ਫਿਰ ਡੰਗ ਸੋਟੇ ਦੀ ਗੱਲ ਕਰਦੇ ਆ, ਇਸੇ ਤਰ੍ਹਾਂ ਕੈਪਟਨ ਸਾਹਿਬ ਆ ਬਾਦਲ ਸਾਹਿਬ ਆ। ਸੋ ਸਾਨੂੰ ਸਿਆਣੇ ਹੋਣਾ ਪੈਣਾ ਆ, ਇਹ ਗੱਲਾਂ ਜਿਹੜੀਆਂ ਤੁਸੀਂ ਆ ਛੇੜੀਆਂ ਹੈਗੀਆਂ ਕਰਨੀਆਂ ਚਾਹੀਦੀਆਂ, ਤੇ ਮੈਂ ਜਿਹੜੇ ਕਾਲਰ ਹੈਗੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਹੋਸਟ ਨੂੰ ਇਲਜ਼ਾਮਬਾਜ਼ੀ ਕਰਨ ਨਾਲੋਂ ਆਪਾਂ ਸਿੱਧੀਆਂ ਜਿਹੜੇ ਜਿਹੜੇ ਸਵਾਲ ਕੀਤੇ ਗਏ ਜਿਹੜੇ ਇਸ਼ੂ ਉਠਾਏ ਗਏ ਉਹਨਾਂ ਤੇ ਗੱਲ ਕੀਤੀ ਜਾਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਖਾਲਸਾ, ਵਾਹਿਗੁਰੂ ਫਤਿਹ। ਪਰ ਸੰਦੇਸ਼ ਲੈ ਲਵਾਂ ਜੀ, ਕਸ਼ਮੀਰ ਸਿੰਘ, ਦਵਿੰਦਰ ਸਿੰਘ, ਚਰਨ ਸਿੰਘ ਜੀ ਅੜੀਕਿਓ। ਸਾਰੇ ਮੈਂ ਕਾਲਰਾਂ ਨੂੰ ਬੇਨਤੀ ਕਰਦਾ ਜੀ ਸੰਜਮ ਚ ਰਹਿ ਕੇ ਸਤਿਕਾਰਤ ਭਾਸ਼ਾ ਵਰਤ ਕੇ ਤੇ ਛੇਤੀ ਗੱਲਾਂ ਨਿਬੇੜੋ, ਵੀ ਸਾਰੇ ਇਹ ਚ ਸ਼ਾਮਿਲ ਹੋਣ। ਇਹ ਬੜਾ ਸੰਵੇਦਨਸ਼ੀਲ ਮਸਲਾ ਹੈ। ਵਰਿਆਂ ਦੀ ਗੱਲਬਾਤ ਜਦ ਕੀਤੀ ਹੋਈ ਇੱਕ ਪਾਸੇ ਨੂੰ ਲੱਗਦੀ ਹੈ ਤਾਂ ਫੇਰ ਵੀ ਹੁਣ ਸੁਨੇਹੇ ਆਉਣ ਲੱਗ ਗਏ ਬਾਈ ਜੀ ਆਹ ਕੀ ਗੱਲ ਹੋ ਗਈ। ਇਉਂ ਨਾ ਕਰੋ ਵੀ ਤੁਸੀਂ ਇੱਕ ਹੀ ਟੌਪਿਕ ਦੀ ਆਪਾਂ ਹਰ ਰੋਜ਼ ਗੱਲ ਕਰਨੀ ਆ, ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ, ਵਨ ਸਾਈਡਡ ਸਟੋਰੀ ਨਹੀਂ। ਜੇ ਆਪਾਂ ਇੱਕ ਵਿਚਾਰ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਬਾਰੇ ਕਿ ਕੌਣ ਕੌਣ ਸਾਡਾ ਪੂਰਕ ਹੈ। ਕਸ਼ਮੀਰ ਸਿੰਘ ਜੀ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਜੀ। ਜਿਹੜੀ ਤੁਸੀਂ ਅੱਜ ਗੱਲ ਕੀਤੀ ਬੜੀ ਜ਼ੋਰਤ ਨਾਲ ਗੱਲ ਕੀਤੀ, ਜਿੱਦਾਂ ਮੈਂ ਬਹੁਤ ਕਹਿੰਦੇ ਹੁੰਦੇ ਵੀ ਆ ਜਿੱਦਾਂ ਤਾਗ ਸ਼ੋਕ ਏਦਾਂ ਕਰਨਾ ਚਾਹੀਦਾ ਜਿੱਦਾਂ ਤੁਸੀਂ ਅੱਜ ਗੱਲ ਕਰਤੀ ਕੀਤੀ ਆ। ਬਾਕੀ ਜਿਹੜੇ ਇਸ ਤੋਂ ਪਹਿਲਾਂ ਕਾਲਰ ਆਏ ਸੀ ਬੜੀ ਵਧੀਆ, ਉਹਨੇ ਵੀ ਗੱਲ ਏਦਾਂ ਦੀ ਕੀਤੀ ਵੀ ਕਿਸੇ ਪਾਸੇ ਨੂੰ ਗੱਲ ਨੀ ਘੁਮਾਈ, ਤੇ ਇਹਦੇ ਕਰਕੇ ਕਈਆਂ ਬੰਦਿਆਂ ਨੂੰ ਬਾਦਲ ਜੇ ਬਾਦਲ ਭਾਈ ਦੁੱਧ ਆਇਆ ਵੀ ਉਹ ਕਈ ਵਾਰੀ ਉਹਨਾਂ ਨੂੰ ਟਾਈਮ ਨੀ ਦਿੱਤਾ ਹੁੰਦਾ ਜੋ ਜਿਹੜੇ ਮੌਕਾ ਪ੍ਰਾਪਤ ਹੋ ਜਿੱਦਾਂ ਦੇ ਸਿੱਧੂ ਵਰਗੇ ਆ। ਇਹ ਵੀ ਲੋਕ ਜਿਹੜੇ ਵਿਰੋਧ ਤਾਂ ਕਰਦੇ ਵੀ ਮੌਕਾ ਪ੍ਰਾਪਤ ਹੁੰਦੇ ਆ ਆਪਣੇ ਗਿੱਲ ਸਾਹਿਬ, ਤਾਂ ਕਰਕੇ ਲੋਕਾਂ ਨੂੰ ਬਾਦਲ ਬਾਦਲ ਚੁੱਭਦਾ ਸਾਰਿਆਂ ਨੂੰ, ਬਾਦਲ ਨੂੰ ਇਹਨਾਂ ਨੂੰ ਆਪਣੇ ਤੁਸੀਂ ਆਪਣੇ ਮਾਨ ਸਾਹਿਬ ਵਜੋਂ ਆਪਾਂ ਸਤਿਕਾਰ ਕਰਦੇ ਮਾਨ ਸਾਹਿਬ ਦਾ ਵੀ, ਤੇ ਮਾਨ ਸਾਹਿਬ ਵੱਲੋਂ ਲੋਕੀ ਵੋਟਾਂ ਸਾਡੇ ਪਿੰਡਾਂ ਚ ਹੁੰਦੀਆਂ ਸੀ 11-7 ਵੋਟਾਂ ਰਹਿ ਗਈਆਂ, ਜੇ ਬਾਦਲ ਸਾਹਿਬ ਨਾ ਰਲ ਕੇ ਆਪਾਂ ਹਿੰਦੂ ਸਿੱਖ ਸਾਰੇ ਮੁਸਲਮਾਨ ਅਸੀਂ ਇੱਕ ਹਾਂ, ਜੇ ਉਹ ਰਲ ਕੇ ਚੱਲਦੇ ਤਾਂ ਸਰਕਾਰ 5 ਵਾਰੀ ਬਣ ਗਈ ਆ, ਤਾਂ ਜੇ ਆਪਾਂ ਇਕੱਲੇ ਆ ਆਕੜ ਕੇ ਰਹਾਂਗੇ ਵੀ ਅਸੀਂ ਸਿੰਘ ਹੋ ਅਸੀਂ ਸਿੱਖ ਹੋ ਅਸੀਂ ਸਿੱਖ ਹਾਂ ਤਾਂ ਸਰਕਾਰ ਨੀ ਬਣਾ ਸਕਦੇ ਅਸੀਂ ਕਦੀ ਵੀ। ਬਾਕੀ ਭਾਈਚਾਰਾ ਜਿਹੜੀ ਤੁਸੀਂ ਗੱਲ ਕੀਤੀ ਘਰ ਘਰ ਨੰਬਰਦਾਰ ਦਾ, ਬਾਕੀ ਉਹਨੀ ਗਰਾਊਂਡ ਲੈਵਲ ਤੋਂ ਤੁਰੇ ਹੋ ਤੁਰ ਕੇ ਇੱਥੇ ਆਓ ਤਾਂ ਘਰਾਂ ਦੇ ਘਰ ਉਹਨਾਂ ਨੂੰ ਸਾਰੇ ਪਤਾ ਕਿਹੜਾ ਕੋਈ ਬੰਦਾ ਕਿੱਥੇ ਨੰਬਰਦਾਰ। ਹਾਂਜੀ ਕਸ਼ਮੀਰ ਸਿੰਘ ਜੀ ਪੂਰੀ ਕਰ ਲਓ ਗੱਲ। ਹਾਂਜੀ ਹੁਣ ਦੇਖੋ ਆਪਣੇ ਗਿੱਲ ਸਾਹਿਬ ਤੁਸੀਂ ਲਾ ਲਓ, ਧੀਨ ਸਾਹਿਬ ਜਗਤ ਸਾਹਿਬ ਵੀ ਲਾ ਲਓ, ਜਦੋਂ ਦਾ ਤੁਸੀਂ ਗੱਲ ਕਰਦੇ ਹੱਟੇ ਆ ਜਦੋਂ ਇਹਨਾਂ ਦਾ ਮੌਕਾ ਸੀ ਨੀ ਅੰਗੂਰੀਆਂ ਚੁੰਗੀਆਂ ਸਾਰਾ ਕੁਝ ਖਾਧਾ ਪੀਤਾ, ਪਰ ਹੁਣ ਇਹਨਾਂ ਨੂੰ ਵਿੱਚੋਂ ਬਾਦਲ ਮਾੜਾ ਸਾਰੀ ਉਮਰ ਕੱਟ ਲਏ, ਹੁਣ ਬਾਦਲ ਮਾੜਾ ਦਿਖਾ ਦੇ ਬਾਦਲ ਮਾੜਾ ਆ, ਇਹਦੇ ਕਰਕੇ ਉਦੋਂ ਛੱਡਣੀ ਚਾਹੀਦੀ ਆ ਪੰਜਾਬ ਚ ਜਦੋਂ ਵਿੱਚ ਜਦੋਂ ਉਹਨਾਂ ਜੀ ਦਾ ਵੀ ਸਾਡੀ ਗੱਲ ਨਹੀਂ ਸੁਣਾਉਂਦੀ, ਇਹਦੇ ਕਰਕੇ ਇਹ ਥੋੜਾ ਚਿਰ ਹੀ ਆ ਸਭ ਲੋੜ ਵਾਲੇ ਜਾਣੇ ਆ। ਪਹਿਲਾਂ ਕਾਲਰ ਕਹਿ ਕੇ ਗਏ ਆ ਜਗਮੇਲ ਸਿੰਘ ਜੀ ਭਾਈ ਕੁਛ ਨੀ ਦੇਖੋ ਬਾਅਦ ਦੀ ਸਰਕਾਰ ਮੁੜ ਕੇ ਫਿਰ ਆ ਰਹੀ ਆ ਤੁਹਾਡੇ ਸਾਹਮਣੇ ਆਉਣੀ ਆ ਜੀ। ਓਕੇ ਧੰਨਵਾਦ ਜੀ। ਦਵਿੰਦਰ ਸਿੰਘ ਜੀ 5। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਤੁਹਾਡਾ ਪ੍ਰੋਗਰਾਮ ਸੁਣੀ ਦਾ ਬਹੁਤ ਨਿਹਾਇਤ ਵਧੀਆ ਪ੍ਰੋਗਰਾਮ ਹੁੰਦਾ ਜੀ,
ਧੰਨਵਾਦ ਜੀ। ਮੈਂ ਤੇ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਚੱਲ ਰਿਹਾ ਪ੍ਰੋਗਰਾਮ ਵੀ ਬਾਦਲ ਸਾਹਿਬ ਜਿਹੜੀ ਸਿਆਸਤ ਖੇਡੀ ਆ ਕੁਰਸੀ ਸਿਆਸਤ ਖੇਡੀ ਆ ਤਕਰੀਬਨ 1970 ਤੋਂ ਤਾਂ ਇਹਦਾ ਹੀ ਮੈਂ ਸਿਆਸਤ ਮੈਂ ਸੁਣਦਾ ਦੇਖਦਾ ਆ ਰਿਹਾ ਪੜ੍ਹਦਾ ਰਿਹਾ ਵੀ ਇਹਨੇ ਮੁੱਦੇ ਛੱਡ ਦਿੰਦਾ ਰਿਹਾ ਤੇ ਆਪਣੀ ਕੁਰਸੀ ਨੂੰ ਪੈ ਦਿੰਦਾ ਜੇ ਕਿ ਨਹਾਇਤ ਮਾੜੀ ਬੈਠੀ ਪੰਜਾਬ ਲਈ ਤੇ ਸਿੱਖ ਕੌਮ ਲਈ ਵੀ ਤੇ ਅੱਜ ਕਿੱਥੇ ਜਾ ਕੇ ਖੜੀ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਤੇ ਉਹਨਾਂ ਦੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦਾ ਵੀ ਕੀ ਹਾਲ ਹੋ ਰਿਹਾ ਹੈ ਲੋਕੀ ਮਤਲਬ ਕਾਸਿਦ ਜਹੇਦਰ ਦਾ ਵੀ ਕਹਿਣਾ ਨਹੀਂ ਮੰਨ ਰਹੇ ਸਿਰਫ ਇਹਦੀ ਗੰਦੀ ਸਿਆਸਤ ਕਰਕੇ ਹੀ ਇਹ ਤਾਂ ਇਹ ਇੰਨਾ ਜ਼ਿਆਦਾ ਜਨਸੰਘ ਦੀ ਝੋਲੀ 'ਚ ਪੈ ਗਿਆ ਸੀ ਭਾਈ ਉਹਨਾਂ ਦਾ ਹੀ ਬਣ ਕੇ ਬਣ ਗਿਆ ਸੀ ਜਿੱਦਾਂ ਇੱਕ ਗੱਲ ਆ ਵੀ ਅਖੇ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਸੱਦੋ ਨਹੀਂ ਹੁਣ ਢਿੱਦੋ ਰਾਂਝਾ ਹੀਰ ਨਾ ਆਖੋ ਕੋਈ ਇਹ ਸਿੱਖੀ ਸਰੂਪ 'ਚ ਰਿਹਾ ਹੀ ਨਹੀਂ ਅੰਦਰੋਂ ਇਹ ਜਨਸੰਘ ਤੇ ਹਿੰਦੂ ਤੱਤ ਦੀ ਸੋਚ ਹੀ ਰੱਖਦਾ ਤਾਂ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਤੇ ਜਿੱਦਾਂ ਪਹਿਲਾਂ ਕੱਲ ਕਹਿ ਗਿਆ ਵੀ ਜੇ ਨਾ ਆਉਂਦਾ ਤੇ 5 ਵਜੇ ਨਾ ਬਣਦਾ ਇਹਦਾ ਇਹਦੀ ਪਹਿਲੀ ਕੁਰਸੀ ਪ੍ਰਾਪਤੀ ਦੀ ਹੁੰਦੀ ਸੀ ਮੁੱਦਾ ਤੇ ਛੱਡ ਦਿੰਦਾ ਸੀ ਜਦੋਂ ਕੁਰਸੀ ਪ੍ਰਾਪਤ ਸੀ ਇੱਕ ਨਹੀਂ ਦੋ ਨਹੀਂ ਕਈ ਘਟਨਾਵਾਂ ਇੱਥੇ ਦੀਆਂ ਵਰਤੀਆਂ ਇੱਕ ਮੈਂ ਥੋਤ ਮੇਰਾ ਸ਼ੰਕਾ ਦੂਰ ਕਰ ਦਿਓ ਤੇ ਕਹਿੰਦਾ ਵੀ ਜਿਹੜੀ ਪਾਰਟੀ ਆ ਉਹ ਸਭ ਤੋਂ ਉੱਚੀ ਹੁੰਦੀ ਆ ਆਪਣੀ ਮਾਂ ਨਾਲ ਵੀ ਉੱਚੀ ਸੀ ਜਨਮ ਦੇਣ ਵਾਲੀ ਮਾਂ ਨਾਲ ਵੀ ਉਹਨੇ ਪਾਰਟੀ ਨੂੰ ਉੱਚਾ ਕਰ ਦਿੱਤਾ ਮੈਨੂੰ ਇਹਦੀ ਗੱਲ ਹੈ ਜਸੀ ਨਹੀਂ ਮਾਂ ਜਿਹੜੀ ਜਨਮਦੀ ਉਹਦਾ ਤਾਂ ਕੋਈ ਤੌਲੀ ਨਹੀਂ ਹੋ ਸਕਦਾ ਤੁਸੀਂ ਇਹ ਥੋੜ੍ਹਾ ਸ਼ੰਕਾ ਮੇਰਾ ਦੂਰ ਕਰੋ ਥੈਂਕ ਯੂ ਜੀ ਸਰ ਚੰਦ ਸਿੰਘ ਔਲਖ ਵੇਟ ਕਰ ਰਹੇ ਸੀ ਸ਼ਾਇਦ ਲਾਈਨ ਕੱਟੀ ਗਈ ਸਾਕਿੰਦੀਪ ਸਿੰਘ ਗਰੇਵਾਲ ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਤਾਂ ਮੇਰੀ ਬੇਨਤੀ ਹੈ ਕਾਲਰ ਸਾਹਿਬ ਥੋੜੀ ਗੱਲ ਘੱਟ ਕਰਨ ਕਿਉਂਕਿ ਬਾਦਲ ਸਾਹਿਬ ਦਾ ਜਦੋਂ ਪ੍ਰੋਗਰਾਮ ਰਵਾਣਾ ਸਾਹਿਬ ਦਾ ਪਹਿਲਾ ਪ੍ਰੋਗਰਾਮ ਆਉਂਦਾ ਉਹਦੇ ਵਿੱਚ ਕਾਫੀ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਸੁਣਨਾ ਚਾਹੀਦਾ ਜਿਹੜੇ ਐਡੀਟੋਰੀਅਲ ਤੇ ਤੁਸੀਂ ਗੱਲ ਕਰਨੀ ਸੀ ਉਹਦੇ ਵਿੱਚ ਹੀ ਰਹਿ ਗਈ ਹਨਾ ਤੇ ਦੂਸਰੀ ਗੱਲ ਮੈਂ ਇਹ ਕਹੂੰਗਾ ਗੱਲ ਸਾਹਿਬ ਵੀ ਇੱਕ ਰਾਜ ਤਾਂ ਕੋਈ ਵੀ ਕਰ ਸਕਦਾ ਇੱਕ ਲੋਕਾਂ ਨੂੰ ਨਾਲ ਲੈ ਕੇ ਰਾਜ ਕੀਤਾ ਜਾ ਸਕਦਾ ਤੇ ਇੱਕ ਲੋਕਾਂ ਦੇ ਪਿੱਠ 'ਚ ਛੁਰੇ ਮਾਰ ਮਾਰ ਕੇ ਕੀਤਾ ਜਾ ਸਕਦਾ ਹੁਣ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਹਨਾ ਤੇ ਦੋ ਤਰ੍ਹਾਂ ਦੇ ਹੁੰਦੇ ਆ ਹਿਸਟਰੀ 'ਚ ਨਾਂ ਕਿਹਦਾ ਲਿਖਿਆ ਜਾਂਦਾ ਉਹ ਅਸੀਂ ਸਾਰੇ ਜਾਣਦੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਨੀਲੀਆਂ ਪੱਗਾਂ ਤੇ ਉਹ ਢਲਕਦੇ ਨਾਲਿਆਂ ਦੇ ਉੱਥੇ ਪਜਾਮਿਆਂ ਦੇ ਥੱਲੇ ਕਿਹੜੀਆਂ ਨੀਕਰਾਂ ਪਾਈਆਂ ਸੀ ਤੇ ਕਿਹੜੀਆਂ ਟੋਪੀਆਂ ਆਰ ਐਸ ਐਸ ਵਾਲੀਆਂ ਸੀਗੀਆਂ ਉਹ ਵੀ ਅਸੀਂ ਦੇਖ ਸਕਦੇ ਹਾਂ ਤੇ ਜਿਨ੍ਹਾਂ ਨਾਲ ਹੁਣ ਤੱਕ ਸਾਂਝ ਭਿਆਲੀ ਹੈ ਉਹਨਾਂ ਨੇ ਹੀ ਕਾਂਗਰਸ ਨੂੰ ਚੁੱਕ ਲਾ ਕੇ ਤੇ ਇੱਥੇ ਭੇਜਿਆ ਸੀ ਤੁਸੀਂ ਵੇਖ ਸਕਦੇ ਹੋ ਅਟਲ ਬਿਹਾਰੀ ਤੇ ਅਡਵਾਨੀ ਦੇ ਜਦੋਂ ਕਹਿੰਦੇ 84 ਦੇ ਟੈਂਕ ਚੜਾਓ ਇੰਦਰਾ ਗਾਂਧੀ ਨੂੰ ਅਸੀਂ ਵੀ ਕੀਤਾ ਸੀਗਾ ਅਡਵਾਨੀ ਦੀ ਕਿਤਾਬ ਚ ਵੀ ਲਿਖਿਆ ਹੁਣ ਤਾਂ ਜੱਗ ਜਾਹਰੀ ਹੈ ਹਨਾ ਤੇ ਉਹ ਜੋ ਉਹਨਾਂ ਨਾਲ ਸਾਂਝ ਭਿਆਲੀ ਕਿਹਦੀ ਰਹੀ ਹੈ ਤੇ ਉਹ ਵੀ ਆਪਾਂ ਦੇਖ ਸਕਦੇ ਹਾਂ ਹਨਾ ਬਾਕੀ ਇਹ ਹੈ ਕਿ ਹਾਂ ਇੱਕ ਬੰਦੇ ਇਸ ਰਾਜਨੀਤਿਕ ਤੌਰ ਦੇ ਉੱਤੇ ਜੇ ਅਸੀਂ ਗੱਲ ਕਰਨੀ ਹੋਵੇ ਵੀ ਇਹ ਰਾਜਨੀਤਿਕ ਬੰਦਾ ਕਿੱਦਾਂ ਦਾ ਲੀਡਰ ਸੀਗਾ ਵੀ ਇਹਨੇ ਕਿੱਦਾਂ ਕਿੱਦਾਂ ਦੀ ਰਾਜਨੀਤੀ ਕੀਤੀ ਹੈ ਕਿਹੜੇ ਕਿਹੜੇ ਹੁੱਕ ਐਂਡ ਕਰੁੱਕ ਯੂਜ਼ ਕਰਕੇ ਕੀਤੀ ਹੈ ਉਹ ਵੱਖਰੀ ਗੱਲ ਹੈ ਥੈਂਕ ਯੂ ਸੋ ਮਚ ਅਗਰ ਸਾਹਿਬ ਧੰਨਵਾਦ ਜੀ ਗਰਵਰ ਸਾਹਿਬ ਤਾਂ ਕਸ਼ਮੀਰ ਸਿੰਘ ਜੀ ਲਾਈਨ ਨੰਬਰ 4 ਸਤਿ ਕਸ਼ਮੀਰ ਸਿੰਘ ਸਤਿ ਸ਼ਿਵਦੇਵ ਸਿੰਘ ਲਾਈਨ ਨੰਬਰ 5 ਗੱਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ ਬਾਦਲ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ 5 ਵਜੇ ਦੀ ਮੁੱਖ ਮੰਤਰੀ ਬਣਾ ਦਿੱਤਾ ਨੋ ਡਾਊਟ ਪਰ ਉਹਦੇ ਬਦਲੇ ਚ ਆਪਾਂ ਇਹ ਦੇਖੀਏ ਵੀ ਸਾਰੀ ਉਮਰ ਉਹਨੇ ਪੰਜਾਬ ਨੂੰ ਕੀ ਦਿੱਤਾ ਅੱਜ ਪੰਜਾਬ ਦੇ ਲੋਕ ਭੁੱਖੇ ਮਰਦੇ ਆ ਬੁਰਾ ਹਾਲ ਆ ਵੀ ਜੇ ਮੈਂ ਕਹਿੰਦਾ ਬਾਦਲ ਸਾਹਿਬ ਨੂੰ ਕੁਛ ਹੋ ਜਾਂਦਾ ਆਪਾਂ ਕਿਹੜੀ ਗੱਲ ਕਹਾਂਗੇ ਵੀ ਬਾਦਲ ਸਾਹਿਬ ਨੇ ਪੰਜਾਬ ਨੂੰ ਆਹ ਗੱਲ ਕਰਕੇ ਬਚਾ ਲਿਆ ਨਹੀਂ ਪੰਜਾਬ ਦਾ ਬਵਾਲ ਹੋਣ ਦੀ ਕੋਈ ਬਾਦਲ ਦਲ ਦਾ ਆ ਕੇ ਇੱਕ ਵੀ ਖੂਬੀ ਦੱਸਦੇ 5 ਵਾਰੀ ਮੁੱਖ ਮੰਤਰੀ ਬਣ ਗਿਆ ਤਾਂ ਕਹਿੰਦੇ ਆ ਪਰ ਉਹਦੇ ਬਦਲੇ ਚ ਵੀ ਪੰਜਾਬ ਨੂੰ ਦਿੱਤੇ ਆ ਪੁਲਿਸ ਦੇ ਝੂਠੇ ਮੁਕਾਬਲੇ ਬਾਬਾ ਗੁਰਚਾ ਸਿੰਘ ਜੀ ਤੋਂ ਲੈ ਕੇ ਆਪਣੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਦੋਂ ਜਦੋਂ ਇਹ ਮੁੱਖ ਮੰਤਰੀ ਬਣਦਾ ਪੰਜਾਬ ਦੇ ਸਿੱਖਾਂ ਦੇ ਉੱਤੇ ਕਿਉਂ ਗੋਲੀਆਂ ਚੱਲਦੀਆਂ ਨੇ ਕਾਂਗਰਸ ਵਾਲੇ ਨੇ ਦੱਸਦਾ ਮੈਂ ਕਾਂਗਰਸ ਹੀ ਸੀਗਾ ਪਰ ਜਦੋਂ ਮੈਂ ਇਹਨੂੰ ਦੇਖਦਾ ਨਾ ਮੈਨੂੰ ਇਹਦੇ ਤੇ ਗੁੱਸਾ ਕਾਂਗਰਸ ਨੂੰ ਵੱਧ ਆਉਂਦਾ ਪਤਾ ਨੀ ਕਿਉਂ ਕਿਉਂਕਿ ਇਹਦਾ ਇਤਿਹਾਸ ਹੀ ਇਹੋ ਜਿਹਾ ਵਾ ਇਹਦੀ ਰਾਜ ਦੇ ਵਿੱਚ ਹੀ ਕਿਉਂ ਪੰਜਾਬ ਦੇ ਸਿੱਖ ਮਰਦੇ ਆ ਹੁਣ ਆਪਣੇ ਦੇਖਿਆ ਸਾਲ 200 ਦੀ ਗੱਲ ਵਾ ਪੰਜਾਬ ਦਾ ਪਾਣੀ ਇਹਦੇ ਵਿੱਚ ਆ ਜਿਹੜਾ 2,000 ਕਰੋੜ ਦਾ ਇਹਨੇ ਚੈੱਕ ਵਾਪਸ ਲਿਆ ਵਾ ਹੁਣ ਇਦੋਂ ਵੱਡਾ ਪ੍ਰੂਫ ਕੀ ਹੋਊਗਾ ਵੀ ਪੰਜਾਬ ਨੂੰ ਬਰਬਾਦ ਕਰਨ ਵਾਲਾ ਇਹ ਬਾਦਲ ਆ ਕਿਉਂਕਿ ਉਪਰੋਂ ਕੁਛ ਹੋਰ ਆ ਵਿੱਚ ਹੋਰ ਨਾ ਮਿਲਿਆ ਹੋਇਆ ਵਾਕਈ ਇਹ ਜਦੋਂ ਮੁੱਖ ਮੰਤਰੀ ਬਣ ਜਾਂਦਾ ਮੁੱਦੇ ਭੁੱਲ ਜਾਂਦੇ ਹਾਂ ਮੈਂ ਅਖੀਰ ਚ ਇਹੀ ਧੰਨਵਾਦ ਜੀ ਸਾਹਿਬ ਜੇ ਕੋਈ ਆ ਕੇ ਖੂਬੀ ਦੱਸ ਦੇਵੇ ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਬਣਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਆਹ 5 ਕੰਮ ਕੀਤੇ ਆ ਉਹ ਕੋਈ ਆ ਕੇ ਤੇ ਦੱਸ ਦੇਵੇ ਤਾਂ ਥੈਂਕ ਯੂ ਬਾਈ ਜੀ ਧੰਨਵਾਦ ਜੀ ਸਤਿ ਸਿੰਘ ਲਾਈਨ ਨੰਬਰ 3 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਹਾਂਜੀ ਵੀਰ ਜੀ, ਗੱਲ ਪਤਾ ਕੀ ਹੈ, ਗੱਲ ਅਸੀਂ ਕੁਛ ਨਾ ਕੁਛ ਸਾਡੇ ਪ੍ਰਚਾਰ ਹੀ ਇਹੋ ਜਿਹਾ ਹੋਇਆ ਵੀ ਸਾਨੂੰ ਨਫ਼ਰਤ ਇੰਨੀ ਜ਼ਿਆਦਾ ਇੱਥੇ ਬਣਾ ਦਿੱਤੀ ਗਈ ਆ। ਇੱਕ ਏਜੰਡਾ ਆ ਜਿਵੇਂ ਆ ਕੁਛ ਕਹਿੰਦਾ ਇੱਕ ਧਿਰ ਦੇ ਇੱਕ ਖਾਸ ਇੱਕੋ ਇੱਕ ਅਖਬਾਰ ਦੇ ਨਾਲ ਸੰਬੰਧਿਤ ਜਿਹੜਾ ਪੰਜਾਬ 'ਚ ਅਸੀਂ ਕਿਸੇ ਨੇ ਪੜ੍ਹਿਆ ਨਹੀਂ ਹੋਣਾ, ਨਵਾਂ ਜ਼ਮਾਨਾ, ਉਹਦੇ ਉਹਦੀ ਪੈਦਾਇਸ਼ ਜਿੰਨੇ ਪੱਤਰਕਾਰ ਇੱਥੇ ਬੈਠੇ ਆ ਵਿਦੇਸ਼ਾਂ ਦੇ ਵਿੱਚ ਇੱਥੋਂ ਪ੍ਰਚਾਰ ਹੋ ਰਿਹਾ, ਕਿਤੇ ਨਾ ਕਿਤੇ ਕਾਂਗਰਸ ਨੂੰ ਮਾਂ ਮੰਨ ਕੇ ਚੱਲੇ ਹੋਏ ਆ। ਸਾਨੂੰ ਆਪੇ ਹੀ ਏਦਾਂ ਲੱਗਣਾ ਕਿ ਕਾਂਗਰਸ ਘੱਟ ਦੋਸ਼ੀ ਆ ਜੀ। ਹੁਣ ਦੋਸ਼ ਜਿਹਨੇ ਅਟੈਕ ਕੀਤਾ ਆ ਸਾਡੇ ਅਕਾਲ ਤਖ਼ਤ ਤੋਪਾਂ ਵਾਲੇ ਚੜ੍ਹਾ ਤੇ ਹਨਾ ਲੈ ਕੇ ਫੌਜੀ ਆ ਗਏ ਆ, ਤੇ ਉਹ ਸਾਨੂੰ ਲੱਗਦਾ ਕਿ ਵੀ ਨਹੀਂ ਇਹਨਾਂ ਦੇ ਆਖੇ ਆ ਗਏ ਉਹ, ਮਤਲਬ ਵੀ ਸਾਨੂੰ ਕਿਉਂ ਇਹ ਕਿਹੜੀ ਬਾਣ ਆ ਸਾਨੂੰ ਵੀ ਸਾਨੂੰ ਏਦਾਂ ਨੀ ਲੱਗਦਾ ਵੀ ਕਾਂਗਰਸ ਜ਼ਿੰਮੇਵਾਰ ਆ ਉਹਦੇ ਲਈ, ਉਹ ਨੀ ਫਲਾਨਾ ਜ਼ਿੰਮੇਵਾਰ ਆ। ਉਹ ਸਿੱਧੀ ਸਿੱਧੀ ਗੱਲ ਆ, ਉਹ ਦੇਸ਼ ਭਗਤ ਆਪਣੇ ਆਪ ਨੂੰ ਮੰਨਦੇ ਆ ਤੇ ਉਹ ਕਹਿੰਦੇ ਸੀ ਕਿ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਨਾ ਹੋਵੇ ਜੇ ਅਸੀਂ ਸਿੱਖ ਹਾਂ ਸਾਡੀਆਂ ਭਾਵਨਾਵਾਂ। ਉਹ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਵਿਰੋਧੀ ਹਾਂ, ਕਿਉਂਕਿ ਬਿਆਨ ਤਾਂ ਦੋਨੇ ਪਾਸਿਆਂ ਤੋਂ ਫਿਰ ਗਰਮ ਹੋ ਹੀ ਗਈ ਸੀ ਨਾ ਜਦੋਂ ਕਹਾਣੀ ਚੱਲ ਪਈ ਸੀਗੀ, ਤੇ ਸਾਡੇ ਕੁਛ ਉਸ ਭੇਖ ਦੇ ਵਿੱਚ ਬੰਦਿਆਂ ਨੇ ਗਲਤੀਆਂ ਵੀ ਇਹੋ ਜਿਹੀਆਂ ਕੀਤੀਆਂ ਵੀ ਜਿਹੜੀਆਂ ਸਾਡੇ ਸਿਰ ਮੜੀਆਂ ਜਾਣੀਆਂ ਸੀ ਜ਼ਰੂਰੀ। ਅਸੀਂ ਕਿਤੇ ਨਾ ਕਿਤੇ ਟਰਾਈ ਕਰਦੇ ਹਾਂ ਸਿੱਖਣ ਦੀ, ਜਦੋਂ ਕੋਈ ਮੈਂ ਬਹੁਤਾ ਗਾਂਧੀ ਦਾ ਪ੍ਰਸ਼ੰਸਕ ਨਹੀਂ ਹੈਗਾ, ਪਰ ਗਾਂਧੀ ਨੇ ਜਦੋਂ ਨਾਮਿਲਵਰਤਨ ਲਹਿਰ ਵਾਪਸ ਲਈ ਆ ਉਹਨੇ ਇਸੇ ਕਰਕੇ ਲਈ ਸੀ ਵੀ ਜਦੋਂ ਮਸਲਾ ਖੜਾ ਹੋ ਗਿਆ ਉੱਥੇ ਚਿੱਤਰੋ ਚਿੱਤਰੀ ਹੋ ਗਏ, ਉਹਨੂੰ ਪਤਾ ਸੀ ਵੀ ਸਾਨੂੰ ਮਾਰਨਾ ਬਹੁਤ ਸੁਖਾਲਾ, ਜਿਹੜੀ ਹਕੂਮਤ ਕਰ ਰਹੀ ਆ ਉਹ ਸਾਨੂੰ ਅੱਤਵਾਦੀ ਜਾਂ ਸਾਨੂੰ ਇਹੋ ਜਿਹੇ ਕਹਿ ਕੇ ਹਿੰਸਕ ਕਹਿ ਕੇ ਸਾਡੇ ਗਲ ਚ ਫੱਟਾ ਪਾ ਕੇ ਤੇ ਸਰ ਜਿਹਦੇ ਮਰਜ਼ੀ ਗੋਲੀਆਂ ਮਾਰ ਦਿਓ, ਉਹਨੇ ਰਾਈਟ ਵੇ ਉਹ ਕੰਮ ਬੰਦ ਕਰਤਾ ਵੀ ਨਹੀਂ ਇਹ ਬੰਦ ਇੱਥੇ ਕਰ ਦਿਓ ਇਹਨੂੰ ਖਤਮ, ਇਹ ਕਿਉਂਕਿ ਸਾਨੂੰ ਹੁਣ ਮਾਰ ਮਰੀ ਆ ਸਾਡਾ ਹੋਊਗਾ। ਪਰ ਸਾਡੇ ਚ ਕਿਤੇ ਨਾ ਕਿਤੇ ਦਸਮ ਪਾਤਸ਼ਾਹ ਨੇ ਸਾਨੂੰ ਇੱਕ ਦਿੱਤਾ ਸੀ ਤਰੀਕਾ, ਅਸੀਂ ਉੱਥੇ ਲੜੇ ਆ, ਚਲੋ ਜੋ ਵੀ ਹੋਇਆ, ਪਰ ਬਾਦਲ ਸਾਹਿਬ ਤਾਂ ਹਮੇਸ਼ਾ ਹੀ ਲੜੇ ਆ, ਹਮੇਸ਼ਾ ਹਰ ਮੋਰਚੇ ਚ ਪਹਿਲੀ ਗ੍ਰਿਫਤਾਰੀ ਇਹਨਾਂ ਨੇ ਦਿੱਤੀ ਆ। ਔਰ ਅਤਿੰਦਰਪਾਲ ਖਾਲਿਸਤਾਨੀ ਅੱਜ ਕੱਲ ਬਹੁਤ ਲੱਗਾ ਹੋਇਆ, ਉਹ ਆਪਣੇ ਆਪ ਨੂੰ ਬਹੁਤ ਉੱਚਾ ਚੱਕਿਆ, ਉਹ ਔਨ ਵੀਡੀਓ ਔਨ ਪਰੂਫ ਉਹ ਕਹਿ ਰਿਹਾ ਵੀ ਜੇ ਜੇਲ੍ਹ ਦੀ ਗੱਲ ਕਰਨੀ ਹੈ ਤਾਂ ਸਭ ਤੋਂ ਵੱਧ ਬਾਦਲ ਨੇ ਕੱਟੀ ਆ, ਇੱਕ ਮੁਸ਼ਤ ਲੰਬੀ ਜੇਲ੍ਹ ਜੇ ਸਭ ਤੋਂ ਦੇਖਣੀ ਹੋਵੇ ਵੱਧ ਤਾਂ ਉਹ ਵੀ ਬਾਦਲ ਦੀ ਆ, ਮਤਲਬ ਜੇਲ੍ਹਾਂ ਵੀ ਉਸ ਬੰਦੇ ਨੇ ਕੱਟੀਆਂ, ਆਪਦੇ ਪਰਿਵਾਰ ਦਾ ਸਾਰੇ ਕੰਮ ਪਿੱਛੇ ਛੱਡੇ ਆ। ਜੇ ਇੱਕ ਛੋਟੀ ਗੱਲ ਸਮਝਣੀ ਹੋਵੇ ਨਾ, ਪਿੰਡ ਚ ਆਪਾਂ ਕਹਿੰਦੇ ਦੋ ਭਰਾ ਇਕੱਠੇ ਆ ਜਾਂ ਚਾਰ ਭਾਈ ਇਹ ਇਕੱਠੇ ਆ, ਇਹ ਪਰਿਵਾਰ ਵਧੀਆ ਹੋਊਗਾ। ਗੁਰਦਾਸ ਬਾਦਲ ਛੋਟਾ ਆ ਤੇ ਵੀਡੀਓ ਤੇ ਉਹਦੀ ਵੀਡੀਓ ਦੇਖ ਲਿਓ ਕੱਢ ਕੇ, ਉਹ ਕਹਿ ਰਿਹਾ ਕਿ ਵੀ ਜਦੋਂ ਵੀ ਵੰਡੀ ਸਾਡੇ ਚ ਹੋਈ ਆ ਕੋਈ ਵੀ ਹਿੱਸਾ ਪਿਆ, ਚੋਇਸ ਇਹਨਾਂ ਨੇ ਮੈਨੂੰ ਹੀ ਦਿੱਤੀ ਆ ਵੀ ਤੂੰ ਜਿਹੜਾ ਪਾਸਾ ਮਰਜ਼ੀ ਲੈ ਲਾ, ਜੋ ਪਹਿਲ ਤੇਰੀ ਆ ਦੂਜਾ ਮੇਰਾ। ਉਹ ਕਹਿੰਦਾ ਮੈਂ ਅੱਜ ਤੱਕ ਬਾਦਲ ਸਾਹਿਬ ਨੂੰ ਘਰੇ ਮਿਲਣ ਨਹੀਂ ਗਿਆ, ਹਮੇਸ਼ਾ ਮੈਨੂੰ ਮਿਲਣ ਇੱਧਰ ਆਉਂਦੇ ਆ ਆਪਣੇ ਘਰੇ। ਮਤਲਬ ਉਹਨੇ ਟਰਾਈ ਕੀਤੀ ਆ ਹਰ ਜਗ੍ਹਾ ਪੂਰਾ ਉਤਰਨ ਦੀ, ਕਈ ਵਾਰ ਸਾਨੂੰ ਗਿਲੇ ਸ਼ਿਕਵੇ ਸਾਨੂੰ ਚੀਜ਼ਾਂ ਹੋਰ ਤਰ੍ਹਾਂ ਦਿਖਦੀਆਂ ਹੁੰਦੀਆਂ। ਹੁਣ ਸਾਨੂੰ ਤਾਂ ਆਪੇ ਹੀ ਇੱਦਾਂ ਆ ਕਿ ਵੀ ਜੇ ਹੁਣ ਅਸੀਂ ਉਹਨਾਂ ਦਾ ਨੁਕਸਾਨ ਕਰਾਂਗੇ ਤਾਂ ਕਾਂਗਰਸ ਉੱਤੇ ਜਾਂਦੀ ਆ, ਜੇ ਹੁਣ ਕਾਂਗਰਸ ਨੂੰ ਉੱਤੇ ਕਰ ਲਿਆ ਅਸੀਂ ਕਾਂਗਰਸ ਨੂੰ ਰਾਜ ਵੀ ਦੇਤਾ, ਮਤਲਬ ਇਦੋਂ ਵੱਧ ਹੋ ਕੀ ਸਕਦਾ ਸਾਨੂੰ? ਮੈਨੂੰ ਸੱਚੀ ਗੱਲ ਸਾਹਿਬ ਤੁਸੀਂ ਸਮਝਦੇ ਆ ਆਪਣੀਆਂ ਗੱਲਾਂ ਕਈ ਵਾਰ ਹੋਈਆਂ, ਇਹ ਇਹ ਦਿਲ ਦੇ ਉੱਤੇ ਕਹਿੰਦਾ ਬਹੁਤ ਵੱਡਾ ਇਹ ਬੋਝ ਆ ਵੀ ਐਂ ਲੱਗਦਾ ਵੀ ਮਿਹਣਾ ਹੈ ਸਾਨੂੰ ਕਿ ਅਸੀਂ ਕਾਂਗਰਸ ਨੇ ਰਾਜ ਕਿਵੇਂ ਕਰ ਲਿਆ ਦੁਬਾਰਾ ਪੰਜਾਬ ਚ, ਕਿਵੇਂ ਕਾਂਗਰਸ ਕਰੀ। ਅਸੀਂ ਬਹੁਤ ਸਹੀ ਜਿਹੀ ਸਖਾਲਿਆ ਹੀ ਅਸੀਂ ਕਹਿ ਦਿੰਦੇ ਹਾਂ ਵੀ ਕੋਈ ਨੀ ਇਹਨਾਂ ਦਾ, ਕੋਈ ਨੀ ਕਾਂਗਰਸ ਦਾ ਓਕੇ ਆ। ਮੈਂ ਬਹੁਤੀ ਲੰਬੀ ਨੀ ਗੱਲ ਕਰਦਾ ਪਰ ਲਾਸਟ ਗੱਲ ਜ਼ਰੂਰ ਕਹਿਣਾ ਵੀ ਸਿੱਖ ਸੰਘਰਸ਼ ਦੇ ਇੱਕ ਵਾਰੀ ਝਾਤ ਮਾਰ ਕੇ ਦੇਖ ਲਿਓ, ਜਿੰਨੇ ਬੰਦੇ ਸਿੱਖ ਸੰਘਰਸ਼ ਸੀ ਉਹਦੇ ਚੋਂ 90-95% ਬੰਦੇ ਬਾਦਲ ਸਾਹਿਬ ਦੇ ਅੱਜ ਨਾਲ ਖੜੇ ਆ, ਸਾਰੇ ਖੜੇ ਆ ਕਿਉਂਕਿ ਉਹਨਾਂ ਨੂੰ ਪਤਾ ਆ। ਇੱਥੇ ਤਾਂ ਹੁਣ ਤੱਕ ਇਹੀ ਕਹੇ ਗਏ ਕਿ ਬਾਦਲ ਹੱਥ ਖੜੇ ਕਰਕੇ ਬਾਹਰ ਆ ਗਿਆ, ਝੂਠ ਤਾਂ ਇੰਨੇ ਕੁ ਪ੍ਰਚਾਰੇ ਗਏ ਹੱਦ ਹੀ ਕੋਈ ਨੀ ਜਿਹਨਾਂ ਦਾ, ਪਰ ਅਸੀਂ ਇੰਨਾ ਕੁ ਦੇਖ ਲਈਏ ਵੀ ਨੁਕਸਾਨ ਕਿਹਦਾ ਹੋ ਰਿਹਾ ਤੇ ਕਿਵੇਂ ਹੋ ਰਿਹਾ। ਜੇ ਅਸੀਂ ਸਮਝ ਲਈਏ ਥੋੜਾ ਜਿਹਾ ਤਾਂ ਮੈਨੂੰ ਲੱਗਦਾ ਅਸੀਂ ਚੰਗੇ ਰਹਾਂਗੇ। ਮਿਹਰਬਾਨੀ ਵੀਰ ਜੀ ਤੁਹਾਡੀ, ਤੁਸੀਂ ਅੱਜ ਗੱਲ ਹੱਕ ਸੱਚ ਦੀ ਪੂਰੀ ਕੀਤੀ ਆ, ਉਹ ਵੀ ਡੰਕੇ ਦੀ ਚੋਟ ਤੇ ਕੀਤੀ ਆ। ਥੈਂਕ ਯੂ ਵੀਰ ਜੀ। ਤੁਸੀਂ ਲਾਈਨ ਨੰਬਰ 4 ਬਿੱਟੂ ਲਾਈਨ ਨੰਬਰ 5 ਸਾਹਿਬ ਮਹਿੰਦਰ ਸਿੰਘ ਜੀ ਸਾਹਿਬ ਮਹਿੰਦਰ ਸਿੰਘ ਜੀ ਲਾਈਨ ਨੰਬਰ 5 ਸਾਹਿਬ ਹਰਜਿੰਦਰ ਸਿੰਘ ਜੀ ਲਾਈਨ ਨੰਬਰ 2 ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੈਲੋ ਹਾਂਜੀ 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 ਬਾਦਲ ਸਾਹਿਬ ਬਾਰੇ ਅੱਜ ਤੁਸੀਂ ਲਿਆਂਦਾ ਟੌਪਿਕ, ਇੱਕ ਗੱਲ ਬੜੀ ਚੱਲਦੀ ਜੀ, ਉਹਨਾਂ ਨੇ 5 ਵਾਰੀ ਮੁੱਖ ਮੰਤਰੀ ਬਣੇ ਪੰਜਾਬ ਦੇ, ਪਹਿਲਾਂ ਤਾਂ ਇਹਨੂੰ ਥੋੜੀ ਹਿਸਟਰੀ ਆਪਾਂ ਦੇਖਣੀ ਚਾਹੀਦੀ ਆ, 5 ਵਾਰੀ ਕਿੱਦਾਂ ਬਣੇ, 2 ਵਾਰੀ ਤਾਂ ਉਹ ਮੇਰਾ ਖਿਆਲ 2 ਸਾਲ ਤੋਂ ਵੱਧ ਨੀ ਟੱਪੇ, ਠੀਕ, ਜਦੋਂ ਤੀਜੀ ਵਾਰੀ
ਸਰਕਾਰ ਬਣਨੀ ਸੀ ਉਦੋਂ ਬਰਨਾਲੇ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਇਹ ਨਾਕਾਮਯਾਬ ਮੁੱਖ ਮੰਤਰੀ ਸਾਬਤ ਹੋਇਆ ਦੋ ਵਾਰੀ ਇਹਦੇ ਕੋਲ ਸਰਕਾਰ ਪੂਰੀ ਧੁਰਤ ਚੱਲੀ ਨੀ ਹਿਸਟਰੀ ਦੇਖ ਲਓ ਉੱਥੇ ਦੀ ਪੰਜਾਬ ਦੀ ਜਿਹਨਾਂ ਨੇ ਬਣਾਇਆ ਉਹਦੇ ਵਿੱਚ ਜਿਹੜੇ ਜਿਹੜੇ ਸੀਗੇ ਬੰਦੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਵਿੱਚ ਕਿੱਦਾਂ ਸੈਂਟਰ ਨੇ ਇਹਨਾਂ ਨੂੰ ਪ੍ਰਮੋਟ ਕਰਕੇ ਲਿਆਂਦਾ ਜਿਹੜੀਆਂ ਇਹਦੀਆਂ ਪੂਰੀਆਂ ਸਰਕਾਰਾਂ ਚਲਾਈਆਂ ਵੀ ਜਿਹੜੀਆਂ ਪੰਜਾਬ ਦੇ ਸਿੱਖਾਂ ਦਾ ਬੇੜਾ ਗਰਕ ਕਰਦੀਆਂ ਸੀ ਉਹ ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਹੁਣ ਦੱਸ ਹੀ ਗਏ ਬਹੁਤ ਕਾਲਰ ਵੀ ਕਛਹਿਰੇ ਥੱਲੇ ਕਿਹੜੀਆਂ ਨਿੱਕਰਾਂ ਪਾਈਆਂ ਇਹਨਾਂ ਨੇ ਤੇ ਕੀ ਇਹਨਾਂ ਦਾ ਕਿਰਦਾਰ ਆ ਉਹ ਸਾਰੇ ਹੀ ਜਾਣਦੇ ਆ ਤੇ ਕਾਂਗਰਸ ਸੱਪ ਦੀ ਨਾ ਆਉਂਦਾ ਇੱਕ ਸਾਡੇ ਬੁੱਕਲ ਦਾ ਸੱਪ ਆ ਕਿਹਨੂੰ ਮਾਰੋਗੇ ਪਹਿਲਾਂ ਇਹ ਬੁੱਕਲ ਦੇ ਸੱਪ ਨੂੰ ਮਾਰਨ ਦੀ ਲੋੜ ਆ ਜਿੰਨਾ ਕੌਮ ਦਾ ਨੁਕਸਾਨ ਬਾਦਲ ਨੇ ਕੀਤਾ ਹੋਰ ਕਿਸੇ ਨੇ ਨੀ ਕੀਤਾ ਇਸ ਕਰਕੇ ਜਿੰਨੇ ਵੀ ਲੋਕੀ ਦੁਖੀ ਆ ਅਸੀਂ ਅਕਾਲੀ ਆ ਪਰ ਬਾਦਲ ਅਕਾਲੀ ਦਲ ਦਾ ਜਿੱਥੇ ਬਾਦਲ ਅਕਾਲੀ ਦਲ ਦਾ ਨਾਂ ਆਉਂਦਾ ਉੱਥੋਂ ਬਿਲਕੁਲ ਦੂਰ ਭਾਈ ਥੈਂਕ ਯੂ ਠੀਕ ਹੈ ਧੰਨਵਾਦ ਮੈਂ ਕੰਕਲੂਡ ਕਰਨਾ ਇਹਨੂੰ ਇਹਦੇ ਤੋਂ ਬਾਅਦ ਮੈਂ ਜਸਵਿੰਦਰ ਸਿੰਘ ਵਿਦੇਸ਼ਾ ਨਾਲ ਗੱਲਬਾਤ ਕਰਨੀ ਹੈ ਮੈਂ ਗੱਲ ਕਰਨੀ ਚਾਹੁੰਦੇ ਸਰਦਾਰ ਮਹਿੰਦਰ ਸਿੰਘ ਉਹਨਾਂ ਨਾਲ ਕਿਉਂਕਿ ਉਹਨਾਂ ਦੀ ਬਹੁਤ ਪਕੜ ਹੈ ਇਸ ਤੇ ਕੋਸ਼ਿਸ਼ ਉਹ ਕਰ ਲੈਣ ਉਹਨਾਂ ਨਾਲ ਮੈਂ ਗੱਲ ਕਿਉਂਕਿ ਬਿੱਟੂ ਤੇ ਮਹਿੰਦਰ ਸਿੰਘ ਦੋ ਕਾਲਰ ਸਾਡੇ ਰਹਿ ਗਏ ਸੀ ਉਹ ਗੱਲ ਕਰ ਲੈਣ ਪਰ ਮੈਂ ਇਸ ਨੂੰ ਕੰਕਲੂਡ ਇੱਕ ਤਰੀਕੇ ਨਾਲ ਕਰਨਾ ਚਾਹੁੰਦਾ ਉਹ ਇਹ ਹੈ ਕਿ ਸੈਂਟਰ ਦੇ ਨੈਸ਼ਨਲਿਜ਼ਮ ਦੇ ਰਾਸ਼ਟਰ ਦੇ ਚੌਕਟੇ ਦੇ ਵਿੱਚ ਰਹਿ ਕੇ ਕੋਈ ਬੰਦਾ ਮੁੱਖ ਮੰਤਰੀ ਬਣ ਸਕਦਾ ਚਲੋ ਪਹਿਲਾਂ ਬਿੱਟੂ ਉਹਨਾਂ ਨਾਲ ਗੱਲ ਕਰ ਲਈਏ ਫਿਰ ਮੈਂ ਕੰਕਲੂਡ ਕਰਨਾ ਲਾਈਨ ਬਿੱਟੂ ਬਿੱਟੂ ਜੀ ਹਾਂਜੀ ਬਿੱਟੂ ਜੀ ਹਾਂਜੀ ਗੱਲ ਸਰ ਸਤਿ ਸ਼੍ਰੀ ਅਕਾਲ ਮੈਂ ਮੇਰੇ ਖਿਆਲ ਇੱਕ ਦੋ ਵਾਰੀ ਕਾਲ ਕੀਤੀ ਮੇਰਾ ਕੱਟ ਹੋ ਗਿਆ ਫੋਨ ਕੋਈ ਨਾ ਜੀ ਕੋਈ ਨਾ ਹਾਂਜੀ ਹਾਂਜੀ ਗੱਲ ਸਰ ਮੈਂ ਕਹਿੰਦਾ ਵੀ ਲੋਕਾਂ ਨੇ ਜਿੱਦਾਂ ਵੀਰ ਜੀ ਅੱਗੇ ਦੱਸ ਕੇ ਗਏ ਪੱਤਰਕਾਰਾਂ ਨੇ ਲੋਕਾਂ ਦੀ ਮਾਨਸਿਕਤਾ ਇੱਦਾਂ ਦੀ ਕਰਤੀ ਆ ਵੀ ਉਹ ਸਾਰਾ ਕੁਛ ਅਕਾਲੀ ਦਲ ਹੀ ਕਰੀ ਜਾਂਦਾ ਉਹ ਤੁਹਾਡੇ ਤਾਂ ਨਹੀਂ ਕੋਈ ਪ੍ਰੋਗਰਾਮ ਤੇ ਆਉਂਦਾ ਪੱਤਰਕਾਰ ਤੁਹਾਡੇ ਸਮਕਾਲੀਆਂ ਦੇ ਦੇਖੋ ਹਜੇ ਉਹ ਕਾਂਗਰਸ ਦੀ ਸਰਕਾਰ ਆ ਜਦੋਂ ਅਕਾਲੀਆਂ ਦੀ ਸਰਕਾਰ ਸੀ ਕਿੱਦਾਂ ਬੜਕ ਬੜਕ ਕੇ ਖਬਰਾਂ ਦਿੰਦੇ ਸੀ ਹੁਣ ਉਹ ਖਬਰਾਂ ਦੀ ਪੂਰਤਲੀ ਖਬਰ ਤਾਂ ਦਿੰਦੇ ਆ ਇੱਦਾਂ ਇੱਕ 40 ਸਾਲ ਕਹਿੰਦਾ ਮੈਨੂੰ ਹੋ ਗਿਆ ਪੱਤਰਕਾਰੀ ਦੇ ਪੈਨਲ ਤੇ ਬੈਠਾ ਉਹ ਸਾਰਾ ਸਾਰੀਆਂ ਜਿਹੜੀਆਂ ਨਾ ਕਸੂਰ ਆ ਉਹ ਅਕਾਲੀਆਂ ਦੇ ਪਾੜੇ ਜੀ ਸੈੱਟ ਦਿੰਦਾ ਹੁਣ ਇੱਕ ਅੰਕਲ ਜੀ ਮੈਂ ਨਾਂ ਤਾਂ ਨੀ ਲੈਣਾ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਹਨਾਂ ਨੇ ਰੋਜ਼ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਜਾਣਾ ਫਤਿਹ ਬੁਲਾ ਕੇ ਰੇਤਾ ਮਹਿੰਗੀ ਕਿਸਾਨ ਖੁਦਕੁਸ਼ੀਆਂ ਕਰਕੇ ਨਸ਼ਾ ਪਾ ਦੇ ਕੇ ਹੁਣ ਤੁਸੀਂ 3 ਸਾਲ ਹੋ ਗਏ ਮੈਨੂੰ ਕੋਈ ਦੱਸ ਦੇਵੇ ਵੀ ਆਏ ਉਹ ਮੁੜ ਕੇ ਜਿਹੜੀ ਤੁਸੀਂ ਪਾਰਟੀ ਨੂੰ ਬਿਲੋਂਗ ਕਰਦੇ ਦੱਸੋ ਖੁੱਲ ਕੇ ਇੱਥੇ ਤਾਂ ਮੇਰੇ ਖਿਆਲ ਫਰੀਡਮ ਹੈ ਹਰੇਕ ਨੂੰ ਜੇ ਤੁਹਾਡੇ ਚ ਹੈਗੀ ਆ ਕਾਂਗਰਸ ਹੀ ਕਾਂਗਰਸ ਹੀ ਦੱਸੋ ਕਾਮਰੇਡ ਆ ਕਾਮਰੇਡ ਦੱਸੋ ਮੇਰੇ ਖਿਆਲ ਚ ਉਹ ਜਿਹਨਾਂ ਲੋਕਾਂ ਨੇ ਉੱਥੇ ਵੋਟਾਂ ਪਾਉਣੀਆਂ ਉਹ ਤਾਂ ਤਿਆਰ ਬੈਠੇ ਆ ਹੁਣ ਵੀ ਕਿਹੜੀ ਘੜੀ ਆਵੇ ਤੇ ਅਕਾਲੀ ਦਲ ਨੂੰ ਵਾਪਸ ਲੈ ਕੇ ਆਈਏ ਜਿਹਨਾਂ ਦੀਆਂ ਵੋਟਾਂ ਆਪਣੀਆਂ ਦੇ ਇੱਥੇ ਵੋਟਾਂ ਹੀ ਨੀ ਜਿਹਨਾਂ ਦੀਆਂ ਵੋਟਾਂ ਉਹਨਾਂ ਦੀ ਉਹ ਗੱਲ ਕਰਦੇ ਉੱਥੇ ਲੋਕ ਮਤਲਬ ਮੇਰਾ ਕਹਿਣ ਦਾ ਫੇਰ ਗੱਲ ਹੋਣੀ ਚਾਹੀਦੀ ਹੈ ਉਹ ਜਿਹੜੀ ਕਾਂਗਰਸ ਜਿੱਤੀ ਉਹ ਜਿੱਤੀ ਕਾਹਦੋਂ ਸਾਰੀਆਂ ਸ਼ਹਿਰੀ ਵੋਟਾਂ ਪੈ ਗਈਆਂ ਬੀਜੇਪੀ ਦੀ ਵੋਟ ਹੀ ਨਿਕਲੀ ਪਿੰਡਾਂ ਦੇ ਵਿੱਚ ਤਾਂ ਇਹਨਾਂ ਦੀ ਵੋਟ ਬਰਾਬਰ ਜਾ ਰਹੀ ਸੀਗੀ ਇੱਕ 10 ਸਾਲ ਹੋ ਗਏ ਸੀ ਮੇਰੇ ਖਿਆਲ ਜੀ ਜੇ ਹੁਣ ਅਕਾਲੀ ਦਲ ਤੇ ਉਹ ਬੇਅਦਬੀ ਦਾ ਦੋਸ਼ ਨਹੀਂ ਲਾ ਸਕਦੇ ਜੇ ਹੁੰਦਾ 3 ਮਹੀਨੇ ਬਹੁਤ ਸੀ ਕਾਂਗਰਸ ਸਰਕਾਰ ਹੁਣ ਉਹਨਾਂ ਫੜ ਕੇ ਅੰਦਰ ਕੀਤੇ ਹੋਣੇ ਸੀਗੇ ਤੋ ਮਤਲਬ ਕਹਿਣ ਦਾ ਵੀ ਲੋਕਾਂ ਨੂੰ ਹੁਣ ਨਵਜੋਤ ਸਿੱਧੂ ਦੀ ਗੱਲ ਲੈ ਲਓ ਉਹ ਤਾਂ ਆਪਣੇ ਆਪ ਚ ਇੱਕ RSS ਆ ਨਾਲੇ ਲੋਕੀ ਗਾਲਾਂ ਕੱਢੀ ਜਾਂਦੇ ਵੀ RSS ਉਹਨੇ ਕੀ ਕਰ ਲੈਣਾ ਉਹ ਪੈਰਾਂ ਚ ਬਹਿ ਕੇ ਲੀਡਰ ਬਣਿਆ ਤੇ ਉਹ ਕਹਿੰਦਾ ਸ਼ਿਵਲਿੰਗ ਦੀ ਪੂਜਾ ਕਰਦਾ ਇੱਕ ਪਾਸੇ ਹੁਣ ਹਰਿਮੰਦਰ ਸਾਹਿਬ ਦੀ ਫੋਟੋ ਲਾ ਕੇ ਲੋਕਾਂ ਨੂੰ ਇਮੋਸ਼ਨਲ ਕਰੀ ਜਾਂਦਾ ਉਹ ਤਾਂ ਕਦੀ ਗੱਲ ਹੀ ਨੀ ਕਰਦਾ ਉਹ ਸ਼ਿਵਲਿੰਗ ਦੀ ਪੂਜਾ ਕਰਦਾ ਲੋਕੀ ਹੁਣ ਸਿਰਫ ਇੱਕ ਪਾਸੇ ਰਹਿਣਾ ਚਾਹੀਦਾ ਮੇਰੇ ਖਿਆਲ ਸਟੈਂਡ ਤੇ ਰਹਿਣਾ ਚਾਹੀਦਾ ਜਿਹੜਾ ਤੁਹਾਡਾ ਸਟੈਂਡ ਆ ਓਕੇ ਜੀ ਬਿੱਟੂ ਜੀ ਸੋਰੀ ਥੈਂਕ ਯੂ ਸਰ ਮਹਿੰਦਰ ਸਿੰਘ ਲਾਈਨ ਨੰਬਰ 3 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਲ ਸਾਹਿਬ ਬੜਾ ਸੰਵੇਦਨਸ਼ੀਲ ਟੌਪਿਕ ਹੈ ਇਹ ਦੇਖੋ ਮੈਂ ਸਾਰੇ ਕਾਲਰਸ ਨੂੰ ਸੁਣਿਆ ਅਸਲ ਵਿੱਚ ਬਹੁਤ ਗਿਣਤੀ ਆਪਣਾ ਤਜਰਬਾ ਦੱਸ ਰਹੀ ਹੈ ਜਿਹੜੀ ਬੇਸਿਕ ਫਿਲੋਸਫੀ ਹੈ ਇਸ ਸਿਆਸਤ ਦੇ ਪਿੱਛੇ ਤੇ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜੇ ਥੋੜੀ ਜਿਹੀ ਨਿਗਾਹ ਮਾਰੀਏ ਤਾਂ ਪੰਜਾਬ ਦਾ ਅੱਜ ਤੱਕ ਕੋਈ ਖੈਰ ਖੁਆ ਨਹੀਂ ਬਣਿਆ ਜਦੋਂ ਤੋਂ ਹਿਸਟਰੀ ਚ ਅਸੀਂ ਪੜ ਰਹੇ ਹਾਂ ਦਿੱਲੀ ਨੇ ਪੰਜਾਬ ਨਾਲ ਦਗਾ ਹੀ ਕੀਤਾ ਲੁੱਟਿਆ ਤੇ ਜਿਹੜਾ ਸਾਡਾ ਨਾਨਕ ਨਿਰਮਲ ਪੰਥ ਜਿਸ ਨੂੰ ਅਸੀਂ ਪੰਥ ਕਹਿੰਦੇ ਪੰਥ ਸੀ ਉਹਦੇ ਚ ਇਹਦੇ ਚ ਕੋਈ ਸ਼ੱਕ ਨਹੀਂ ਕਿ ਪਾਰਟੀ ਸਾਡੀ ਮਹਾਨ ਆ ਪਾਰਟੀ ਮਾਂ ਆ ਸਾਡੀ ਪਰ ਉਹ ਇਕਨੋਮਿਕਸ ਵਿੱਚ ਇੱਕ ਅਸੀਂ ਪੜ੍ਹਦੇ ਹੁੰਦੇ ਸੀਗੇ ਇੰਡੀਆ ਇਜ਼ ਅ ਰਿਚ ਕੰਟਰੀ ਇਨਹੈਬਿਟਡ ਬਾਈ ਦਾ ਪੂਅਰ ਪਾਰਟੀ ਕੀ ਕਰੂਗੀ ਜਦੋਂ ਉਹਦੇ ਕਰਤਾ ਧਰਤਾ ਬੇਈਮਾਨ ਆ ਗਏ ਤੇ ਜਿਹੜੀ ਸਾਰੀ ਗੱਲ ਦੇ ਵਿੱਚੋਂ ਮੈਂ ਜੋ ਕੁਛ ਇੱਕ ਸ਼ਬਦ ਗੱਲ ਵਿੱਚ ਹੀ ਗੱਲ ਮੁਕਾਉਣ ਲੱਗਾ ਕਿ ਬਾਦਲ ਇੱਕ ਬਹੁਤ ਘਾਗ ਸਿਆਸਤਦਾਨ ਹੈ
ਇਹ ਘਾਤਕ ਸਿਆਸਤਦਾਨ ਹੈ, ਬਸ ਇੰਨਾ ਹੀ ਮੈਂ ਤਾਂ ਕਹਿਣਾ। ਇਸ ਨੂੰ ਤੁਸੀਂ ਫਿਲਾਸਫੀ ਸਮਝ ਲਓ ਜਾਂ ਟੋਟਕਾ ਸਮਝ ਲਓ, ਕੁਛ ਵੀ ਸਮਝ ਲਓ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਮੈਂ ਬਹੁਤ ਰਾਜਨੀਤਿਕ ਮੈਂ ਨੇੜਿਓ ਵੇਖੇ, ਮੈਂ ਕਦੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਇੱਕ ਮੈਂ ਹੋਸਟ ਦੇ ਤੌਰ ਤੇ ਗੱਲ ਕਰਨੀ ਚਾਹੁੰਦਾ। ਰਾਜਨੀਤਿਕ ਬੰਦਿਆਂ ਨੇ ਗੋਡੀ ਚੱਕ ਕੇ ਮੈਨੂੰ ਖੜਾਇਆ ਹੋਇਆ, ਬਹੁਤ ਕੁਛ ਮੈਂ ਨੇੜਿਓਂ ਵੇਖਿਆ, ਚਾਹੇ ਮੈਂ 17-18 ਸਾਲ ਦੀ ਉਮਰ ਚ 20 ਸਾਲ ਦੀ ਉਮਰ ਚ ਘਰ ਛੱਡਤਾ, ਖਾਸੀ ਚ ਮੈਂ ਘਰੋਂ ਨਿਕਲ ਗਿਆ, ਤੇ ਪਰ ਮੈਂ ਬਹੁਤ ਕੁਛ ਬਦਲਾਅ ਵੇਖਿਆ ਕਿ ਰਾਜਨੀਤਿਕ ਬੰਦੇ ਕਿਵੇਂ ਸੋਚਦਾ। ਦੋ ਪਰਸਨੈਲਿਟੀਆਂ ਨੇ, ਇੱਕ ਰਾਜਨੀਤਿਕ ਬੰਦਾ, ਇੱਕ ਉਹਦੀ ਨਿੱਜੀ ਜ਼ਿੰਦਗੀ ਆ। ਪਲੀਜ਼ ਅਸੀਂ ਰਲ ਗੱਡ ਕਰਦੇ, ਸਰਕਾਰ ਦੇ ਕੋਲ ਸੈਂਟਰ ਦੇ ਚੌਕਟੇ ਦੇ ਵਿੱਚ ਦੀ ਲੰਘ ਕੇ ਬੰਦਾ ਕੋਈ ਵੀ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਕਿਸੇ ਸੂਬੇ ਦਾ ਨਹੀਂ ਬਣ ਸਕਦਾ। ਏ ਬੀ ਸੀ ਡੀ ਈ ਐਫ ਕੋਈ ਨਾ ਲੈ, ਉੱਥੇ ਅਮਰਿੰਦਰ ਹੋਣਾ ਨੂੰ ਲੈ ਲਓ, ਉੱਥੇ ਬਾਦਲ ਹੋਰਾਂ ਨੂੰ ਲੈ ਲਓ, ਨਵਜੋਤ ਨੂੰ ਲੈ ਲਓ, ਪੈਂਸਾ ਨੂੰ ਲੈ ਲਓ, ਕੱਲ ਨੂੰ ਭਗਵੰਤ ਮਾਨ ਨੂੰ ਲੈ ਲਓ, ਜਾਂ ਲੈ ਲਓ ਕੇਜਰੀਵਾਲ ਨੂੰ, ਕਿਸੇ ਰਾਸ਼ਟਰ 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 ਨੈਸ਼ਨਲਿਜ਼ਮ 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 ਤੋਂ ਪਰਾਂ ਕੋਈ ਨਹੀਂ ਹੋ ਸਕਦਾ। ਤੁਹਾਡੇ ਕੋਲ ਕੋਈ ਹੱਕ ਹਕੂਕ ਸੂਬੇ ਕੋਲ ਹੈ ਨਹੀਂ, ਇਹ ਤਾਂ ਪਹਿਲੀ ਤਾਂ ਗੱਲ ਇੱਕ ਮੰਨੋ। ਬਾਦਲ ਹੋਣਾ ਨੇ ਜਿਹੜੀ ਆਪਣੀ ਰਾਜਨੀਤੀ ਕੀਤੀ ਆ, ਉਹ ਘਾਗ ਰਾਜਨੀਤਿਕ ਨੇ, ਜਿਵੇਂ ਕਹਿ ਗਏ ਨੇ ਮਹਿੰਦਰ ਸਿੰਘ, ਉਹ ਘਾਤਕ ਕਿਉਂ ਹੁੰਦੇ ਨੇ ਕਿ ਉਹਨਾਂ ਨੇ ਰਾਜ ਆਪਣਾ ਕਰਨਾ, ਰਾਜ ਕਰਨ ਲਈ ਸੈਂਟਰ ਕੀ ਕਹਿੰਦਾ ਉਹਨਾਂ ਨੂੰ ਓਬੇ ਕਰਨਾ ਪੈਣਾ, ਜਿਵੇਂ ਅਮਰਿੰਦਰ ਓਬੇ ਕਰਦਾ। ਰੇਤੇ ਤੇ ਖੁਦਕਸ਼ੀਆਂ, ਬੇਰੁਜ਼ਗਾਰੀਆਂ 2017 ਤੋਂ 20 ਤੱਕ ਮੁੱਕ ਗਈਆਂ, ਲੋਕਾਂ ਨੇ ਪਹਾੜਾਂ ਦੇ ਪਹਾੜ ਖਾ ਦੇ ਪਿੰਡਾਂ ਦੇ ਵਿੱਚ, ਨਹਿਰਾਂ ਜਿਹੜੀਆਂ ਪੱਟਤੀਆਂ। ਕੱਲ ਸਿੱਧਮਾਲੇ ਪੁਲ ਦੀ ਇੱਕ ਉਹ ਸੀ, ਸਿੱਧਮਾਲੇ ਪੁਲ ਦੇ ਵਿੱਚ ਜਿਹੜਾ ਪਾਣੀ ਰੋਕਣ ਲਈ ਪਿੰਡ ਵਾਲੇ ਪਾਸੇ ਨੂੰ ਬਣਾ ਦਿੱਤੀ, ਉਹ ਸਾਰੀ ਬਜਰੀ ਉਹ ਚੱਕ ਕੇ ਲੈ ਗਏ, ਰੇਤਾ ਹੀ ਚੱਕ ਕੇ ਲੈ ਗਏ। ਮਤਲਬ ਪਿਛਲੇ 3 ਸਾਲਾਂ ਚੋਂ ਕਿੰਨੇ ਜਵਾਕ ਬਾਹਰ ਨੂੰ ਆਏ ਨੇ, ਬੇਰੁਜ਼ਗਾਰੀ ਮੁੱਕ ਗਈ, ਕੁਛ ਨੀ ਮੁੱਕਿਆ, ਪੰਜਾਬ ਉੱਥੇ ਹੀ ਖੜਾ। ਪਰ ਪੰਜਾਬ ਦੀ ਡਿਵੈਲਪਮੈਂਟ 10 ਸਾਲਾਂ ਦੀ, 2007 ਤੋਂ 2017 ਤੱਕ ਉਹਨੂੰ ਵੇਖ ਲਓ, ਤੇ 2017 ਤੋਂ 20 ਤੱਕ 3 ਸਾਲ ਵੇਖ ਲਓ ਵੀ ਪੰਜਾਬ ਅੱਜ ਕਿੱਥੇ ਖੜਾ। ਲਿਆਂਦੇ ਤਾਂ ਸੈਂਟਰ ਤੋਂ ਹੀ ਫੰਡ ਨੇ, ਬਿਲਕੁਲ ਬੀਜੇਪੀ ਦੇ ਅਡਵਾਨੀ ਉਹਨਾਂ ਨੇ, ਵਾਜਪਾਈ ਉਹਨਾਂ ਨੇ ਕਹਿ ਕੇ ਇੰਦਰਾ ਤੋਂ ਚੜਾਈ, ਕਿਉਂਕਿ ਨੈਸ਼ਨਲਿਜ਼ਮ ਸਵਰਨ ਜਾਤੀ 15% ਬੰਦੇ ਦਾ ਦਿੱਲੀ ਚ ਕੰਟਰੋਲ ਆ, ਉਹਦੇ ਸਾਹਮਣੇ ਕੱਖ ਨੀ ਵੱਟੀ। ਜਾਂ ਤਾਂ ਅਮਰਿੰਦਰ ਬੋਲ ਕੇ ਦਿਖਾਵੇ, ਹੁਣ ਆਪੋਜੀਸ਼ਨ ਵਾਲੇ ਨੇ ਉੱਥੇ ਬੈਠੇ ਗੱਲ ਕਰਕੇ ਤਾਂ ਦਿਖਾਵੇ। ਰਾਣਿੰਦਰ ਉਹਨਾਂ ਨੇ ਪਹਿਲਾਂ ਸਵਿਸ ਬੈਂਕ ਵਾਲੇ ਚੱਕਰ ਚ ਪਾਇਆ ਹੋਇਆ, ਤੇ ਰੂਸਾ ਉਹਨੂੰ ਰੱਖਣ ਨੂੰ ਦਿੱਤੀ ਹੋਈ ਹੈ। ਇੱਕ ਗੱਲ ਤਾਂ ਕਰਕੇ ਦਿਖਾਵੇ ਕਿਸੇ ਦਿਨ। ਉਹੀ ਅਮਰਿੰਦਰ ਆ ਜਿਹੜਾ ਕਹਿੰਦਾ ਸੀ ਮੈਂ ਆ ਦਿੱਲੀ ਦੇ ਲਈ, ਮੈਂ 84 ਦੇ ਲਈ ਮੈਂ ਆ ਛੱਡਤੀ, ਤੇ ਉਹੀ ਅਮਰਿੰਦਰ ਜਿਹੜਾ ਇੰਦਰਾ ਗਾਂਧੀ ਨੂੰ ਜਾ ਕੇ ਉਹਦੇ ਫੁੱਲ ਚੜਾਉਂਦਾ ਹੈ, ਜਿਹੜੀ ਹੁਣ ਇਹ ਵਿਪਰੀਤ ਹੋ ਗਈ ਨਾ ਦੋਨੇ ਚੀਜ਼ਾਂ, ਜਿਹਨੇ ਫੌਜਾਂ ਚਾੜੀਆਂ ਉਹਦੇ ਫੁੱਲ ਚੜਾਉਂਦਾ, ਫੌਜਾਂ ਚਾੜਨ ਤੇ ਅਸਤੀਫਾ ਦਿੱਤਾ ਕਿਉਂਕਿ ਅਕਾਲੀ ਦਲ ਦੇ ਵਿੱਚ ਸੈੱਟ ਨਹੀਂ ਸੀ ਹੋ ਰਿਹਾ ਕੰਮ। ਬਰਨਾਲੇ ਆਉਣਾ ਨੂੰ ਲੈ ਲਓ, ਬਰਨਾਲੇ ਆਉਣਾ ਵੇਲੇ ਕੀ ਹੋਇਆ, ਬਰਨਾਲੇ ਨੇ ਕੀ ਕੀਤਾ। ਅੱਜ ਸਰ ਮਾਂਗਣ ਨੇ ਇੱਕ ਉਹਨਾਂ ਨੇ ਪੋਸਟ ਪਾਈ ਕਿ ਜਦ ਅਬਦਾਲੀ 5ਵੀਂ ਵਾਰ ਆਇਆ, ਨਾ ਸਰ ਚ ਅਬਦਾਲੀ ਲਾਸਟ ਟਾਈਮ ਆਇਆ ਤਾਂ ਸਾਰਾ ਕੁਛ ਉਜੜਿਆ ਹੋਇਆ, ਸਰਹੰਦ ਦਾ ਆਲਾ ਪੇਸ਼ ਹੋ ਗਿਆ। ਆਲਾ ਉਹਨੂੰ ਕਹਿੰਦਾ ਅਬਦਾਲੀ ਨੂੰ, ਕਹਿੰਦਾ ਬਹੁਤ ਔਖਾ ਹੈ, ਇੱਥੇ ਸਿੱਖ ਗੇੜਾ ਮਾਰਦੇ ਨੇ, ਸਿੱਖ ਜਿਹੜੇ ਨੇ ਉਹ ਆਜ਼ਾਦ ਦੇਣਗੇ, ਉਹਨੂੰ ਆਪਣੀ ਰਿਆਸਤ ਦਾ ਸੀ। ਤੇ ਨਾਲ ਕਾਜੀ ਨੂਰ ਮੁਹੰਮਦ ਸੀ ਜੰਗਨਾਮਾ ਜੀ ਨੇ ਲਿਖਿਆ, ਮੈਂ ਉਹਨੂੰ ਸ਼ੇਅਰ ਵੀ ਕੀਤਾ, ਤੇ ਦਲ ਖਾਲਸੇ ਨੂੰ ਖਤਮ ਕਰ ਦਿਓ, ਦਲ ਖਾਲਸੇ ਦਾ ਬਹੁਤ ਜ਼ੋਰ ਆ। ਕਾਜੀ ਨੂਰ ਮੁਹੰਮਦ ਨਾਲ ਸੀ, ਤਾਂ ਅਬਦਾਲੀ ਕਹਿੰਦਾ ਆਪਾਂ ਪੈਂਤੜਾ ਲੈ ਲੈਂਦੇ ਹਾਂ। ਪਰ ਆਲਾ ਸਿੰਘ ਨੇ ਉਹਦੇ ਉਸਦੇ ਸ਼ਬਦਾਂ ਦੇ ਵਿੱਚ, ਆਲਾ ਸਿੰਘ ਦੇ ਸ਼ਬਦਾਂ ਦੇ ਪਾਸੇ ਉਹਨੇ ਕਿਹਾ ਵੀ ਮਰਦ ਹਰ ਪਾਸਿਓਂ ਆ ਰਹੇ ਨੇ, ਇਹਨਾਂ ਕੁੱਤਿਆਂ ਕੋਲ ਆ ਕੇ ਕੁੱਤੇ ਬਣ ਜਾਂਦੇ ਨੇ। ਦਲ ਖਾਲਸੇ ਨੂੰ ਕਹਿ ਰਿਹਾ ਇਹ ਕੁੱਤਾ ਮਰਦਾ ਤਾਂ ਉਹਦਾ ਬਦਲਾ ਲੈਣ ਨੂੰ ਦੋ ਕੁੱਤੇ ਉਹਦੀ ਜਗ੍ਹਾ ਲੈ ਲੈਂਦੇ। ਕੁੱਤਾ ਸ਼ਬਦ ਸਗ ਸ਼ਬਦ ਕਾਜ਼ੀ ਦੀ ਲਿਖਤ ਹੈ, ਆਲਾ ਸਿੰਘ ਨੇ ਸਿੰਘਾਂ ਲਈ ਸ਼ਬਦ ਨਹੀਂ ਵਰਤੇ ਹੋਣੇ ਕਿਉਂਕਿ ਕਾਜ਼ੀ ਨੂਰ ਮੁਹੰਮਦ ਨੇ ਸ਼ਬਦ ਵਰਤੇ। ਆਲਾ ਸਿੰਘ ਨੇ ਅਬਦਾਲੀ ਨੂੰ ਸਰਹੰਦ ਉੱਤੇ ਜਿਹੜਾ ਕਿਹਾ ਕਿ ਤੂੰ ਇਹਦੇ ਤੇ ਸਰਹੰਦ ਨੂੰ ਤੇ ਤੈਨੂੰ ਅਸੀਂ ਕੰਟਰੋਲ ਕਰਦੇ ਹਾਂ, ਤੇ ਨਾਲ ਅਬਦਾਲੀ ਦੇ ਨਾਸਰ ਖਾਨ ਬਲੋਚ ਸੀ, ਉਹ ਕਹਿੰਦਾ ਨਾ ਨਾ ਤੇਰੇ ਬਸ ਦੀ ਨਹੀਂ ਗੱਲ, ਇਹਨੂੰ ਹੀ ਜਿੱਥੇ ਸ਼ਹਿਰ ਦਾ ਸ਼ਿਕਾਰ ਕਰਨਾ ਹੋਵੇ ਕੁੱਤਾ ਵੀ ਉੱਥੇ ਦਾ ਰੱਖੀਦਾ, ਅਬਦਾਲੀ ਨੂੰ ਦੇ ਦੇ। ਅਬਦਾਲੀ ਕਹਿੰਦਾ ਆਲਿਆ ਤੇਰੀ ਉਹ ਸਰਹੰਦ ਆ, ਲੜੀ ਚਲੋ ਦੋਨੇ ਸਿੱਖ। ਸਮਝਣ ਦੀ ਲੋੜ ਹੈ ਰਾਜਨੀਤੀ। ਹੁਣ ਜਿਹੜਾ ਉੱਥੇ ਫੇਰ ਬਦਲ ਹੋ ਰਿਹਾ 2 ਸਾਲਾਂ ਚ, ਬਾਦਲ ਹੋਰਾਂ ਨੇ ਵੀ ਸਿਆਸਤ ਚ ਦੁਬਾਰਾ ਉਹਨੂੰ ਰੀਜੁਬੀਨੇਟ ਕਰਨਾ, ਤਾਂ ਹੀ ਉਹਨਾਂ ਨੇ ਦਿੱਤੀ ਇੰਟਰਵਿਊ, ਐ ਨਹੀਂ ਦਿੱਤੀ ਉਹਨਾਂ ਨੇ। ਜਿਹੜਾ ਕੁਛ ਸਿੱਧੂ ਕਰ ਰਿਹਾ,
ਸਿੱਧੂ ਰਾਸ਼ਟਰ 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 ਦੇ ਵਿੱਚ ਰਹਿ ਕੇ ਸਿੱਧੂ ਨੇ ਕੀ ਕਰ ਲੈਣਾ, ਜਿਵੇਂ ਪਹਿਲੇ ਸੀਐਮ ਨੇ ਕੋਈ ਚੁਆਇਸ ਹੀ ਹੈ ਨੀ। ਸਿੱਧੂ ਤੋਂ ਕੀ ਬੰਦ ਖਲਾਸੀ ਪਿੰਡ ਦੇ ਬੰਦੇ ਪਿੰਡਾਂ ਵਾਲੇ ਚਾਹੁੰਦੇ ਆ, ਕੋਈ ਨੂੰ ਪਤਾ ਪਿੰਡ ਕਿੱਥੇ ਆ? ਲਾਸਟਰ ਤੇ ਆ ਗਿਆ ਤੇ ਘਰੇ ਆ ਗਿਆ ਤੇ ਘਰ ਤੋਂ ਲਾਸਟ ਤੇ ਚੜ ਗਿਆ, ਖੰਭੜੀਆਂ ਬੰਨ ਲਈਆਂ ਤੇ ਤਿਆਰੀ ਕਰ ਲਈ ਇੱਕ ਉਂਗਲ ਖੜੀ ਕਰਕੇ, ਉਹ ਠੀਕ ਹੈ, ਉਹ ਕਰਪਟ ਨਹੀਂ, ਉਹਦੇ ਤੇ ਗੁਣ ਨੇ। ਪਰ ਜੇ ਤੁਸੀਂ ਕਹਿੰਦੇ ਆ ਵੀ ਉਹ ਇੱਕ ਸੰਜੀਵਨੀ ਬੂਟੀ ਆ, ਇਹ ਨਹੀਂ ਹੋਣਾ। ਬੈਂਸ ਨੇ, ਬੈਂਸ ਕਾਹਦੇ ਕਿਹੜੇ ਚੱਕਰ ਚ ਫਿਰਦੇ ਨੇ? ਉਹ ਕਹਿੰਦੇ ਅਸੀਂ ਰਾਜਨੀਤੀ ਛੱਡ ਕੇ ਲੋਕਾਂ ਦੀ ਸੇਵਾ ਕਰਨਗੇ? ਨੋ, ਕੇਜਰੀਵਾਲ ਹੈ, ਕੇਜਰੀਵਾਲ ਲਈ ਰਾਸ਼ਟਰ ਪਰਮੋ ਧਰਮ ਹੈ। ਉਹ ਬਿਲਕੁਲ, ਉਹ ਕਹਿੰਦਾ ਮੇਰੇ ਤੋਂ ਉੱਪਰ, ਮੇਰੇ ਤੋਂ ਦਿਨ ਭਾਰਤ ਤੋਂ ਉੱਪਰ ਕੁਛ ਨਹੀਂ ਹੋਣਾ, ਤਾਂ ਉਹਦੇ ਕੰਸੈਪਟ ਦੇ ਵਿੱਚ ਹੀ ਹੈ। ਪਰ ਜਿੱਦਣ ਅਸੀਂ ਬਾਦਲ ਦੇ ਉੱਪਰ ਗੁੱਸਾ ਝਾੜਦੇ ਹਾਂ, ਇਹਦਾ ਮਤਲਬ ਇਹ ਕਹਿੰਦੇ ਹਾਂ ਵੀ ਅਸੀਂ ਕਾਂਗਰਸ ਨੂੰ ਗ੍ਰੀਨ ਸਿਗਨਲ ਦੇ ਤਾ, ਜਿਹਨੇ ਫੌਜਾਂ ਚਾੜੀਆਂ, ਜਿਹਨੇ 84 ਤੋਂ 94 ਤੱਕ 10 ਸਾਲ ਸਾਡਾ ਸ਼ਿਕਾਰ ਖੇਡਿਆ, ਲੱਖ ਬੰਦਾ ਮਾਰਿਆ ਪੰਜਾਬ ਚ। ਇਸ ਗੱਲ ਨੂੰ ਆਪਾਂ ਭੁੱਲ ਜਾਂਦੇ ਹਾਂ। ਹੁਣ ਵਾਕਈ ਗੱਲ ਠੀਕ ਹੈ, ਕਿਸੇ ਪਿਛਲੇ 3 ਸਾਲਾਂ 'ਚ ਨਾ ਰੇਤੇ ਦੀ ਗੱਲ ਹੋਈ ਹੈ, ਨਾ ਬਜਰੀ ਦੀ ਗੱਲ ਹੋਈ ਹੈ, ਨਾ ਮਾਈਨਿੰਗ ਦੀ ਗੱਲ ਹੋਈ ਹੈ, ਨਾ ਕਬਜ਼ਿਆਂ ਦੀ ਗੱਲ ਹੋਈ ਹੈ, ਨਾ ਬੱਸਾਂ ਦੇ ਪਰਮਿਟ ਦੀ ਗੱਲ ਹੋਈ ਹੈ, ਨਾ ਕੋਈ ਗੱਲ ਨਹੀਂ ਹੋਈ, ਕਿਉਂਕਿ ਬਾਦਲੋਂ ਨਹੀਂ ਪਰਾਂ ਹੋ ਗਏ। ਇਸ ਤਰ੍ਹਾਂ ਨਾ ਕਰੀਏ ਆਪਾਂ, ਜੇ ਪੰਜਾਬ ਦੇ ਸਿਹਰਤਾਂ ਤੱਕ ਓਪਨ ਡਾਇਲੋਗ ਦੇ ਵਿੱਚ ਹਰ ਪਾਰਟੀ ਦੇ ਮੱਦੇਨਜ਼ਰ ਗੱਲ ਕਰੀਏ। ਸਰ ਸਿਮਰਨਜੀਤ ਸਿੰਘ ਮਾਨ, ਉਹ ਸੈਂਟਰ ਦੇ ਚੌਕਟੇ ਦੇ ਵਿੱਚ ਫਿੱਟ ਨਹੀਂ ਆਉਂਦੇ, ਤਾਂ ਰਾਜਨੀਤੀ 'ਚ ਫਿੱਟ ਨਹੀਂ ਆਉਂਦੇ ਬਸ, ਪਰ ਉਹਨਾਂ ਨੇ ਗੱਲ ਨਹੀਂ ਆਪਣੀ ਛੱਡੀ, ਇਹ ਗੱਲ ਉਹਨਾਂ ਦੀ ਸਹੀ ਆ। ਹੋ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਰਾਜਨੀਤੀ 'ਚ ਫਿੱਟ ਨਹੀਂ ਹੈ, ਤਾਂ ਜੀ ਕਿਰਪਾਨ ਲਈ ਫਿਰਦਾ, ਉਹ ਕਹਿੰਦਾ ਮੇਰਾ ਸਵੈ ਸਿੱਧ ਅਧਿਕਾਰ ਹੈ, ਮੈਂ ਸ੍ਰੀ ਸਾਹਿਬ ਕਿਉਂ ਨਾ ਲੈ ਕੇ ਜਾਵਾਂ ਨਾਲ। ਉਹਨੂੰ ਅਸੀਂ ਦੂਜੇ ਰੋਡ ਫਿੱਟ ਕਰਦੇ ਹਾਂ, ਜਿੱਦਣ ਉਹ ਨੈਸ਼ਨਲ ਨੈਸ਼ਨਲਿਜ਼ਮ ਤੋਂ ਪਰਾਂ ਹੋ ਕੇ ਗੱਲ ਕਰਦਾ, ਫਿਰ ਸਾਨੂੰ ਕਹਿਣਾ ਇਹ ਤਾਂ ਬੂਝੜਾ ਯਾਰ, ਇਹ ਤਾਂ ਕਿਰਪਾਨ ਲੈ ਕੇ ਫਿਰੀ, ਤੂੰ ਅੰਦਰ ਵੜ, ਅੰਦਰ ਵੜ ਕੇ ਕੁਛ ਕਰ। ਉਹ ਕਹਿੰਦਾ ਮੈਂ ਅੰਦਰ ਵੜ ਕੇ ਕੀ ਕਰ ਲੂੰਗਾ, ਜਾਂ ਮੈਨੂੰ ਮੁੱਢਲੇ ਮੇਰੇ ਹੱਕ ਨਹੀਂ ਦਿੱਤੇ ਜਾਂਦੇ, ਮੈਂ ਪੰਜਾਬ ਦੇ ਕੀ ਕਰਾਂ। ਸਰਦਾਰ ਕਪੂਰ ਸਿੰਘ ਉਹਨਾਂ ਨੂੰ ਸੁਣਿਓ ਕਦੇ, ਕੀ ਕਹਾਣੀ ਕਿੱਥੋਂ ਕਿਵੇਂ ਬਣਦੀ। ਸੋ ਇਹ ਜਿਹੜਾ ਬੜਾ ਇਹ ਗੱਲ ਠੀਕ ਹੈ ਕਿ ਸਾਡੇ ਤੇ ਇੱਥੇ ਬੜਾ ਰੰਗ ਹੈ, ਜਿਹਨਾਂ ਨੇ ਪੰਜਾਬ ਦਾ ਕਦੇ ਭਲਾ ਨਹੀਂ ਕੀਤਾ, ਜਿਹੜੇ ਇੱਕ ਗੱਲ ਨੂੰ 10 ਮਿੰਟ ਦੀ ਗੱਲ ਬਣਾ ਕੇ ਤੁਹਾਡੀ ਵਾਹਵਾ ਖੱਟਦੇ ਨੇ, ਜਿਹਨਾਂ ਨੇ ਧਰੋਹ ਘੁਮਾਇਆ ਪੰਜਾਬ ਨਾਲ, ਪੱਤਰਕਾਰੀ ਦੇ ਥੱਲੇ ਕੇਪੀ ਗਿੱਲ ਦੇ ਉਹ ਦਲਾਲ ਬਣ ਕੇ ਸਾਡਾ ਸ਼ਿਕਾਰ ਖੇਡਣ ਵਾਲੇ ਬੰਦਿਆਂ ਦੇ ਨਾਲ ਬੈਠੇ ਨੇ, ਤੇ ਹੁਣ ਗੱਲਾਂ ਸਬਜ਼ ਬਾਗ ਦਿਖਾ ਕੇ, ਕਿਉਂਕਿ ਉਹਨਾਂ ਕੋਲ ਇੱਕ ਵਹਿਪਨ ਆ ਬਈ ਬਾਦਲ ਨੂੰ ਕੱਢ ਦਿਓ ਗਾਲਾਂ, ਬਾਦਲ ਨੂੰ ਗਾਲਾਂ ਕੱਢਣ ਨਾਲ ਜ਼ਿਆਦਾ ਪੰਜਾਬੀ ਖੁਸ਼ ਹੁੰਦੇ ਨੇ ਤੇ ਆਪਣਾ ਕੰਮ ਰੋੜੀ ਚੱਲ। ਸੁਣਿਓ ਤਾਂ ਸਹੀ, ਹੈ ਕੀ ਹੈ ਖਬਰ ਇੱਕ ਆ, ਤੇ ਉਹਦੇ 12 ਮਿੰਟ 13 ਮਿੰਟ 15 ਮਿੰਟ ਮੇਰੇ ਤੋਂ ਹੁਣ ਮੈਨੂੰ ਪੁੱਛ ਲਓ, ਦਰਾਹੇ ਕੋਲ ਦੇ ਇੱਕ ਖਬਰ ਹੈ, ਪਾਲੂ ਰਾਹ ਤੁਹਾਨੂੰ ਮੈਂ ਰਾੜਿਓ, ਫਿਰ ਪੈਲ ਨੂੰ ਆ ਜਾਓ, ਪੈਲੋ ਕਢਾਣੀ ਆ ਜਾਓ, ਕਢਾਣੀਓ ਨਹਿਰੋ ਨਹਿਰ, ਫਿਰ ਅਸੀਂ ਜੌੜੇ ਪੁਲਾ ਵਾਲੇ ਪਾਸੇ ਦੀ ਵੀ ਆ ਸਕਦੇ ਹਾਂ, ਅਸੀਂ ਗੋਠਲੀ ਆ ਕੇ ਫਿਰ ਦਰਾਹਾ ਆਉਂਦਾ, ਦਰਾਹਾ ਟੱਪ ਕੇ ਰਾਮਪੁਰ ਵਾਲੇ ਪਾਸੇ ਲੈਣ ਆ, ਲੈਣ ਦੇ ਉੱਪਰ ਦੀ ਗੱਡੀ ਲੰਘਦੀ ਸੀ, ਗੱਡੀ ਜਦ ਲੰਘ ਗਈ, ਗੱਡੀ ਦੇ ਪਿੱਛੇ ਰੇਲ ਗੱਡੀ ਲੱਗੀ, ਫਿਰ ਉਹਦੇ 'ਚ 10 ਬੰਦੇ ਡਿੱਪੇ, ਉਹ 10 ਬੰਦੇ ਚੱਕੇ, 2 ਲੈ ਗਏ CMC ਬਰਾਉਨ 'ਚ, 2 ਲੈ ਗਏ ਸਿੱਧੂ ਹਸਪਤਾਲ, 2 ਪੈਲ ਹਸਪਤਾਲ 'ਚ ਲੈ ਗਏ, 6 ਬੰਦੇ ਹੋ ਗਏ, 6 ਤੇ ਫਿਰ ਪੈਲ, ਇਹ ਸ਼ਹਿਰ ਸੀ ਪੁਰਾਣਾ, ਇੱਥੇ ਸਰੰਦੀ ਇੱਟਾਂ ਵਾਲਾ ਕਿਲ੍ਹਾ, ਕਰੀ ਚੱਲੋ ਜਿੰਨੀਆਂ ਮਰਜ਼ੀ ਗੱਲਾਂ, ਜਿਵੇਂ ਮੈਂ ਪਿੰਡ ਦੀ ਗੱਲ ਕਹਿੰਦੇ, ਇਉਂ ਹੀ ਜਿਹਨਾਂ ਨੇ 50 ਸਾਲ ਸੈਂਟਰ ਦੀ ਸਰਕਾਰ ਦੇ ਚੇਲੇ ਬਣ ਕੇ ਪੰਜਾਬ ਨਾਲ ਧਰੋਹ ਕਮਾਇਆ, ਅੱਜ ਉਹ ਪੰਜਾਬ ਲਈ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਡੇ ਤੁਹਾਨੂੰ ਵਫਾ ਕਰਨ ਵਾਲੇ ਲੋਕ ਨੇ। ਸਾਨੂੰ ਨਾ ਗੱਲਾਂ ਵਧੀਆ ਲੱਗਦੀਆਂ ਕੰਨਾਂ ਨੂੰ ਜਿਹੜੀ, ਪਰ ਅਸੀਂ ਰਿਐਲਿਟੀ ਦੇ ਆਲੇ ਦੁਆਲੇ ਰਹਿ ਕੇ ਗੱਲ ਕਰੇ, ਇਹੀ ਮੇਰੀ ਬੇਨਤੀ ਹੈ। ਰਾਜਨੀਤਿਕ ਧਿਰ ਉੱਥੇ ਕੋਈ ਆਵੇ, ਰਾਜਨੀਤਿਕ ਧਿਰ ਤੋਂ ਪੰਜਾਬ ਦਾ ਭਲਾ ਕਿਵੇਂ ਹੋ ਜਾਵੇ? ਸਾਡਾ ਸਿੱਖ ਜਿਹੜਾ ਕੌਨਸੈਪਟ ਆ ਹਲੇਮੀ ਰਾਜ ਦਾ, ਕਿ ਸਾਰੇ ਉੱਥੇ ਵਸਣ, ਸਰਕਾਰ ਕੇ ਖਾਲਸਾ ਵਾਂਗੂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀ ਗੱਲ ਕਿਵੇਂ ਬਣੇ, ਉਹ ਪੋਸੀਬਿਲਟੀਆਂ ਹੈ ਨੀ, ਕਿਸੇ ਨੇ ਰਾਜ 'ਚ ਵੀ ਰਹਿਣਾ। ਜਦੋਂ ਲੋਕਾਂ ਦੀ ਗੱਲ ਕਰੋ, ਸੈਂਟਰ ਵਾਲਿਆਂ ਨੇ ਦੂਜੇ ਦਿਨ ਤੋੜ ਦੇਣਾ ਉਹਨੂੰ, ਜੇ ਸੈਂਟਰ ਦੀ ਗੱਲ ਕਰਦਾ ਤਾਂ ਲੋਕ ਦੁਖੀ ਨੇ, ਦੋਨਾਂ ਨੂੰ ਬੈਲੈਂਸ ਕਰਕੇ ਜਿਹੜਾ ਰਾਜ ਕਰਦਾ ਉਹ ਅਸਲ ਜਿਹੜਾ ਉਹ CM ਅਸਲ, ਜਿਹਨੇ ਨਿਕਲਣਾ ਹੀ ਨਹੀਂ ਮਹਿਲਾਂ 'ਚੋਂ, ਜਿਹਨਾਂ ਨੇ ਹੈਲੀਕਾਪਟਰ 'ਚੋਂ ਨਿਕਲਣਾ ਹੀ ਨਹੀਂ, ਜਿਹਨੇ ਆਪਣੇ ਕੋਠੀਆਂ ਗਲਿਆਰਾਂ ਏਸੀਆਂ 'ਚੋਂ ਨਿਕਲਣਾ ਹੀ ਨਹੀਂ। ਯਾਰ ਉਹ ਪੰਜਾਬ ਦੇ ਪਿੰਡਾਂ ਦੀਆਂ ਤੇ ਬੀਹਿਆਂ ਦੀਆਂ ਤੇ ਬਨੇਰਿਆਂ ਦੀਆਂ ਕੀ ਗੱਲਾਂ ਕਰ ਲੂ, ਤੇ ਉਹਨੂੰ ਤੁਸੀਂ ਚੈਨਲ ਪਤਾ ਕੀ ਕਹਿੰਦੇ ਹੁਣ, ਐਡਮਿਨਿਸਟ੍ਰੇਟਰ ਆ, CM ਡੋਂਟ ਹੈਵ ਟੂ ਬੀ ਐਵਰੀਵੇਅਰ, ਕਿਉਂ? ਫਿਰ ਉਹ ਕਿਵੇਂ ਹੱਥ ਜੋੜਦਾ ਫਿਰਦਾ ਗੁਟਕੇ ਚੱਕੀ ਲੋਕਾਂ ਦੇ ਦਰਾਂ 'ਚ, ਜਿੱਦਣ ਵੋਟਾਂ ਜਿੱਤਣੀਆਂ ਨੇ ਉੱਦਣ ਵੀ ਫਿਰ ਮਹਿਲ ਦੇ ਵਿੱਚ ਰਹਿ ਕੇ ਵੋਟ ਜਿੱਤੇ ਨਾ ਫਿਰ? ਇਸ ਤਰ੍ਹਾਂ ਨਾ ਕਰਾਓ। ਇੱਕ ਪਾਸੇ ਬਿਲਕੁਲ ਮੈਂ ਠੀਕ ਆ ਵੀ ਬਾਦਲ ਤੋਂ ਲੋਕ ਗੁੱਸੇ ਹੋਣਗੇ, 10 ਸਾਲ ਉਹਨੇ ਰਾਜ ਕੀਤਾ, ਸਾਲ ਕੀਤਾ, 1.5 ਸਾਲ, 2 ਸਾਲ ਕੀਤਾ, ਪਰ ਪੰਜਾਬ ਦਾ ਭਲਾ ਕਿੱਥੋਂ ਲੋਚੀਦਾ? ਇਸ ਤਰ੍ਹਾਂ ਅਸੀਂ ਆਪਣੀ ਦੀਵਾਰ ਢਾ ਕੇ ਇੱਕ ਸਾਂਝੇ ਪਲੇਟਫਾਰਮ ਤੋਂ ਕੰਮ ਕਰਨ ਦਾ ਸ਼ੁਰੂ ਕਰੀਏ, ਹਾਲਾਂਕਿ ਸਾਡੇ ਬਸ ਵਾਲਾ ਕੁਛ ਨਹੀਂ ਹੈ, ਸਾਡੀਆਂ ਨਾ ਵੋਟਾਂ ਨੇ ਨਹੀਂ, ਪਰ ਅਸੀਂ ਤੜਫਦੇ ਬਹੁਤ ਹੈ ਪੰਜਾਬ।
ਕਿਉਂਕਿ ਮਹਿਲ ਛੱਤ ਸਕਦੇ ਹਾਂ, ਫਰਾਰੀਆਂ ਖੜਾ ਸਕਦੇ ਹਾਂ, ਪਰ ਸ੍ਰੀ ਦਰਬਾਰ ਸਾਹਿਬ ਅਸੀਂ ਪੰਜਾਬ ਤੋਂ ਬਾਹਰ ਨਹੀਂ ਬਣਾ ਸਕਦੇ। ਜਸਵਿੰਦਰ ਸਿੰਘ ਵਿਦੇਸ਼ਾ, ਉਹਨਾਂ ਨਾਲ ਮੈਂ ਸਮਾਂ 1:20 ਦਾ ਲਾਇਆ ਸੀ, ਆ ਗਏ ਮੇਰੇ ਨਾਲ। ਥੋੜਾ ਜਿਹਾ ਸੰਵੇਦਨਸ਼ੀਲ ਮਸਲਾ ਹੁੰਦਾ ਹੈ ਤੇ ਮੈਨੂੰ ਪਤਾ ਹੈ ਬਾਦਲ ਹੋਣਾ ਦਾ ਟੌਪਿਕ ਮੇਰੇ ਮਿੱਤਰ ਪਿਆਰੇ ਚਾਹੁੰਦੇ ਨੇ ਮੈਨੂੰ ਟੱਚ ਨਾ ਕਰਾਂ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ। ਡਿਸਕਸ਼ਨ ਹੋਣੀ ਚਾਹੀਦੀ ਹੈ ਸਾਡਾ ਇੱਕ ਪੱਕਾ, ਜਦ ਅਸੀਂ ਨਿਰਣਾ ਲੈ ਕੇ ਫਾਈਨਲ ਕਰਕੇ ਤੁਰ ਪੈਂਦੇ ਹਾਂ ਸੇਧ ਲੈ ਕੇ, ਤਾਂ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ। ਡਾਇਲੋਗ, ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈਂਦੇ ਹਾਂ ਤਾਂ ਸਾਨੂੰ ਡਾਇਲੋਗ ਕਰਨ ਦੀ ਗੱਲ ਹੋਣੀ ਚਾਹੀਦੀ ਹੈ। ਫਿਰ ਬਾਬੇ ਨੂੰ ਕੌਡੇ ਰਾਕਸ਼ ਕੋਲ ਜਾਣ ਦੀ ਨਹੀਂ ਸੀ ਲੋੜ, ਬਲੀ ਕੰਧਾਰੀ ਕੋਲ ਜਾਣ ਦੀ ਨਹੀਂ ਸੀ ਲੋੜ, ਫਿਰ ਨਾ ਹੀ ਉਸ ਨੂੰ ਜਾਣ ਦੀ ਲੋੜ ਸੀ ਮਲਕ ਭਾਗੋ ਕੋਲ। ਕਿੱਡੇ ਕਿੱਡੇ ਵੱਡੇ ਬੰਦਿਆਂ ਕੋਲ ਗੁਰੂ ਬਾਬੇ ਨੇ, ਸਾਡੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਗੱਲਬਾਤ ਕੀਤੀ, ਅਸੀਂ ਉਹਦੇ ਉੱਤੇ ਗੱਲ ਸਾਨੂੰ ਕਰਨੀ ਚਾਹੀਦੀ ਹੈ ਲੁਕਾਈ ਦੀ। ਸਰ ਜਸਵਿੰਦਰ ਸਿੰਘ ਵਿਦੇਸ਼ਾ ਮੇਰੇ ਨਾਲ ਨੇ, ਜਿਹਨਾਂ ਨੇ ਫਾਈਵ ਰਿਵਰ ਸੋਸਾਇਟੀ ਹੈ ਜਿਹੜੀ, ਉਹਦੀ ਮੁੱਖ ਸੇਵਾਦਾਰ ਤੇ ਸੇਵਾ ਕੀਤੀ ਹੈ ਤੇ ਹੁਣ ਉਹ ਸੇਵਾ ਮੁਕਤ ਹੋ ਰਹੇ ਨੇ। ਕੁੱਝ ਕੁ ਗੱਲਾਂ ਉਹ ਲੋਕਾਂ ਨਾਲ ਕਰਨੀਆਂ ਚਾਹੁੰਦੇ ਸੀ ਕਿ ਖਰਚੇ ਕਿਵੇਂ ਕੰਟਰੋਲ ਕਰੀਏ, ਉਹ ਸੰਸਥਾ ਕਿਵੇਂ ਚੱਲ ਰਹੀ ਹੈ, ਕੀ ਉਹਦੇ ਹਾਲਾਤ ਨੇ, ਅੱਗੇ ਕੀ ਫਿਊਨਰਲ ਹਾਲ ਕਿਸ ਤਰ੍ਹਾਂ ਦਾ ਬਣ ਰਿਹਾ ਹੈ। ਰਿਸ਼ਾ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ ਸਰਦਾਰਜੀਤ ਸਿੰਘ ਜੀ, ਤੁਹਾਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ। ਅੱਛਾ ਜੀ, ਸੰਸਥਾ ਬਾਰੇ, ਇਸ ਬਾਰੇ ਦੱਸੋ, ਅਸਾਂ ਸਭੇ ਉੱਥੇ ਜਾਣਾ ਤੇ ਬਈ ਉਹ ਕਿਸ ਤਰ੍ਹਾਂ ਚੱਲ ਰਹੀ ਹੈ, ਫਾਈਨੈਂਸ਼ੀਅਲ ਸਿਚੁਏਸ਼ਨ ਕਿਹੋ ਜੀ ਹੈ, ਤੇ ਅੱਗੇ ਕੋਈ ਫੈਸਿਲਿਟੀ ਜਿਹੜੀ ਬਣ ਰਹੀ ਆ ਉਹ ਕੀ ਬਣ ਰਹੀ? ਸਰਦਾਰ ਹਰਜੀਤ ਸਿੰਘ ਜੀ, ਪਹਿਲਾਂ ਤਾਂ ਮੈਂ 1-2 ਮਿੰਟ ਲੈਣੇ ਚਾਹੁੰਦਾ ਜੀ, ਜਿਹੜਾ ਹੁਣ ਕਰੰਟ ਇਸ਼ੂ ਚੱਲ ਰਿਹਾ ਕੋਰੋਨਾ ਵਾਇਰਸ ਦਾ ਜੀ, ਇਹਦੇ ਬਾਰੇ ਬੇਨਤੀਆਂ ਕਰਨੀਆਂ ਚਾਹੁੰਦਾ ਮੈਂ। ਦੇਖੋ, ਸਾਰੇ ਪਰਿਵਾਰਾਂ ਨੂੰ ਬੜਾ ਦੁਖਦਾਈ ਸਮਾਂ ਆਉਂਦਾ ਜੀ ਜਦੋਂ ਕੋਈ ਪਰਿਵਾਰ ਦਾ ਜੀ ਚੜਾਈ ਕਰ ਜਾਂਦਾ, ਪਰ ਹੁਣ ਬੇਨਤੀ ਆ ਵੀ ਚਲੋ ਜਿਹੜੇ ਵੀ ਸੰਗਤਾਂ ਨੇ ਜਾਂ ਬਾਕੀ ਰਿਸ਼ਤੇਦਾਰਾਂ ਨੇ, ਪਰਿਵਾਰਕ ਮੈਂਬਰਾਂ ਨੇ, ਉੱਥੇ ਸਰਵਿਸ ਅਟੈਂਡ ਕਰਨੀ ਹੈ ਜੀ। ਉਹ ਜੋ ਵੀ ਪ੍ਰੀਕੋਸ਼ਨ ਗਵਰਨਮੈਂਟ ਵੱਲੋਂ ਜਾਂ ਸਿਹਤ ਮੰਤਰਾਲੇ ਵੱਲੋਂ ਦਿੱਤੀਆਂ ਜਾ ਰਹੀਆਂ ਉਹਨੂੰ ਪਲੀਜ਼ ਉੱਥੇ ਫੋਲੋ ਕਰਨ ਦੇ ਵਿੱਚ ਸਾਡੀ ਮਦਦ ਕਰਨ। ਸਾਰੀਆਂ ਫੈਮਿਲੀਜ਼ ਨੂੰ ਬੇਨਤੀ ਆ ਵੀ ਜਦੋਂ ਬਾਸ਼ ਇੰਟਰਸ ਇਸ਼ਨਾਨ ਕਰਾਉਣ ਜਾਂਦੇ ਆ ਜੀ, ਸਿਰਫ ਫੈਮਿਲੀ ਮੈਂਬਰ ਹੀ ਆਉਣ, ਬਾਹਰੇ ਬੰਦੇ ਨਾ ਆਉਣ, ਕੋਸ਼ਿਸ਼ ਕਰਨ ਮਿਨੀਮਮ ਜਿੰਨੇ ਵੀ ਆ ਸਕਦੇ। ਦੋਨੇ ਪਾਸੇ ਉੱਥੇ ਨੋਟਿਸ ਬੋਰਡ ਲਾਇਆ ਜੀ, ਇਲੈਕਟ੍ਰੋਨਿਕ ਬੋਰਡ ਤੇ ਵੀ ਲਾਏ ਆ ਵੀ 50 ਬੰਦਿਆਂ ਤੋਂ ਵੱਧ ਨਾ ਹੋਣ ਇੱਕ ਸਰਵਿਸ ਦੇ ਵਿੱਚ। ਸੋ ਪਲੀਜ਼ ਇਹਦੇ ਲਈ ਵੀ ਕੋਆਪਰੇਟ ਕਰੋ, ਜੇ ਤੁਹਾਨੂੰ ਲੱਗਦਾ ਵੀ ਉੱਥੇ ਵੱਧ ਹੋ ਗਈ ਸੰਗਤ, ਥੋੜੇ ਬੰਦੇ ਦਰਸ਼ਨ ਕਰਕੇ ਜਾ ਵੀ ਸਕਦੇ ਆ, ਸੋ ਇਸ ਚੀਜ਼ ਨੂੰ ਵੀ ਫੋਲੋ ਕਰਨ ਦੇ ਵਿੱਚ ਸਾਨੂੰ ਸਹਿਯੋਗ ਦਿਓ। ਥੋੜੇ ਇੱਕ ਦੂਜੇ ਤੋਂ ਡਿਸਟੈਂਸ ਰੱਖ ਕੇ ਬੈਠੋ, ਅੰਦਰ ਇਨਫ ਸਪੇਸ ਆ 50 ਬੰਦਿਆਂ ਦੇ ਬੈਠਣ ਲਈ। ਸੈਨੇਟਾਈਜ਼ਰ ਦੋਨੇ ਪਾਸੇ ਲਗਾਏ ਗਏ ਆ ਜੀ ਉੱਥੇ ਈਸਟ ਤੇ ਵੈਸਟ ਲੋਬੀ ਦੇ ਵਿੱਚ, ਉਹਨੂੰ ਪਲੀਜ਼ ਯੂਜ਼ ਕਰਨ। ਤੇ ਨਾਲ ਦੀ ਨਾਲ ਅਸੀਂ ਰਿਕੁਐਸਟ ਕੀਤੀ ਆ ਵੀ ਆਪਣੇ ਜਿਹੜੇ ਪ੍ਰੀਸਟ ਆਉਂਦੇ ਆ ਜੀ, ਉਹਨਾਂ ਨੂੰ ਵੀ ਉੱਥੇ ਵੀ ਕਹਿ ਰਹੇ ਹਾਂ, ਉਹਨਾਂ ਨੂੰ ਵੀ ਸੰਗਤਾਂ ਨੂੰ ਬੇਨਤੀ ਕਰਨ ਵੀ ਇਹਨਾਂ ਇੰਸਟਰਕਸ਼ਨ ਨੂੰ ਫੋਲੋ ਕਰਨ, ਤਾਂ ਕਿ ਆਪਾਂ ਨੂੰ ਇਸ ਜਿਹੜਾ ਹੁਣ ਸੰਕਟ ਚੱਲ ਰਿਹਾ ਕੋਰੋਨਾ ਵਾਇਰਸ ਦਾ, ਇਹਦੇ ਵਿੱਚ ਕੋਈ ਭਾਈਚਾਰੇ ਦੇ ਵਿੱਚ ਕੋਈ ਸਮੱਸਿਆ ਨਾ ਖੜੀ ਹੋਵੇ। ਉਹਦੇ ਨਾਲ ਫੈਮਿਲੀ ਮੈਂਬਰ ਜਿਹੜੇ ਮੈਂਬਰ ਅਟੈਂਡ ਕਰਨ ਜਾਂਦੇ ਆ ਸਰਵਿਸ ਨੂੰ, ਤੇ ਸਾਡੇ ਸਟਾਫ ਮੈਂਬਰ ਸਾਰੇ ਸੇਫ ਰਹਿਣ ਜੀ। ਹੁਣ ਮੈਂ ਗੱਲ ਕਰੂੰਗਾ ਜੀ ਫਿਊਨਰਲ ਹੋਮ ਦਾ, ਤੁਸੀਂ ਕੁਐਸਚਨ ਪੁੱਛਿਆ ਜੀ। ਫਿਊਨਰਲ ਹੋਮ ਵਨ ਆਫ ਦਾ ਬੈਸਟ ਮੈਨੇਜ ਸੋਸਾਇਟੀ ਹੈ ਜੀ, ਫਾਈਵ ਰਿਵਰਸ ਕਮਿਊਨਿਟੀ ਸਰਵਿਸ ਸੋਸਾਇਟੀ, ਦੋ ਸੋਸਾਇਟੀਆਂ ਚਲਾਉਂਦੀਆਂ ਜੀ ਇਹਨੂੰ, ਫਾਈਵ ਰਿਵਰਸ ਕਮਿਊਨਿਟੀ ਸਰਵਿਸ ਸੋਸਾਇਟੀ ਇਹਨੂੰ ਓਨ ਕਰਦੀ ਆ, ਫਾਈਵ ਰਿਵਰਸ ਮੈਨੇਜਮੈਂਟ ਸਰਵਿਸ ਸੋਸਾਇਟੀ ਜਿਹੜੀ ਆ ਉਹ ਇਹਨੂੰ ਓਪਰੇਟ ਕਰਦੀ ਹੈ, ਔਰ ਦੋਨਾਂ ਦੇ ਵਿੱਚ ਵਲੰਟੀਅਰ ਕੰਮ ਕਰਦੇ ਆ ਹਰਜੀਤ ਸਿੰਘ ਜੀ, ਕੋਈ ਵੀ ਇਹਦੇ ਵਿੱਚ ਪੇਡ ਪੋਜੀਸ਼ਨ ਨਹੀਂ ਹੈਗੀ ਬੋਰਡ ਦੇ ਵਿੱਚ। ਤੇ ਜਿਹੜੀ ਫਾਈਵ ਰਿਵਰਸ ਕਮਿਊਨਿਟੀ ਸਰਵਿਸ ਸੋਸਾਇਟੀ ਆ ਜੀ, ਉਹ ਜਿਹੜੀ ਉਹਨੂੰ ਉਹਦੇ ਜਿਹੜੇ ਓਨਰ ਆ 12 ਆਪਣੇ ਗੁਰਦੁਆਰਾ ਸੋਸਾਇਟੀਆਂ ਤੇ ਮੰਦਰ ਸੋਸਾਇਟੀਆਂ, ਸੋ ਇਹ ਜਿਹੜੀ ਸੋਸਾਇਟੀ ਆ ਇਹ ਭਾਈਚਾਰੇ ਦੇ ਵਿੱਚ ਕਈ ਵਾਰੀ ਮੋਹ ਮੋਹੀ ਜਾਂ ਉੱਥੇ ਸਟਾਫ ਨੂੰ ਦੇਖ ਕੇ ਗਲਤ ਫਹਿਮੀ ਕਈ ਬੰਦੇ ਖੜੀ ਕਰ ਦਿੰਦੇ ਆ ਵੀ ਇਹ ਫਿਊਨਰਲ ਹੋਮ ਕਿਸੇ ਨੂੰ ਲੀਜ਼ ਕਰ ਦਿੱਤਾ ਜੀ, ਇੱਥੇ ਤਾਂ ਜੀ ਹੋਰ ਕਿਸੇ ਕਮਿਊਨਿਟੀ ਵਾਲੇ ਆ ਗਏ। ਇਹੋ ਜਿਹਾ ਕੋਈ ਇਸ਼ੂ ਨਹੀਂ ਗਾ, ਇਹ ਭਾਈਚਾਰੇ ਦਾ ਸਾਂਝਾ ਸਥਾਨ ਆ, ਔਰ ਇਹਨਾਂ ਸੋਸਾਇਟੀਆਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਕੁਛ ਵੀ ਕੀਤਾ ਨਹੀਂ ਜਾ ਸਕਦਾ, ਜਿਹੜੀਆਂ ਸੋਸਾਇਟੀਆਂ ਇਹਦੇ ਇਹਨਾਂ ਦੇ ਵੱਲੋਂ ਇਹਨਾਂ ਦੇ ਮੈਂਬਰ ਭੇਜੇ ਜਾਂਦੇ, ਕਾਰਪੋਰੇਟਿਵ ਰਿਪ੍ਰੈਜੈਂਟੇਟਿਵ ਭੇਜੇ ਜਾਂਦੇ, ਬੋਰਡ ਮੈਂਬਰ ਸਿਰਫ ਉੱਥੇ ਚੁਣੇ ਜਾਂਦੇ ਆ, ਉਹਨਾਂ ਦੇ ਵਿੱਚੋਂ ਉਹ ਸਿਰਫ ਇਹਨੂੰ ਓਪਰੇਟ ਕਰਦੇ ਆ। ਸਾਡੇ ਕੋਲ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈਗਾ ਵੀ ਅਸੀਂ ਚੱਕ ਕੇ ਕਿਸੇ ਨੂੰ ਲੀਡ ਕਰ ਦਈਏ ਬਿਨਾਂ ਸਾਰੀਆਂ ਸੋਸਾਇਟੀਆਂ ਦੇ ਨਾਲ ਸਲਾਹ ਮਸ਼ਵਰਾ ਕੀਤੀ ਉਹਨਾਂ ਦੇ ਮੈਂਬਰਾਂ ਦੇ ਨਾਲ, ਮੈਂਬਰਸ਼ਿਪ ਦੇ ਨਾਲ। ਸੋ ਇਹੋ ਜਿਹੀ ਕੋਈ ਵੀ ਗੱਲ ਨਹੀਂ ਰੱਖਣੀ ਇਹ ਜਿਹੜੀ ਬਾਹਰ ਗਲਤ ਫਹਿਮੀ ਫੈਲਾਈ ਜਾਂਦੀ ਹੈ ਜੀ। ਹੋਰ ਜਿਹੜੀ ਬਾਕੀ ਉੱਥੇ ਗੱਲਬਾਤ ਹੈਗੀ ਹੈ ਜੀ ਵੀ ਖਰਚਿਆਂ ਦੀ, ਤੁਸੀਂ ਗੱਲ ਕੀਤੀ ਆ, ਖਰਚੇ ਜਿਹੜੇ ਦੇਖੋ ਪਰਿਵਾਰਕ ਮੈਂਬਰਾਂ ਨੇ ਡਿਸਾਈਡ ਕਰਨਾ ਹੁੰਦਾ ਉਹਨਾਂ ਨੂੰ ਕੀ ਕੀ ਚਾਹੀਦਾ ਜੀ। ਕਈ ਚੀਜ਼ਾਂ ਜਿਹੜੀਆਂ ਜਿਵੇਂ ਹੁਣ ਫਲੋਵਰ ਆ, ਸਲਾਈਡ ਸ਼ੋਅ ਆ,
ਫਿਊਨਰਲ ਹੋਮ ਵੱਲੋਂ ਨਹੀਂ ਕੋਈ ਵੀ ਚੀਜ਼ ਰਿਕਮੈਂਡ ਕੀਤੀ ਜਾਂਦੀ ਜੀ ਵੀ ਤੁਸੀਂ ਇਹ ਲਓ, ਇਹ ਆਪਣੀ ਮਰਜ਼ੀ ਹੈ ਜੀ ਪਰਿਵਾਰ ਦੀ ਅਸੀਂ ਲੈਣਾ ਕਿ ਨਹੀਂ ਲੈਣਾ। ਸੋ ਜਿਹੜੀ ਫਿਊਨਰਲ ਹੋਮ ਦੀ ਪ੍ਰਾਈਸ ਆ ਜੀ ਉਹ ਅਸੀਂ ਦੂਸਰੇ ਫਿਊਨਰਲ ਹੋਮਾਂ ਦੇ ਨਾਲ ਵੀ ਚੈੱਕ ਕੀਤੀਆਂ, ਪ੍ਰਾਈਸ ਰਿਵਰ ਸਾਈਡ ਫਿਊਨਰਲ ਹੋਮ ਦੀ ਪ੍ਰਾਈਸ ਜਿਹੜੀ ਆ ਘੱਟ ਆ ਜੀ ਬਹੁਤ ਸਾਰੇ ਫਿਊਨਰਲ ਹੋਮ ਦੇ ਨਾਲ। ਸੋ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਘੱਟ ਤੋਂ ਘੱਟ ਰੱਖਿਆ ਜਾਵੇ। ਹਾਂਜੀ ਜਲ ਸਾਹਿਬ। ਅੱਛਾ ਅੱਛਾ ਵਿਦੇਸ਼ਾ ਸਾਹਿਬ ਇੱਕ ਮੈਨੂੰ ਦੱਸਿਓ, ਮੈਂ ਇੱਕ ਫਿਊਨਰਲ ਅਟੈਂਡ ਕੀਤਾ ਪਿਛਲੇ ਦਿਨ ਟੋਰਾਂਟੋ 'ਚ ਇੱਕ ਪ੍ਰਾਈਵੇਟ ਫਿਊਨਰਲ ਹਾਲ ਦੇ ਵਿੱਚ। ਉੱਥੇ ਜਿਹੜਾ ਰੈਂਟ ਵੀ ਤੁਸੀਂ ਕਰਨਾ ਬਾਕਸ ਉਹ $1,500-1,600 ਦਾ, ਅਤੇ ਆਪਣੇ ਕੋਲ ਸਹੂਲਤ ਹੈ ਉਹ? ਹਾਂਜੀ ਹਰਜੀਤ ਸਿੰਘ ਜੀ, ਆਪਣੇ ਕੋਲ ਜਿਹੜਾ ਰੈਂਟਲ ਬਾਕਸ ਆ ਉਹਦੀ ਉਹਦੀ ਹੈਗੀ ਹੈ ਜੀ ਕੀਮਤ $900-$925। ਅੱਛਾ ਜੀ। ਅੱਛਾ ਜੇ ਹੁਣ ਲੋਕਾਂ ਦਾ ਇੱਕ ਜਿਹੜਾ, ਸੋਰੀ ਮੈਂ ਤੁਹਾਨੂੰ ਕੱਟ ਲਿਆ, ਬਾਅਦ ਚ ਤੁਸੀਂ ਪੂਰੀ ਕਰਿਓ। ਲੋਕਾਂ ਦਾ ਇੱਕ ਵਿਦੇਸ਼ਾ ਸਾਹਿਬ ਬਹੁਤ ਵੱਡਾ ਉਹਨਾਂ ਦੇ ਮਨ ਚ ਹੈ ਵੀ ਅਸੀਂ ਇਹ ਸੰਸਥਾ ਬਣਾਈ ਹੈ, ਰਲ ਕੇ ਬਣਾਈ ਹੈ, ਠੀਕ ਹੈ ਗੁਰਦੁਆਰਾ ਸਾਹਿਬ ਸੋਸਾਇਟੀ ਚ ਨੇ, ਪਰ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਨੇ, ਕਿਉਂਕਿ ਗੁਰਦੁਆਰਾ ਸਾਹਿਬ ਵੀ ਸੰਗਤ ਹੀ ਜਾਂਦੀ ਹੈ, ਸੰਗਤ ਦੀ ਗੋਲਕ ਚੂਹੇ ਆ, ਕੋਈ ਨਾ ਕੋਈ ਆਰਗੇਨਾਈਜ਼ਰ ਚਾਹੀਦਾ ਨਾ, ਚਲੋ ਇਹ ਚੱਲ ਰਹੀ ਹੈ, ਬਹੁਤ ਵਧੀਆ ਗੱਲ ਹੈ। ਪਰ ਹੁਣ ਲੋਕ ਜਿਸ ਤਰ੍ਹਾਂ ਜ਼ਿਆਦਾ ਚਾਈਨਾ ਤੋਂ ਇਹ ਸਾਡੇ ਬਾਕਸ ਆਉਂਦੇ ਨੇ ਜਿਹੜੇ ਫੈਂਸੀ ਤੋਂ ਫੈਂਸੀ, 6,000 ਤੋਂ ਲੈ ਕੇ 4,000, 3,000 ਤੋਂ ਲੈ ਕੇ 5,000 ਤੱਕ, ਜਦ ਆਮ ਬੰਦਾ ਉਸਦੀ ਇਨਕੁਆਇਰੀ ਕਰਦਾ ਕਿਸੇ ਵੀ ਸਾਈਟ ਤੇ ਅਲੀਬਾਬਾ ਜਾਂ ਜਿੱਥੇ, ਉੱਥੇ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਡਿਲੀਵਰ ਕਰਦੇ ਹਾਂ 1,000 ਦਾ, 1,100 ਦਾ, 1,200 ਦਾ, 1,500 ਦਾ, ਵਧੀਆ ਤੋਂ ਵਧੀਆ। ਫਿਰ ਅਸੀਂ ਉਹਦੇ ਚ ਲੋਕਾਂ ਦਾ ਇਹ ਮੰਗ ਹੈ ਕਿ ਅਸੀਂ ਉਹਨੂੰ ਪ੍ਰੋਫਿਟ ਬੇਸਿਸ ਕਿਉਂ ਕਰ ਰਹੇ ਹਾਂ, ਵੀ ਉਹਨੂੰ ਮਹਿੰਗਾ ਕਰਕੇ ਕਿਉਂ ਕਰ ਰਹੇ ਹਾਂ, ਕੁਛ ਫੰਡ ਚਾਹੀਦੇ ਨੇ, ਉਹ ਕਾਹਦੇ ਲਈ ਚਾਹੀਦੇ ਨੇ, ਕੀ ਹੈ ਇਹਦੇ ਬਾਰੇ ਲੋਕਾਂ ਦਾ ਬਹੁਤ ਕਹਿੰਦੇ ਮਹਿੰਗਾ, ਕਹਿੰਦੇ ਸਾਨੂੰ ਬਹੁਤ ਪੈਂਦਾ, ਇਸ ਨੂੰ ਕਿਵੇਂ ਘਟਾ ਸਕਦਾ? ਸਰਦਾਰ ਜੀਤ ਸਿੰਘ ਜੀ, ਦੇਖੋ ਇਹ ਜਿਹੜੀ ਗੱਲਬਾਤ ਆ ਨਾ, ਇਹਨੂੰ ਜਿਹੜਾ ਫਿਊਨਰਲ ਹੋਮ ਦੀ ਜਿਹੜੀ ਕੋਸਟ, ਜਿਹੜੀ ਓਪਰੇਟਿੰਗ ਕੋਸਟ ਆ ਨਾ ਜੀ, ਤੇ ਜਿਹੜੇ ਆਪਾਂ ਆਹ ਗੱਲ ਕਰਦੇ ਹਾਂ ਵੀ ਤੁਸੀਂ ਮਾਰਜਿਨ ਕਿਉਂ ਰੱਖਿਆ ਜਾਂਦਾ, ਥੋੜਾ ਜਿਹਾ ਥੋੜੀ ਜਿਹੀ ਬੈਕਅਪ ਫਾਈਨੈਂਸਿੰਗ ਰੱਖਣ ਦੇ ਲਈ ਥੋੜੇ ਥੋੜੇ ਪ੍ਰੋਫਿਟ ਮਾਰਜਿਨ ਤੇ ਚਲਾਉਣਾ ਪੈਂਦਾ ਜੀ ਇਸ ਐਸੋਸੀਏਸ਼ਨ। ਇਹਦੇ ਜਿਹੜੇ ਡੇਲੀ ਖਰਚੇ ਆ ਨਾ ਜੀ, ਜਿਹੜੇ ਇਹਦੇ ਰੈਗੂਲਰ ਖਰਚੇ ਆ, ਪਲੱਸ ਇਹਦੀ ਜਿਹੜੀ ਮੇਨਟੇਨੈਂਸ ਆ, ਉਹਦੇ ਸਾਰੇ ਲਈ ਇੱਕ ਸਰਟੇਨ ਫੰਡਸ ਅਸੀਂ ਆਪਣੇ ਕੋਲ ਹੋਣੇ ਚਾਹੀਦੇ ਆ ਐਟ ਏ ਟਾਈਮ। ਹੁਣੇ ਪਿੱਛੇ ਜੇ ਅਸੀਂ, ਮੈਂ ਇੱਕ ਐਗਜ਼ਾਮਪਲ ਦਿੰਦਾ ਜੀ, ਇੱਕ ਕਰਮੀਟਰ ਰਿਪੇਅਰ ਕਰਵਾਇਆ, ਆਪਣੇ ਕਰਮੀਟਰ ਪੁਰਾਣੇ ਹੋ ਰਹੇ, 4 ਕਰਮੀਟਰ ਲੱਗੇ ਹੋਏ ਉੱਥੇ, $100,000 ਤੋਂ ਉੱਪਰ ਖਰਚਾ ਆਇਆ ਜੀ। ਪ੍ਰੋਪਰਟੀ ਟੈਕਸ ਦਾ ਤਕਰੀਬਨ 2.5 ਲੱਖ ਦੇ ਕਰੀਬ ਖਰਚਾ ਪੈਂਦਾ ਜੀ ਰਿਵਰ ਸਾਈਡ ਫਿਊਨਰਲ ਹੋਮ। ਸਟਾਫ ਦੀਆਂ ਪੇਆਂ ਵੱਖਰੀਆਂ ਜੀ, ਤੇ ਤਕਰੀਬਨ ਅਪਰੋਕਸੀਮੇਟਲੀ 50,000 ਦੇ ਨੇੜੇ ਚੱਲ ਜਾਂਦੀਆਂ ਪਰ ਮੰਥ। ਇਹ ਜਿਹੜਾ ਸਾਰਾ ਕੁਛ ਆਪਾਂ ਜੋੜਦੇ ਹਾਂ, ਪਲੱਸ ਜਿਹੜਾ ਸਾਰਾ ਕੁਛ ਮਹਿੰਗਾ ਹੋਈ ਜਾ ਰਿਹਾ ਜੀ ਡੇ ਟੂ ਡੇ, ਜਿਹੜੀਆਂ ਆਪਾਂ ਕੈਮੀਕਲ ਆਉਂਦੇ ਆ, ਸਪਲਾਈਜ ਆਉਂਦੀਆਂ, ਸਟਾਫ ਦੇ ਵੇਜਿਸ ਵੱਧ ਰਹੇ ਆ ਸਮੇਂ ਦੇ ਹਿਸਾਬ ਨਾਲ। ਪਰ ਇਹੋ ਜੀ ਕੋਈ ਉੱਥੇ ਚੀਜ਼ ਜਿਹੜਾ ਜੋ ਕੁਛ ਵੀ ਹੈਗਾ ਜੀ ਫਿਊਨਰਲ ਹੋਮ ਦੇ ਕੋਲ, ਕਮਿਊਨਿਟੀ ਦਾ ਜੀ, ਉਹਦੇ ਵਿੱਚੋਂ ਜਿੰਨੇ ਅਸੀਂ ਸੇਵਾਦਾਰ ਉੱਥੇ ਸੇਵਾ ਕਰਦੇ ਹਾਂ ਜੀ, ਉਹ 1 ਸੈਂਟ ਵੀ ਨਹੀਂ ਲੈਂਦੇ। ਸਿਰਫ ਜਿਹੜਾ ਆਪਣਾ ਪ੍ਰੋਫੈਸ਼ਨਲ ਸਟਾਫ ਆ ਉਹਦੇ, ਉਹਨੂੰ ਪੇ ਕੀਤਾ ਜਾਂਦਾ, ਕਿਸੇ ਵੀ ਹੋਰ ਵਲੰਟੀਅਰ ਬੰਦੇ ਨੂੰ ਪੈਸੇ ਨਹੀਂ ਪੇ ਕੀਤੇ ਜਾਂਦੇ, ਸਾਰਾ ਕੁਛ ਇਹ ਕਮਿਊਨਿਟੀ ਦਾ। ਜਿੱਦਾਂ ਤੁਸੀਂ ਕਿਹਾ ਵੀ ਜੇ ਗੁਰਦੁਆਰਿਆਂ ਦੇ ਮੈਂਬਰ, ਇਵੇਂ ਨਹੀਂ ਹੈਗਾ ਜੀ, ਉਹਦਾ ਇੱਕ ਸਟਰਕਚਰ ਸੈਟਅਪ ਕੀਤਾ, ਇਹ ਭਾਈਚਾਰੇ ਦਾ ਸੰਸਥਾਨ ਆ ਜੀ, ਜਿਹੜਾ ਨਵਾਂ ਬਣਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਦੇਖੋ ਹਾਲੇ ਸਿਰਫ ਉਹਦੇ ਲਈ ਲੈਂਡ ਲਈ ਆ, ਇਸ ਇਨੀਸ਼ੀਅਲ ਸਟੈਪ ਤੇ ਆ, ਸੋ ਉਹਦੇ ਬਾਰੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਜੀ ਉੱਥੇ ਕੀ ਡਿਵੈਲਪਮੈਂਟ ਹੁੰਦੀ ਆ। ਉਹ ਵੀ ਭਾਈਚਾਰੇ ਦੇ ਪੈਸਿਆਂ ਨਾਲ ਹੀ ਲਿਆ ਗਿਆ ਜੀ। ਦੇਖੋ ਸੇਵਿੰਗ ਥੋੜੀ ਥੋੜੀ ਕਰਕੇ ਸੇਵਿੰਗ ਕੀਤੀ ਗਈ, ਦੇਖੋ 2002 ਦਾ ਸ਼ੁਰੂ ਹੋਇਆ ਜੀ ਫਿਊਨਰਲ ਹੋਮ। ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ। ਅੱਛਾ ਇੱਕ ਦੱਸਿਓ ਮੈਨੂੰ ਇਹ ਕੁਛ ਹੁਣ ਥੋੜੀ ਬਹੁਤੀ ਭਿਣਕ ਪੈ ਰਹੀ ਆ ਕਿ ਪ੍ਰਾਈਵੇਟ ਫਿਊਨਰਲ ਹਾਲ ਵਾਲੇ ਗੇੜੇ ਕੱਢਦੇ ਫਿਰਦੇ ਆ ਸਿਟੀ ਹਾਲ ਚ ਵੀ ਸਾਨੂੰ ਦਿਓ ਖੋਲਣ ਨੂੰ, ਕਿਉਂਕਿ ਬਿਜ਼ਨਸ ਬਹੁਤ ਵਧੀਆ, ਜਿਵੇਂ ਭੰਗ ਵਾਲੇ ਤੇ ਗਰਮ ਹੋਏ ਫਿਰਦੇ ਸੀ ਵੀ ਭੰਗ ਬਹੁਤ ਵਧੀਆ ਬਿਜ਼ਨਸ ਆ। ਹੁਣ ਇਹ ਫਰੈਂਚਾਈਜ਼ ਟਾਈਪ ਕੈਨੇਡਾ ਦੇ ਵਿੱਚੋਂ ਚੱਲੀ ਹੋਈ ਕੈਲਗਰੀ ਆ ਬੜੀ ਹੁਣ ਇੱਥੇ ਬਣ ਨੂੰ ਫਿਰਦੀ ਹੈ, ਇਹ ਫਿਰ ਉਹਦੇ 'ਚ ਤਾਂ ਦਵਾਨੀ ਵੀ ਨਹੀਂ ਭਾਈਚਾਰੇ ਦੀ, ਇਹਦੇ 'ਚ $2 million ਜੇ ਬਚ ਗਿਆ ਤਾਂ ਭਾਈਚਾਰੇ ਲਈ ਇੱਕ ਹੋਰ ਫਿਊਨਰਲ ਹਾਲ ਬਣ ਜਾਣਾ, ਸੰਸਕਾਰ ਅਸੀਂ ਕਰਨੇ ਹੀ ਕਰਨੇ ਨੇ। ਇਹਦੇ ਲਈ ਜਿਹੜਾ ਨੈਕਸਟ ਲਾਈਨ ਆਫ ਐਕਸ਼ਨ ਹੈ ਉਹਦੇ ਬਾਰੇ ਵੀ ਸਮਝਾਓ ਵੀ ਕਿੰਨਾ ਕੁ ਸਮਾਂ ਕੀ ਹੋ ਰਿਹਾ ਹਾਲੇ। ਸਰਦਾਰਜੀਤ ਸਿੰਘ ਜੀ, ਸਿਰਫ ਸਾਡੀ ਇਨੀਸ਼ੀਅਲ ਮੀਟਿੰਗ ਹੋਈ ਸੀਗੀ ਉਸ ਲੈਂਡ ਦੇ ਬਾਰੇ, ਸਿਟੀ ਦੇ ਨਾਲ। ਹੁਣ ਨੈਕਸਟ ਸਟੈਪ ਜਿਹੜਾ, ਹੁਣ ਸਾਡਾ ਬੋਰਡ ਆਫ ਡਾਇਰੈਕਟਰ ਚੇਂਜ ਹੋ ਜਾਣੇ ਜੀ April 1st ਤੋਂ, ਸੋ ਉਹ ਹੁਣ ਇਹਦੇ 'ਤੇ ਸਟੈਪ ਲੈਣਗੇ, ਫਿਰ ਜਿਹੜੀ ਡਿਵੈਲਪਮੈਂਟ ਹੋਊਗੀ ਅਸੀਂ ਦੱਸਾਂਗੇ। ਲੈਂਡ ਸੁਸਾਇਟੀ ਨੇ ਲਈ ਹੋਈ ਆ ਜੀ, ਪਰ ਜਿਹੜੀ ਤੁਸੀਂ ਗੱਲ ਕੀਤੀ ਪ੍ਰਾਈਵੇਟ ਵਾਲੀ, ਦੇਖੋ ਇਹ ਮੈਨੂੰ ਵੀ ਸੁਣਨ ਨੂੰ ਮਿਲੀ ਆ, ਇਹ ਮੈਨੂੰ ਬੜੇ ਭਰੋਸੇਯੋਗ ਸੂਤਰਾਂ ਤੋਂ ਵੀ ਪਤਾ ਲੱਗਾ ਵੀ ਕੁਛ ਸੱਜਣ ਟਰਾਈ ਕਰ ਰਿਹਾ। ਦੇਖੋ ਇਹ ਉਹਨਾਂ ਦਾ ਡਿਸੀਜ਼ਨ ਆ, ਜੇ ਉਹ ਚਾਹੁੰਦੇ ਆ ਕਿ ਇੱਕ ਭਾਈਚਾਰੇ ਦਾ ਜਿਹੜਾ ਨੋਨ ਪ੍ਰੋਫਿਟ ਸੋਸਾਇਟੀ ਸੰਸਥਾ ਚਲਾ ਰਹੀ ਉਹਦੇ ਬਰਾਬਰ ਇੱਕ ਬਿਜ਼ਨਸ ਅਦਾਰਾ ਖੜਾ ਕਰਨਾ,
ਜੇ ਉਹਨਾਂ ਦੀ ਮਰਜ਼ੀ ਹੈ ਜੀ, ਦੇਖੋ ਜੇ ਕੋਈ ਕਰਨਾ ਚਾਹੁੰਦਾ, ਬਟ ਰਿਵਰ ਸਾਈਡ ਫਿਊਨਰਲ ਹੋਮ ਤੇ ਅਸੀਂ ਬੈਸਟ ਟਰਾਈ ਕਰਦੇ ਹਾਂ ਜੀ ਵੀ ਦੇਖੋ ਅਸੀਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀਆਂ ਪ੍ਰਾਈਸਾਂ ਨੂੰ ਅਸੀਂ ਕੰਟਰੋਲ ਰੱਖੀਏ, ਵਧਾਈਏ ਨਾ, ਜਿਵੇਂ ਸਾਡੀ ਕੋਸਟ ਵੀ ਵਧੇ ਵਧਾਉਂਦੇ ਨੀ, ਔਰ ਹੁਣ ਵੀ ਅਸੀਂ ਟਰਾਈ ਕਰਨੀ ਆ ਜੀ ਜੇ ਅਸੀਂ ਕਿਸੇ ਤਰੀਕੇ ਨਾਲ ਥੋੜੀਆਂ ਬਹੁਤ ਪ੍ਰਾਈਸ ਕੋਈ ਐਡਜਸਟ ਹੋ ਸਕਦੀ ਹੈ, ਇਹ ਕੀਤੀ ਜਾਊਗੀ ਜੀ। ਪਲੱਸ ਜਿਹੜਾ ਹੁਣ ਕੋਰੋਨਾ ਵਾਇਰਸ ਦਾ ਇਹ ਸਾਰਾ ਇਹ ਆਪਣਾ ਹੱਥ ਮਹਾਂਮਾਰੀ ਦਾ ਇਹ ਰੌਲਾ ਪੈ ਰਿਹਾ, ਇਹਦੇ ਨਾਲ ਵੀ ਜੇ ਕੋਈ ਸਿਚੁਏਸ਼ਨ ਕ੍ਰੀਏਟ ਹੁੰਦੀ ਆ, ਜੇ ਭਾਈਚਾਰੇ ਨੂੰ ਕੋਈ ਲੋੜ ਪੈਂਦੀ ਆ ਕਿਸੇ ਚੀਜ਼ ਦੀ, ਫਾਇਰ ਰਿਵਰ ਮੈਨੇਜਮੈਂਟ ਬੋਰਡ ਫਾਈਨੈਂਸ਼ੀਅਲੀ ਵੀ ਹਰੇਕ ਤਰ੍ਹਾਂ ਦੀ ਹੈਲਪ ਕਰਨ ਲਈ ਭਾਈਚਾਰੇ ਦੇ ਨਾਲ ਖੜੂਗਾ ਜੀ। ਇਹ ਸੰਸਥਾ ਲੋਕਾਂ ਦੀ ਆਪਣੀ ਆ, ਇਹਨੂੰ ਆਪਣੀ ਸਮਝ ਕੇ ਸੋਚਿਆ ਕਰੋ, ਉੱਥੇ ਕੋਈ ਕਿਸੇ ਲਈ ਇਸ ਕਰਕੇ ਨੀ ਕੰਮ ਕਰ ਰਿਹਾ ਵੀ ਤੁਹਾਡੇ ਕੋਲੋਂ ਅਸੀਂ ਆਪਣੇ ਭਾਈਚਾਰੇ ਕੋਲੋਂ ਪ੍ਰੋਫਿਟ ਬਣਾਉਣਾ ਜੀ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਵਿਰੇਸ਼ ਸਾਹਿਬ, ਤੁਹਾਡਾ ਸਮੇਂ ਲਈ ਧੰਨਵਾਦ। ਤੇ ਸ਼ੁਭ ਸ਼ਾਮਾਂ, ਦੇਖੋ ਸਮਾਂ ਕੱਢ ਕੇ ਜਾ ਕੇ ਕੰਮ ਕਰਨਾ, ਸੇਵਾ ਭਾਈਚਾਰੇ ਦੀ ਕਰਨੀ ਕੋਈ ਬਿਨਾਂ ਤਨਖਾਹ ਤੋਂ, ਇਹ ਬਹੁਤ ਔਖਾ ਕੰਮ ਹੈ, ਫਿਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ, ਪਰ ਕਿਸੇ ਨਾ ਕਿਸੇ ਨੇ ਇਹ ਸੰਸਥਾਵਾਂ ਚਲਾਉਣੀਆਂ ਨੇ, ਇਹਦੇ ਲਈ ਮਨੁੱਖਤਾ ਦਾ ਇੱਕ ਕਾਰਜ ਹੈ, ਤੁਸੀਂ ਕਰਦੇ ਹੋ ਤੇ ਤੁਹਾਡਾ ਧੰਨਵਾਦ ਹੈ। ਮੈਨੂੰ ਇਹ ਨਹੀਂ ਸੀ ਪਤਾ ਕੋਈ ਬਦਲਾਅ ਆ ਰਿਹਾ ਆਉਣ ਵਾਲੇ ਦਿਨਾਂ ਚ, ਪਰ ਤੁਸੀਂ ਆਏ ਅੱਜ, ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਸਨ ਸਰ ਜਸਵਿੰਦਰ ਸਿੰਘ ਬਦੇਸ਼ਾ ਜਿਹੜੇ ਦੱਸ ਕੇ ਗਏ ਨੇ, ਗੱਲ ਬਿਲਕੁਲ ਸਹੀ ਹੈ ਕਿ ਸਾਡਾ ਆਪਣੀ ਸੰਸਥਾ ਇਹ ਤਾਂ ਬਣਾਈ ਤੁਸੀਂ ਹੋਈ ਹੈ, ਹੋਰ ਬਹੁਤ ਤੁਹਾਡੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ 4-4, 5-5 million ਤੁਹਾਡੇ ਟੈਕਸ ਦਾ ਪੈਸਾ ਲੈਂਦੀਆਂ ਸਰਕਾਰ ਤੋਂ, ਉਹ ਤੁਹਾਨੂੰ ਦਵਾਨੀ ਨਹੀਂ ਦੱਸਦੀਆਂ ਵੀ ਸਾਡਾ CEO ਕਿੰਨਾ, ਸਾਡੇ ਡਾਇਰੈਕਟਰ ਦੀ ਕਿੰਨੀ ਤਨਖਾਹ, ਅਸੀਂ ਇਹ 'ਚ ਬੰਦਾ ਕਿਵੇਂ ਰੱਖਦੇ, ਸਾਡਾ ਕੰਟਰੋਲ ਕੀ ਹੈ, ਅਸੀਂ ਤੁਹਾਡੇ ਲਈ ਕੀ ਕਰਦੇ। ਬਹੁਤ ਬੁੱਕਲ 'ਚ ਗੁੜ ਭੁੰਨ ਹੁੰਦਾ ਭਾਈਚਾਰੇ ਦੇ ਸਿਰ ਤੇ, ਸਾਨੂੰ ਅਲਰਟ ਰਹਿਣ ਦੀ ਲੋੜ ਹੈ, ਆਲੇ ਦੁਆਲੇ ਨਿਗਾਹ ਰੱਖੋ, ਇਹ ਨਾ ਕਰੋ ਵੀ ਮੈਂ ਤਾਂ ਦਿਹਾੜੀ ਲਾਉਣੀ ਹੈ ਚੱਲ ਹੋਊ, ਨੋ, ਤੁਹਾਡੇ ਦਸਤਖਤਾਂ ਦੇ ਨਾਲ ਮਿਲੀਅਨਸ ਆਫ ਡਾਲਰ ਮੁੜ ਕੇ ਆਉਂਦੇ ਆ ਭਾਈਚਾਰੇ 'ਚ, ਤੁਹਾਡਾ ਹੱਕ ਆ ਉਹਦੇ 'ਤੇ, ਆਪਣੇ ਹੱਕਾਂ ਦੀ ਰਾਖੀ ਰੱਖਿਆ ਕਰੋ। ਤੋ ਇਸ ਦੇ ਵਿੱਚ ਇੱਕ ਇਹ ਬੇਨਤੀ ਮੈਂ ਕਰਾਂ, ਹੈਂਡ ਨਾ ਕਰਿਆ ਕਰੋ ਸੰਸਕਾਰ ਕਰਨ ਵੇਲੇ, ਬਾਕਸ ਫਾਈਨਲ ਕਰਨ ਵੇਲੇ ਕਿਸੇ ਨੂੰ ਨਾਲ ਨਾ ਲਿਜਾਇਆ ਕਰੋ, ਪਰਿਵਾਰ ਜਾਇਆ ਕਰੋ, ਤੁਹਾਡੀ ਆਪਣੀ ਸੈਰੇਮਨੀ ਹੈ ਇਹ, ਇਹਨੂੰ ਸਾਦਾ ਰੱਖੋ ਵੱਧ ਤੋਂ ਵੱਧ। ਬਾਕਸ ਜਿਹੜਾ ਰੈਂਟ ਤੇ ਵੀ 900 ਲਿਆ ਜਾਂਦਾ, $1500 ਹੋਰ ਲਾ ਕੇ $2500 ਦੇ ਵਿੱਚ ਸਰ ਸਕਦਾ, $250 ਤੁਸੀਂ ਜਿਹੜਾ ਫੋਟੋਆਂ ਦਿਖਾਉਣੀਆਂ ਨੇ ਆਪਣੇ ਘਰ ਦੀਆਂ ਲੋਕਾਂ ਨੂੰ ਜਿਹੜੀਆਂ ਜਿਉਂਦੇ ਜੀ ਕਦੇ ਨਹੀਂ ਦਿਖਾਈਆਂ, 500 ਦੇ ਤੁਸੀਂ ਫੁੱਲ ਲਾਉਣੇ ਨੇ, ਜਿਹੜੇ ਜਿਉਂਦੇ ਜੀ ਕਦੇ ਬਾਪੂ ਦੇ ਨਾ ਬੇਬੇ ਦੇ ਤੁਸੀਂ ਟੰਗੇ ਨੀ, ਨਾ ਕੁਛ ਉਹਦੇ ਆਲੇ ਦੁਆਲੇ, ਨਾ ਉਹਦੇ ਕੋਲ ਕੋਈ ਗੁਲਦਸਤਾ ਰੱਖਿਆ, ਇਹਨੂੰ ਇਹ ਪਲੀਜ਼ ਅਸੀਂ ਕਰੀਏ ਠੀਕ, ਫਿਰ ਉਹਨਾਂ ਨੂੰ ਕਹਾਂਗੇ। ਅਸੀਂ ਤਾਂ ਉੱਥੇ ਕਹਿੰਦੇ ਜਿਹੜਾ ਸਵਾਹ ਹੋਣਾ 10 ਸੈਕਿੰਡਾਂ ਦੇ ਵਿੱਚ ਬਕਸਾ, ਉਹ ਕਹਿੰਦਾ ਸਨਮਾਈਕੇ ਵਾਲਾ ਸਿਰੇ ਦਾ ਦਹੀਂ ਮੈਨੂੰ 5500 ਵਾਲਾ, ਜਿਹੜੇ ਆਉਣਗੇ ਫਿਰ ਉਹ ਕੀ ਕਹਿਣਗੇ, ਅਸੀਂ ਖੜਨਾ ਭਾਈਆਂ ਦੇ ਨਾਲ ਬਰਾਬਰ, ਬਾਪੂ ਆ ਦੇਖ ਪਿਆ ਇਉਂ ਰੱਖੀ ਦਾ ਕੁੜਤਾ ਪਿਆ, ਮੈਂ ਮੇਰੇ ਵਰਗੇ ਨੇ ਸਾਰੀ ਜ਼ਿੰਦਗੀ ਪਾਇਆ, ਉਹਦੇ ਜਿਹੜੀ ਚੱਕ ਕੇ ਗਰਦਨ ਥੱਲੇ ਫਿਰ ਉਹਦੇ ਟਾਈ ਵੀ ਠੋਕਦੇ ਆ, ਕਈ ਬੋ ਲਾ ਦਿੰਦੇ ਆ, ਕਿਰਪਾ ਕਰੀਏ ਅਸੀਂ ਸਿੱਧੇ ਰਾਹ ਪਾਸ ਆਈਏ, ਅਸਲ ਕਹਾਣੀ ਉਹ ਤਾਂ ਸਾਡੇ ਤੋਂ 10 ਦਿਨ ਪਹਿਲਾਂ ਚਲੇ ਜਾਂਦੇ ਆ, 12 ਦਿਨ ਪਹਿਲਾਂ, ਉਦਣ ਅਸੀਂ ਕੀ ਕਰਦੇ। ਉਹ ਸਭ ਜਗਤ ਰਵੀਰ ਹੈ ਤੇ ਉਹਨੂੰ ਸਾਦਾ ਰੱਖੀਏ, ਅਸਲ ਜ਼ਿੰਦਗੀ ਇਹ ਹੈ। ਇਹ ਬਹੁਤ ਵਧੀਆ ਸੰਸਥਾ ਬਣੀ ਹੈ, ਇਹ ਹੋਰ ਵਧੀਆ ਹੋਵੇ, ਇਹ ਸੰਸਥਾ ਇੱਕ ਹੋਰ ਬਣੇ, ਸਾਨੂੰ ਜ਼ਰੂਰਤ ਹੈ ਇਹਦੀ, ਕਿਉਂਕਿ ਬਹੁਤ ਔਖਾ ਹੈ, ਕਿਉਂਕਿ ਸਾਰਾ ਵੀਕ ਅਸੀਂ ਬਿਜ਼ੀ ਰਹਿੰਦੇ ਹਾਂ, ਉੱਥੇ ਸਾਡੀ ਗਿਣਤੀ ਬਹੁਤ ਵੱਧ ਗਈ, ਤਾਂ ਗਿਣਤੀ ਜਦ ਵੱਧ ਗਈ ਤਾਂ ਜਿਹੜਾ ਮਰਨ ਲਿਖਾ ਕੇ ਅਸੀਂ ਮੰਡਲ 'ਚ ਆਉਂਦੇ। ਹੁਣ ਹਲਦੀ ਲਿਆਓ ਪਿਹਾ ਕੇ, ਹੱਥ ਨੇ ਚਿਮਚਾ ਸਿੱਟ ਕੇ, ਭੋਰਾ ਕ ਖੂੰਜੇ ਦਾ ਸਾਰਾ ਨਹੀਂ ਪਾਉਣਾ, ਕਿਸੇ ਨੇ ਦੱਸਤਾ, ਮੈਂ ਕਿਹਾ ਮਾੜਾ ਜਿਹਾ ਆਹ ਦੁੱਧ ਪੀ ਲਿਆ ਕਰ, ਹੱਥ ਨੇ ਨਾਲ ਕੇਸਰ ਸਿੱਟ ਲਿਆ, ਨਾਲ ਚਮਚਾ ਭਰ ਕੇ ਹਲਦੀ ਦਾ ਸਿੱਟ ਲਿਆ, ਨਾਲ ਸਿੱਟ ਲਿਆ ਇੱਕ ਸ਼ਹਿਦ ਦਾ, ਉਬਾਲ ਲਿਆ ਫਿਰ ਜਾਂ ਪੀ ਲਿਆ, ਤੇ ਅੱਧੀ ਰਾਤ ਕਹਿੰਦਾ ਮੇਰੇ ਤਾਂ ਅੰਦਰ ਭੱਠੀ ਮੱਛੀ ਪਈ ਹੈ, ਮੈਂ ਕਿਹਾ ਕੀ ਹੋ ਗਿਆ, ਕਹਿੰਦਾ 3 ਚਮਚੇ ਇਕੱਠੇ ਹੀ ਸਿੱਟ ਲਏ, ਮੈਂ ਹੁਣ ਰਾਤ ਨੂੰ ਇੱਕੋ ਦਿਨ ਘੋੜਾ ਬਣਨਾ, ਇਉਂ ਹੀ ਹੁੰਦਾ, ਚਮਚੇ ਦਾ ਚੌਥਾ ਹਿੱਸਾ ਛੋਟਾ ਜਿਹਾ, ਉਹਨੂੰ ਗੋਲਡਨ ਮਿਲਕ ਬਣਾਉਣਾ ਤੇ ਉਹ ਚੰਗਾ ਬਹੁਤ ਤੁਹਾਡੇ ਲਈ। 604-503-3 ਯੂਨਿਟ 108-130-76 Avenue ਕਹਿੰਦਾ ਬਾਈ ਐਂ ਲੱਗਦਾ ਜਿਵੇਂ ਅੰਦਰ ਭੱਠੀ ਬਲਦੀ ਹੈ, ਮੈਂ ਸਿੱਟ ਜੱਗ ਅੰਦਰ, ਫਿਰ ਹੁਣ ਹੋਰ ਨੀ ਕੁਛ ਆ ਰਿੜਕਾ ਬਣਾ ਕੇ, 6045034030 ਪੰਜਾਬੀ ਚੱਕੀ। ਇਹ ਸੀ ਅੱਜ ਦਾ ਪ੍ਰੋਗਰਾਮ, ਇੱਕ ਮੈਂ ਗੱਲ ਅੱਜ ਭੁੱਲ ਗਿਆ ਕਰਨੀ, ਬਹੁਤ ਵੱਡਾ ਇਕੱਠ ਸਿਟੀਜ਼ਨ ਐਕਟ ਦੇ ਖਿਲਾਫ ਹੋਇਆ ਮਲੇਰਕੋਟ ਨੇ, ਜਿੱਥੇ ਪੰਜਾਬ ਦੇ ਵਿੱਚੋਂ ਸਾਰੇ ਚੋਂ ਸਿੱਖ ਹਿੰਦੂ ਮੁਸਲਮਾਨ ਇਕੱਠੇ ਹੋਏ ਨੇ। ਅਲ ਜ਼ਜ਼ੀਰਾ ਨੇ ਕਵਰ ਕੀਤਾ, ਕਹਿੰਦਾ ਐਡਾ ਇਕੱਠ ਨਹੀਂ ਹੋਇਆ ਅੱਜ ਤੱਕ ਸਾਰੇ ਭਾਰਤ 'ਚ, 2.25 ਲੱਖ ਬੰਦਾ ਇਕੱਠਾ ਹੋਇਆ। ਇਹਨੂੰ ਕਹਿੰਦੇ ਨੇ ਹਲੇਮੀ ਰਾਜ, ਇਹਨੂੰ ਕਹਿੰਦੇ ਨੇ ਉਹ ਧਰਤੀ
ਜਿੱਥੇ 200 ਸਾਲ ਲਗਾਤਾਰ ਰੂਹਾਨੀਅਤ ਵਸਦੀ ਰਹੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਜਿਨ੍ਹਾਂ ਨੇ ਜੋਤ ਤੇ ਜੁਗ ਤਖੀਰ ਚ ਪੂਰੀ ਕਰਕੇ ਦੱਸਿਆ ਕਿ ਮਨੁੱਖਤਾ ਕਹਿੰਦੇ ਕਿਹਨੂੰ ਨੇ। ਇੱਥੇ ਕੋਈ ਆਵਾਜ਼ ਨਹੀਂ ਕੰਨਾਂ ਚ ਪੈ ਸਕਦੀ ਵੀ ਧਾੜਵੀ ਲੈ ਚੱਲਿਆ ਬੰਨ ਕੇ ਕਿਸੇ ਦੀਆਂ ਹੋਣ, ਬੰਦੀ ਛੋੜ ਬਣ ਕੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਡਾਂਗ ਮੋਢੇ ਤੇ ਰੱਖ ਕੇ ਮੂਹਰੇ ਖੜਦੇ ਰਹੇ ਨੇ। ਕੌਮ ਦੇ ਜਥੇਦਾਰ ਤੇ ਜਰਨੈਲਾਂ ਨੂੰ ਕੌਮ ਸਦਾ ਯਾਦ ਕਰਦੀ ਹੈ। ਕੱਲ੍ਹ ਨੂੰ 11 ਵਜੇ ਮੁੜਦਾ, ਚੜ੍ਹਦੀ ਕਲਾ ਚ ਰਿਹਾ ਕਰੋ ਰੱਬ ਅੰਗ ਸੰਗ। ਅਖੀਰ ਚ ਮਾਲ ਸਿੰਘ ਉਹਨਾਂ ਦੀ ਕਮਿਸ਼ਨ ਸੀ ਕੌਮੀ।